ਸਿਸਣ ਰਿਓ ਸਿਲਸਿਲਾ ਵਿਤਰਸਨਾ ਤੇ ਅੱਜ ਮੈਂ ਤੁਹਾਨੂੰ ਡਾਕਟਰ ਸੁਜੀਤ ਪਾਤਰ ਹੋਰਾਂ ਦੀ ਲਿਖੀ ਹੋਈ ਕਵਿਤਾ ਚਾਨਣ ਵੀ ਕੁਝ ਕਰਾਂ ਮੈਂ ਸੁਣਾਵਾਂਗੀ ਚਾਨਣ ਵੀ ਕੁਝ ਕਰਾਂ ਮੈਂ ਐਵੇਂ ਹੀ ਬਲ ਨਾ ਜਾਵਾਂ ਚਾਨਣ ਵੀ ਕੁਝ ਕਰਾਂ ਮੈਂ ਐਵੇਂ ਹੀ ਬਲ ਨਾ ਜਾਵਾਂ ਅੰਬਰ ਨੂੰ ਛੂਣੋਂ ਪਹਿਲਾਂ ਮਿੱਟੀ 'ਚ ਡਲ ਨਾ ਜਾਵਾਂ ਅੰਬਰ ਨੂੰ ਛੂਣੋਂ ਪਹਿਲਾਂ ਮਿੱਟੀ 'ਚ ਡਲ ਨਾ ਜਾਵਾਂ ਚਾਨਣ ਵੀ ਕੁਝ ਕਰਾਂ ਮੈਂ ਐਵੇਂ ਹੀ ਬੱਲਣਾ ਚਾਹਾਂ ਤਨ ਦੇ ਲਿਬਾਸ ਅੰਦਰ ਇੱਕ ਲਹਿਰਾਂ ਤੜਪਦੀ ਤਨ ਦੇ ਲਿਬਾਸ ਅੰਦਰ ਇੱਕ ਲਹਿਰਾਂ ਤੜਪਦੀ ਦਰਿਆ ਦੇ ਸੇ ਤਕੰਬਾਂ ਕਿਤੇ ਇਸ ਚ ਰਲਣਾ ਚਾਹਾਂ ਦਰਿਆ ਦੇ ਸੇ ਤਕੰਬਾਂ ਕਿਤੇ ਇਸ ਚ ਰਲਣਾ ਚਾਹਾਂ ਚਾਨਣ ਵੀ ਕੁਝ ਕਰਾਂ ਮੈਂ ਐਵੇਂ ਹੀ ਬੱਲਣਾ ਚਾਹਾਂ ਤੇਰੀ ਲਹਿਰ ਲਹਿਰ ਰੰਗੇ ਮੈਂ ਤੇਰੇ ਚ ਅਸਤ ਹੋਣਾ ਤੇਰੀ ਲਹਿਰ ਲਹਿਰ ਰੰਗੇ ਮੈਂ ਤੇਰੇ ਚ ਅਸਤ ਹੋਣਾ ਰਾਹ ਵਿੱਚ ਨਾ ਸ਼ਾਮ ਪੈ ਜਾਏ ਕਿਤੇ ਦੂਰ ਢਲ ਨਾ ਜਾਵਾਂ ਰਾਹ ਵਿੱਚ ਨਾ ਸ਼ਾਮ ਪੈ ਜਾਏ ਕਿਤੇ ਦੂਰ ਢਲ ਨਾ ਜਾਵਾਂ ਚਾਨਣ ਵੀ ਕੁਝ ਕਰਾਂ ਮੈਂ ਐਵੇਂ ਹੀ ਬਰਨਾ ਜਾਵਾਂ ਚਾਨਣ ਜਦੋਂ ਕਰੀਦਾ ਤਾਂ ਸੇਕ ਵੀ ਜਰੀਦਾ ਹੈ ਚਾਨਣ ਜਦੋਂ ਕਰੀਦਾ ਤਾਂ ਸੇਕ ਵੀ ਜਰੀਦਾ ਹੈ ਇਦਾਂ ਨਹੀਂ ਕਰੀਦਾ ਚਾਨਣ ਜਦੋਂ ਕਰੀਦਾ ਤਾਂ ਸੇਕ ਵੀ ਜਰੀਦਾ ਹੈ ਇੱਦਾਂ ਨਹੀਂ ਕਰੀਦਾ ਹਾਈ ਮੈਂ ਪਾਲਣਾ ਚਾਹਾਂ ਇੱਦਾਂ ਨਹੀਂ ਕਰੀਦਾ ਹਾਈ ਮੈਂ ਪਾਲਣਾ ਚਾਹਾਂ ਹਾਈ ਮੈਂ ਪਾਲਣਾ ਚਾਹਾਂ ਚਾਨਣ ਵੀ ਕੁਝ ਕਰਾਂ ਮੈਂ ਐਵੇਂ ਹੀ ਪਾਲਣਾ ਚਾਹਾਂ ਅੱਜਕੱਲ ਉਹ ਵਾਕ ਬੁਣਦਾ ਹੈ ਲਫ਼ਜ਼ਾਂ ਤੇ ਜਾਲ ਉਣਦਾ ਹੈ ਅੱਜਕੱਲ ਉਹ ਵਾਕ ਬੁਣਦਾ ਹੈ ਲਫ਼ਜ਼ਾਂ ਤੇ ਜਾਲ ਉਣਦਾ ਹੈ ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ ਚੋਂ ਨਿਕਲਣਾ ਚਾਹਾਂ ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ 'ਚੋਂ ਨਿਕਲਣਾ ਚਾਹਾਂ ਚਾਨਣ ਵੀ ਕੁਝ ਕਰਾਂ ਮੈਂ ਐਵੇਂ ਹੀ ਬੰਨਣਾ ਚਾਹਾਂ ਅੰਬਰ ਨੂੰ ਛੂਣੋਂ ਪਹਿਲਾਂ ਮਿੱਟੀ 'ਚ ਰਲਣਾ ਚਾਹਾਂ ਚਾਨਣ ਵੀ ਕੁਝ ਕਰਾਂ ਮੈਂ ਐਵੇਂ ਹੀ ਬੰਨਣਾ ਚਾਹਾਂ ਐਵੇਂ ਹੀ ਬੰਨਣਾ ਚਾਹਾਂ ਦੋਸਤੋ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਅੱਜ ਸਬਸਕ੍ਰਾਈਬ ਕਰਕੇ ਜਾਇਓ ਤੇ ਬੈਲ ਆਈਕਨ ਵੀ ਦਬਾਇਓ ਤਾਡੀ ਸੁਨੇਹਾ ਦਾ ਇੰਤਜ਼ਾਰ ਕਰਾਂਗੇ ਧੰਨਵਾਦ ਮੈਂ ਬਣਾਵਾں ਕਾ ਹਜ਼ਾਰਾਂ ਵੰਜਲੀਆਂ ਮੈਂ ਸੋਚਿਆ ਸੀ ਮੈਂ ਬਣਾਵਾں ਕਾ ਹਜ਼ਾਰਾਂ ਵੰਜਲੀਆਂ ਮੈਂ ਸੋਚਿਆ ਸੀ ਦੇਖਿਆ ਤਾ ਦੂਰ ਤੱਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ ਦੇਖਿਆ ਤਾ ਦੂਰ ਤੱਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ ਬਰਕਤ ਨੂੰ ਦੇਖਣ ਤੇ ਸੁਣਨ ਵਾਲੇ ਸਾਰੇ ਸਰੋਤਿਓ ਤੇ ਦਰਸ਼ਕੋ ਰਸਨਾ ਐਚਐਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਜੁੜੇ ਬੈਠੇ ਹੋ ਸਾਡੇ ਨਾਲ ਇਸ ਵਕਤ ਪ੍ਰੋਗਰਾਮ ਈ ਸੁਨੇਹੇ ਦੇ ਵਿੱਚ ਈ ਸੁਨੇਹੇ ਪ੍ਰੋਗਰਾਮ ਲੈ ਕੇ ਆਪਣੇ ਵਾਅਦੇ ਅਨੁਸਾਰ ਉਹਨਾਂ ਸਾਰਥਕ ਕੰਮਾਂ ਤੇ ਉਹਨਾਂ ਅਸ਼ਕਸੀਅਤਾਂ ਤੇ ਤੇ ਉਹਨਾਂ ਦੇ ਨਾਲ ਸਾਝ ਬਣਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਜ਼ੂਲ ਵੀ ਰੱਖੇ ਹੁੰਦੇ ਨੇ ਤੇ ਸਾਰਥਕ ਕੰਮਾਂ ਦੀ ਲੜੀ ਲਾਈ ਹੁੰਦੀ ਹੈ ਤੇ ਨਾਲ ਹੀ ਨਾਲ ਇਹਦੇ ਵਿੱਚ ਅਸੀਂ ਬੱਡਿੰਗ ਟੈਲੈਂਟ ਜਿਹੜਾ ਹੁੰਦਾ ਉਹਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਕਹਿੰਦੇ ਆ ਵੀ ਨਵੇਂ ਤੇ ਪੁਰਾਣੇ ਦੀ ਇੱਕ ਤਾਸੀਰ ਹੁੰਦੀ ਹੈ ਤੇ ਉਹਦੇ ਵਿੱਚ ਪੁੱਲ ਬਣਨਾ ਬਹੁਤ ਜ਼ਰੂਰੀ ਹੁੰਦਾ ਹੈ। ਲੋਕ ਧਾਰਾ ਦੀਆਂ ਬਾਤਾਂ ਪਾਉਣੀਆਂ, ਲੋਕ ਧਾਰਾ ਦੀਆਂ ਬਣਗੀਆਂ ਦੀਆਂ ਗੱਲਾਂ ਕਰਨੀਆਂ ਕਿਉਂਕਿ ਸੱਭਿਆਚਾਰ ਨੂੰ ਸੰਭਾਲਣਾ ਸੰਭਾਲਣਾ ਸੱਭਿਆਚਾਰਕ ਹੈ। ਪੈੜਾਂ ਦੀ ਗੱਲ ਕਰਨੀ, ਵਿਰਸੇ ਦੀ ਗੱਲ ਕਰਨੀ, ਉੱਥੇ ਧਾਰਮਿਕ ਵਿਰਸਾ, ਸੱਭਿਆਚਾਰਕ ਵਿਰਸਾ ਇਹ ਦੋਨੋਂ ਇੱਕੋ ਮਿੱਕੇ ਸ਼ਬਦ ਹੁੰਦੇ ਨੇ, ਇਹ ਇੱਕ ਦੂਜੇ ਦੇ ਵਿੱਚ ਰਚੇ ਮਿਚੇ ਸ਼ਬਦ ਹੁੰਦੇ ਨੇ ਬ੍ਰਦਰ। ਸੋ ਇਹਨਾਂ ਚੀਜ਼ਾਂ ਦੇ ਉੱਤੇ ਅਗਰ ਅਸੀਂ ਖੋਲ ਕੇ ਵਿਚਾਰ ਕਰਾਂਗੇ ਸ਼ਖਸੀਤਾਂ ਨੂੰ ਬੁਲਾਵਾਂਗੇ ਸਕਾਲਰਸ ਨੂੰ ਬੁਲਾਵਾਂਗੇ ਰਿਸਰਚਰਸ ਨੂੰ ਬੁਲਾਵਾਂਗੇ ਜਾਂ ਨੌਜਵਾਨ ਪੀੜ੍ਹੀ ਜਿਹੜੀ ਇਸ ਵਕਤ ਲੋਕਧਾਰਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਆਟੋ ਟਿਊਂ ਦੇ ਜ਼ਮਾਨੇ ਦੇ ਵਿੱਚ ਲੋਕਧਾਰਾ ਦੇ ਨਾਲ ਜੁੜਨਾ ਬੜਾਈ ਇੱਕ ਔਖਾ ਕੰਮ ਹੋ ਚੁੱਕਾ ਸੋ ਉਹਨਾਂ ਸਾਰੀਆਂ ਸ਼ਖਸੀਤਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਵੀ ਸ਼ਾਮਲ ਕਰਦੇ ਹਾਂ ਤੇ ਜਾਣਦੇ ਹਾਂ ਈ ਸੁਨੇਹ ਈ ਸੁਨੇਹ ਕਿਹੜਾ ਸੁਨੇਹਾ ਲੈ ਕੇ ਸਾਡੇ ਵਾਸਤੇ ਆਉਂਦੇ ਆ ਸੋ ਅੱਜ ਉਸੇ ਹੀ ਸੰਦਰਭ ਦੇ ਵਿੱਚ ਅਸੀਂ ਇੱਕ ਬੜੇ ਬਾਖਮਾਲ ਤੇ ਹਰਫਤ ਮੌਲਾ ਫਨਕਾਰ ਉਹਨਾਂ ਨੂੰ ਅੱਜ ਦਾ ਸੱਦਾ ਭੇਜਿਆ ਸੀ ਤੇ ਉਹਨਾਂ ਨੇ ਸੱਦਾ ਪ੍ਰਵਾਨ ਕਰਕੇ ਸਾਨੂੰ ਨੇਕ ਬਖਸ਼ਿਆ ਤੇ ਅੱਜ ਸਾਡੇ ਨਾਲ ਮੌਜੂਦ ਨੇ ਬੈਕਸਟੇਜ ਇਸ ਵਕਤ ਪਹੁੰਚ ਚੁੱਕੇ ਨੇ ਮੈਂ ਗੱਲ ਕਰ ਰਹੀ ਹਾਂ ਉਸ ਰਾਂਗਮੰਚ ਦੇ ਅਦਾਕਾਰ ਦੀ ਉਸ ਪੰਗੜੇ ਦੇ ਰਾਜੇ ਦੀ ਤੇ ਉਸ ਸਿੱਖ ਮਾਰਸ਼ਲ ਆਰਟਸ ਦੇ ਵਿੱਚ ਗੱਤਕੇ ਦੇ ਵਿੱਚ ਇੱਕ ਨਵੀਂ ਪਛਾਣ ਤੇ ਇੱਕ ਨਵੇਂ ਕਲਾ ਸਥਾਨ ਦਵਾਨ ਦੇ ਵਿੱਚ ਬੜਾ ਇੱਕ ਵੱਡਾ ਕਦਮ ਉਹਨਾਂ ਨੇ ਚੁੱਕਿਆ ਕਿਉਂਕਿ ਸਾਬਤ ਸੂਰਤ ਰਹਿਣਾ ਤੇ ਰਾਂਗਮੰਚ ਦੇ ਨਾਲ ਵੀ ਜੁੜੇ ਰਹਿਣਾ ਤੇ ਸਾਬਾ ਸੂਰਤ ਰਹਿਣਾ ਤੇ ਨਾਲ ਫਿਲਮਾਂ ਦੇ ਵਿੱਚ ਵੀ ਉਹ ਕਿਰਦਾਰ ਕਰਨੇ ਟੈਲੀਫਿਲਮਸ ਕਰਨੀਆਂ ਦੂਰਦਰਸ਼ਨ ਨਾਲ ਕੰਮ ਕਰਨਾ ਫਿਰ ਜਿਹੜਾ ਜਿਹੜਾ ਸਿਨੇਮਾ ਆਵੇ ਜਿਹੜਾ ਜਿਹੜਾ ਯੁੱਗ ਆਵੇ ਉਹਦੇ ਵਿੱਚ ਆਪਣੀ ਦੇਖ ਦੇ ਨਾਲ ਕੋਈ ਵੀ ਛੇੜਛਾੜ ਨਾ ਕਰਦੇ ਹੋਏ ਆਪਣੇ ਅਸੂਲਾਂ ਨੂੰ ਨਾ ਵਾਰਦਿਆ ਹੋਇਆ ਅਗਾ ਵਜਣਾ ਤੇ ਫਿਰ ਗੱਤਕਾ ਇੱਕ ਬੜੀ ਅੱਛੀ ਗੇਮ sport ਮੰਨੀ ਜਾਂਦੀ ਹੈ ਤੇ ਜਿਨ੍ਹਾਂ ਦੇ ਧਾਰਮਿਕ عقਿਦੇ ਜੁੜੇ ਹੁੰਦੇ ਨੇ ਉਹਨਾਂ ਵਾਸਤੇ ਇਹ ਇੱਕ ਸੇਕ੍ਰੇਟ ਚੀਜ਼ ਹੁੰਦੀ ਹੈ ਬਟ ਨਾਲ ਹੀ ਨਾਲ ਜਿਹੜੇ ਦੂਰੂ ਤੇ ਦੂਸਰੇ ਏਕ ਧਰਮਾਂ ਦੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਮਾਰਸ਼ਲ ਆਰਟਸ ਕੈਟਾਗਰੀ ਦਾ ਬੜਾ ਜ਼ਬਰਦਸਤ ਆ ਵਿੰਗ ਹੁੰਦਾ ਗੱਤਕਾ ਸੋ ਇਹਨੂੰ ਵੀ ਇੱਕ ਬੜੇ ਸੁਚੱਜੇ ਤੇ ਸੋਹਣੇ ਢੰਗ ਦੇ ਨਾਲ ਅਗਾਹ ਤੋਰਦੇ ਨੇ ਤੇ ਮੇਰੀ ਮਰਾਦ ਹੈ ਨਰਿੰਦਰਪਾਲ ਸਿੰਘ ਜੀ ਨੀਨਾ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਆਂ ਤੇ ਕਰਦੇ ਆਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਉਹਨਾਂ ਦੀ ਜ਼ਿੰਦਗੀ ਤੇ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਜੀ ਆਇਆਂ ਆਖਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਦਾ ਜੀ ਪੰਜੀ ਪਹਿਲਾ ਤਾਂ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਵੀ ਗੁਰੂ ਫਤਿਹ ਦੀ ਸਾਂਝ ਪਾਣੀ ਚਾਹੀਦੀ ਹੈ ਤੇ ਬਰਕਤ ਈ ਸੁਨੇਹੇ ਦੇ ਨਾਲ ਜੁੜੇ ਹੋਏ ਜਿੰਨੇ ਵੀ ਇਸ ਟਾਈਮ ਦਰਸ਼ਕ ਨੇ ਸਰੋਤੇ ਨੇ ਜਿਹੜੇ ਵੀ ਹੈਗੇ ਨੇ ਸਾਰਿਆਂ ਨਾਲ ਗੁਰੂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅਸੀਂ ਜਿਹਾ ਨੂੰ ਆਖਦੇ ਹਾਂ ਤੇ ਇਸ ਵਕਤ ਦੇਸ਼ ਵਿਦੇਸ਼ ਚ ਜਿਹੜੇ ਸਾਡਾ ਸਰੋਤੇ ਜੁੜੇ ਹੋਏ ਉਹਨਾਂ ਨੂੰ ਦੱਸਦੇ ਜਾਈਏ ਕਿ ਨਿਰੰਦਰ ਪਾਲ ਸਿੰਘ ਜੀ ਨੀਨਾ ਸਾਡਾ ਜੁੜ ਚੁੱਕੇ ਨੇ ਤੇ ਪ੍ਰੋਗਰਾਮ ਫੇਸਬੁੱਕ ਤੇ YouTube ਤੇ ਲਾਈਵ ਚੱਲ ਰਿਹਾ ਤੇ ਲਾਈਵ ਟਾਕ ਪੈਕ ਸ਼ੋਅ ਹੈ ਜਿਹਦੇ ਵਿੱਚ ਤੁਸੀਂ +61425540030 ਤੇ WhatsApp ਕਾਲ ਕਰਕੇ ਸਾਝ ਬਣਾ ਸਕਦੇ ਹੋ ਤੇ ਫੇਸਬੁੱਕ ਪੇਜ ਤੇ ਜਾਂ YouTube ਚੈਨਲ ਤੇ ਜਾ ਕੇ ਤੁਸੀਂ ਮੈਸੇजेस ਦੇ ਨਾਲ ਵੀ ਸਾਂਝ ਪਾ ਸਕਦੇ ਹੋ ਸੋ ਆਓ ਨਰਿੰਦਰਪਾਲ ਜੀ ਹੋਰਾਂ ਦਾ ਸਵਾਗਤ ਕਰਦੇ ਕਰਦੇ ਨਾਲ ਉਹਨਾਂ ਦੇ ਨਾਲ ਗੱਲਾਂ ਦਾ سلسلہ ਸ਼ੁਰੂ ਕਰੀਏ ਅਮ ਬਰੇਕ ਛੋਟਾ ਜਿਹਾ ਸਵਾਲ ਹੈ ਇਸ ਤੋਂ ਪਹਿਲਾਂ ਕਿ ਕਾਲਰਸ ਮੈਨੂੰ ਕਹਿਣ ਕਿ ਇਸ ਤੋਂ ਪਹਿਲਾਂ ਕਿ ਕਾਲਰਸ ਕਹਿਣ ਕਿ ਅਸੀਂ ਗੱਲਾਂ ਅਸੀਂ ਕਰਨੀਆਂ ਹੈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹਨੀ ਆ ਸਿਰਫ ਇੱਕ ਛੋਟਾ ਜਿਹਾ ਸਵਾਲ ਹੈ ਜੀ 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 ਕਿ ਕਾਫੀ ਸਾਲ ਹੋ ਗਏ ਤੁਹਾਨੂੰ ਇੰਡਸਟਰੀ ਦੇ ਨਾਲ ਵੀ ਜੁੜਿਆ ਹੋਇਆ ਤੇ ਕਾਫੀ ਸਮਾਂ ਹੋ ਗਿਆ ਰੰਗਮੰਚ ਦੇ ਨਾਲ ਔਰ ਸਟੇਜਿਸ ਦੇ ਨਾਲ ਸਾਂਝ ਹੁੰਦੇ ਆ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਹ ਇਹ ਦੱਸੋ ਕਿ ਤੁਹਾਨੂੰ ਇਹ ਸਭ ਕੁਝ ਕਰਦਿਆਂ ਹੋਇਆ ਆਪਣੀ ਦੇਖ ਨੂੰ ਲੈ ਕੇ ਕਿਹੜੀਆਂ ਚੁਣੌਤੀਆਂ ਦਿਰਪੇਸ਼ ਹੋਈਆਂ ਜੇਕਰ ਹੋਈਆਂ ਜੇਕਰ ਨਹੀਂ ਹੋਈਆਂ ਤੇ ਬਹੁਤ ਵਧੀਆ ਗੱਲ ਆ ਉਹ ਵੀ ਸਾਡੇ ਨਾਲ ਸ਼ੇਅਰ ਕਰੋ ਤੇ ਜੇਕਰ ਕੋਈ ਚੁਣੌਤੀਆਂ ਆਈਆਂ ਨੇ ਤੇ ਉਹਨਾਂ ਤੇ ਥੋੜੀ ਜਿਹੀ ਝਾਤ ਪਾਓ ਬਿਲਕੁਲ ਜੀ ਕਿਉਂਕਿ ਜਦੋਂ ਵੀ ਆਪਾਂ ਕਿਸੇ ਫੀਲਡ ਦੇ ਵਿੱਚ ਜਾਂਦੇ ਆ ਤੇ ਉਥੇ ਹਰੇਕ ਫੀਲਡ ਦੇ ਵਿੱਚ ਚੁਣੌਤੀਆਂ ਤਾਂ ਹੁੰਦੀਆਂ ਨੇ ਅਲੱਗ-ਅਲੱਗ ਕਿਸਮ ਦੀਆਂ ਚੁਣੌਤੀਆਂ ਹੁੰਦੀਆਂ ਨੇ ਜੇ ਅਸੀਂ ਗੱਲ ਕਰਦੇ ਹਾਂ ਸਾਡੇ 7 ਸਮੁੰਦਰ ਪਾਰ ਇਸ ਟਾਈਮ ਸਾਡੇ ਜਿੰਨੇ ਵੀ ਪੰਜਾਬੀ ਭਰਾ ਬੈਠੇ ਨੇ ਉਹਨਾਂ ਨਾਲ ਵੀ ਜ਼ਿੰਦਗੀ ਦੇ ਵਿੱਚ ਉਹ ਦਰਪੇਸ਼ ਜਿਹੜੀਆਂ ਨੇ ਆ ਪ੍ਰੋਬਲਮਸ ਆਈਆਂ ਜਿੱਥੇ ਉਹਨਾਂ ਨੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਕੇਸ ਕਤਲ ਕਰਾਓ ਜਾਂ ਤੁਸੀਂ ਪੱਗ ਨਹੀਂ ਪਨ ਸਕਦੇ ਤਾਂ ਸਾਡੇ ਪੰਜਾਬੀਆਂ ਨੇ ਉਥੇ ਫਾਈਟ ਕਰਕੇ ਤੇ ਪੱਗ ਵਾਸਤੇ ਕੇਸਾਂ ਵਾਸਤੇ ਉਹਨਾਂ ਨੇ ਪੂਰੀ ਜਦੋਜਹਿਦ ਦੇ ਨਾਲ ਉਸ ਨੂੰ ਲਾਗੂ ਕਰਵਾਇਆ ਤੇ ਜੇ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਦਾ ਤੇ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਮੈਂ ਭੰਗੜਾ ਪਾਉਂਦਾ ਸੀ ਭੰਗੜੇ ਤੋਂ ਬਾਅਦ ਮੈਂ ਗੱਤਕੇ ਦੇ ਨਾਲ ਜੁੜਿਆ ਗੱਤਕੇ ਦੇ ਨਾਲ ਜੁੜਨ ਦੇ ਨਾਲ-ਨਾਲ ਮੈਂ ਪੱਕੇ ਤੌਰ ਦੇ ਉੱਤੇ ਸਿੱਖੀ ਸਰੂਪ ਦੇ ਨਾਲ ਵੀ ਜੁੜ ਗਿਆ ਸੀਗਾ ਤੇ ਜਦੋਂ ਅਸੀਂ ਰੰਗਮੰਚ ਸ਼ੁਰੂ ਕੀਤਾ ਤੇ ਫਿਲਮਾਂ ਦੇ ਵਿੱਚ ਆਏ ਤੇ ਉਦੋਂ ਅਕਸਰ ਇਹ ਗੱਲ ਕਹਿ ਦਿੰਦੇ ਹੁੰਦੇ ਸੀ ਕਿ ਸਰਦਾਰ ਤੇ ਐਕਟਰ ਕਦੇ ਨਹੀਂ ਹੋ ਸਕਦਾ ਪਰ ਮੈਨੂੰ ਇੱਕ ਦੋ ਜਗ੍ਹਾ ਕੁਝ ਬੰਦੇ ਇਹੋ ਜਿਹੇ ਹੈਗੇ ਨਹੀਂ ਜਿਨ੍ਹਾਂ ਦਾ ਬਹੁਤ ਨਾਮ ਹੈਗਾ ਮੈਂ ਨਾਮ ਨਹੀਂ ਲਵਾਵਾਂਗਾ ਉਹਨਾਂ ਨੇ ਮੈਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਿਸ ਸਾਹ ਨਾਲ ਤੇਰੀ ਕਦ ਕਾਠੀ ਹੈ ਤੇਰੀ ਸਿਹਤ ਹੈ ਤੇ ਜੇ ਤੂੰ ਕੇਸ ਕਤਲ ਕਰਾ ਕੇ ਆਜੇਂ ਤਾਂ ਤੈਨੂੰ ਬਹੁਤ ਵਧੀਆ ਕਰਤਾਰ ਦੇਾਂਗੇ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਕੰਮ ਕਰਨਾ ਤਾਂ ਅਸੀਂ ਐਦਾਂ ਕੇਸਾਂ ਦੇ ਨਾਲ ਹੀ ਕਰਨਾ ਨਹੀਂ ਤਾਂ ਨਾ ਕਰਨਾ ਮਨਜ਼ੂਰਾ ਹੈ ਫੀਲਡ ਛੱਡ ਦੇਾਂਗੇ ਤੇ ਪਰ ਜੇ ਕਰਨਾ ਕੰਮ ਤਾਂ ਐਦਾਂ ਹੀ ਕੇਸਾਂ ਦੇ ਨਾਲ ਸਾਬਤ ਸੂਤ ਰਹਿ ਕੇ ਅਸੀਂ ਗੁਰੂ ਤੋਂ ਬੇਮੁਖ ਨਹੀਂ ਹੋਣਾ ਤੇ ਗੁਰੂ ਨੂੰ ਮੋਦ ਖਾਣਾ ਹੈਗਾ ਤੇ ਇਸ ਕਰਕੇ ਅਸੀਂ ਐਦਾ ਕੇਸਾ ਧਾਰੀ ਰਹਿ ਕੇ ਹੀ ਕੰਮ ਕਰਾਂਗੇ ਤੇ ਉਹਦੇ ਚਾਰਜ ਗੁਰੂ ਦੀ ਗੁਰੂ ਦੀ ਮਿਹਰ ਆ ਬਰਕਤ ਆ ਉਹਨਾਂ ਦੀ ਕਿ ਅੱਜ ਮੈਂ ਬਰਕਤ ਟੀਵੀ ਦੇ ਨਾਲ ਬੈਠਾ ਜੀ 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 ਅਸੀਂ ਵੀ ਇਸ ਟਾਈਮ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਕੇ ਔਰ ਸਾਨੂੰ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਮੈਂ ਇੱਕ ਮਿੰਟ ਸ੍ਰੋਤਿਆਂ ਦੇ ਨਾਮ ਖਾਤੇ ਬਣਾ ਚਾਹਨੀ ਆ ਜਿਹੜੇ ਸ੍ਰੋਤੇ ਇਸ ਵਕਤ ਸਾਨੂੰ ਸੁਣ ਰਹੇ ਨੇ ਤੇ ਕਾਲ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਦੀ ਜਾਵਾਂਗੀ ਕਿ ਕਾਲ ਲਾਈਨਸ ਅਗਲੇ 5 ਮਿੰਟ ਦੇ ਬਾਅਦ ਖੁੱਲੀਆਂ ਜਾਣਗੀਆਂ ਅਸੀਂ ਥੋੜੀਆਂ ਜਿਹੀਆਂ ਗੱਲਾਂ ਹਲੇ ਕਰਨੀਆਂ ਨੇ ਤੇ ਫਿਰ ਕਾਲ ਲਾਈਨਸ ਜਿਹੜੀਆਂ ਅਸੀਂ ਖੋਲ ਕੇ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂਗੇ ਮੈਂ ਦੱਸਣਾ ਚਾਹਦੀ ਸੀ ਔਰ ਪੁੱਛਣਾ ਵੀ ਐਕਚੁਅਲੀ ਚਾਹਨੀ ਆ ਨਾਲ ਨਾਲ ਕਿ ਤੁਸੀਂ ਟੈਲੀਫੋਨਸ ਕੀਤੀਆਂ ਥੀਏਟਰ ਕੀਤਾ ਫੀਚਰ ਫਿਲਮਸ ਕੀਤੀਆਂ ਪੰਜਾਬੀ ਤੇ ਹਿੰਦੀ ਭਾਸ਼ਾ ਦੋਨਾਂ ਦੇ ਵਿੱਚ ਔਰ 35 ਸਾਲ ਹੋ ਗਏ ਤੁਹਾਨੂੰ ਇਸ ਚੀਜ਼ ਦੇ ਨਾਲ ਜੁੜਿਆ ਹੋਇਆ ਇਹ ਸਾਰੇ ਔਰ ਮੈਨੂੰ ਇਹ ਦੱਸੋ ਕਿ ਤੁਹਾਨੂੰ ਲੋਕ ਧਾਰਾ ਦੀ ਕਿਹੜੀ ਬਣਗੀ ਹੈ ਜਿਹੜੀ ਸਭ ਤੋਂ ਚੰਗੀ ਲੱਗਦੀ ਹੈ ਦੇਖੋ ਜੀ ਗੱਲ ਇਹ ਹੁੰਦੀ ਹੈ ਕਿ ਟੈਲੀਫਿਲਮਾਂ ਕਰਨੀਆਂ ਫਿਲਮ ਕਰਨੀ ਜਾਂ ਸੌਂਗਸ ਕਰ ਲੈਣੇ ਐਲਬਮਸ ਕਰਨੀਆਂ ਇਦੇ ਚ ਤਾਂ ਰੀਟੇਕਸ ਬਹੁਤ ਹੁੰਦੇ ਨੇ ਤੁਸੀਂ ਅਗਰ ਨਹੀਂ ਵੀ ਠੀਕ ਕੀਤਾ ਤੁਸੀਂ ਉਹ ਕੱਟ ਕਰਕੇ ਤੇ ਦੁਬਾਰਾ ਤੋਂ ਤੁਸੀਂ ਉਹਨੂੰ ਕਰ ਸਕਦੇ ਹੋ ਇੱਕ ਡਾਇਲੌਗ ਨੂੰ ਤੁਸੀਂ ਕਈ ਵਾਰੀ ਬੋਲ ਕੇ ਤੁਸੀਂ ਉਹਨੂੰ ਸ਼ੁੱਧ ਕਰ ਸਕਦੇ ਹੋ ਪਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਟੇਜ ਦੀ ਗੱਲ ਕਰਦੇ ਹਾਂ ਸਟੇਜ ਦੇ ਉੱਤੇ ਤਾਂ ਤੁਰਪੁਫੁਰਤੇ ਹੁੰਦਾ ਜੀ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਮਿਲਣਾ ਹੁੰਦਾ ਚਾਹੇ ਤੁਸੀਂ ਉਹ ਫੋਕ ਡਾਂਸਿਸ ਦੇ ਵਿੱਚ ਲਗਾ ਲਓ ਜਾਂ ਇਨਸਟਰੂਮੈਂਟਸ ਲਗਾ ਲਓ ਰੰਗਮੰਚ ਦੇ ਨਾਲ ਲਾ ਲਓ ਕਿਉਂਕਿ ਸਟੇਜ ਦੇ ਉੱਤੇ ਤੁਹਾਨੂੰ ਹਮੇਸ਼ਾ ਹੀ ਬਹੁਤ ਸਤਾਰਕ ਰਹਿਣਾ ਪੈਂਦਾ ਤੇ ਸਟੇਜ ਕਦੇ ਕਿਸੇ ਦੀ ਨਹੀਂ ਹੋਈ ਤੇ ਉਹਦੇ 'ਚ ਤੁਹਾਨੂੰ ਜਿੰਨਾ ਤੁਸੀਂ ਡੈਡੀਕੇਸ਼ਨ ਦੇ ਨਾਲ ਔਰ ਪਿਆਰ ਦੇ ਨਾਲ ਤੁਸੀਂ ਉਹਨੂੰ ਕਰੋਗੇ ਉਨਾ ਹੀ ਵਧੀਆ ਸਟੇਜ ਤੁਹਾਨੂੰ ਪੋਜ਼ਿਟਿਵ ਰਿਸਪਾਂਸ ਦਿੰਦਾ ਤੇ ਜਿਹੜਾ ਸਭ ਤੋਂ ਜ਼ਿਆਦਾ ਮਜ਼ਾ ਹੁੰਦਾ ਉਹ ਲਾਈਵ ਜਿਹੜਾ ਅਸੀਂ ਕਰਦੇ ਆ ਨਾ ਉਹਦੇ 'ਚ ਹੀ ਹੁੰਦਾ ਚਾਹੇ ਅਸੀਂ ਭੰਗੜਾ ਹੈ ਜਾਂ ਰੰਗ ਮੰਚ ਕਿਉਂਕਿ ਰੰਗਮੰਚ ਦੇ ਵਿੱਚ ਇੱਕ ਨਾ ਸਾਡੀ ਸਾਰਿਆਂ ਦੀ ਪਰਵਾਰਕ ਸਾਂਝ ਬਣਦੀ ਆ ਕਿਉਂਕਿ ਅਸੀਂ ਉੱਥੇ ਰਸਲਾ ਕਰਨੀਆਂ ਹੁੰਦੀਆਂ ਜੀ ਇੱਕ ਇੱਕ ਮਹੀਨਾ ਡੇ ਡੇ ਮਹੀਨਾ ਤੇ ਅਸਲ ਚੱਲਦੀ ਆ ਤੇ ਅਸਲ ਦੇ ਵਿੱਚ ਬੈਠਣਾ ਤੇ ਸ਼ਰਾਰਤਾ ਕਰਨੀ ਆ ਉਹਦੇ ਨਾਲ ਨਾਲ ਫਿਰ ਜਿਹੜਾ ਹੈਗਾ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹਨੂੰ ਡੈਡੀਕੇਸ਼ਨ ਦੇ ਨਾਲ ਕਰਨਾ ਤੇ ਉਹ ਬਹੁਤ ਅੱਛਾ ਲੱਗਦਾ ਜੀ ਜੀ ਮੈਂ ਅਗਰ ਤੁਹਾਡੇ ਪ੍ਰੋਫਾਈਲ ਤੇ ਥੋੜੀ ਜੀ ਝਾਤੀ ਮਾਰਾਂ ਤੇ ਮੈਂ ਸਿਰਫ ਇਹੀ ਦੱਸ ਸਕਦੀ ਆ ਵੀ ਅਮ ਜੇ ਸਕਰੋਲ ਕਰੋ ਤੇ 10 ਕੁ ਵਾਰੀ ਸਕਰੋਲ ਕਰਕੇ ਤੇ ਉਹ ਪ੍ਰੋਫਾਈਲ ਕਵਰ ਹੁੰਦਾ ਸੋ ਇੰਨੇ ਆ ਅਚੀਵਮੈਂਟਸ ਛੋਟੀ ਜੀ ਉਮਰ ਦੇ ਵਿੱਚ ਤੁਸੀਂ ਹਾਸਲ ਕੀਤੀਆਂ ਅਮ ਵੈਸੇ ਨਾਰਮਲੀ ਸੀਰੀਅਸ ਟਾਕਸ ਇਨ ਆਲ ਨਾਲ ਇੱਕ ਛੋਟਾ ਜਿਹਾ ਇੱਕ ਕੁਐਸਚਨ ਤੇ ਮੈਂ ਇਹਨੂੰ ਸਿਲੀਕੂਸ਼ਨ ਕਵਾਂਗੀ ਪਰ ਮੇਰੇ ਮੰਦੇ ਵਿੱਚ ਆ ਰਿਹਾ ਸੀ ਮੈਂ ਪੜ੍ਹ ਰਹੀ ਸੀ ਕਿ ਤੁਹਾਡੀ ਹਾਈਟ 6 ਇੰਚ 6 ਫੀਟ 4 ਇੰਚਸ ਹੈ ਤੁਸੀਂ ਗੱਲ ਵੀ ਕੀਤੀ ਸੀ ਹੁਣੇ ਹਾਈਟ ਲਈ ਜੀ 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 ਤੁਸੀਂ ਪੰਗੜੇ ਦੇ ਵਿੱਚ ਜਦੋਂ ਭੰਗੜਾ ਪਾਉਂਦੇ ਸੀ ਤੇ ਤੁਹਾਨੂੰ ਜੋਟੀਦਾਰ ਕਿਵੇਂ ਲੱਭਦੇ ਸੀਗੇ ਜਿਹੜੇ ਜੋੜੀਦਾਰ ਹੁੰਦੇ ਆ ਸੇਮ ਹਾਈਟ ਦੇ ਨਹੀਂ ਮੈਨੂੰ ਤਾਂ ਜੋਟੀ ਜੋਟੀਦਾਰ ਸੇਮ ਹਾਈਟ ਦੇ ਤਾਂ ਬਹੁਤ ਬਹੁਤ ਘੱਟ ਮਿਲੇ ਆ ਤੇ ਅਕਸਰ ਉਹ ਕਹਿੰਦੇ ਸਨ ਪੈਂਦਾ ਭੰਗੜਾ ਪੱਟਾਂ ਦੇ ਜੋਰ ਨਾਲ ਮਿੱਤਰੋ ਤੇ ਜਦੋਂ ਭੰਗੜਾ ਪਾਣਾ ਪੈਂਦਾ ਸੀ ਨਾਰਮਲ ਹਾਈਟ ਦੇ ਹੁੰਦੇ ਸੀ ਸਾਰੇ ਤੇ ਮੈਨੂੰ ਉਹਨਾਂ ਦੇ ਬਰਾਬਰ ਨੀਚੇ ਝੁੱਕ ਕੇ ਤੇ ਫੇਰ ਪਰਫਾਰਮ ਕਰਨਾ ਪੈਂਦਾ ਹੁੰਦਾ ਸੀਗਾ ਜੀ ਤੇ ਮੇਰੇ ਜਿਹੜੇ ਜਿੰਨੇ ਵੀ ਜੋਟੀਦਾਰ ਰਹੇ ਨੇ ਉਹਨਾਂ ਦੀ ਹਾਈਟ ਨਾਰਮਲ ਜਿਹੜੀ ਹੈਗੀ ਆ ਉਹ 5 ਫੁੱਟ 10 ਇੰਚ 11 ਇੰਚ ਆ ਦਾ ਰਹੀ ਆ ਤੇ ਮੈਨੂੰ ਉਹਨਾਂ ਦੇ ਬਰਾਬਰਾਂ ਲਈ ਝੁਕਣਾ ਪੈਂਦਾ ਹੁੰਦਾ ਸੀ ਪੂਰਾ ਬੋਟਿਆਂ ਦੇ ਪਾਰ ਹੋ ਕੇ ਤੇ ਫੇਰ ਕਰਦੇ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਹੋਰ ਦੱਸਦਾ ਜਦੋਂ ਅਸੀਂ ਨਾ ਗੱਤਕਾ ਖੇਡਦੇ ਸੀ ਜੀ ਤੇ ਮੇਰੇ ਨਾਲ ਇੱਕ ਸਾਡੇ ਹੈਗਾ ਹਰਪ੍ਰੀਤ ਸਿੰਘ ਕਾਕਾ ਅੱਜ ਕੱਲ ਉਹ ਵੀ ਫਿਲਮਾਂ ਦੇ ਨਾਲ ਜੁੜਿਆ ਹੋਇਆ ਸਾਡੇ ਗੱਤਕੇ ਅਖਾੜੇ ਦੇ ਵਿੱਚੋਂ ਬਹੁਤ ਸਾਰੇ ਬੱਚੇ ਨੇ ਜਿਹੜੇ ਅੱਜ ਦੀ ਰੇਟ ਦੇ ਵਿੱਚ ਫਿਲਮਾਂ ਦੇ ਨਾਲ ਜੁੜੇ ਹੋਏ ਨੇ ਤੇ ਜਦੋਂ ਅਸੀਂ ਗੱਤਕਾ ਖੇਡਦੇ ਸੀ ਤੇ ਮੇਰੀ ਜੋੜੀ ਉਹਦੇ ਨਾਲ ਬਣਦੀ ਹੁੰਦੀ ਸੀ ਤੇ ਮੈਂ ਜਦੋਂ ਗੋਡਿਆਂ ਭਾਰ ਹੁੰਦਾ ਸੀ ਤੇ ਤਾਂ ਉਹਦੀ ਹਾਈਟ ਦੇ ਬਰਾਬਰ ਹੁੰਦਾ ਸੀਗਾ ਜੀ ਤੇ ਉਹਦੇ ਨਾਲ ਅਸੀਂ ਖੰਜਰ ਦੀ ਗੇਮ ਲਾਣੀ ਜਾਂ ਕੋਈ ਵੀ ਗੇਮ ਲਾਣੀ ਤੇ ਮੈਨੂੰ ਗੋਡਿਆਂ ਦੇ ਭਾਰ ਹੋਣਾ ਪੈਂਦਾ ਹੁੰਦਾ ਸੀਗਾ ਤੇ ਪਰ ਉਹ ਬਹੁਤ ਅੱਛੀ ਸਾਡੀ ਇੱਕ ਕੈਮਿਸਟਰੀ ਬਣੀ ਹੋਈ ਸੀ ਤੇ ਬਹੁਤ ਮਜ਼ਾ ਆਉਂਦਾ ਸੀ ਤੇ ਮੈਂ ਤੁਹਾਨੂੰ ਭਾਵੇਂ ਮੈਂ ਪਿੱਛੇ ਸੋਚਿਆ ਸੀ ਕਿ ਮੈਂ ਤੁਹਾਨੂੰ ਫੋਟੋ ਸ਼ੇਅਰ ਕਰਾਂਗਾ ਤੇ ਅਸੀਂ ਪਿੱਛੇ ਇੱਕ ਜਾਪਾਨ ਦੇ ਟੂਰ ਤੇ ਗਏ ਸੀਗੇ ਜਿਹਦੇ ਵਿੱਚ ਉਹ ਵੀ ਸਾਡਾ ਇੱਕ ਹਿੱਸਾ ਸੀ ਨਾਲ ਤੇ ਉਹਨੇ ਇੱਕ ਫੋਟੋ ਖਚਾਈ ਤੇ ਉਹ ਆਪ ਕੁਰਸੀ ਦੇ ਉੱਤੇ ਖੜਾ ਹੋ ਕੇ ਤੇ ਮੇਰੇ ਬਰਾਬਰ ਖੜਾ ਹੋ ਕੇ ਤੇ ਫਿਰ ਝੋਟ ਖਚਾਈ ਆਨੇ ਤੇ ਸੇ ਫਨੀ ਕੁਝ ਚੀਜ਼ਾਂ ਹੋਈ ਜਾਂਦੀਆਂ ਹੁੰਦੀਆਂ ਹਨ ਬਾਕੀ ਹਾਂ ਬਾਕੀ ਇਹ ਹੋ ਜਾਂਦਾ ਜੀ ਜਦੋਂ ਫਿਲਮਾਂ ਦੇ ਵਿੱਚ ਅਸੀਂ ਕੰਮ ਕਰਦੇ ਆਂ ਜਾਂ ਕਿਵੇਂ ਆਂ ਤਾਂ ਉੱਥੇ ਵੀ ਜੋੜੀਦਾਰ ਮੈਨੂੰ ਔਖਾ ਹੀ ਮਿਲਦਾ ਜੀ ਅੱਛਾ ਜੀ ਹਾਂ ਜੀ ਹਾਂ ਤੇ ਚਲੋ ਉਹਦੇ ਚ ਇਹ ਹੁੰਦਾ ਵੀ ਉਹਦੇ ਚ ਬਹੁਤ ਸਾਰਾ ਸਾਡੇ ਕੋਲ ਇਹ ਹੁੰਦਾ ਕਿ ਕਿਉਂਕਿ ਕੈਮਰੇ ਦੇ ਪਿੱਛੇ ਕੈਮਰੇ ਦੇ ਉਹਦੇ ਤੇ ਕਰਕੇ ਅਸੀਂ ਜਿੱਦਾਂ ਮਰਜ਼ੀ ਚੀਟ ਕਰ ਸਕਦੇ ਆ ਉਹ ਸਾਰਾ ਜੀ ਜੀ ਤੇ ਲਾਈਵ ਪਰਫਾਰਮੈਂਸ ਦੇ ਵਿੱਚ ਇਹਨਾਂ ਚੀਜ਼ਾਂ ਦਾ ਉਹ ਨਹੀਂ ਹੁੰਦਾ ਸੋ ਬੜਾ ਹਾਂਜੀ ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਔਰ ਮੈਂ ਇੰਨੇ ਭਾਜੀ ਕਾਲਰ ਜਿਹੜੇ ਨੇ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਮੈਂ ਜ਼ਰੂਰ ਕਾਲਸ ਲੈਣੀਆਂ ਪਰ ਮੈਂ ਇੱਕ ਸਵਾਲ ਮੇਰਾ ਛੋਟਾ ਜਿਹਾ ਹੋਰ ਸੀਗਾ ਕਿ ਤੁਸੀਂ ਗਤਕਾ ਜਿਹੜਾ ਹੈ ਉਹ ਤੁਹਾਡੇ ਮਨ ਦੇ ਵਿੱਚ ਇੱਛਾ ਅਹੀਂ ਸੀ ਕਿ ਘਰ ਪਰਿਵਾਰ ਦੇ ਵਿੱਚ ਗਤਕੇ ਦੇ ਨਾਲ ਕੋਈ ਸਾਂਝੀ ਰੀਤ ਪਹਿਲਾਂ ਤੋਂ ਨਹੀਂ ਜੀ ਮੈਂ ਅਗਰ ਗੱਲ ਕਰਾਂ ਤਾਂ ਸਾਡੇ ਪੂਰੇ ਖਾਨਦਾਨ ਦੇ ਵਿੱਚ ਕਿਤੇ ਵੀ ਐਦਾਂ ਨਹੀਂ ਸੀਗਾ ਕੋਈ ਕਲਚਰਲ ਐਦਾਂ ਕਿਸੇ ਵੀ ਵਨਗੀ ਦੇ ਨਾਲ ਜੁੜਿਆ ਹੋਇਆ ਕੋਈ ਵੀ ਹਾਂ ਮੇਰੇ ਫਾਦਰ ਸਾਹਿਬ ਲਿਖਦੇ ਸੀ ਥੋੜਾ ਬੋਤਾ ਤੇ ਉਹਨਾਂ ਕਰਕੇ ਥੋੜੇ ਸੀ ਪਰ ਮੈਨੂੰ ਜਿੰਨਾ ਵੀ ਰਿਹਾ ਘਰ ਦੇ ਦੀ ਸਪੋਰਟ ਤਾਂ ਰਹੀ ਹੈ ਪਰ ਉਹ ਸਾਡੇ ਨਾਲ ਕਿਸੇ ਵੀ ਖਾਨਦਾਨ ਦੇ ਵਿੱਚ ਮਤਲਬ ਕੋਈ ਐਦਾ ਜੁੜਿਆ ਨਹੀਂ ਹੋਇਆ ਸੀ ਪਹਿਲਾਂ ਹਾਂ ਹੁਣ ਜੇ ਮੈਂ ਗੱਲ ਕਰਦਾ ਤੇ ਮੇਰੇ ਫਾਦਰ ਇਨਲਾ ਸਰਦਾਰ ਗੁਰਪ੍ਰੀਤ ਸਿੰਘ ਖਾਲਸਾ ਜੀ ਜਿਹੜੇ ਕਿ ਗੱਤਕੇ ਦੇ ਉਸਤਾਦ ਨੇ ਔਰ ਸਾਡੇ ਅਖਾੜੇ ਦੇ ਜਥੇਦਾਰ ਵੀ ਨੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਗੱਤਕੇ ਦੇ ਨਾਮ ਕੀਤੀ ਹੈਗੀ ਆ ਤੇ ਹੁਣ ਉਹਨਾਂ ਦੇ ਨਾਲ ਜੁੜ ਕੇ ਮੈਨੂੰ ਬਹੁਤ ਅੱਛਾ ਲੱਗਦਾ ਕਿਉਂਕਿ ਉਹਨਾਂ ਦਾ ਜਿਹੜਾ ਅਸ਼ੀਰਵਾਦ ਉਹਨਾਂ ਦਾ ਪਿਆਰ ਤੇ ਜਿਹੜੀ ਉਹਨਾਂ ਦੀ ਪੋਜ਼ਿਟਿਵਿਟੀ ਮਿਲਦੀ ਹੈ ਉਹਦੇ ਨਾਲ ਬਹੁਤ ਬਲ ਮਿਲਦਾ ਹੈ ਜੀ ਤੇ ਜੀ 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 ਬੜਾ ਅੱਛਾ ਲੱਗਿਆ ਇਹ ਸੁਣ ਕੇ ਕਿਉਂਕਿ ਇਹ ਸਵਾਲ ਜਿਹੜਾ ਸੀਗਾ ਇਹ ਜ਼ਰੂਰ ਜਿਹੜੇ ਸਾਡੇ ਸਰੋਤੇ ਉਹਨਾਂ ਦੇ ਮਨ 'ਚ ਹੋਣਾ ਸੀ ਔਰ ਨਾਲ ਹੀ ਨਾਲ ਮੈਂ ਇੱਕ ਹੋਰ ਸਵਾਲ ਤੁਹਾਨੂੰ ਪੁੱਛਣਾ ਚਾਹਨੀ ਆ ਕਿ ਅੱਜ ਕੱਲ ਦੇ ਮੈਂ ਤੁਹਾਨੂੰ ਸੋਰੀ ਮੈਂ ਤੁਹਾਨੂੰ ਕੱਟ ਰਿਹਾ ਮੈਂ ਸੋਰੀ ਖੇਡਣਾ ਸ਼ੁਰੂ ਕੀਤਾ ਜੀ 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 ਹਾਂ ਹਾਂ ਹਾਂਜੀ ਦੱਸੋ ਮੈਂ ਕਹਿ ਰਿਹਾ ਸੀਗਾ ਕਿ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਮੈਂ ਨਾ ਸ਼ੁਰੂ ਵਿੱਚ ਭੰਗੜਾ ਪਾਣਾ ਸ਼ੁਰੂ ਕੀਤਾ ਸੀਗਾ ਤੇ ਭੰਗੜੇ ਦੇ ਨਾਲ-ਨਾਲ ਮਨ ਦੇ ਵਿੱਚ ਇੱਕ ਇੱਛਾ ਸੀ ਕਿ ਅਲੱਗ-ਅਲੱਗ ਕੁਝ ਨਾ ਕੁਝ ਫੀਲਡ ਦੇ ਵਿੱਚ ਕਰਦੇ ਚੱਲੀਏ ਤੇ ਭੰਗੜੇ ਦੇ ਨਾਲ ਮੈਂ ਨਾਰਮਲੀ ਮੈਂ ਪਹਿਲਾਂ ਚਿੰਮਟਾ ਵੀ ਵਜਾਂਦਾ ਹੁੰਦਾ ਸੀਗਾ ਤੇ ਹੋਰ ਇੱਕ ਦੋ ਇਨਸਟਰੂਮੈਂਟ ਸੀਗੇ ਉਹ ਵੀ ਵਜਾਂਦਾ ਸੀਗਾ ਤੇ ਫਿਰ ਉਹਦੇ ਨਾਲ-ਨਾਲ ਮੈਨੂੰ ਲੱਗਿਆ ਕਿ ਨਹੀਂ ਇਕੱਲਾ ਭੰਗੜਾ ਇੱਕ ਰਸਤਾ ਨਹੀਂ ਹੈਗਾ ਉਦੇ ਨਾਲ ਨਾਲ ਫਿਰ ਜਦੋਂ ਗੱਤਕੇ ਦੀ ਸ਼ੁਰੂ ਹੋਈ 1982-83 ਦੇ ਵਿੱਚ ਅਸੀਂ ਗੱਤਕਾ ਖੇਡਣਾ ਸ਼ੁਰੂ ਕੀਤਾ ਜੀ ਤੇ ਅਸੀਂ ਜੁੜੇ ਤੇ ਅਸੀਂ ਮਤਲਬ 7 ਦਿਨਾਂ ਦੇ ਵਿੱਚ ਅਸੀਂ ਦੇ ਨਾਈਟ ਅਸੀਂ ਸਵੇਰੇ ਸ਼ਾਮ ਸਵੇਰੇ ਅਸੀਂ 4 ਵਜੇ ਅਖਾੜੇ ਦੇ ਵਿੱਚ ਚਲੇ ਜਾਂਦੇ ਸੀਗੇ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਉਤਪਾਦ ਆਪਣੇ ਕੰਮ ਕਰਨੇ ਜੀ ਤੇ ਸ਼ਾਮ ਨੂੰ ਫਿਰ ਅਸੀਂ 6 6 ਵਜੇ ਅਸੀਂ ਇਕੱਠੇ ਹੋਣਾ ਰਾਤੀ 9-10 ਵਜੇ ਤੱਕ ਖੇਡਣਾ ਤੇ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਰੀ ਗੱਤਕੇ ਦੀ ਤਿਆਰੀ ਕਰਕੇ ਜੀ ਇੱਕ ਨਗਰ ਕੀਰਤਨ ਲਗਾ ਕੇ ਆਏ ਸੀ ਉਹ ਮਿਲੋ ਸਾਨੂੰ ਹੁਣ ਵੀ ਜਦੋਂ ਵੀ ਕਿਤੇ ਗੱਲ ਕਰਦੇ ਆਂ ਤੇ ਸਾਨੂੰ ਲੱਗਦਾ ਕਿ ਹਾਂ ਯਾਰ ਸਾਡੀ ਇੱਕ ਅਚੀਵਮੈਂਟ ਸੀਗੀ ਕਿ ਇੱਕ ਹਫਤੇ ਦੇ ਵਿੱਚ ਅਸੀਂ ਸਾਰਾ ਲਾ ਕੇ ਅਸੀਂ ਪੰਜ ਛੇ ਜਣੇ ਸੀਗੇ ਜਿਨ੍ਹਾਂ ਨੇ ਇੱਕ ਨਗਰ ਕੀਰਤਨ ਅਸੀਂ ਪੁੱਗਤਾਇਆ ਸੀ ਬਹੁਤ ਵੱਡਾ ਨਗਰ ਕੀਰਤਨ ਸੀਗਾ ਤੇ ਪਰ ਇਹ ਆ ਵੀ ਟਾਈਮ ਟੂ ਟਾਈਮ ਉਹਦੇ ਨਾਲ ਨਾਲ ਫਿਰ ਅੱਗੇ ਅੱਗੇ ਜਿਹੜੇ ਸਟੈਪ ਜਿਹੜੇ ਨੇ ਉਹ ਨਵੇਂ ਨਵੇਂ ਮੋੜ ਆਂਦੇ ਰਹੇ ਉਦਾਂ ਹੀ ਮੈਂ ਮੰਚ ਦੇ ਨਾਲ ਜੁੜਿਆ 89 ਤੋਂ ਹਾਂਜੀ ਪੰਜੀ ਜੀ ਜੀ ਸੋਣਾ ਲੱਗਿਆ ਤੁਹਾਡੇ ਇਸ ਯਾਦ ਦੇ ਨਾਲ ਸਾਂਝ ਪਾਉਂਦਿਆਂ ਮੇਰਾ ਇੱਕ ਛੋਟਾ ਜਿਹਾ ਸਵਾਲ ਸੀ ਜਿਹੜਾ ਮੈਂ ਕਰਨ ਲੱਗੀ ਸੀ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਗੱਤਕਾ ਖੇਡਣਾ ਸ਼ੁਰੂ ਕੀਤਾ ਸਿੱਖਣਾ ਸ਼ੁਰੂ ਕੀਤਾ ਫਿਰ ਤੁਸੀਂ ਨੂੰ ਪ੍ਰੋਫੈਸ਼ਨਲੀ ਕਰਨ ਵੀ ਲੱਗ ਪਏ ਉਹਦੀ ਕੰਪੈਰੀਟਿਵਲੀ ਉਸ ਸਮੇਂ ਦੇ ਕੰਪੈਰੀਟਿਵਲੀ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਕੀ ਉਨੀ ਹੀ ਐਕਸਾਈਟਮੈਂਟ ਦੇ ਨਾਲ ਗੱਤਕੇ ਵੱਲ ਨੂੰ ਆਉਂਦੀ ਹੈ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਸ਼ੰਕੇ ਹੁੰਦੇ ਕਨਫਿਊਜ਼ਨਸ ਹੁੰਦੀਆਂ ਮਨ ਦੇ ਵਿੱਚ ਤੁਹਾਨੂੰ ਕੋਈ ਜਦੋਂ ਤੁਸੀਂ ਸਿਖਾਉਂਦੇ ਹੋ ਵਿਚਰਦੇ ਹੋ ਤੇ ਤੁਹਾਨੂੰ ਕਿੱਦਾਂ-ਕਿੱਦਾਂ ਦੇ ਕੁਐਸਚਨ ਜਿਹੜੇ ਨੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਪੁੱਛਦੀ ਹੈ ਕਿਉਂਕਿ ਬਾਹਰ ਪ੍ਰਵਾਸੀ ਹੋયા ਬੜੇ ਅਜੀਬ-ਜੀਬ ਸਵਾਲ ਬੱਚੇ ਪੁੱਛਦੇ ਨੇ ਕਿ ਤੁਹਾਨੂੰ ਵੀ ਇਸ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਪੁੱਛੇ ਜਾਂਦੇ ਆ ਤੇ ਜੇ ਪੁੱਛੇ ਜਾਂਦੇ ਆ ਤੇ ਕਿਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਪੁੱਛੇ ਜਾਂਦੇ ਨੇ ਅੱਜ ਕੱਲ੍ਹ ਬਿਲਕੁਲ ਜੀ ਜੇ ਆਪਾਂ ਗੱਲ ਕਰੀਏ ਉਦੋਂ ਦੀ ਉਦੋਂ ਸਾਡੇ ਇੱਕ ਸਾਡੇ ਅੰਦਰ ਇੱਕ ਲਲਕ ਹੁੰਦੀ ਸੀ ਕਿ ਅਸੀਂ ਸਿੱਖਣਾ ਅਸੀਂ ਇਸ ਚੀਜ਼ ਨੂੰ ਨਾਲ ਲੈ ਕੇ ਚੱਲਣਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੱਚੇ ਨੇ ਇੱਕ ਤਾਂ ਉਹਨਾਂ ਨੂੰ ਵੈਸੇ ਤਾਂ ਦੇਖੋ ਜਿਹੜੀਆਂ ਪੜਾਈਆਂ ਨੇ ਬਹੁਤ ਮੁਸ਼ਕਲ ਹੋ ਗਈਆਂ ਤੇ ਮਾਪੇ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਕੰਪੀਟੀਸ਼ਨਸ ਦੇ ਵਿੱਚ ਬੱਚੇ ਅੱਗੇ ਰਹਿਣ ਤੇ ਉਹ ਸਕੂਲ ਤੋਂ ਆਉਂਦੇ ਆ ਕਾ ਸਕੂਲ ਦਾ ਕੰਮ ਕਰਦੇ ਦੈਨ ਉਸ ਤੋਂ ਬਾਅਦ ਟਿਊਸ਼ਨਸ ਚਲੇ ਜਾਂਦੇ ਆ ਟਿਊਸ਼ਨਸ ਤੋਂ ਆ ਕੇ ਉਹਨਾਂ ਨੂੰ ਫਿਰ ਦੁਬਾਰਾ ਤੋਂ ਇੱਕ ਦੇ ਦਿੱਤਾ ਜਾਂਦਾ ਬੱਚਿਆਂ ਦੇ ਕੋਲ ਇਹਨਾਂ ਟਾਈਮ ਹੀ ਨਹੀਂ ਆ ਕਿ ਉਹ ਕਿਸੇ ਪਾਸੇ ਆ ਜਾ ਸਕਣ ਪਰ ਬਹੁਤੇ ਬੱਚੇ ਜਾਂ ਬਹੁਤੇ ਮਾਪਿਓ ਜਿਹੜੇ ਨੇ ਉਹ ਕਹਿੰਦੇ ਜੀ ਇਹ ਬੱਚੇ ਖੇਡਣਗੇ ਜੀ ਇਹਨਾਂ ਦੇ 7 ਵਜੇ ਕੀ ਜੀ ਇਹਨਾਂ ਦੇ ਛੋਟੀ ਵਜੇਗੀ ਜੀ ਤੇ ਮੈਂ ਕਹਾਂ ਜੀ ਗੱਲ ਇਹ ਆ ਵੀ ਜਦੋਂ ਬੱਚਾ ਇੱਕ ਤੁਰਨਾ ਸਿੱਖਦਾ ਤੇ ਤੁਰਨਾ ਸਿੱਖਦਾ ਤੇ ਉਹ ਗਿਰਦਾ ਇੱਕ ਵਾਰ ਡਿੱਗਿਆ ਦੋ ਵਾਰੀ ਡਿੱਗਿਆ ਚਾਰ ਵਾਰੀ ਡਿੱਗਿਆ ਫਿਰ ਉਹਦਾ ਬੈਲੈਂਸ ਬਣਦਾ ਫਿਰ ਹੌਲੀ ਹੌਲੀ ਚੱਲਣਾ ਸਿੱਖਦਾ ਸਹਾਰਾ ਲੈ ਕੇ ਚੱਲਦਾ ਮੈਂ ਕਹਿੰਦਾ ਜੀ ਇਹਦੇ ਚ ਵੀ ਇਦਾਂ ਹੀ ਆ ਥੋੜੀਆਂ ਬੋਤੇ ਸੱਟਾਂ ਵੱਜਦੀਆਂ ਹੁੰਦੀਆਂ ਨੇ ਪਰ ਜੇ ਤੁਸੀਂ ਬੱਚਿਆਂ ਨੂੰ ਮਜ਼ਬੂਤ ਕਰਨਾ ਹੈਗਾ ਇਹ ਦੇਖੋ ਇੱਕ ਗੇਮ ਹੈਗੀ ਆ ਇਹਦੇ ਨਾਲ ਤੁਹਾਡਾ ਸਰੀਰਕ ਔਰ ਮਾਨਸਿਕ ਤੌਰ ਦੇ ਉੱਤੇ ਤੁਸੀਂ ਬਹੁਤ ਮਜ਼ਬੂਤ ਹੁੰਨੇ ਹੋ ਤੇ ਉਹਨਾਂ ਨੂੰ ਉਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਹੁੰਦੇ ਨੇ ਇਹ ਜਿਹੜਾ ਤੁਸੀਂ ਕਿਰਪਾਨ ਕਿਉਂ ਖੇਡਣੀ ਆ ਅੱਜ ਕੱਲ ਤਾਂ ਇਹਨਾਂ ਦਾ ਯੁੱਗ ਨਹੀਂ ਹੈਗਾ ਤੇ ਇਹ ਹੀ ਕਿਉਂ ਖੇਡਣੀਆਂ ਨੇ ਪਰ ਇਹ ਆ ਵੀ ਜੇ ਅਸੀਂ ਉਹਨਾਂ ਨੂੰ ਸਮਝਾਣਾ ਕਿ ਜੇ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੁੜ ਕੇ ਰਾਵਾਂਗੇ ਤੇ ਸਾਡੀ ਅੱਗੇ ਆਉਣ ਵਾਲੀ ਪਨੀਰੀ ਔਰ ਸਾਡਾ ਜਿਹੜਾ ਇਹ ਵਿਰਾਸਤ ਜਿਹੜੀ ਹੈਗੀ ਸਾਡੀ ਬਚੀ ਰਹੇਗੀ ਔਰ ਸਾਡੀ ਇਹ ਗੁਰੂਆਂ ਦੀ ਕਿਰਪਾ ਹੈਗੀ ਵੈਸੇ ਤਾਂ ਖਤਮ ਹੋ ਹੀ ਨਹੀਂ ਸਕਦੀ ਸਾਡੀ ਜਿਹੜੀ ਮਾਲੋ ਇਹ ਚੀਜ਼ਾਂ ਮਿਲੀ ਹੈ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਸਾਡੇ ਸਿੱਖ ਵਿਰਸੇ ਦੇ ਨਾਲ ਜੋੜੀਆਂ ਨੇ ਇਹ ਇਹ ਕਦੇ ਖਤਮ ਨਹੀਂ ਹੋ ਸਕਦੀ ਕਿਉਂਕਿ ਇਹ ਰਹਿਮਤਾਂ ਉਸ ਅਕਾਲ ਪੁਰਖ ਦੀਆਂ ਨੇ ਜੀ ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖ ਲਓ ਕਿ ਹਰ ਮੁਲਕ ਦੇ ਵਿੱਚ ਸਾਡੇ ਗੱਤੀ ਅਖਾੜੇ ਹੈਗੇ ਨੇ ਜੀ ਜੀ ਬਿਲਕੁਲ ਹੈ ਗਿਆ ਇਹ ਬੜੀ ਦਰਸਤ ਦੀ ਗੱਲ ਫਰਮਾਈ ਔਰ ਡਾਕਟਰ ਗੁਰਦੇਵ ਸਿੰਘ ਫੁੱਲ ਬੜਾ ਸੋਹਣਾ ਲਿਖਦੇ ਨੇ ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸਤਲੀ ਤੇ ਰੱਖਣਾ ਜਾਣਦੇ ਆ ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸਤਲੀ ਤੇ ਰੱਖਣਾ ਜਾਣਦੇ ਆ ਤਤੀ ਤਵੀ ਤੇ ਬਹਿ ਕੇ ਗੀਤ ਗਾਈਏ ਆ ਰਹੇ ਹੇਠ ਵੀ ਜ਼ਿੰਦਗੀ ਮਾਨਦੇ ਆ ਰਹੇ ਹੇਠ ਵੀ ਜ਼ਿੰਦਗੀ ਮਾਨਦੇ ਸੋ ਇਹ ਤੇ ਸਾਨੂੰ ਅਸੀਂ ਵਰਸਾਏ ਹੋਏ ਆ ਐਕਚੁਅਲੀ ਤੇ ਜੇਕਰ ਅਸੀਂ ਇਹਨਾਂ ਖੇਡਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਹੱਥ ਪਾਈਏ ਤੇ ਪਰਮਾਤਮਾ ਜਿਹੜਾ ਬੜਾ ਹੀ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਉੱਤੇ ਇਸ ਤਰ੍ਹਾਂ ਦੀ ਛਾਂ ਕਰਦਾ ਹੈ ਕਿ ਜਿਹੜਾ ਸਾਨੂੰ ਦੇਖ ਰੇ ਹੁੰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਨੇ ਅਸੀਂ ਵੀ ਇਹ ਕਰ ਸਕਦੇ ਆ ਸਹੀ ਲੀਲਾ ਹੈ ਉਹਦੀ ਬਿਲਕੁਲ ਤੇ ਕਾਦਰ ਦੀ ਲੀਲਾ ਹੈਗੀ ਹੈ ਸਾਡੇ ਕੋਲ ਅੱਜ ਵੀ ਜਿਹੜਾ ਅਖਾੜਾ ਚੱਲਦਾ ਹੈਗਾ ਨਾ ਜੀ ਉਹ ਅਸੀਂ ਚਾਰਦਵਾਰੀ ਦੇ ਵਿੱਚ ਨਹੀਂ ਕਰਾਂਦੇ ਬੱਚਿਆਂ ਨੂੰ ਜੋ ਵੀ ਚੀਜ਼ ਸਿਖਾਣੇ ਆ ਅਸੀਂ ਅਸੀਂ ਖੁੱਲ੍ਹੇ ਡੁੱਲੇ ਪਾਰਕ ਦੇ ਵਿੱਚ ਸਿਖਾਣੇ ਆ ਸਾਡੇ ਘਰ ਦੇ ਬਿਲਕੁਲ ਪਿਛਲੇ ਪਾਸੇ ਗਰਾਊਂਡ ਹੈਗਾ ਜਿੱਥੇ ਅਖਾੜਾ ਲੱਗਦਾ ਜੀ ਤੇ ਉੱਥੇ ਬੱਚੇ ਆਟੋਮੈਟਿਕਲੀ ਜਿਹੜੇ ਹੈਗੇ ਨੇ ਬਹੁਤ ਸਾਰੇ ਹਿੰਦੂ ਪਰਿਵਾਰਾਂ ਚੋਂ ਬੱਚੇ ਵੀ ਆ ਜਾਂਦੇ ਆ ਉਹਨਾਂ ਨੂੰ ਅਸੀਂ ਕਹਿੰਨੇ ਆ ਵੀ ਅਸੀਂ ਕੇਸਾ ਧਾਰੀ ਬੱਚਿਆਂ ਨੂੰ ਸਿਖਾਉਨੇ ਆ ਤੇ ਉਹ ਕਈ ਬੱਚੇ ਇਹੋ ਜਿਹੇ ਨੇ ਕਿ ਜਿਨ੍ਹਾਂ ਨੇ ਸਿਰਾਂ ਦੇ ਉੱਤੇ ਫਿਰ ਉਹਨਾਂ ਨੇ ਕੇਸਕੀਆਂ ਸਜਾ ਲੈਣੀਆਂ ਨੇ ਪਟਕੇ ਬਾਲਣੇ ਨੇ ਵੀ ਅੱਜ ਤੋਂ ਬਾਅਦ ਅਸੀਂ ਕੇਸਕਤਲ ਨਹੀਂ ਕਰਾਵਾਂਗੇ ਤੇ ਸਾਨੂੰ ਜ਼ਰੂਰ ਸਿਖਾਓ ਤੇ ਸਾਡੇ ਨਾਲ ਇਦਾਂ ਬੱਚੇ ਬਹੁਤ ਜੁੜਦੇ ਨੇ ਜੀ ਔਰ ਤੁਹਾਨੂੰ ਲੱਗਦਾ ਹੈ ਕਿ ਜਦੋਂ ਆਂਦੇ ਨੇ ਇਹਨਾਂ ਹੋਸ ਨੂੰ ਲੈਂਦੇ ਨੇ ਕਿ ਅਸੀਂ ਕਦੀ ਕੇਸ ਕਤਲ ਨਹੀਂ ਕਰਾਵਾਂਗੇ ਪਰ ਜਦੋਂ ਸਮਾਜ ਦੇ ਵਿੱਚ ਵਿਚਰਦੇ ਨੇ ਤੇ ਤੁਸੀਂ ਕੁਝ ਇਸ ਤਰ੍ਹਾਂ ਦੇ ਚਿਹਰੇ ਦੇਖਦੇ ਹੋ ਕਿ ਜਿਨ੍ਹਾਂ ਨੇ ਕੇਸ ਕਤਲ ਕਰਾ ਲਏ ਹੁੰਦੇ ਆ ਕਿ ਕੁਝ ਇਸ ਤਰ੍ਹਾਂ ਦੇ ਵੀ ਦੇਖਦੇ ਹੋ ਕਿ ਜਿਹੜੇ ਮੇਨਟੇਨ ਕਰਕੇ ਚੱਲ ਰਹੇ ਹੁੰਦੇ ਆ ਜੀ 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 ਇਹ ਤਾਂ ਦੇਖੋ ਇਹ ਦੋਨੋਂ ਚੀਜ਼ਾਂ ਸਿੱਕੇ ਦੇ ਦੋ ਪਹਿਲੂ ਨੇ ਜੀ ਇਹ ਤਾਂ ਰਹਿਣੀ ਰਹਿਣੇ ਨੇ ਸਾਡੇ ਬਹੁਤ ਸਾਰੇ ਇਹੋ ਜਿਹੇ ਬੱਚੇ ਹੈਗੇ ਨੇ ਜਿਹੜੇ ਕਿ ਬਹੁਤ ਅੱਛੇ ਦਿਮਾਲੇ ਸਜਾਦੇ ਸੀ ਜਿਹੜੇ ਬਹੁਤ ਅੱਛੇ ਖਡਾਰੀ ਵੀ ਸੀਗੇ ਪਰ ਉਹ ਕਿਸੇ ਨਾ ਕਿਸੇ ਕਾਰਨਾ ਕਰਕੇ ਜਾਂ ਸਮਾਜ ਕਰਕੇ ਜਾਂ ਕੁਝ ਉਹਦੇ ਕਰਕੇ ਜਾਂ ਇਹ ਕਹਿ ਲਓ ਵੀ ਗੁਰੂ ਦੀਆਂ ਰਹਿਮਤਾਂ ਤੋਂ ਵਾਂਝੇ ਹੋ ਕੇ ਉਹ ਕੇਸ ਕਤਲ ਕਰਾ ਲੈਂਦੇ ਆ ਹਾਈ ਆਏ ਨੇ ਕਈ ਇਹੋ ਜਿਹੇ ਬੱਚੇ ਪਰ ਇਹ ਆ ਵੀ ਜਿਹੜੇ ਉਹ ਇਹੋ ਜਿਹੇ ਬੱਚੇ ਹੁੰਦੇ ਆ ਉਹ ਜ਼ਿਆਦਾਤਰ ਸਾਡੇ ਅੱਗੇ ਆਉਣ ਤੋਂ ਝਿਜਕਦੇ ਆ ਉਹ ਸਾਡੇ ਅੱਗੇ ਕਦੇ ਆਉਂਦੇ ਨਹੀਂ ਉਹ ਨਾਲ ਦੀ ਨਾਲ ਸਾਨੂੰ ਕਿਤੇ ਦੇਖ ਲੈਣਗੇ ਉਹ ਪਾਸਾ ਵੱਟ ਕੇ ਨਿਕਲ ਜਾਣਗੇ ਹਾਲਾਂਕਿ ਸਾਨੂੰ ਵੀ ਪਤਾ ਹੁੰਦਾ ਵੀ ਅਸੀਂ ਦੇਖ ਲਿਆ ਵੀ ਉਹ ਸਾਡੇ ਤੋਂ ਅੱਡਾ ਭੱਜ ਗਿਆ ਉਹ ਆਪਣੇ ਅੰਦਰ ਹੀ ਅੰਦਰ ਕਿਤੇ ਨਾ ਕਿਤੇ ਚੋਰ ਚੋਰ ਲੈ ਕੇ ਬੈਠੇ ਹੁੰਦੇ ਆ ਤੇ ਬਾਕੀ ਇਤਾਂ ਜੀ ਦੇਖੋ ਗੁਰੂ ਦੀਆਂ ਰਹਿਮਤਾਂ ਨੇ ਜਿਹਦੇ ਉੱਤੇ ਹੁੰਦੀਆਂ ਨੇ ਤੇ ਉਹ ਤੁਹਾਨੂੰ ਪਤਾ ਵੀ ਗੁੰਗੇ ਦੀ ਮਠਾਈ ਆ ਉਹ ਫਿਰ ਦੱਸ ਨਹੀਂ ਸਕਦਾ ਫਿਰ ਉਹ ਲੋਕੀਏ ਦੇਖਦੇ ਆ ਵੀ ਯਾਰ ਐਨਾ ਚਿਹਰਾ ਮੋਰਾ ਉਹਦਾ ਬਦਲੇ ਆ ਹਿੰਦੀ ਜੀ ਕਿਸੇ ਕਵੀ ਨੇ ਬੜਾ ਸੋਣਾ ਲਿਖਿਆ ਭਾਜੀ ਤੁਹਾਡੀਆਂ ਗੱਲਾਂ ਦੇ ਬੜਾ ਬਾਖੂਬੀ ਇਸ ਵਿਚਾਰ ਤੇ ਟੁਕਦਾ ਕਹਿੰਦਾ ਨਾਨਕ ਗੁਰੂ ਦੇ ਨੈਣਾ ਦੇ ਨੂਰ ਸਿੱਖਾ ਸਦਾ ਲਈ ਹੈ ਦੁਨੀਆ ਬਾਦ ਤੇਰੀ ਨਾਨਕ ਗੁਰੂ ਦੇ ਨੈਣਾਂ ਦੇ نور ਸਿੱਖਾ ਸਦਾ ਲਈ ਹੈ ਦੁਨੀਆਂ ਬਾਤ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ਨਾ ਘਬਰਾ ਨਾ ਘਬਰਾ ਪਚਾਲਾਂ ਨੂੰ ਵੇਖ ਕੇ ਤੂੰ ਨਾ ਘਬਰਾ ਪਚਾਲਾਂ ਨੂੰ ਵੇਖ ਕੇ ਤੂੰ ਹੋਣੀ ਕਦੇ ਨਿਸ਼ਾਨ ਬਰਬਾਦ ਤੇਰੀ ਨਾਨਕ ਗੁਰੂ ਦੇ ਨੈਣਾਂ ਦੇ نور ਸਿੱਖਾ ਸਦਾ ਲਈ ਹੈ ਦੁਨੀਆਂ ਬਾਤ ਤੇਰੀ ਸੋ ਸੋ ਗੁਰੂ ਪਾਤਸ਼ਾਹ ਨੇ ਉਹ ਤਾਂ ਉਹਨਾਂ ਦੀ ਆਪਣੀ ਲੀਲਾ ਤੇ ਆਪਣੀਆਂ ਵਰਦੀਆਂ ਨੇ ਜਿੰਨੂੰ ਦੇਣੀਆਂ ਉਹਨੂੰ ਹੀ ਦੇਣੀਆਂ ਔਰ ਹਾਂ ਇਥੇ ਜਿਸ ਤਰ੍ਹਾਂ ਇਥੇ ਅਸੀਂ ਦੇਖਦੇ ਆ ਕਿ ਪ੍ਰਵਾਸੀ ਹੋયા ਸਾਡੇ ਜਦੋਂ ਵੀਰ ਥੋੜੇ ਸੈਟਲ ਹੁੰਦੇ ਨੇ ਤੇ ਉਹਨਾਂ ਨੂੰ ਤਾਂ ਗੁੱਠਦੀ ਹੈ ਕਿ ਧਾਰਮਿਕ ਵਿਸੇ ਦੇ ਨਾਲ ਵੀ ਜੁੜਿਆ ਜਾਵੇ ਤੇ ਸੱਭਿਆਚਾਰਕ ਪੈੜਾਂ ਦੇ ਵਿਹਾਨੀ ਬਣਿਆ ਜਾਵੇ ਤੇ ਉਦੋਂ ਗੱਤਕਾ ਇੱਕ ਇਹੋ ਜਿਹਾ sport ਹੈ ਜਿਹੜੀ ਹਰ ਗੁਰਸੇਖ ਹਰ ਸਿੱਖ ਪਰਿਵਾਰ ਦੇ ਵਿੱਚ ਰਹਿੰਦੇ ਹੁਆ ਹਰ ਇੱਕ ਨੂੰ ਇੱਛਾ ਹੁੰਦੀ ਮੇਰਾ ਬੱਚਾ ਜ਼ਰੂਰ ਕਰੇ ਚਾਹੇ ਉਹ ਬੇਟੀ ਹੋਵੇ ਚਾਹੇ ਉਹ ਬੇਟਾ ਹੋਵੇ ਸੋ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਐ ਪਰ ਤਰਾਸ ਦੀ ਇਹ ਹੀ ਹੈ ਕਿ ਕੁਝ ਸਮੇਂ ਬਾਅਦ ਵੇਖੀਦਾ ਐ ਵੀ ਜਿਹੜੇ ਦਮਾਲੇ ਸਜਾ ਕੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਗਤਕਾ ਕਰਦੇ ਹੁੰਦੇ ਸੀ ਤੇ ਕੁਝ ਸਮੇਂ ਬਾਅਦ ਜਦੋਂ ਦੇਖੀ ਜਾ ਤੇ ਉਹਨਾਂ ਦੀਆਂ ਫੋਟੋਆਂ ਵੇਖ ਕੇ ਕਈ ਵਾਰ ਇਦਾਂ ਲੱਗ ਜਾਂਦਾ ਰੀਅਲੀ ਇਹਨਾਂ ਨੇ ਸਿੱਖਿਆ ਕੁਝ ਵੀ ਨਹੀਂ ਉਦੋਂ ਗੱਤਕਾ ਬਹੁਤ ਸੋਹਣਾ ਖੇਡਿਆ ਪਰ ਸਿੱਖਿਆ ਕੁਝ ਵੀ ਨਹੀਂ ਇਹ ਸਾਨੂੰ ਕਈ ਵਾਰੀ ਇਹ ਚੀਜ਼ਾਂ ਟੁੰਬਦੀਆਂ ਨੇ ਸੋ ਇਹ ਸ਼ਾਇਦ ਸੇਮ ਹੀ ਇਹ ਪੰਜਾਬ ਦੇ ਵਿੱਚ ਵੀ ਹੁੰਦਾ ਹੋਏਗਾ ਜੀ ਪੰਜਾਬ ਦੇ ਵਿੱਚ ਵੀ ਹੁੰਦਾ ਪਰ ਪੰਜਾਬ ਦੇ ਵਿੱਚ ਜ਼ਿਆਦਾ ਹੈਗਾ ਜੀ ਆਪਣੇ ਬਾਹਰਲੇ ਦੇਸ਼ਾਂ ਦੇ ਨਾਲ ਉਹ ਹੈ ਕਿ ਹੈ ਜੀ ਕਿ ਸਾਡੇ ਪੰਜਾਬੀਆਂ ਨੂੰ ਤਾਂ ਸ਼ਾਇਦ ਲੱਗਦਾ ਕਿ ਘਰ ਦੀ ਮੁਰਗੀ ਜਿਹੜੀ ਹੈਗੇ ਅਦਾਲ ਬਰਾਬਰ ਸਾਡੇ ਜਿਹੜੇ ਰੋਲ ਮਾਡਲਸ ਜਿਹੜੇ ਹੈਗੇ ਨੇ ਉਹ ਅੱਜ ਦੀ ਪੀੜ੍ਹੀ ਦੇ ਰੋਲ ਮਾਡਲ ਜਿਹੜੇ ਹੈਗੇ ਨੇ ਉਹ ਸਾਡੇ ਸਿੰਗਰ ਨੇ ਔਰ ਸਾਰੇ ਜਿੰਨੇ ਵੀ ਸਿੰਗਰ ਨੇ ਉਹ ਸਾਰੇ ਸਾਡੇ ਪੁੱਠੇ ਟਿੱਡੇ ਵਾਲਾਂ ਵਾਲੇ ਜਾਂ ਉਹ ਉਸ ਹੱਬ ਨਾਲ ਤਿਆਰ ਹੁੰਦੇ ਆ ਸਾਰਾ ਹੁੰਦੇ ਆ ਤੇ ਜਦੋਂ ਰੋਲ ਮਾਡਲ ਤੁਹਾਡੇ ਇਦਾਂ ਤੇ ਹੋਣ ਕਿ ਫਿਰ ਅਸਰ ਤਾਂ ਹੁੰਦੀ ਹੈ ਜੀ ਦੂਜੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਜੇ ਆਪਾਂ ਗੱਤਕੇ ਦੀ ਗੱਲ ਕਰਦੇ ਆ ਕਿ ਪਹਿਲਾਂ ਬੱਚੇ ਬਹੁਤ ਵਧੀਆ ਖੇਡਦੇ ਆ ਫਿਰ ਉਹ ਇਦਾਂ ਦੇ ਹੋ ਜਾਂਦੇ ਆ ਉਹਦਾ ਕਾਰਨ ਇਹ ਹੈ ਕਿ ਅਸੀਂ ਬਾਣੀ ਔਰ ਬਾਣੇ ਨੂੰ ਕਥਾ ਜੋੜ ਕੇ ਨਹੀਂ ਲੱਕੇ ਜਾਂਦੇ ਅਸੀਂ ਸਿਰਫ ਬਾਣੀ ਦੇ ਉੱਤੇ ਜ਼ੋਰ ਦੇ ਲੈਂਦੇ ਆ ਕਿ ਸਾਡੀ ਦਿੱਖ ਸੋਹਣੀ ਹੋਣੀ ਚਾਹੀਦੀ ਐ ਅਸੀਂ ਸੋਹਣੇ ਲੱਗੀਏ ਪਰ ਅੰਦਰ ਜਿਹੜਾ ਹੈਗਾ ਬਾਣੀ ਦਾ ਪ੍ਰਵਾਹ ਨਹੀਂ ਹੈਗਾ ਜੇ ਸਾਡੇ ਦੋਨੋਂ ਦੋਨੋਂ ਜਿਹੜੇ ਬੈਲੈਂਸ ਰੱਖ ਕੇ ਚੱਲਾਂਗੇ ਫਿਰ ਅਸੀਂ ਉਸ ਸਰੂਪ ਨੂੰ ਅਸੀਂ ਸਾਬਤ ਕਰਕੇ ਰੱਖਦੇ ਆ ਔਰ ਗੁਰੂ ਵੀ ਹਮੇਸ਼ਾ ਨਾਲ ਅੰਗ ਸੰਗ ਸਹਾਇ ਹੁੰਦਾ ਜੀ ਹਰ ਫੀਲਡ ਦੇ ਵਿੱਚ ਜਦੋਂ ਕਹਿੰਦੇ ਆ ਵੀ ਜਦੋਂ ਕੋਈ ਅਖਵਾਈਆਂ ਵੀ ਆਉਂਦੀਆਂ ਨੇ ਜਦੋਂ ਅਸੀਂ ਅਰਦਾਸ ਕਰਕੇ ਤੁਰਦੇ ਆ ਨਾ ਤੇ ਫਿਰ ਗੁਰੂ ਸਾਡੇ ਤੋਂ ਪਹਿਲਾਂ ਉਸ ਅਰਦਾਸ ਨੂੰ ਪ੍ਰਵਾਨ ਕਰਦੇ ਹੋਏ ਉਹ ਔਕੜਾਂ ਨੂੰ ਦੂਰ ਕਰਦਾ ਜੀ 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 ਬਿਲਕੁਲ ਉਹਤੇ ਪਰਮਾਤਮਾ ਦੀ ਨਦਰ ਜ਼ਰੂਰ ਨજર ਸਲੀਬ ਹੋਵੇ ਤਾਈਂ ਕੋਈ ਕੰਮ ਜਿਹੜਾ ਉਸਨੇ ਪਰੇ ਚੜਦਾ ਜਿਸ ਤਰ੍ਹਾਂ ਤੁਸੀਂ ਉਹਨੇ ਸਿੰਗਰਸ ਦੀ ਗੱਲ ਕੀਤੀ ਸੀ ਸੌਰੀ ਫॉर द ਕਾਲਰਸ ਕਾਲ ਲਾਈਨ ਦੇ ਤੇ ਵੇਟ ਤੇ ਚੱਲ ਰਹੇ ਨੇ ਪਰ ਇੱਕ ਛੋਟਾ ਜਿਹਾ ਹੋ ਰਿਹਾ ਹੈ ਡਿਸਕਸ਼ਨ ਦੇ ਵਿੱਚ ਸਵਾਲ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਤੁਸੀਂ ਉਹਨੇ ਗੱਲ ਕੀਤੀ ਵੀ ਸਿੰਗਰਸ ਜਿਹੜੇ ਨੇ ਉਹ ਕਦੀ ਵਾਲ ਉਹਨਾਂ ਨੇ ਕਦੀ ਐਵੇਂ ਕੀਤੇ ਜਾਂ ਜੋ ਵੀ ਨਵੇਂ ਸਟਾਈਲ ਉਹਨਾਂ ਨੇ ਬਣਾਏ ਹੋਏ ਨੇ ਜੀ ਜੀ ਤੁਸੀਂ ਇੰਡਸਟਰੀ ਚ ਜੁੜੇ ਹੋਏ ਹੋ ਇੰਡਸਟਰੀ ਦੇ ਨਾਲ ਬਹੁਤ ਸਮੇਂ ਤੋਂ ਤੁਹਾਨੂੰ ਲੱਗਦਾ ਹੈ ਕਿ ਇਹ ਮਨ ਦੇ ਵਿੱਚ ਹੀ ਆ ਜਾਂਦਾ ਹੈ ਕਿਤੇ ਕਿ ਸਾਡੀ ਜਿਹੜੀ ਜੋ ਸਾਨੂੰ ਜਿਸ ਤਰ੍ਹਾਂ ਕੋਈ Hindu ਧਰਮ ਚ ਜਨਮਿਆ ਕੋਈ Sikh ਧਰਮ ਚ ਜਨਮਿਆ ਕੋਈ ਮੁਸਲਮਾਨ ਹੈ ਕਿ ਇਹ ਸਾਡੇ ਮਨ ਦੇ ਵਿੱਚ ਹੀ ਆ ਜਾਂਦਾ ਹੈ ਕਿ ਸਾਨੂੰ ਵਾਲ ਕੱਟ ਲੈਣੇ ਚਾਹੀਦੇ ਹੈ ਤੇ ਨਵੇਂ-ਨਵੇਂ ਸਟਾਈਲ ਬਣਾ ਕੇ ਹਾਲੀਵੁੱਡ ਟਾਈਪ ਤੇ ਫਿਰ ਅਸੀਂ ਗਾਣਾ ਆਪਣਾ ਲਾਂਚ ਕਰੀਏ ਤੇ ਸਾਨੂੰ ਲੋਕ ਲਾਇਕ ਕਰਨਗੇ ਕਿ ਇਹ ਪਹਿਲੋਂ ਹੀ ਮਨ ਦੇ ਵਿੱਚ ਆ ਜਾਂਦਾ ਹੈ ਅ ਦੇਖੋ ਜੀ ਗੱਲ ਇਹ ਆ ਕਿ ਤਾਂ ਇਹ ਤਾਂ ਆਪਣੇ ਆਪ ਦੇ ਉੱਤੇ ਜੇ ਜਾਂ ਤਾਂ ਤੁਸੀਂ ਆਪਣੀਆਂ ਇੱਕ ਨਵੀਆਂ ਪੈੜਾਂ ਆਪਣੀਆਂ ਬਣਾ ਲਓ ਪਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਜੇ ਪੈੜ ਐਦਾਂ ਜਾ ਰਹੀ ਆ ਅਸੀਂ ਇਹਦੇ ਪਿੱਛੇ ਪਿੱਛੇ ਪੈਰ ਰੱਖ ਕੇ ਚੱਲ ਜਾਈਏ ਤੇ ਸਾਨੂੰ ਜਲਦੀ ਰਸਤਾ ਆਪਾਂ ਕਵਰ ਕਰ ਲਾਂਗੇ ਪਰ ਐਦਾਂ ਨਹੀਂ ਹੁੰਦਾ ਬਹੁਤ ਸਾਰੇ ਇਹੋ ਜਿਹੇ ਸਿੰਗਰ ਹੈਗੇ ਨੇ ਬਹੁਤ ਇਹੋ ਜਿਹੇ ਕਲਾਕਾਰ ਹੈਗੇ ਨੇ ਜਿਨ੍ਹਾਂ ਨੇ ਆਪਣੀਆਂ ਪੈੜਾਂ ਆਪ ਬਣਾਈਆਂ ਨੇ ਔਰ ਮਿਹਨਤਾਂ ਕਰਕੇ ਬਣਾਈਆਂ ਨੇ ਇਹ ਮੰਨਦੇ ਵਿੱਚ ਜ਼ਰੂਰ ਸਾਰਿਆਂ ਦੇ ਹੁੰਦਾ ਕਿ ਅਸੀਂ ਐਦਾਂ ਦੀ ਲੁੱਕ ਅਲੱਗ ਤੋਂ ਬਣਾ ਕੇ ਜਾਂ ਕੁਝ ਜਿਹੜੇ ਨਾ ਪ੍ਰੋਮੋਟਰ ਨੇ ਜਿਹੜੇ ਜਿਹੜੇ ਪੈਸਾ ਲਾ ਰਹੇ ਹੁੰਦੇ ਨੇ ਉਹ ਤੇ ਆਰਟਿਸਟ ਦੇ ਉੱਤੇ ਉਹ ਵੀ ਕਹਿ ਦਿੰਦੇ ਆ ਵੀ ਤੂੰ ਐਦਾਂ ਲੁੱਕ ਰੱਖ ਤੂੰ ਐਦਾਂ ਦੀ ਲੁੱਕ ਰੱਖ ਐਦਾਂ ਤੈਨੂੰ ਚੰਗੀ ਲੱਗੇਗੀ ਜਿਵੇਂ ਤੁਸੀਂ ਸਤਿੰਦਰ ਸਰਤਾਜ ਨੂੰ ਦੇਖਿਆ ਹੋਵੇਗਾ ਜਦੋਂ ਉਹਨੂੰ ਨਵੀਂ ਨਵੀਂ ਲੁੱਕ ਦਿੱਤੀ ਸੀ ਤੇ ਉੱਤੇ ਦਸਤਾਰ ਬਣ ਕੇ ਵਾਕਈ ਉਸ ਦੇ ਵਾਲ ਖੋਲ ਕੇ ਤੇ ਫਿਰ ਉਹਨੂੰ ਬਣਾਇਆ ਸੀ ਪਾਗ ਦੇ ਉੱਤੇ ਜੁਗਨੀ ਬਣੀ ਸੀ ਤੇ ਉਹ ਉਹ ਇੱਕ ਅਲੱਗ ਲੁੱਕ ਸੀਗੀ ਵੀ ਬਿਲਕੁਲ ਅਲੱਗ ਲੁੱਕ ਦਿਖਣੀ ਚਾਹੀਦੀ ਆ ਤੇ ਹੁਣ ਜੇ ਆਪਾਂ ਗੱਲ ਕਰਦੇ ਆਪਣੇ ਗਰੇਵਾਲ ਜੀ ਹੈਗੇ ਨੇ ਉਹ ਦੇਖੋ ਤੁਸੀਂ ਉਹ ਉਹਨਾਂ ਨੇ ਸਾਬ ਰੱਖੀ ਹੋਇਆ ਆਪਣਾ ਸਾਰਾ ਕੇਸਾਂ ਦਾੜੀ ਦੇ ਨਾਲ ਸਾਰਾ ਉਹ ਪਰਫਾਰਮ ਕਰਦੇ ਨੇ ਇਹ ਤਾਂ ਸਾਡੇ ਅਸੀਂ ਭੇਡਾਂ ਵਾਲੀ ਚਾਲ ਆ ਸਾਡੀ ਵੀ ਅਸੀਂ ਜਿੱਦ ਨੂੰ ਲੋਕੀ ਤੁਰੇ ਜਾ ਰਹੇ ਹੁੰਦੇ ਅਸੀਂ ਉਹਦੇ ਨੂੰ ਟੋੜ ਲੈਨੇ ਆ ਅਸੀਂ ਆਪਣੇ ਰਸਤੇ ਕਿਉਂਕਿ ਬਣਾਣੇ ਬਹੁਤ ਔਖੇ ਹੁੰਦੇ ਨੇ ਪਰ ਜਦੋਂ ਤੁਸੀਂ ਆਪਣੀ ਆਪਣੇ ਰਸਤਿਆਂ ਤੇ ਚੱਲ ਕੇ ਇੱਕ ਅਚੀਵਮੈਂਟ ਲੈਨੇਓ ਕਿਤੇ ਮੰਜ਼ਿਲ ਤੇ ਪਹੁੰਚਦੇ ਹੋ ਉਦੋਂ ਇੱਕ ਜਿਹੜੀ ਤੁਹਾਡੀ ਖੁਸ਼ੀ ਹੁੰਦੀ ਹੈ ਉਹ ਬਿਲਕੁਲ ਹੀ ਅਲੱਗ ਹੁੰਦੀ ਹੈ ਤੇ ਉਹਦਾ ਸਰੂਰ ਵੀ ਅਲੱਗ ਹੁੰਦਾ ਜੀ ਇਹਦੇ ਨਾਲ ਹੀ ਹੁਣੇ ਤੁਸੀਂ ਸਰਤਾਜ ਹੋਰਾਂ ਦੀ ਗੱਲ ਕੀਤੀ ਬੜੇ ਅੱਛੇ ਸ਼ਾਇਰ ਵੀ ਨੇ ਪਰਫਾਰਮਰ ਵੀ ਨੇ ਕਿ ਤੁਹਾਨੂੰ ਜਦੋਂ ਉਹਨਾਂ ਦੀ ਉਹ ਲੁੱਕ ਆਈ ਸੀਗੀ ਕਿ ਵਾਲ ਬਾਹਰ ਕੱਢ ਕੇ ਤੇ ਉੱਤੇ ਦਸਤਾਰ ਸਜਾ ਲਈ ਤੁਸੀਂ ਉਦੋਂ ਉਸ ਚੀਜ਼ ਨੂੰ ਕਿਸ ਤਰ੍ਹਾਂ ਬਿਆਨਿਆ ਕਿਦਾਂ ਸੋਚਿਆ ਸੀ ਆਪਣੇ ਮਨ ਚ ਕਿਵੇਂ ਚਿਤਵਿਆ ਸੀ ਕਿ ਇਹ ਏ ਠੀਕ ਹੈ ਦੇਖੋ ਗੱਲ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਪ੍ਰੋਮੋਟਰਸ ਨੇ ਉਹਨਾਂ ਨੇ ਤਾਂ ਆਪਣਾ ਉਹਨਾਂ ਨੂੰ ਕੈਸ਼ ਕਰਨ ਦੀ ਹੁੰਦੀ ਹੈ ਕਿ ਅਸੀਂ ਸਿੰਗਰ ਨੂੰ ਕਿਸ ਤਰ੍ਹਾਂ ਦੀ ਲੁੱਕ ਦੇ ਕੇ ਕਿਉਂਕਿ ਉਹਨਾਂ ਦਾ ਜ਼ਿਆਦਾ ਜ਼ੋਰ ਲੱਗਦਾ ਕਿ ਸਿੰਗਰ ਦੀ ਜਿਹੜੀ ਲੋਕਾ ਬਿਲਕੁਲ ਅਲੱਗ ਹੋਣੀ ਚਾਹੀਦੀ ਹੈ ਤੇ ਉਹ 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 ਇਹ ਚੀਜ਼ ਨਹੀਂ ਦੇਖਦੇ ਕਿ ਅੱਗੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਉੱਤੇ ਇਸ ਚੀਜ਼ ਦਾ ਕੀ ਅਸਰ ਪਏਗਾ ਉਹ ਤਾਂ ਬਾਅਦ ਦੇ ਵਿੱਚ ਜਦੋਂ 5 ਸਾਲ 10 ਸਾਲ ਬਾਅਦ ਕਿਤੇ ਉਹਨਾਂ ਨੂੰ ਗੁਰੂ ਮਿਹਰ ਕਰਦਾ ਤੇ ਫਿਰ ਉਹਨੂੰ ਲੱਗਦਾ ਯਾਰ ਵੀ ਅਸੀਂ ਐਦਾਂ ਕਰਕੇ ਗਲਤ ਕੀਤਾ ਸੀ ਤੇ ਬਾਕੀ ਜਦੋਂ ਪ੍ਰੋਫੈਸ਼ਨ ਦੇ ਵਿੱਚ ਹੁੰਨੇ ਜੀ ਫਿਰ ਉਹ ਕਹਿੰਦੇ ਵੀ ਪਿਆਰ ਤੇ ਜੰਗ 'ਚ ਜਾਇਜ਼ ਆ ਸਾਰਾ ਕੁਝ ਇਹ ਕਰੀ ਜਾਂਦੇ ਨਹੀਂ ਠੀਕ ਹੈ ਜੀ ਮੈਂ ਕਈ ਵਾਰੀ ਸੋਚਦੀ ਹੁੰਦੀ ਹੁੰਦੀ ਆ ਮੈਨੂੰ ਬੜਾ اچھا ਮੌਕਾ ਮਿਲਿਆ ਅੱਜ ਤਾਂ ਨਾ ਲਿਆ ਸਵਾਜਿਵਾਬ ਕਰੰਦਾ ਸੌਰੀ ਫॉर द ਕਾਲਰਸ ਮੈਂ ਉਹਨੇ ਕਾਲ ਲਾਈਨ ਤੇ ਲੈਨੇ ਆ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਪ੍ਰੋਮੋਟਰਸ ਜਿਹੜੇ ਨੇ ਉਹ ਇਫ ਉਹ ਜੀ ਸਿਚੁਏਸ਼ਨਸ ਕ੍ਰੀਏਟ ਕਰ ਦਿੰਦੇ ਆ ਕਿ ਇਹ ਤੈਨੂੰ ਇਹ ਲੁੱਕ ਦੇ ਵਿੱਚ ਆਣਾ ਚਾਹੀਦਾ ਜਾਂ ਤੂੰ ਇਸ ਤਰ੍ਹਾਂ ਠੀਕ ਲੱਗੇਗਾ ਹੁਣ ਜਿਸ ਲੈਵਲ ਤੇ ਸਤਾਜ ਹੋ ਰਹੀ ਪਹੁੰਚ ਗਿਆ ਹੈ ਜਾਂ ਜਿਸ ਲੈਵਲ ਤੇ ਕਈ ਸਿੰਗਰਸ ਪਹੁੰਚ ਗਏ ਹੋਇਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਪ੍ਰੋਮੋਟਰਸ ਉਹਨਾਂ ਤੇ ਜ਼ਿਆਦਾ ਹਾਵੀ ਹੋ ਜਾਂਦੇ ਆ ਕਿ ਉਹਨਾਂ ਦੇ ਮਨ ਦੇ ਵਿੱਚ ਹੀ ਆ ਗਿਆ ਹੁੰਦਾ ਹੈ ਕਿ ਯੈਸ ਵੀ ਨੀਡ ਟੂ ਡੂ ਸਮਥਿੰਗ ਯੂਨੀਕ ਔਨ ਆਰ ਲੁਕਸ ਤਾਂ ਹੀ ਸਾਡੀ ਕਦਰ ਪਏਗੀ ਨਹੀਂ ਹੁਣ ਦੇਖੋ ਉਦੋਂ ਉਦੋਂ ਹੋਇਆ ਸੀ ਪਰ ਉਸ ਤੋਂ ਬਾਅਦ ਸਰਤਾਜ ਨੇ ਉਹ ਸਟਾਈਲ ਛੱਡ ਦਿੱਤਾ ਸੀ ਹੁਣ ਨੋਰਮਲ ਸਿੰਪਲ ਪੱਗ ਬੰਨ ਕੇ ਉਹ ਪਰਫਾਰਮ ਕਰਦੇ ਆ ਜਿੱਥੇ ਵੀ ਕਰਦੇ ਨੇ ਔਰ ਅ اچھا ਬਹੁਤ ਅچھے ਸ਼ਾਇਰ ਵੀ ਨੇ ਔਰ ਉਹਨਾਂ ਦੀ ਆਵਾਜ਼ ਵੀ ਬਹੁਤ ਸੁਰੇਲੀ ਆ ਬਹੁਤ ਅੱਛਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੋਈ ਔਰ ਹੁਣ ਉਹ ਪੂਰੀ ਪ੍ਰੋਪਰ ਦਸਤਾਰ ਬੰਨ ਕੇ ਉਹਨੂੰ ਪਰਫਾਰਮ ਕਰਦੇ ਨੇ ਤੇ ਗੱਲ ਇਹ ਹੈ ਜੀ ਕਿ ਕਿਤੇ ਨਾ ਕਿਤੇ ਹੁੰਦਾ ਤਾਂ ਹੈ ਬਟ ਉਹ ਇੱਕ ਨਾ ਲੁੱਕ ਉਹਨਾਂ ਦੀ ਬਣ ਜਾਂਦੀ ਆ ਪਰ ਉਹ ਉਸ ਲੁੱਕ ਨੂੰ ਚੇਂਜ ਕਰਨ ਤੋਂ ਡਰਦੇ ਨੇ ਹੁਣ ਜੇ ਆਪਾਂ ਲਈਏ ਕਿ ਆਪਣੇ ਇੱਕ ਸਿੰਗਰ ਸੀ ਉਹਨਾਂ ਨੇ ਆਪਣਾ ਲੁੱਕ ਚੇਂਜ ਕਰ ਲਈ ਸੀ ਅਮਰਤਾਰੀ ਹੋ ਗਈ ਸੀ ਫਿਰ ਉਹਨਾਂ ਨੇ ਸਾਰਾ ਕੁਝ त्याਗ ਦਿੱਤਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਉਹਨਾਂ ਦੇ profession ਦੇ ਉੱਤੇ ਇਹ ਚੀਜ਼ ਹਾਵੀ ਹੋ ਰਹੀ ਹੈ ਤੇ ਉਹਨਾਂ ਨੂੰ ਇੱਕ ਗੁਰੂ ਦੇ ਉੱਤੇ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਸੀਗਾ ਤੇ ਉਸ ਲੁੱਕ ਦੇ ਨਾਲ ਵੀ ਉਹਨਾਂ ਨੂੰ ਬਹੁਤ ਕੁਝ ਮਿਲਣਾ ਸੀਗਾ ਤੇ ਬਾਕੀ ਹਰੇਕ ਦੀ ਆਪਣੀ ਆਪਣੀ ਸੋਚ ਹੈਗੀ ਆ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਜਦੋਂ ਕਹਿੰਦੇ ਵੀ ਗੁਰੂ ਮਤ ਮਾਰਦਾ ਨਾ ਤੇ ਉੱਪਰਲੀ ਸਿਖਰ ਤੋਂ ਪੁੱਠਾ ਕਰਕੇ ਸਿੱਧਾ ਮਤਲਬ ਪੁੱਠਾ ਕਰਕੇ ਨਾ ਥੱਲੇ ਸੁੱਟ ਦਿੰਦਾ ਤੇ ਕੁਝ ਨਹੀਂ ਕਹਿ ਸਕਦੇ ਜੇ ਇਸੇ ਕਰਕੇ ਆਪਾਂ ਅਰਦਾਸ ਕਰਦੇ ਆਂ ਵੀ ਮਾਨੀਵਾ ਮਤ ਉੱਚੀ ਆਪਾਂ ਰੋਜ਼ ਅਰਦਾਸ ਕਰਦੇ ਆਂ ਜੀ ਕਿ ਹਾਂ ਬਿਲਕੁਲ ਨਾ ਭਾਜੀ ਪ੍ਰੋਗਰਾਮ ਦਾ ਨਾਮ ਹੈ ਈ ਸੁਨੇਹੇ ਤੇ ਇਹਦੇ ਵਿੱਚ ਇੱਕ ਸੁਨੇਹਾ ਜੇਕਰ ਤੁਸੀਂ ਪ੍ਰਮੋਟਰਸ ਦੇ ਨਾਮ ਲਾਓ ਇੱਕ ਛੋਟਾ ਜਿਹਾ ਸੁਨੇਹਾ ਜਿਹੜੇ ਸਾਡੇ ਨਾਲ ਇਸ ਵਕਤ ਸੁਰੁੱਤੇ ਜੁੜੇ ਹੋਏ ਨੇ ਕੋਈ ਪ੍ਰਮੋਟਰਸ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਅ ਮੇਰਾ ਸੁਨੇਹਾ ਇਹ ਹੀ ਹੈ ਜੀ ਕਿ ਪ੍ਰਮੋਟਰਸ ਕਿਉਂਕਿ ਉਹਨਾਂ ਨੇ ਪੈਸਾ ਲਾਣਾ ਹੁੰਦਾ ਤੇ ਉਹਨਾਂ ਨੇ ਇਹ ਵੀ ਹੁੰਦਾ ਕਿ ਉਹਨਾਂ ਨੂੰ ਉਹਦੀ ਰਿਟਰਨ ਕਿਵੇਂ ਮਿਲੇ ਅ ਔਰ ਉਸ ਦੇ ਲਈ ਆਪਾਂ ਸਿੱਧੇ ਰਸਤੇ ਸਾਡੇ ਕੋਲ ਬਹੁਤ ਨੇ ਕਿ ਅਸੀਂ ਉਹਨਾਂ ਨੂੰ ਪ੍ਰਮੋਟ ਕਰੀਏ ਸਿੰਗਰਜ਼ ਨੂੰ ਕਿਉਂਕਿ ਅਸੀਂ ਆਪਣੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈਗੀ ਆ ਉਹਨੂੰ ਅਸੀਂ ਕੁਛ ਨਾ ਕੁਛ ਦੇ ਕੇ ਜਾਈਏ ਉਹਨੂੰ ਅਸੀਂ ਬਗਾਰੀਏ ਨਾ ਤੇ ਅਸੀਂ ਉਹਨੂੰ ਇੱਕ ਸਿੱਧਾ ਰਸਤਾ ਦੇਈਏ ਕਿਉਂਕਿ ਜਿਹੜੀ ਸਾਡੀ ਜਿਹੜੇ ਸਾਡੇ ਨੌਜਵਾਨ ਨੇ ਉਹ ਅੱਜ ਦੀ ਡੇਟ ਦੇ ਵਿੱਚ ਟੀਵੀ ਦੇ ਉੱਤੇ ਫੋਨ ਦੇ ਉੱਤੇ ਸੋਸ਼ਲ ਮੀਡੀਆ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ ਔਰ ਉਹਨਾਂ ਨੂੰ ਜਿਵੇਂ ਹੁਣ ਆਪਾਂ ਲਾਣੇ ਆ ਕਿ ਅੱਜ ਦੇ ਨੌਜਵਾਨ ਸੀਦੂ ਮੁਸੇਵਾਲੀ ਤੇ ਔਰ ਇਹਨਾਂ ਦੀ ਲੜਾਈ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਦੇ ਜਦੋਂ ਅਸੀਂ ਕਮੈਂਟਸ ਦੇਖਦੇ ਆ ਉਹ ਕਰਦੇ ਆ ਲੋਕੀ ਉਹਨਾਂ ਪਿੱਛੇ ਲੜੀ ਜਾ ਰਹੇ ਨੇ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਸਾਡੀ ਬੇਰੁਜ਼ਗਾਰੀ ਕਿਵੇਂ ਖਤਮ ਹੋਣੀ ਹੈ ਅਸੀਂ ਆਪਣੇ ਰੁਜ਼ਗਾਰ ਬਾਰੇ ਕਿਵੇਂ ਸੋਚਣਾ ਅਸੀਂ ਆਪਣੇ ਖੇਤੀਬਾੜੀ ਬਾਰੇ ਕਿਵੇਂ ਸੋਚਣਾ ਵੀ ਘਰਾਂ ਦੇ ਅਸੀਂ ਕੰਮ ਸਾਰੇ ਛੱਡ ਕੇ ਧੰਦੇ ਛੱਡ ਕੇ ਅਸੀਂ ਇਦਾਂ ਲੱਗੇ ਹੋਏ ਆ ਤੇ ਕਿਉਂਕਿ ਉਹਨਾਂ ਨੂੰ ਤਾਂ ਸਿੰਗਲ ਨੂੰ ਤਾਂ ਪੈਸਾ ਜਾ ਹੀ ਰਿਹਾ ਉਹ ਜਿਵੇਂ ਮਰਜੀ ਲੜੀ ਜਾਣ ਜਿੰਨਾ ਮਰਜੀ ਸੋਸ਼ਲ ਮੀਡੀਆ ਦੇ ਉੱਤੇ ਲੜੀ ਜਾਣ ਤੇ ਉਹਨਾਂ ਨੂੰ ਪੈਸਾ ਬਣ ਰਿਹਾ ਜਿੰਨਾ ਲੋਕ ਬੱਚੇ ਲੜਦੇ ਨੇ ਉਹਨਾਂ ਨੂੰ ਪੈ ਔਰ ਮੇਰਾ ਸੁਨੇਹਾ ਇਹੀ ਹੈਗਾ ਜੀ ਵੀ ਤੁਸੀਂ ਅੱਜ ਦੀ ਨੌਜਵਾਨ ਜਿਹੜੀ ਨਵੀਂ ਪੀੜੀ ਹੈਗੀ ਆ ਨਵੀਂ ਪਨੀਰੀ ਜਿਹੜੀ ਹੈਗੀ ਆ ਉਹਨੂੰ ਇੱਕ ਵਧੀਆ ਢੰਗ ਦੇ ਨਾਲ ਸਿੰਜੋ ਜਿਵੇਂ ਆਪਾਂ ਗੱਲ ਕਰਦੇ ਆ ਕਿ ਜੇ ਅਸੀਂ ਫਸਲ ਬੀਜਦੇ ਆ ਤੇ ਅਸੀਂ ਕਹਿੰਦੇ ਆ ਵੀ ਤੁਸੀਂ ਜਿਹੜੇ ਹੈਗੇ ਨੇ ਸਾਡੇ ਪੁਰਾਣੇ ਜਿਹੜੇ ਅਸੀਂ ਖਾਦਾਂ ਯੂਜ਼ ਕਰਦੇ ਸੀ ਵੀ ਅਸੀਂ ਯੂਰੀਆ ਨਾ ਪਾਈਏ ਇੱਕਦਮ ਵੱਡਾ ਨਾ ਕਰੀਏ ਉਹਨੂੰ ਕਿਉਂਕਿ ਉਹਦਾ ਜਿਹੜਾ ਬੁਰਾ ਅਸਰ ਸੇਤ ਨੂੰ ਪੈਂਦਾ ਤੇ ਐਦਾਂ ਹੀ ਆ ਕਿ ਜੇ ਤੁਸੀਂ ਅੱਜ ਦੀ ਨਵੀਂ ਪੀੜੀ ਬਚਾਣੀ ਹੈ ਤੇ ਉਹਨੂੰ ਇੱਕ ਵਧੀਆ ਅੱਛਾ ਤੇ ਤੰਦਰੁਸਤ ਜਿਹੜਾ ਹੈਗਾ ਉਹ ਆਪਾਂ ਸੰਗੀਤ ਔਰ ਤੰਦਰੁਸਤ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਪਰੋਸੀਏ ਤੇ ਜਿਹਦੇ ਜਿਹਦੇ ਨਾਲ ਉਹਨਾਂ ਦੀ ਸੋਚ ਉਹਨਾਂ ਦਾ ਦਿਲ ਦਿਮਾਗ ਜਿਹੜਾ ਹੈਗਾ ਉਹ ਡਿਵੈਲਪ ਹੋਵੇ ਨੌਜਵਾਨਾਂ ਨੂੰ ਸੇਧ ਦੇਣ ਲਈ ਕੰਮ ਕਰੀਏ ਅਸੀਂ ਜੀ 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 ਅਸੀਂ ਜੀ ਜੀ ਕਿਉਂਕਿ ਕਿਉਂਕਿ ਅੱਜ ਦੇ ਪ੍ਰੋਮੋਟਰ ਜਿਹੜੇ ਨੇ ਨਾ ਉਹ ਦੇਖਦੇ ਆ ਵੀ ਹਥਿਆਰਾਂ ਵਾਲਾ ਚੱਲ ਰਿਹਾ ਚਲੋ ਜੀ ਸਾਰੇ ਆਪਾਂ ਇਦਾਂ ਦੇ ਗਾਣੇ ਲਾਵਾਂਗੇ ਹਥਿਆਰਾਂ ਵਾਲੇ ਉਹ ਬੱਚਿਆਂ ਨੂੰ ਅਟਰੈਕਟ ਕਰਦੇ ਆ ਹਥਿਆਰਾਂ ਵਾਲੇ ਹਥਿਆਰ ਚੱਕ ਲਓ ਜੀ ਅਦਾ ਕਰ ਲਓ ਪਿੱਛੇ ਜੇ ਮੈਂ ਤੁਹਾਨੂੰ ਇੱਕ ਦੱਸਦਾ ਸੱਚੀ ਕਹਾਣੀ ਹੈ ਜੀ ਮੇਰੇ ਕੋਲ ਮੇਰੇ ਇੱਕ ਫਰੈਂਡ ਆਏ ਮੈਂ ਜੌਬ ਤੇ ਬੈਠਾ ਸੀ ਤੇ ਮੇਰੇ ਕੋਲ ਆਏ ਤੇ ਮੈਨੂੰ ਕਹਿੰਦੇ ਵੀ ਮੇਰੇ ਬੇਟੇ ਨੇ ਨਾ ਬਹੁਤ ਵਧੀਆ ਇੱਕ ਗਾਣਾ ਕੀਤਾ ਹੈਗਾ ਤੁਸੀਂ ਦੇਖੋ ਤੇ ਉਹਨਾਂ ਨੇ ਮੈਨੂੰ ਫੋਨ ਖੋਲ ਕੇ ਦਿਖਾਇਆ ਤੇ ਉਹ ਜਦੋਂ ਉਹ ਬੱਚੇ ਮਤਲਬ ਜਿਹੜੇ ਕਿ 8ਵੀਂ 9ਵੀਂ ਦੇ ਬੱਚੇ ਸੀਗੇ ਤੇ ਉਹਨਾਂ ਨੇ 5-6 ਬੱਚਿਆਂ ਨੇ ਉਹ ਗਾਣਾ ਬਣਾਇਆ ਸੀਗਾ ਤੇ ਉਹਦੇ ਨਾਲ ਕੀ ਹੋਇਆ ਕਿ ਉਹ ਗਾਣੇ ਦੇ ਨਾਲ ਜਦੋਂ ਮੈਂ ਦੇਖਿਆ ਤੇ ਉਹਦੇ ਚ ਉਹਨਾਂ ਨੇ ਦਿਖਾਇਆ ਕਿ ਪਹਿਲਾਂ ਉਹਨਾਂ ਨੇ بیسਬਾਲ بیس ਬੈਟ ਰੱਖਿਆ ਹੋਇਆ ਸੀਗਾ بیسਬਾਲ ਵਾਲਾ ਉਹਦੇ ਉੱਤੇ ਲਿਖਿਆ ਹੋਇਆ ਗੈਂਗਸਟਰ ਜੀ ਤੇ ਉਹ ਉਥੋਂ ਦੀ ਉਹਨਾਂ ਨੇ ਚੱਕ ਕੇ ਕੈਮਰਾ ਟਿਲਡ ਅਪ ਕਰਦੇ ਆ ਉਹ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਰਦੇ ਆ ਫਿਰ ਉਹ ਤੁਰੇ ਆ ਰਹੇ ਆ ਕਾਲਰ ਚੱਕੇ ਹੋਏ ਨੇ ਮਤਲਬ ਗੁੰਡਾ ਸਟਾਈਲ ਜਿਵੇਂ ਹੁੰਦਾ ਤੇ ਉਹ ਇੱਕ ਜਣਾ ਦੂਜੇ ਨਾਲ ਛੇੜਦਾ ਫਿਰ ਉਹ ਨੀਚੋਂ ਦੀ ਵਿੱਚੋਂ ਰਿਵਾਲਵਰ ਕੱਢਦਾ ਫਿਰ ਉਹ ਗੋਲੀ ਮਾਰਦਾ ਫਿਰ ਉਹਨੂੰ ਖਿੱਚ ਕੇ ਲੈ ਕੇ ਜਾਂਦੇ ਆ ਉਹ ਐਦਾਂ ਜੀ ਕਰਕੇ ਸਾਰਾ ਸੀਗਾ ਤੇ ਮੈਂ ਉਹਨੂੰ ਮੈਂ ਆਪਣੇ ਫਰੈਂਡ ਨੂੰ ਕਿਹਾ ਮੈਂ ਕਿਹਾ ਦੇਖੋ ਇਹ ਇਹ ਜਿਹੜੇ ਬੱਚੇ ਸਾਰਾ ਕੁਝ ਦੇਖ ਰਹੇ ਨੇ ਉਹਨਾਂ ਦੇ ਉੱਤੇ ਇਹ ਅਸਰ ਹੋ ਰਿਹਾ 8ਵੀਂ 9ਵੀਂ ਦੇ ਬੱਚੇ ਨੂੰ ਨਹੀਂ ਪਤਾ ਕਿ ਗੈਂਗਸਟਰ ਕੀ ਆ ਮੈਂ ਕਿਹਾ ਤੁਸੀਂ ਆਪਣੇ ਬੱਚੇ ਨੂੰ ਦੱਸੋ ਵੀ ਗੈਂਗਸਟਰ ਹੁੰਦਾ ਕੀ ਆ ਗੈਂਗਸਟਰ ਦੀ ਲਾਈਫ ਕਿੰਨੀ ਆ ਜੇ ਗੈਂਗਸਟਰ ਉਹ ਵੀ 20 ਸਾਲ ਦਾ ਗੈਂਗਸਟਰ ਬਣਦਾ ਤਾਂ 25 ਸਾਲ ਦਾ ਮਰ ਚੁੱਕਿਆ ਹੁੰਦਾ ਉਹ ਕਾਗਜ਼ਾਂ ਤੋਂ ਨਿਕਲ ਚੁੱਕਿਆ ਹੁੰਦਾ ਬੱਚਿਆਂ ਨੂੰ ਇੱਕ ਅੱਛੀ ਅੱਛੀ ਪੈੜ ਦੀ ਏ ਇੱਕ ਅੱਛੀ ਵਿਰਾਸਤ ਦੀ ਏ ਆਪਾਂ ਕਿ ਸਾਡੇ ਵਿਰਸੇ ਵਿਰਾਸਤ ਦੇ ਨਾਲ ਜੁੜੇ ਰਹਿਣ ਤੇ ਕਿਉਂਕਿ ਸਾਨੂੰ ਬੱਚੇ ਇਹ ਨਾ ਕਹਿਣ ਕਿ ਤੁਸੀਂ ਸਾਡੇ ਲਈ ਵਿਰਚ ਵਿੱਚ ਕੀ ਛੱਡ ਕੇ ਗਏ ਹੋ ਜੋ ਤੁਸੀਂ ਛੱਡ ਗਏ ਸੀ ਅਸੀਂ ਉਹ ਅੱਗੇ ਫਰੋਸ ਹੋਏ ਜੀ ਬਿਲਕੁਲ ਬਿਲਕੁਲ ਐਗਜ਼ੈਕਟਲੀ ਬਹੁਤ ਸੁਣੀ ਗੱਲ ਕੀਤੀ ਕਹਿੰਦੇ ਵਿਜੇ ਵਿਵੇਕ ਲਿਖਦੇ ਆ ਨਾ ਕਹਿੰਦੇ ਯਾਰੋ ਹਵਾ ਤਾਂ ਮੇਥੋਂ ਪਾਸੇ ਦੀ ਜਾ ਰਹੀ ਏ ਯਾਰੋ ਹਵਾ ਤਾਂ ਮੇਥੋਂ ਪਾਸੇ ਦੀ ਜਾ ਰਹੀ ਏ ਮੇਰੀ ਤੜਪ ਵੀ ਮੇਰੇ ਪੱਤੇ ਹਿਲਾ ਰਹੀ ਏ ਬਿਲਕੁਲ ਜੀ ਬਿਲਕੁਲ ਜੀ ਇਸ ਤੋਂ ਨਾ ਡਰ ਏ ਰੂਹ ਹੈ ਮੋਏ ਸਾਜੰਦਿਆਂ ਦੀ ਇਸ ਤੋਂ ਨਾ ਡਰ ਏ ਰੂਹ ਹੈ ਮੋਏ ਸਾਜੰਦਿਆਂ ਦੀ ਸੁੱਤੀ 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 ਸਿਤਾਰ ਚੋਂ ਜੋ ਤਰਜ਼ਾ ਜਗਾ ਰਹੀ ਹੈ। ਕੀ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ। ਸੋਇਤ ਐ ਸਿਚੁਏਸ਼ਨ ਬਣੀ ਹੋਈ ਹੈ ਤੇ ਅਸੀਂ ਪਹਿਲੇ ਕਾਲਰ ਜੋੜਦੇ ਹਾਂ ਤੁਹਾਡੇ ਨਾਲ ਅੱਜ ਵੇਖਦੇ ਹਾਂ ਕਿ ਸੁਨੇਹਾ ਲੈ ਕੇ ਆਇਆ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਮੈਂ ਹਰਲੀਨ ਬੋਲ ਰਹੀ ਹਾਂ। ਸਤਿ ਸ਼੍ਰੀ ਅਕਾਲ ਹਰਲੀਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂ ਜੀ ਸਤਿ ਸ਼੍ਰੀ ਅਕਾਲ ਤੇ ਸਰਦਾ ਵੀ ਸਤਿ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਰ ਜੀ ਸਤਿ ਸ਼੍ਰੀ ਅਕਾਲ ਜੀ ਮਸਿਸਟੈਂਟ ਆਡੀ ਸੁਣ ਰਹੀ ਸੀ ਕਿ ਜਦੋਂ ਮੈਂ ਲਾਈਨ ਤੇ ਸੀ ਤੇ ਇਹੋ ਜਿਹਾ ਮੈਂ ਵੀ ਤੁਹਾਨੂੰ ਇੱਕ ਇਨਸੀਡੈਂਟ ਪਹਿਲਾਂ ਦੱਸਣਾ ਚਾਹਵਾਂਗੀ ਕਿ ਇੱਕ ਬੱਚਾ ਮੇਰੀ ਫਰੈਂਡ ਦਾ ਆਪਣਾ ਬ੍ਰਦਰ ਰੀਅਲ ਬ੍ਰਦਰ ਉਹ 6 ਸਾਲ ਬਰੂ ਸਾਹਿਬ ਅਕੈਡਮੀ ਦੇ ਵਿੱਚ ਉਹਨੇ ਟ੍ਰੇਨਿੰਗ ਲਿੱਤੀ ਪੂਰੇ ਗੁਰਸਿੱਖ ਬਣਿਆ ਜਿੱਦੂ ਪਲੱਸ 2 ਕਰਕੇ ਬਾਹਰ ਆਇਆ ਤੇ ਫਰਸਟ ਡੇ ਉਹ ਪਹਿਲਾ ਬਾਰਬਰ ਸ਼ਾਪ ਤੇ ਗਿਆ ਸੈਲੂਨ ਤੇ ਜਾ ਕੇ ਪਹਿਲੇ ਦਿਨ ਉਹਨੇ ਵਾਲ ਕਟਾ ਲਏ ਅੱਛਾ ਇਹਦਾ ਮਤਲਬ ਹੈ ਕਿ ਜਦੋਂ ਮੈਂ ਕਿਦੇ ਸੱਚੀ ਇਸ ਚੀਜ਼ ਦਾ ਅਸਰ ਹੈ ਜਿਹੜੀ ਤੁਸੀਂ ਘੁੱਰੇ ਸੀਗੇ ਕਿ ਪੰਜਾਬ 'ਚ ਵੀ ਅੱਜ ਕੱਲ੍ਹ ਇਸ ਤਰ੍ਹਾਂ ਹੁੰਦਾ ਮੇਰੇ ਸਾਹਮਣੇ ਹੋਇਆ ਤੇ ਇਸ ਤਰ੍ਹਾਂ ਹੁੰਦਾ ਹੈ ਇਸ ਚੀਜ਼ ਨੇ ਇੱਕ ਬੰਦਿਸ਼ ਮੰਨਦੇ ਆ ਉਸ ਨੂੰ ਪਤਾ ਨਹੀਂ 6 ਸਾਲوں ਨੇ ਕਿਸ ਤਰ੍ਹਾਂ ਇਸ ਬੰਦਿਸ਼ ਆਪਣੇ ਆਪ ਆਪਣੇ ਆਪ ਨੂੰ ਕਾਬੂ ਕਰਕੇ ਉਸ ਚੀਜ਼ ਦਾ ਨੂੰ ਫੋਲੋ ਕੀਤਾ ਹੋਵੇਗਾ ਉਹ ਸਾਰੀ ਟ੍ਰੇਨਿੰਗ ਉੱਥੋਂ ਲਿੱਤੀ ਹੋਵੇਗੀ ਪਰ ਇਹਦਾ ਇਹਦਾ ਸਬੂਤ ਇਨਸਟੈਂਟਲੀ ਉਹ ਬਾਹਰ ਜਾਂਦਿਆਂ ਹੀ ਉਹਨੇ ਵਾਲ ਕਟਾ ਲਿਆ ਜੀ ਤੇ ਮੈਂ ਸਰ ਨੂੰ ਵੈਸੇ ਇੱਕ ਕੁਐਸਚਨ ਪੁੱਛਣਾ ਚਾਹਾਂਗੀ ਗੱਤ ਕੇ ਨਾਲ ریلیਟਡ ਹੈ ਜੀ 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 ਮੈਂ ਹੈ ਤੇ ਮਾਰਸ਼ਲ ਆਰਟ ਸਿੱਖਾ ਲੀ ਜੀ ਤੇ ਜਦੋਂ ਆਪਾਂ ਇਹਨੂੰ ਟੀਵੀ ਸਕਰੀਨਸ ਤੇ ਦੇਖਦੇ ਆਂ ਤੇ ਕਾਫੀ ਐਕਸਟ੍ਰੀਮ ਜਿਹਾ ਸ਼ੋ ਕੀਤਾ ਜਾਂਦਾ ਜਿਨਾਂ ਅਦਰ ਐਕਸਟ੍ਰੀਮ ਸਪੋਰਟਸ ਨੇ ਤੇ ਕਈ ਵਾਰੀ ਨਾ ਮੁੰਡਾ ਪੇਰੈਂਟ ਲੱਗਦਾ ਕਿ ਕਿਧਰੇ ਬੱਚੇ ਨੂੰ ਸਾਟੀ ਨਾ ਲੱਗ ਜੇ ਐਜ਼ ਅ ਪੇਰੈਂਟ ਜੀ ਤੇ ਕਿ ਤੋਂ ਤੱਕ ਸਾਰੇ ਡਿਸਪਲੇ ਜਿਹੜਾ ਹੋ ਰਿਹਾ ਇਦਾਂ ਵਿਖਾਇਆ ਜਾ ਰਿਹਾ ਕਿ ਇਹ ਸਹੀ ਹੈ ਜਾਂ ਫਿਰ ਇੰਨੀ ਹਾਰਡ ਟ੍ਰੇਨਿੰਗਸ ਵਾਕਿਆ ਨੂੰ ਸਹਣੀਆਂ ਪੈਂਦੀਆਂ ਨੇ ਜਾਂ ਕਰਨੀਆਂ ਪੈਂਦੀਆਂ ਨੇ ਹਲੇ ਜੀ ਤੁਹਾਡਾ ਸਵਾਲ ਬਹੁਤ ਹੀ ਵਧੀਆ ਹੈਗਾ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਔਰ ਅਸੀਂ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਗੱਤਕਾ ਐਸੋਸੀਏਸ਼ਨ ਹੈਗੀ ਆ ਸਾਡੀ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਜਿਹੜੀ ਹੈਗੀ ਆ ਉਹ ਇਸ ਲਈ ਤਤਪਰ ਹੈਗੀ ਆ ਕਿ ਜਿਹੜੀਆਂ ਇਹ ਸਟੇਜ ਦੇ ਉੱਤੇ ਦਿਖਾਉਂਦੇ ਨੇ ਕਿ ਹਥੌੜਿਆਂ ਦੇ ਨਾਲ ਨਾਰੀਅਲ ਭੰਨਣੇ ਜੀ ਉਹ ਟਿਊਬ ਲਾਈਟਸ ਭੰਨਣੀਆਂ ਫਿਰ ਉਹ ਐਦਾਂ ਕਰਨਾ ਜਿਹੜਾ ਕਿ ਹੁਣ ਪਿੱਛੇ ਤੁਸੀਂ ਦੇਖਿਆ ਹੋਣਾ ਕਾਫੀ ਸਾਰਾ ਜਦੋਂ ਕਲਰਸ ਟੀਵੀ ਦੇ ਉੱਤੇ ਆਏ ਸੀ ਤੇ ਉਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਪ੍ਰੋਫੈਸ਼ਨਲੀ ਇਹ ਸਾਰਾ ਚੱਲਦਾ ਹੈਗਾ ਤੇ ਉਹਦੇ ਵਿੱਚ ਬਹੁਤ ਕੁਝ ਰਲਗੱਡ ਕਰਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਟੀਆਰਪੀ ਬਣਾਣੀ ਹੁੰਦੀ ਹੈ ਤੇ ਉਹ ਟੀਆਰਪੀ ਦੇ ਵਿੱਚ ਉਹਨਾਂ ਨੇ ਕਿਤੇ ਨਾਰੀਅਲ ਪਨਾਈ ਜੀ ਕਿਤੇ ਟਿਊਬ ਲਾਈਟਸ ਬਣਾਈਆਂ ਕਿਤੇ ਉਹ ਟਰੈਕਟਰ ਉੱਪਰ ਚੜਾ ਰਹੇ ਨੇ ਇਹ ਇਹ ਸਾਰੀ ਬਾਜੀਗਰੀ ਹੈ ਜੀ ਤੇ ਅਸੀਂ ਇਹਨੂੰ ਹਮੇਸ਼ਾ ਹੀ ਨਕਾਰਦੇ ਰਹੇ ਹਾਂ ਔਰ ਇਹਨੂੰ ਅਸੀਂ ਕਹਿੰਦੇ ਰਹੇ ਹਾਂ ਕਿ ਇਹ ਬਾਜੀਗਰੀਆਂ ਜਿੰਨੇ ਵੀ ਗੱਤਕਾ ਖਾੜੇ ਨੇ ਉਹ ਇਸ ਬਾਜੀਗਰੀ ਨੂੰ ਬੰਦ ਕਰ ਦੇਣ ਔਰ ਜੋ ਸਾਡੀ ਵਿਰਾਸਤੀ ਖੇਡ ਹੈਗੀ ਆ ਉਹਨੂੰ ਖੇਡਿਆ ਜਾਵੇ ਤੇ ਜਦੋਂ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਐਨੀ ਐਨੀ ਜਾਨ ਲਾ ਕੇ ਉਹਦੇ ਟ੍ਰੇਨਿੰਗ ਚੋਂ ਐਦਾ ਦਾ ਕੁਝ ਨਹੀਂ ਹੈਗਾ ਅਸੀਂ ਬੱਚਿਆਂ ਨੂੰ ਸਰੀਰਕ ਪ੍ਰੋਪਰ ਜਿਹੜੀ ਕਸਰਤ ਹੈਗੀ ਉਹ ਸਿਖਾਣੇ ਆ ਜਿਹਦੇ ਚ ਸਾਡੇ ਗੁੱਟਾਂ ਦਾ ਪ੍ਰਯੋਗ ਹੁੰਦਾ ਸਾਡੀ ਮੈਂਟਲ ਜਿਹੜੀ ਸਾਡੀ ਹੈਗੀ ਆ ਅਸੀਂ ਉਹਨੂੰ ਇੱਕ ਸ਼ੁੰਨੇ ਦੇ ਉੱਤੇ ਲਿਆ ਕੇ ਅਸੀਂ ਉਹਨੂੰ ਉੱਤੇ ਕੰਮ ਕਰਦੇ ਆ ਤੇ ਉਹਦੇ ਚ ਸਿਰਫ ਤੇ ਸਿਰਫ ਇਹ ਜਿੰਨੀਆਂ ਵੀ ਦਿਖਾਈਆਂ ਜਾਂਦੀਆਂ ਨੇ ਇਹ ਸਿਰਫ ਇੱਕ ਟੀਆਰਪੀ ਵਧਾਉਣ ਵਾਸਤੇ ਆ ਕਿਸੇ ਵੀ ਚੈਨਲ ਦੀ ਜਾਂ ਕਿਸੇ ਵੀ ਜਿਵੇਂ ਤੁਸੀਂ ਕਲਰ ਦੇ ਉੱਤੇ ਦੇਖਿਆ ਹੋਵੇਗਾ ਇੰਡੀਆ ਗੌਰ ਟੈਲੈਂਟ ਦੇ ਉੱਤੇ ਸਾਡੇ ਗਰੁੱਪ ਆਏ ਸੀ ਕੁਝ ਤੇ ਉਹਨਾਂ ਨੇ ਇਹ ਕੁਝ ਦਿਖਾਇਆ ਸੀਗਾ ਤੇ ਉਦੋਂ ਵੀ ਅਸੀਂ ਇਹਨੂੰ ਸਾਰਾ ਨਕਾਰਿਆ ਸੀ ਕਿ ਇਹ ਚੀਜ਼ਾਂ ਗਲਤ ਨੇ ਤੇ ਹੁਣ ਵੀ ਪਿੱਛੇ ਕਈ ਵਾਰੀ ਕਈ ਇਹੋ ਜਿਹੇ ਇਨਸੀਡੈਂਟ ਹੋਏ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਹੋਏਗਾ ਕਿਸੇ ਦੇ ਇੱਕ ਹਥੋੜਾ ਵੱਜਿਆ ਸੀ ਨਾਰੀਅਲ ਤੋੜਦੇ ਹੋਏ ਇੱਕ ਬੱਚਾ ਜਿਹੜਾ ਕਿ ਉਹ ਅੱਗ ਦੇ ਵਿੱਚ ਕੁਝ ਖੇਡ ਰਿਹਾ ਸੀ ਤੇ ਉਹਨੂੰ ਅੱਗ ਲੱਗ ਗਈ ਸੀ ਤੇ ਉਹਨੂੰ ਉਹ ਬੱਚਾ ਜਿਹੜਾ ਸੀਗਾ ਉਹ ਆਪਣੇ ਸਵਾਸਤੇ ਆ ਗਿਆ ਸੀਗਾ ਤੇ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਦਿਲੋਂ ਦਿਖਾਉਂਦੀਆਂ ਨੇ ਔਰ ਮੈਂ ਜਿੰਨੇ ਵੀ ਗੱਤਕੇ ਅਖਾੜੇ ਨੇ ਉਹਨਾਂ ਨੂੰ ਮੈਂ ਇਹੀ ਗੁਜਾਰਿਸ਼ ਕਰਨਾ ਚਾਹਾਂਗਾ ਈ ਸੁਨੇਹੇ ਦੇ ਬਰਕਤ ਈ ਸੁਨੇਹੇ ਦੇ ਨਾਲ ਜੁੜ ਕੇ ਵੀ ਮੈਂ ਉਹਦੇ ਰਾਹੀਂ ਸੁਨੇਹਾ ਦੇਵਾਂਗਾ ਕਿ ਜਿੰਨੇ ਵੀ ਗੱਤਕੇ ਅਖਾੜੇ ਨੇ ਉਹ ਆਪਣੀ ਵਿਰਾਸਤੀ ਖੇਡ ਨੂੰ ਨਾਲ ਲੈ ਕੇ ਚੱਲਣ ਜਿਹੜੇ ਸਾਡੇ ਸ਼ਸਤਰ ਨੇ ਜਿਹੜੇ ਸਾਡੇ ਅਸ਼ਤਰ ਨੇ ਉਹਨਾਂ ਨੂੰ ਚਲਾਉਣਾ ਸਿੱਖਣ ਔਰ ਉਹਦੇ ਉੱਤੇ ਕੰਮ ਕਰਨ ਤੇ ਜਿਹੜੀਆਂ ਬਾਜ਼ੀਗਰੀ ਵਾਲੀਆਂ ਜਿਹੜੀਆਂ ਖੇਡਾਂ ਨੇ ਉਹਨੂੰ ਨਾ ਖੇਡਣ ਜੀ ਬਹੁਤ ਸੋਣੀ ਗੱਲ ਹੈ ਨੀਨਾ ਜੀ ਤੁਸੀਂ ਇਹ ਕਹੀ ਹੈ ਔਰ ਇਸ ਮਾਧਿਅਮ ਤੋਂ ਪ੍ਰੋਗਰਾਮੀ ਸੁਨੇਹੇ ਸੁਣ ਰਹੇ ਹੋ ਸਾਰੇ ਹੀ ਸਰੋਤੇ ਇਸ ਚੀਜ਼ ਦਾ ਖਾਸ ਖਿਆਲ ਰੱਖਣ ਕਿਉਂਕਿ ਸਵਾਲ ਬੜਾ ਵਾਜਿਬ ਸੀਗਾ ਕਿ ਪੇਰੈਂਟਸ ਡਰ ਜਾਂਦੇ ਆ ਇਸ ਤਰ੍ਹਾਂ ਦੇ esport ਖੇਲਾਂ ਦੇ ਵਿੱਚ ਕਿਉਂਕਿ ਅਸੀਂ ਬਾਹਰਲੇ ਮੁਲਕਾਂ 'ਚ ਦੇਖਦੇ ਆ ਕੀ ਕੋਈ 스위밍 ਕਰਵਾ ਰਿਹਾ ਆਪਣੇ ਬੱਚੇ ਨੂੰ ਕੋਈ ਜਿਹੜੀਆਂ ਐਕਟਿਵ ਸਪੋਰਟਸ ਕਰਾ ਰਿਹਾ ਕੋਈ ਬੇਸਬਾਲ ਖੇਡ ਰਿਹਾ ਕੋਈ ਬਾਸਕਟਬਾਲ ਖੇਡ ਰਿਹਾ ਟੈਨਿਸ ਖੇਡ ਰਿਹਾ ਪਰ ਗੱਤਕੇ ਵੱਲ ਆਂਦੇ ਆ ਕਈ ਵਾਰੀ ਮਾਪਿਓ ਜਿਹੜੇ ਨੇ ਉਹ ਡਰਦੇ ਨੇ ਸੋ ਇਹੀ ਇੱਕ ਚੀਜ਼ ਹੈ ਜਿਹੜੀ ਡਰਾਉਂਦੀ ਹੈ ਔਰ ਉਹਨਾਂ ਚੀਜ਼ਾਂ ਤੋਂ ਤੁਸੀਂ ਬਚ ਕੇ ਰਹੋ ਔਰ ਉਹਨਾਂ ਚੀਜ਼ਾਂ ਤੋਂ ਤੁਸੀਂ ਪ੍ਰਭਾਵਿਤ ਨਾ ਹੋਵੋ ਕਿਉਂਕਿ ਗੱਗਾ ਇੱਕ ਸਪੋਰਟ ਹੈ ਸਪੋਰਟਸ ਦੇ ਵਿੱਚ ਆਉਂਦਾ ਆ ਇੱਕ ਬੜਾ ਬੀਰਸ ਵਾਲੀ ਸਪੋਰਟਸ ਹੈਗੀ ਹੈ ਤੇ ਇਹਦੇ ਵਿੱਚ ਜਿੱਦਾਂ ਨਿੰਨਾ ਜੀ ਨੇ ਕਿਹਾ ਵੀ ਬਾਜ਼ੀਗਰੀਆਂ ਮਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਬਹੁਤ ਐਕਸਪਰਟਿਸ ਚਾਹੀਦੀ ਹੈ ਉਹਦੇ ਵਿੱਚ ਬੱਚਾ 5 ਸਾਲ ਦਾ ਬੱਚਾ ਨਹੀਂ ਕਰ ਸਕਦਾ ਤੇ ਉਹ ਕਰਵਾਉਣੀ ਵੀ ਨਹੀਂ ਚਾਹੀਦੀ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਸੋ ਬੜੀ ਸੋਹਣੀ ਤੁਸੀਂ ਜਿਹੜੀ ਗੱਲ ਹੈ ਉਹ ਕੀਤੀ ਹੈ ਤੇ ਸਾਡੇ ਨਾਲ ਨਿੰਨਾ ਜੀ ਅਗਲੇ ਕਾਲਰ ਜੁੜ ਰਹੇ ਨੇ ਅਸੀਂ ਉਹਨਾਂ ਨੂੰ ਕਾਲ ਤੇ ਲੈਨੇ ਆ ਬਹੁਤ ਬਹੁਤ ਧੰਨਵਾਦ ਹਰਲੀਨ ਜੀ ਕਾਲ ਕਰਨ ਵਾਸਤੇ ਅਸ ਦੇ ਪ੍ਰੋਗਰਾਮ ਦੇ ਵਿੱਚ ਹੈਂਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਲਵਿੰਦਰ ਭਾਜੀ ਪਿੱਛੋਂ ਆਵਾਜ਼ ਆ ਰਹੀ ਹੈ ਤੁਹਾਡੇ ਉਹ ਬੰਦ ਕਰਨੀ ਪਵੇਗੀ ਤੁਹਾਨੂੰ ਹਾਂਜੀ 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 ਸਤਿ ਸ਼੍ਰੀ ਅਕਾਲ ਜੀ 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 ਭੈਣ ਜੀ ਜੀ ਪ੍ਰੋਗਰਾਮ ਤੁਹਾਡੇ ਪਿੱਛੇ ਜਿਹੜਾ ਚੱਲ ਰਿਹਾ ਹੈ ਸਾਡੇ ਵਾਲਾ ਬਰਕਤ ਵਾਲਾ ਇਹ ਬੰਦ ਕਰਨਾ ਪਏਗਾ ਕਿਉਂਕਿ ਸਾਨੂੰ ਆਵਾਜ਼ ਵਾਪਿਸ ਆ ਰਹੀ ਹੈ ਜੀ 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 ਬੰਦ ਕਰਿਓ ਹਾਂਜੀ ਜੀ ਸਾਡੇ ਨਾਲ ਪਲਵਿੰਦਰ ਸਿੰਘ ਜੀ ਜਿਹੜੇ ਨੇ ਨੀਨਾ ਜੀ ਦੇਖਦੇ ਆ ਕਿਹੜਾ ਸੁਨੇਹਾ ਲੈ ਕੇ ਆਏ ਤੁਹਾਡੇ ਵਾਸਤੇ ਹਾਂਜੀ ਹੈਲੋ ਹਾਂਜੀ ਪੁਲਵਿੰਦਰ ਜੀ ਹਾਂਜੀ ਸਵਾਗਤ ਹੈ ਨੀਨੂ ਭਾਜੀ ਆਪ ਜੀ ਦੇ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਚੈਨਲ ਨੂੰ ਟਾਈਮ ਦਿੱਤਾ ਆਪਣੇ ਕੀਮਤੀ ਸਮੇਂ ਜੋ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਹੈਗਾ ਵਰਕਰ ਚੈਨਲ ਤੇ ਤੇ ਆਪ ਜੀ ਦੇ ਮੈਸੇਜ ਸੁਣ ਰਹੇ ਆ ਜੀ ਯਾਨੀ ਬਹੁਤ ਅੱਛੇ ਮੈਸੇਜ ਨੇ ਉਮੀਦ ਕਰਦੇ ਹਾਂ ਕਿ ਜਿਹੜੀ ਐਕਟਵਲ ਦੀ ਜਨਰੇਸ਼ਨ ਹੈ ਤੁਹਾਡੇ ਦੇ ਮੈਸੇਜ ਨੂੰ ਫੋਲੋ ਕਰ ਜੀ ਅ ਬਲਵਿੰਦਰ ਵੀਰ ਆਉਣ ਵਾਲੇ ਮੈਨੂੰ ਪਾਜੀ ਨਹੀਂ ਜੀ ਜੀ ਤੁਸੀਂ ਇਹ ਗੱਲ ਜਿਹੜੀ ਦੁਬਾਰਾ ਰਿਪੀਟ ਕਰ ਸਕਦੇ ਹੋ ਤੁਹਾਡੀ ਆਵਾਜ਼ ਪਹੁੰਚੀ ਨਹੀਂ ਉਹਨਾਂ ਤੱਕ ਜੀ ਹਾਂ ਜੀ ਮੈਂ ਮੈਂ ਇਹ ਦੱਸਣਾ ਚਾਹੁੰਦਾ ਸੀ ਵੀ ਨਰਿੰਦਰ ਨੀਨਾ ਜੀ ਮੇਰੇ ਬਚੋਲੇ ਨੇ ਵੀ ਜੀ ਤੇ ਮੇਰਾ ਜਿਹੜਾ ਰਿਸ਼ਤਾ ਜਿਹੜਾ ਲੈ ਕੇ ਆਏ ਸੀਗੇ ਮੀਨੂ ਭਾਜੀ ਸਾਡੇ ਨੀਨਾ ਜੀ ਲੈ ਕੇ ਆਏ ਸੀ ਚੰਡੀਗੜ੍ਹ ਮੈਨੂੰ ਲਿਆਉਣ ਵਾਲੇ ਇਹੀ ਜੇ ਸਿਕਸੀਅਟ ਹੈ ਜੀ ਜੀ ਇਹ ਮੈਂ 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 ਪਹਿਲਾਂ ਤਾਂ ਚਿਰਨਾ ਪੈਣੀ ਕਿ ਜੀ ਸ਼ਾਇਦ ਜਾਣਦੇ ਨੇ ਨੀਨਾ ਭਾਜੀ ਮੈਂ ਉਹਨਾਂ ਨਾਲ ਗੱਲ ਕਰਵਾਉਣਾ ਚਾਹਾਂਗੀ ਜੀ ਜੀ ਜ਼ਰੂਰ ਜ਼ਰੂਰ ਹਲੋ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਰਸਨਾ ਬੈਣ ਜੀ ਸਤਿ ਸ਼੍ਰੀ ਅਕਾਲ ਅਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਂਜੀ ਨਿੰਨਾ ਨਿੰਨਾ ਜੀ ਤੁਹਾਨੂੰ ਸੁਣ ਰਹੇ ਨੇ ਸਤਿ ਸ਼੍ਰੀ ਅਕਾਲ ਨਿੰਨਾ ਜੀ ਸਤਿ ਸ਼੍ਰੀ ਅਕਾਲ ਦੇਖੋ ਜੀ ਮੈਂ ਪਹਿਲਾਂ ਹੀ ਕਹਦੇ ਆ ਇਹ ਇਹ ਦੇ ਬੋਲਣ ਤੋਂ ਪਹਿਲਾਂ ਇਹ ਇਹ ਮੇਰੀ ਰਫਲ ਦਨਾਲੀ ਹੈ ਜੀ ਤੇ ਮਨ ਲੋ ਮੇਰੀ ਸਾਲੀ ਸਹਿਬਾ ਹੈਗੀ ਆ ਤੇ ਮੈਂ ਇਹਨੂੰ ਰਫਲ ਦਨਾਲੀ ਇਹ ਕਹਿਣਾ ਤੇ ਤੇ ਇਹਨਾਂ ਨਾਲ ਮੇਰਾ ਬਹੁਤ ਹੀ ਪਿਆਰਾ ਰਿਸ਼ਤਾ ਹੈਗਾ ਪੈਰੀ ਔਰ ਅਰਵਿੰਦਰ ਦੇ ਨਾਲ ਤੇ ਬਹੁਤ ਅਚੀ ਸਾਂਝ ਹੈਗੀ ਹੈ ਸਾਡੀ ਬਚਪਨ ਤੋਂ ਤੇ ਮੈਂ ਪਹਿਲਾ ਦੁਪਹਿਰੀ ਮੈਂ ਪਹਿਲਾ ਤਾਂ ਮੈਂ ਤੁਹਾਡਾ ਥੈਂਕ ਯੂ ਕਰਦਾ ਕਿ ਤੁਸੀਂ ਗੱਲ ਕੀਤੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਔਰ ਜਿਹੜਾ ਸਮੇਂ ਦੀ ਗੱਲ ਕੀਤੀ ਕਿ ਆਪਣੇ ਕੀਮਤੀ ਸਮੇਂ ਚੋਂ ਸਮਾਂ ਤੁਹਾਡਾ ਹੀ ਹੈ ਤੇ ਇਹ ਸਮੇਂ ਨੂੰ ਤਾਂ ਮੈਨੇਜ ਮੈਨੇਜੇ ਮੈਂ ਕਰਨਾ ਹੁੰਦਾ ਬਸ ਹੋਰ ਤਾਂ ਕੁਝ ਨਹੀਂ ਹੈ ਪਰ ਮੈਨੂੰ ਬਹੁਤ ਅੱਛਾ ਲੱਗਿਆ ਕਿ ਪੂਰੇ ਵਰਲਡ ਦੇ ਵਿੱਚ ਮੈਂ ਬਰਕਤ ਭੇਂਜੀ ਉਹਨਾਂ ਦੇ ਭੇਂਜੀ ਉਹਨਾਂ ਦੇ ਥਰੂ ਮੈਂ ਇਸ ਨੇਹ ਦੇ थ्रू ਜਿਹੜਾ ਹੈਗਾ ਮੈਂ ਸਾਂਝ ਪਾ ਰਿਆਂ ਸਾਰਿਆਂ ਦੇ ਨਾਲ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਆਪਣੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਰਿਆਂ ਨਾਲ ਸਾਂਝੀਆਂ ਕਰ ਸਕਾਂ ਹਾਂਜੀ ਸੋਨੋ ਹਲੋ ਹਲੋ ਜੀ 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 ਅ ਮੈਂ ਦੀ ਮੇਰੀ ਇੰਟਰੋਡਕਸ਼ਨ ਦੇਤੀ ਨੀਨਾ ਜੀ ਨੇ ਕਿ ਮੈਂ ਉਹਨਾਂ ਦੀ ਸਾਲੀ ਰਫਲ ਦੇ ਨਾਲ ਹੀ ਹਾਂ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੂੰਗੀ ਮੈਸੇਜ ਤਾਂ ਹਮੇਸ਼ਾ ਹੀ ਨੀਨਾ ਜੀ ਬਹੁਤ ਵਧੀਆ ਦਿੰਦੇ ਨੇ ਸਾਰਿਆਂ ਨੂੰ ਜਿੱਥੇ ਵੀ ਜਿਹੜੇ ਵੀ ਮਰਜੀ ਟੌਪਿਕ ਤੇ ਗੱਲ ਕਰ ਲੋ ਪਰ ਰਿਸ਼ਤੇ 'ਚ ਮੇਰੇ ਜੀਜਾ ਦੀ ਵੀ ਲੱਗਦੇ ਨੇ ਤਾਂ ਮੈਂ ਆਪਣੇ ਜੀਜੇ ਵਾਸਤੇ ਇੱਕ ਬੋਲੀ ਪਾਉਣਾ ਚਾਹੁੰਦੀ ਆ ਜੇ ਤੁਹਾਡੀ ਇਜਾਜ਼ਤ ਹੋਵੇ ਜਰੂਰ ਜਰੂਰ ਜੀ ਆਹ ਜਿਹੜੇ ਸਰੋਤੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਦੱਸਦੇ ਜਾਈਏ ਅਰਵਿੰਦਰ ਜੀ ਧੋਰੀ ਬੜੇ ਅੱਛੇ ਇੱਕ ਟੈਲੈਂਟਡ ਆਰਟਿਸਟ ਨੇ ਸੀਨੀਅਰ ਆਰਟਿਸਟ ਨੇ ਜੋ ਨਨੇ ਪੰਜਾਬੀ ਲੋਕ ਧਾਰਾ ਨੂੰ ਆਪਣੇ ਹਿਰਦੇ ਚ ਸਾਂਭਿਆ ਹੋਇਆ ਤੇ ਜਲਦੀ ਇਹਨਾਂ ਦੇ ਨਾਲ ਤੁਹਾਡੀ ਸਾਂਝ ਪਵਾਵਾਂਗੇ ਤੇ ਨਾਲ ਹੀ ਨਾਲ ਪਲਵਿੰਦਰ ਸਿੰਘ ਜੀ ਇਹ ਦੋਨਾਂ ਦੀ ਜੋੜੀ ਜ਼ਬਰਦਸਤ ਇੱਕ ਜੋੜੀ ਹੈ ਭੰਗੜੇ ਤੇ ਗਿੱਧੇ ਦੀ ਜਿਹੜੀ ਉਹ ਜੋੜੀ ਹੈ ਬੜੇ ਘੱਟ ਲੋਕਾਂ ਦੀ ਬੰਦੀ ਹੈ ਹਾਂਜੀ ਸੁਣਾਓ ਜੀ ਕੁੜਿਓ ਨੀ ਮੇਰਾ ਜੀਜਾ ਵੇਖ ਲੋ ਕੁੜਿਓ ਨੀ ਮੇਰਾ ਜੀਜਾ ਵੇਖ ਲੋ ਰੱਖਦਾ ਸ਼ਕੀਨੀ ਲਾ ਕੇ ਨੀ ਅਠਾ ਗਜਾ ਦੀ ਪੱਗ ਬਨ ਲੈਂਦਾ ਅਠਾ ਗੱਜਾ ਦੀ ਪੱਗ ਬਣ ਲੈਂਦਾ ਵਿੱਚੋਂ ਸੀਨ ਪਵਾ ਕੇ ਭਈ ਕੋਟ ਪੈਂਟ ਇਹਦਾ ਨਿੱਦਾ ਬਾਣਾ ਰੱਖਦਾ ਸੋਹਣੀਆਂ ਐਣਕਾਂ ਲਾ ਕੇ ਨੀ ਦਿਲ ਮੋ ਲੈਂਦਾ ਬੁੱਲੀਆਂ ਵਿੱਚ ਮੁਸਕਾ ਕੇ ਨੀ ਦਿਲ ਮੋ ਲੈਂਦਾ ਬੁੱਲੀਆਂ ਵਿੱਚ ਮੁਸਕਾ ਕੇ ਨੀ ਦਿਲ ਮੋ ਲੈਂਦਾ ਬਾਜੀ ਮੈਂ ਨੀਨਾ ਜੀ ਨੂੰ ਕਹਾਂਗੀ ਕਿ ਉਹ ਹੀ ਕਿਤਨੀ ਕਰਨ ਮੈਂ ਹਮੇਸ਼ਾ ਹੀ ਸੋਨੂ ਦਾ ਫੈਨ ਰਿਆਂ ਜੀ ਕਿਉਂਕਿ ਇਹ ਬੋਲੀਆਂ ਇਹਦੇ ਕੋਲ ਇੰਨਾ ਕੁ ਭੰਡਾਰ ਹੈਗਾ ਕਿ ਜੇ ਕਹਿੰਦੇ ਵੀ ਆਪਾਂ 24 ਘੰਟੇ ਹੁੰਦੇ ਆ ਦਿਨ ਦੇ ਵਿੱਚ ਤੇ ਜੇ ਆਪਾਂ ਮੰਨ ਲਓ 28 30 ਘੰਟੇ ਵੀ ਲਾ ਲਈਏ ਤਾਂ ਇਹਦੇ ਕੋਲ ਉਹ ਚੀਜ਼ਾਂ ਖਤਮ ਨਹੀਂ ਹੁੰਦੀਆਂ ਉਹਦੇ ਕੋਲ ਬਹੁਤ ਭੰਡਾਰ ਹੈਗਾ ਔਰ ਵਿਰਸਾ ਸਾਮ ਕੇ ਬੈਠੀ ਹੈ ਇਹ ਜੋੜੀ ਬਹੁਤ ਵਧੀਆ ਪਰਮਾਤਮਾ ਦਿਨ ਦੁੱਗਣੀ ਰਾਤ ਚੋਗੁਣੀ ਇਹਨਾਂ ਨੂੰ ਤਰੱਕੀ ਬਖਸ਼ੇ ਜੀ ਤੇ ਕੁਸ਼ਰੋ ਜੀ ਜੀ ਬहोत ਧੰਨਵਾਦ ਅਰਵਿੰਦਰ ਜੀ ਕਾਲ ਕਰਨ ਵਾਸਤੇ ਤੇ ਕਿਤੇ ਪਲਵਿੰਦਰ ਭਾਜੀ ਨਾਰਾਜ਼ ਨਾ ਹੋ ਜਾਣ ਬੋਲੀ ਉਹਨਾਂ ਕੋਈ ਸੁਣ ਲੈਣੇ ਆ ਨਹੀਂ ਨਹੀਂ ਉਹ ਨਾਰਾਜ਼ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਚੋਲੇ ਵੀ ਇਹੀ ਨੇ ਤੇ ਜੇ ਉਹ ਨਾਰਾਜ਼ ਹੋਗੇ ਤਾਂ ਉਹਨਾਂ ਨੇ ਜਾਣਾ ਕਿੱਧਰ ਹੈ ਮਾਮਲਾ ਲੈ ਕੇ ਆਲੋ ਜੀ ਕਲਵਿੰਦਰ ਜੀ ਨਾਲ ਗੱਲ ਕਰੋ ਹਾਂਜੀ ਹਾਂਜੀ ਹਲੋ ਹਾਂਜੀ 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 ਆਉਣ ਦਿਓ ਅ ਅਨੀ ਨੇ ਨੀਨੂ ਬਾਜੀ ਮੈਂ ਤਾਂ ਮੈਂ ਤਾਂ ਤੁਹਾਡਾ ਗੱਲ ਕਰ ਲੈਣੀ ਕੋਈ ਦਿੱਕਤ ਨਹੀਂ ਹੈ ਬੋਲੀ ਸਿਆਣੀ ਹੈ ਉਹਨਾਂ ਨੇ ਕਿਹਾ ਮੁਕਾਬਲੇ ਤੇ ਬੋਲੀ ਪਾਉਣ ਵਾਸਤੇ ਕਹਿ ਰਹੇ ਨੇ ਅੱਛਾ ਮੈਨੂੰ ਬੋਲੀ ਮੇਰੇ ਹਾਲੇ ਥੋੜੇ ਜਿਹਾ ਮੈਮਰੀ ਡਾਊਨ ਹੈ ਜੀ ਤੇ ਤੁਸੀਂ ਅਰਵਿੰਦਰ ਜੀ ਤੋਂ ਨਾ ਇਹਨਾਂ ਦੀ ਕਾਲਜ ਟਾਈਮ ਦੀ ਬੋਲੀ ਜਿਹੜੀ ਉਹ ਸੁਣੋ ਜਰਾ ਤੁਸੀਂ ਪਹਿਲਾਂ ਮੈਂ ਤੁਹਾਨੂੰ ਮਦਦ ਕਰਾਂਗੀ ਅਸੀਂ ਨੀਨੇ ਨੀਨੇ ਨੇ ਮੈਂ ਇਹਨਾਂ ਦੀ ਵਾਈਫ ਨੇ ਅਸੀਂ ਇਕੱਠਿਆਂ ਨੇ ਬਹੁਤ ਸ਼ੋਅ ਲਾਏ ਨੇ ਤੇ ਕਾਲਜ ਟਾਈਮ ਜਦੋਂ ਅਸੀਂ ਹੁੰਦੇ ਸੀ ਤਾਂ ਜਿੱਥੇ ਨੀਨਾ ਸਾਡੇ ਸਾਹਮਣੇ ਖੜਾ ਹੋ ਜਾਂਦਾ ਸੀ ਤਾਂ ਉੱਥੇ ਬੋਲੀ ਜ਼ਰੂਰ ਪਾ ਦਈਦੀ ਸੀ ਜੋੜੀ ਮੇਰੀ ਤੇ ਇਹਨਾਂ ਦੀ ਵਾਈਫ ਦੀ ਹੁੰਦੀ ਸੀ ਹਮੇਸ਼ਾ ਤੇ ਅਸੀਂ ਅਕਸਰ ਬੋਲੀ ਪਾਉਂਦੇ ਹੁੰਦੇ ਸੀ ਇਹਨਾਂ ਵਾਸਤੇ ਉਹ ਬੋਲੀ ਸੀਗੀ ਕਦ ਸਰੂਦੇ ਬੁੱਟੇ ਵਰਗਾ ਕਦ ਸਰੂਦੇ ਬੁੱਟੇ ਵਰਗਾ ਤੁਰਦਾ ਨੀਵੀਆਂ ਪਾ ਕੇ ਨੀ ਬੜਾ ਮੋੜਿਆ ਨਹੀਂਓ ਮੁੜਿਆ ਬੜਾ ਮੋੜਿਆ ਨਹੀਂਓ ਮੁੜਿਆ ਵੇਖ ਲਿਆ ਸਮਝਾ ਕੇ ਸਹੀ ਹੂੰ ਨੀ ਮੈਨੂੰ ਰੱਖਣਾ ਰੱਖਣਾ ਪਿਆ ਹੁੰਦਾ ਕਿ ਦੱਸਈਂ ਤ ਬਣਾ ਕੇ ਸਹੀ ਹੂੰ ਨੀ ਮੈਨੂੰ ਰੱਖਣਾ ਪਿਆ ਹੂੰ ਤੁਸੀਂ ਬੋਲੀ ਪਾਈ ਤੇ ਭਾਜੀ ਨਾਲ ਗੱਲ ਕਰ ਰਹੇ ਸੀਗੇ ਨਾਲ ਬੋਲ ਰਹੇ ਮੈਂ ਮੈਂ ਦੱਸਾਂ ਜੀ ਕਿ ਹੱਕ ਦਾ ਤਵੀਤ ਬਣਾ ਲਿਆ ਉਹਨੇ ਮੈਨੂੰ ਸੁਖਵੀਰ ਪਾਲਕੌਰ ਮੇਰੀ ਅਰਧਾਂਗਣੀ ਔਰ ਮੇਰੀ ਬਹੁਤ ਵੱਡੀ ਸਕੂਟਰ ਮੇਰੇ ਘਰ ਸਾਰੇ ਜਿੰਨੇ ਵੀ ਮੇਰੇ ਨਾਲ ਰਹੇ ਨੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਹੈ ਪਰ ਮੈਂ ਉਹਦਾ ਖਾਸ ਨਾਮ ਲਵਾਂਗਾ ਸੁਖਵੀਰ ਪਾਲ ਕੋਰ ਪਿਆਰ ਨਾਲ ਸੁਵਿਤੀ ਕਹਿੰਦੇ ਆ ਸੀ ਉਹਨੂੰ ਤੇ ਉਹਦਾ ਬਹੁਤ ਵੱਡਾ ਸਾਥ ਰਿਹਾ ਜੀ ਮੇਰੇ ਪਿੱਛੇ ਕਿ ਉਹਨੇ ਜੇ ਮੈਂ ਅੱਜ ਕਿਤੇ ਸਟੈਂਡ ਕਰ ਰਿਹਾ ਤਾਂ ਉਹਦਾ ਬਹੁਤ ਵੱਡਾ ਹੱਥ ਰਿਹਾ ਮੈਂ ਕਿਤੇ ਆਂਦਾ ਤੇ ਰਾਤ ਨੂੰ ਅਗਰ ਉਹ ਸੁੱਤੀ ਵੀ ਪਈ ਹੁੰਦੀ ਸੀ ਤੇ ਉਹਨੇ ਉਹਨੂੰ ਉਠਾ ਲਈਦਾ ਸੀਗਾ ਵੀ ਆ ਮੈਂ ਡਾਇਲਗ ਯਾਦ ਕਰਨੇ ਨੇ ਤੂੰ ਮੈਨੂੰ ਆ ਯਾਦ ਕਰਾ ਨਾਲ ਤੇ ਐਦਾਂ ਹੈਗਾ ਐਦਾਂ ਹੈਗਾ ਹੁਣ ਵੀ ਉਹਦਾ ਮਤਲਬ ਬਹੁਤ ਵੱਡਾ ਹੱਥ ਹੈਗਾ ਮੇਰੀ ਇਸ ਕਾਮਯਾਬੀ ਦੇ ਵਿੱਚ ਹਾਂਜੀ ਜੀ 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 ਬਹੁਤ ਅੱਛਾ ਲੱਗ ਰਿਹਾ ਤੇ ਐਦਾਂ ਵੀ ਹੁਣ ਬੋਲੀਆਂ ਦੇ ਦੋ ਆ ਗਈਆਂ ਅਰਵਿੰਦਰ ਜੀ ਤੇ ਫੇਰ ਤੁਹਾਡੀ ਬੋਲੀ ਦੇ ਨਾਲ-ਨਾਲ ਕੋਈ ਨੁਕਨਾਂਦੇ ਜੀ ਤੇ ਨਾ ਕੋਈ ਸੁਣੀ ਹੈ ਕਿ ਉਹ ਜਿਹੜੀ ਮੇਰੀ ਜਿਹੜੀ ਘੱਟ ਬੋਲੀਆਂ ਨਹੀਂ ਆਉਂਦੀਆਂ ਤੇ ਤੇਰੀਆਂ ਬੋਲੀਆਂ ਆਉਂਦੀਆਂ ਨੇ ਉਹਨਾਂ ਨੂੰ ਚਲੋ ਸਾਡੇ ਸਰੋਤਿਆਂ ਨੂੰ ਇਹ ਵੀ ਤੁਹਾਡਾ ਜਿੰਦਗੀ ਦਾ ਜਿਹੜਾ ਪੱਖ ਹੈਗਾ ਆਟ ਦਾ ਉਹ ਦਿਖਾਈਏ ਦੇਖੋ ਜੀ ਗੱਲ ਇਹ ਕਿ ਭੰਗੜਾ ਕੀਤਾ ਜਿਹੜਾ ਹੈਗਾ ਉਹ ਇੱਕ ਰੂਹ ਦੀ ਖਰਾਕ ਹੈਗੀ ਆ ਗੱਤਕਾ ਵੀ ਰੂਹ ਦੀ ਖਰਾਕ ਆ ਇਹ ਸਾਰੀਆਂ ਚੀਜ਼ਾਂ ਮੈਂ ਨਾਲ ਲੈ ਕੇ ਚੱਲ ਰਿਹਾ ਹਾਂ ਗੁਰੂ ਦੀ ਕਿਰਪਾ ਹੈਗੀ ਆ ਤੇ ਮੈਨੂੰ ਜਿਹੜੀ ਮਲਵਈ ਗਿੱਧੇ ਦੀ ਬੋਲੀ ਉਹ ਬਹੁਤ ਵਧੀਆ ਲੱਗਦੀ ਆ ਕਹਿੰਦਾ ਵੀ ਆ ਉਹ ਲੋਕ ਵੈਸੇ ਤਾਂ ਅਸੀਂ ਬੋਲੀਆਂ ਬਹੁਤ ਪਾਉਂਦੇ ਰਹੇ ਆ ਤੇ ਉਹ ਸੀਗੀ ਬੋਲੀ ਪਹਿਲਾ ਨਾ ਉਸ ਰੱਬ ਦਾ ਲਈਏ ਜਿਸੇ జగਤ ਬਣਾਇਆ ਬਈ ਪਾਂਤ ਪਾਂਤ ਦੇ ਫੁੱਲ ਖਿੜਾ ਕੇ ਉਹ ਪਾਂਤ ਪਾਂਤ ਦੇ ਫੁੱਲ ਖਿੜਾ ਕੇ ਸੋਨਾ ਭਾਗ ਰਚਾਇਆ ਬਈ ਕਦੇ ਕਿਸੇ ਦੀ ਕਹੀ ਨਹੀਂ ਕਰਦਾ ਹੋ ਬਈ ਕਦੇ ਕਿਸੇ ਦੀ ਕਹੀ ਨਹੀਂ ਕਰਦਾ ਕਰਦਾ ਜੋ ਚਿੱਤ ਆਇਆ ਗਿੱਧਾ ਪਾ ਮੁੰਡਿਆ ਸਿਰ ਸਤਗੁਰ ਦੀ ਛਾਇਆ ਗਿੱਧਾ ਪਾ ਮੁੰਡਿਆ ਸਿਰ ਸਤਗੁਰ ਦੀ ਛਾਇਆ ਗਿੱਧਾ ਪਾ ਮੁੰਡਿਆ ਤੇ ਪੰਜੀ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮਲਵਾਈ ਗਿੱਧਾ ਅਸੀਂ ਲੈ ਕੇ ਚੰਡੀਗੜ੍ਹ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮਲਵਾਈ ਗਿੱਧਾ ਉਹ ਸਾਡੇ ਗਰੁੱਪ ਨੇ ਪਾਇਆ ਸੀ ਜਿਹਦੇ ਵਿੱਚ ਕਰਮਜੀਤ ਸਿੰਘ ਬੱਗਾ ਜੀ ਜੀ ਸਿੰਘ ਸੋਲ ਜਿਹੜੇ ਹੁਣ ਇਸ ਫਾਨੀ ਦੁਨੀਆ ਨਾਲ ਵੀ ਦਾ ਕਹਿ ਗਏ ਨੇ ਤੇ ਉਹ ਅਸੀਂ ਸਾਰੇ ਜਣਿਆਂ ਨੇ ਸਭ ਤੋਂ ਪਹਿਲਾਂ ਅਸੀਂ ਮਲਵਈ ਕੀਤਾ ਇੱਥੇ ਪਾਇਆ ਅਸੀਂ ਚਿੱਟੇ ਚਾਦਰੇ ਕੁੜਤੇ ਪਾਣੇ ਚਿੱਟੀਆਂ ਪੱਗਾਂ ਬੰਨ੍ਹਣੀਆਂ ਤੇ ਚੰਡੀਗੜ੍ਹ ਦੇ ਵਿੱਚ ਸਾਡਾ ਇਹੋ ਜਿਹਾ ਮਾਹੌਲ ਰਿਹਾ ਉਹਨਾਂ ਟਾਈਮਾਂ ਦੇ ਵਿੱਚ ਇਹ ਗੱਲਾਂ ਹੈਗੀਆਂ ਜੀ 89 90 ਦੇ ਨੇੜੇ ਤੇ ਔਰ ਉਦੋਂ ਸਾਡਾ ਮਾਹੌਲ ਇਦਾਂ ਸੀਗਾ ਕਿ ਸਾਡਾ ਦਿੱਲੀ ਹਰ ਰੋਜ਼ ਸਾਡਾ ਮਲਵਈ ਕੀਤਾ ਭੰਗੜਾ ਮਲਵਈ ਕੀਤਾ ਭੰਗੜਾ ਸਾਡਾ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਹੁੰਦਾ ਸੀ ਅਸੀਂ ਲਗਾਤਾਰ ਲੋਕ ਕੋਈ ਵੀ ਦਿਨ ਸਾਡਾ ਵੇਲਾ ਨਹੀਂ ਸੀ ਜਾਂਦਾ ਜਦੋਂ ਸਾਡੀ ਪਰਫਾਰਮੈਂਸ ਨਹੀਂ ਦੀ ਜੀ ਤੁਸੀਂ ਕਰਮਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਸੀਗੀ ਆਪਣੇ ਪਹਿਲੇ ਮਲਵਾਈ ਗਿੱਧੇ ਦੀ ਉਹ ਸਾਡੇ ਨਾਲ ਇਸ ਵਕਤ ਲਾਈਨ ਤੇ ਜੁੜੇ ਹੋਏ ਨੇ ਆ ਉਹ ਦੇਖਦੇ ਆ ਤੁਹਾਡੇ ਨਾਲ ਕੀ ਸੰਤ ਹੁੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਸਨਾ ਜੀ ਬਹੁਤ ਬਹੁਤ ਤੁਹਾ ਦਾ ਸਭ ਦਾ ਸਤਿ ਸ਼੍ਰੀ ਅਕਾਲ ਬੱਗਾ ਭਾਜੀ ਤੁਹਾਡੀ ਆਵਾਜ਼ ਬਹੁਤ ਘੱਟ ਆਦੀ ਹੈ ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਨਹੀਂ ਸ੍ਰੀ ਤੁਸੀਂ ਦੁਬਾਰਾ ਗੱਲ ਕਰ ਸਕਦੇ ਹੋ ਕਰਮਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਈ ਸੁਨੇਹੇ ਦੇ ਵਿੱਚ ਜੀ ਹੈਲੋ ਜੀ ਜੀ ਅਸੀਂ ਸੁਣ ਪਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਤੇ ਕੱਲ ਵੀ ਮੈਂ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆਇਆ ਜੀ 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 ਅੱਜ ਮੇਰੇ ਬਹੁਤ ਹੀ ਪਰਮ ਮਿੱਤਰ ਨਿਰਿੰਦਰਪਾਲ ਨੀਨਾ ਜੀ ਜੀ ਸਾਡੀ ਸੰਸਥਾ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜੀ ਤੁਹਾਡੇ ਰੂਹ برو ਨੇ ਤੇ ਸਰੋਤਿਆਂ ਨਾਲ ਗੱਲਾਂ ਕਰ ਰਹੇ ਨੇ ਬੜਾ ਚੰਗਾ ਲੱਗ ਰਿਹਾ ਹੈ ਜੀ 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 ਸਾਨੂੰ ਵੀ ਬਹੁਤ ਅੱਛਾ ਲੱਗ ਰਿਹਾ ਹੈ ਜੀ ਬਹੁਤ ਵਧੀਆ ਗੱਲਾਂ ਕਰ ਰਹੇ ਨੇ ਸਾਡੀ ਬੜੀ ਲੰਮੇ ਸਮੇਂ ਤੋਂ ਤਕਰੀਬਨ ਜੇ ਮੰਨ ਕੇ ਚੱਲੀ ਕੋਈ 30 ਸਾਲ ਤੋਂ ਸਾਡੀ ਪੁਰਾਣੀ ਸਾਂਝ ਹੈ ਜੀ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਅਸੀਂ ਮਲਬਈ ਗੱਦਾ ਸ਼ੁਰੂ ਕੀਤਾ ਉਹਦੇ ਅਸੀਂ ਮੋਢੀ ਮੈਂਬਰ ਹਾਂ ਜੀ ਜੀ ਇਹ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਜੋ ਪ੍ਰਾਪਤੀ ਕੀਤੀਆਂ ਨੀਨਾ ਭਾਜਨ ਦੀ ਪ੍ਰਧਾਨਗੀ ਹੇਠ ਇਹਨਾਂ ਦੀ ਦੇਖ ਰਿਕਟਾਂ ਨਿਰਦੇਸ਼ਨਾਇਟ ਸਾਡੇ ਨਾਲ ਸਾਡੇ ਬੁਲਕਾਰ ਸਿੱਧੂ ਜੀ ਵੀ ਹੁੰਦੇ ਨੇ ਜੀ ਜੀ ਤੇ ਇੱਕ ਬੰਦਾ ਨੂੰ ਖਾਸ ਗੱਲ ਦੱਸਣੀ ਚਾਹਣਾ ਜੀ ਜੀ ਇਹਨਾਂ ਦੇ ਮਾਧਿਅਮ ਰਾਹੀਂ ਇਹ ਹੁਣ ਸਾਹਮਣੇ ਬੈਠੇ ਨੇ ਮੈਨੂੰ ਚੰਗਾ ਲੱਗੂਗਾ ਹਾਂਜੀ ਹਾਂਜੀ ਤੁਹਾਨੂੰ ਪਤਾ ਮੈਂ ਮੈਂ ਉਹੀ ਕਰਮਜੀਤ ਸਿੰਘ ਬਰਗਾ ਬੋ ਰਿਹਾ ਜਿਹੜਾ ਕੱਲ ਭੁਪਿੰਦਰ ਬੱਪਲ ਦੇ ਨਾਲ ਹਲਗੋਜੇ ਵਜਾ ਰਿਹਾ ਸੀ ਜੀ 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 ਬਿਲਕੁਲ ਸਾਡੇ ਸਰੋਤਿਆਂ ਨੂੰ ਵੀ ਜਾਣ ਕੇ ਇਹ ਖੁਸ਼ੀ ਹੋਈ ਹੋਏਗੀ ਤੁਸੀਂ ਕੱਲ ਬੜੀ ਅੱਛੀ ਪਰਫਾਰਮੈਂਸ ਦਿੱਤੀ ਸੀ ਜੀ ਕੁਝ ਮੈਂ ਬੋਲੀਆਂ ਵੀ ਪਾਈਆਂ ਸੀ ਬਣੇ ਚੰਗਾ ਲੱਗਿਆ ਜੀ ਤੇ ਮੈਂ ਇੱਕ ਇੱਕ ਗੱਲ ਸਾਂਝੀ ਕਰਨਾ ਚਾਹੁੰਗਾ ਤੁਹਾਡੇ ਸਾਰੇ ਸਰੋਤਿਆਂ ਨਾਲ ਮੈਂ ਲੋਕ ਸੰਗੀਤ ਨਾਲ ਜੁੜਿਆ ਹੋਇਆ ਜੀ ਬਹੁਤ ਸਟੂਡੈਂਟ ਮੇਰੇ ਕੋਲੋਂ ਲੋਕ ਸੰਗੀਤ ਬਾਰੇ ਜਾਣਕਾਰੀ ਲੈਂਦੇ ਨੇ ਜੀ ਪਿੱਛੇ ਜੇ ਅਸੀਂ ਨੇ ਇੱਕ ਰਸਮ ਜਿਹੜੀ ਖਤਮ ਹੋ ਰਹੀ ਸੀ ਉਹਨੂੰ ਰਿਵਾਈਵ ਕੀਤਾ ਸੀ ਗੁਰੂ ਚੇਲੇ ਦੀ ਜੀ ਤੇ ਉੱਥੇ ਭਾਜੇ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਕਹਿੰਦੇ ਬੱਗਾ ਜੀ ਤੁਸੀਂ ਮੁੰਡੇ ਬਹੁਤ ਤਿਆਰ ਕੀਤੇ ਨੇ ਅਲਗੋਜ਼ੇ ਵਝਾਉਣ ਵਾਲੇ ਜੀ ਤੇ ਮੈਨੂੰ ਚੰਗਾ ਲੱਗੂਗਾ ਵੀ ਜੇ ਤੁਸੀਂ ਮੇਰੀ ਬੇਟੀ ਨੂੰ ਤਿਆਰ ਕਰੋ ਜੀ ਰਸਨਾ ਜੀ ਕਿਸੇ ਯਕੀਨ ਨਾ ਮੰਨਿਓ ਸੀ 6 ਮਹੀਨੇ ਗੂਗਲ ਦੇ ਉੱਤੇ ਸਰਚ ਕਰਦੇ ਰਹੇ ਵੀ ਅਲਗੋਜ਼ਾ ਪਲੇਡ ਬਾਏ ਗਰਲ ਅੱਛਾ ਜੀ ਸਾਨੂੰ ਗੂਗਲ ਖਾਲੀ ਮਿਲਦੀ ਰਹੀ ਜੀ ਬੱਚਿਆਂ ਨੇ ਤਿਆਰੀ ਕੀਤੀ ਇਹਨਾਂ ਦੀ ਬੇਟੀ ਹੈ ਨੀਨਾ ਭਾਜੰਦੀ ਅਨੁਰਿਤ ਪਾਲਕਾਰ ਬਹੁਤ ਵਧੀਆ ਕਲਾਕਾਰ ਹੈ ਗੱਤਕੇ ਦੀ ਬਹੁਤ ਵਧੀਆ ਬਿਹਤਰੀਨ ਜੀ ਤੇ ਉਹਨੇ ਤਿਆਰੀ ਕੀਤੀ ਤੇ ਉਹ ਦੁਨੀਆ ਦੀ ਪਹਿਲੀ ਕੁੜੀ ਬਣੀ ਜਿਹੜੀ ਸਾਹ ਪਲਟਾ ਕੇ ਅਲਗੋਜੇ ਬੁਝਾਉਂਦੀ ਹੈ ਤੇ ਇਸ ਗੱਲ ਦਾ ਮੈਨੂੰ ਮਾਣ ਪ੍ਰਾਪਤ ਹੈ ਉਹ ਕੁੜੀ ਮੇਰੀ ਸਟੂਡੈਂਟ ਹੈ ਜੀ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਤੇ ਨੀਨਾ ਜੀ ਵੀ ਕਿਉਂਕਿ ਅਨੁਰਿਤ ਪਾਲਕਾਰ ਹੋਰਾਂ ਨੂੰ ਅਸੀਂ ਡਿਜੀਟਲ ਤੀਆਂ ਜਿਹੜਾ ਮੇਲਾ ਕਰਾਇਆ ਸੀ ਬਰਕਤ ਦੇ ਮਾਧਿਅਮ ਤੋਂ ਉਦੇ ਵਿੱਚ ਅਸੀਂ ਅਲਗੋਜ਼ੇ ਵਜਾਉਂਦੇ ਹੋਏ ਸੁਣਿਆ ਤੇ ਦੇਖਿਆ ਸੀ ਸੋ ਅਸੀਂ ਜਲਦੀ ਉਹਨਾਂ ਨੂੰ ਬੱਡਿੰਗ ਟੈਲੈਂਟ ਜਿਹੜਾ ਸਾਡਾ ਸ਼ੋ ਹੈ ਈ ਸੁਨੇਹ ਦੇ ਪਾਰਟ ਦੇ ਵਿੱਚ ਸੱਦਾ ਦੇਣ ਜਾ ਰਹੇ ਹਾਂ ਜ਼ਰੂਰ ਬੁਲਾਵਾਂਗੇ ਜੀ ਉਹਨਾਂ ਨੂੰ ਜੀ ਬੱਗਾ ਪਾ ਜੀ ਮੇਰੇ ਵੱਲੋਂ ਸਾਰੀ ਜੀ ਜੀ ਹਾਂ ਨਿੰਨਾ ਪਾ ਜੀ ਬੋਲਣਾ ਚਾਹੁੰਦੇ ਨੇ ਕੁਝ ਹਾਂ ਹਾਂ ਬਿਲਕੁਲ ਜੀ ਬਿਲਕੁਲ ਮੈਂ ਇਹ ਕਹਿਣਾ ਚਾਹੁੰਦਾ ਸੀ ਮੈਂ ਕਿਹਾ ਬੱਗਾ ਪਾ ਜੀ ਜਿਹੜੇ ਕਿ ਮਤਲਬ ਪਹਿਲਾਂ ਉਹ ਪਹਿਲਵਾਨੀ ਖੇਤਰ ਚੋਂ ਸੀਗੇ ਜੀ ਪਹਿਲਵਾਨੀ ਖੇਤਰ ਚੋਂ ਉਹ ਸਾਡੇ ਨਾਲ ਜਦੋਂ ਇੱਥੇ ਜੁੜੇ ਨੇ ਤੇ ਉਹ ਲੋਕਸਾਜ ਦੇ थ्रू ਅਲਗੋਜ਼ੇ ਦੇ थ्रू ਸਾਡੇ ਨਾਲ ਜੁੜੇ ਔਰ ਉਹ ਜੋ ਉਹ ਜਿਹੜੀ ਸਾਂਝ ਸਾਡੇ ਨਾਲ ਪਈ ਉਹ ਬਹੁਤ ਲੰਮੇ ਅਰਸੇ ਤੋਂ ਪਈ ਹੋਈ ਹੈ ਜੀ ਔਰ ਅਸੀਂ ਬਹੁਤ ਸਾਰੇ ਟੂਰਸ ਜਾਪਾਨ ਇੰਡੋਨੇਸ਼ੀਆ ਸਿੰਗਾਪੁਰ ਤੇ ਹੋਰ ਬਹੁਤ ਸਾਰੇ ਜਿਹੜੇ ਨੈਸ਼ਨਲ ਲੈਵਲ ਦੇ ਟੂਰ ਬਹੁਤ ਸਾਰੇ ਲਗਾਏ ਅਸੀਂ ਔਰ ਹਰ ਜਗ੍ਹਾ ਜਿੱਥੇ ਵੀ ਗਏ ਆ ਤੇ ਉੱਥੇ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਔਰ ਮਾਰਕਾ ਮਾਰਦੇ ਆਏ ਆ ਔਰ ਬੱਗਾ ਪਾਜੀ ਇਸ ਟਾਈਮ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਉਹਨਾਂ ਦੇ ਬਹੁਤ ਸਾਰੇ ਚੇਲੇ ਜਿਹੜੇ ਕਿ ਉਹ ਅਲਗੋਜ਼ੇ ਸਿੱਖ ਰਹੇ ਨੇ ਔਰ ਸਾਡਾ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਦਾ ਮਾਣ ਵੀ ਨੇ ਇਹ ਔਰ ਸਾਡੇ ਥੰਮ ਨੇ ਇਹ ਤੇ ਮੈਂ ਬਹੁਤ ਪਿਆਰ ਮਿਲਦਾ ਇਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਔਰ ਸਰਪ੍ਰਮਾਤਮਾ ਕਰੇ ਸਾਡੀ ਇਹ ਸਾਂਝ ਲੰਮੇ ਸਮੇਂ ਤੱਕ ਐਦਾਂ ਹੀ ਚੱਲਦੀ ਰਹੇ ਤੇ ਜਿੰਨੇ ਵੀ ਪਿੱਲਰ ਸਾਡੇ ਨਾਲ ਹੈਗੇ ਨੇ ਜੀ 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 ਕਰਮਜੀਤ ਸਿੰਘ ਜੀ ਬਾਬਾ ਧੰਨਵਾਦ ਤੁਸੀਂ ਜਾਂਦੇ ਜਾਂਦੇ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਜੀ ਰਸਨਾ ਜੀ ਮੈਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਜੀ ਜੀ ਅ ਕੱਲ ਆਪ ਬੜੀਆਂ ਵਧੀਆ ਬੋਲੀਆਂ ਪਾਈਆਂ ਜੀ ਤੇ ਕੱਲ ਭੁਪਿੰਦਰ ਭਾਜੇ ਨੇ ਵਿੱਚ ਨਾ ਕਰੋਨਾ ਦਾ ਜ਼ਿਕਰ ਕੀਤਾ ਸੀ ਜੀ ਤੇ ਮੈਂ ਇੱਕ ਕਰੋਨਾ ਦੇ ਉੱਤੇ ਬੋਲੀ ਲਿਖੀ ਸੀ ਤੇ ਮੈਂ ਆਪਣੇ ਸਰੋਤਿਆਂ ਨਾਲ ਕਰੋਨਾ ਨਾਲ ਸੰਬੰਧਿਤ ਬੋਲੀ ਮਤਲਬ ਸਾਂਝੀ ਕਰਨੀ ਚਾਹੁੰਗਾ ਇਜਾਜ਼ਤ ਹੈ ਜੀ ਜੀ ਜ਼ਰੂਰ ਜ਼ਰੂਰ ਹੋ ਸੁਣੋ ਸਣਾਮਾ ਬੋਲੀ ਮੁੰਡਿਓ ਨਹੀਂ ਸੁਣੋ ਸਣਾਮਾ ਬੋਲੀ ਕੁੜਿਓ ਬੋਲੀ ਬੜੀ ਨਿਆਰੀ ਬਈ ਕਰੋਨਾ ਨਾਂ ਦੀ ਵਿੱਚ ਦੁਨੀਆਂ ਦੇ ਬੱਲੇ ਨਾ ਨਾ ਵਿੱਚ ਦੁਨੀਆਂ ਦੇ ਫੈਲੀ ਇੱਕ ਮਹਾਮਾਰੀ ਵਈ ਪਹਿਲਾ ਇਹਨੇ ਚੀਨ ਚੰਬਿਆ ਹਾ ਹਾ ਪਹਿਲਾ ਇਹਨੇ ਚੀਨ ਚੰਬਿਆ ਘੁੰਮੀ ਫਿਰ ਦੁਨੀਆਂ ਸਾਰੀ ਵਈ ਇਟਲੀ ਦੇ ਇਹਨੇ ਪੈਰੋ ਖੇੜਦੇ ਕੀ ਬਾਤ ਓਏ ਇਟਲੀ ਦੇ ਇਹਨੇ ਪੈਰੋ ਖੇੜਦੇ ਮੱਤ ਸੁਪੇਂਦੀ ਮਾਰੀ ਵਈਲੀ ਤੋਂ ਇਹਨੇ ਲਾਤਾ ਅਮਰੀਕਾ ਹਾ ਹਾ ਵਈਲੀ ਤੋਂ ਇਹਨੇ ਲਾਤਾ ਅਮਰੀਕਾ ਹੁਣ ਕੈਨੇਡਾ ਦੀ ਤਿਆਰੀ ਓਏ ਗੁਰੂਆਂ ਪੀਰਾਂ ਦੀ ਧਰਤੀ ਇੰਡੀਆ ਜੀ ਹੋਏ ਗੁਰੂ ਸਾਹਿਬ ਕੀ ਰਾਮ ਦੀ ਧਰਤੀ ਇੰਡੀਆ ਇਹਨਾ ਕਰੋਨੇ ਤੋਂ ਹਾਰੀ ਬਚੋ ਕਰੋਨੇ ਤੋਂ ਮਤ ਕਰ ਫਿਊ ਨੇ ਮਾਰੀ ਬਚੋ ਕਰੋਨੇ ਤੋਂ ਮਤ ਕਰ ਫਿਊ ਨੇ ਮਾਰੀ ਬਚੋ ਕਰੋਨੇ ਤੋਂ ਜੀ ਬੋਤੇ ਇਹ ਮੇਰਾ ਸੁਨੇਹਾ ਹੈ ਜੀ 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 ਕਰੋਨੇ ਦੀ ਬਿਮਾਰੀ ਤੋਂ ਬਚਣਾ ਚਾਹੀਦਾ ਸਾਨੂੰ ਜਿਹੜੇ ਤੇ ਕੁਝ ਨਿਯਮ ਹੈਗੇ ਨੇ ਸਾਨੂੰ ਫੋਲੋ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਇਹ ਬਿਮਾਰੀ ਦੀ ਲਾਗਤੋਂ ਬਚ ਸਕੀਏ ਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਤੇ ਨਰਿੰਦਰ ਨੀਨਾ ਭਾਜੀ ਬਹੁਤ ਵਧੀਆ ਗੱਲ ਕਰ ਰਹੇ ਨੇ ਮੈਂ ਇਹਨਾਂ ਨੂੰ ਆਪਦੇ ਵੱਲੋਂ ਦਿਲੀ ਮੁਬਾਰਕਬਾਦ ਦਿੰਨਾ ਪਰਮਾਤਮਾ ਤੁਹਾਨੂੰ ਤੇ ਸਾਡੇ ਸਾਰੇ ਯੂਨੀਵਰਸਲ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਜੀ ਸਸਿਕਾ ਧੰਨਵਾਦ ਜੀ ਜੀ ਬਹੁਤ ਬਹੁਤ ਧੰਨਵਾਦ ਕਰਮਜੀਤ ਸਿੰਘ ਜੀ ਸਾਡਾ ਨਾਲ ਜੁੜਨ ਵਾਸਤੇ ਏ ਸੰਕਰਮਜੀਤ ਸਿੰਘ ਜੀ ਬੱਗਾ ਜਿਨ੍ਹਾਂ ਨੇ ਕੱਲ ਭੁਪਿੰਦਰ ਬੱਬਲ ਹਰਮਨ ਗਿੱਲ ਹੋਰਾਂ ਦੇ ਨਾਲ ਬੋਲੀਆਂ ਦੀ ਸਾਂਝ ਤੇ ਲਗੋਜੀ ਦੀ ਸਾਂਝ ਸਨ ਪਾਈ ਸੀ ਪ੍ਰੋਗਰਾਮ ਰਵੈਤੀ ਪੈੜਾਂ ਦੇ ਵਿੱਚ ਬੜਾ ਅੱਛਾ ਲੱਗਿਆ ਸੀ ਤੇ ਜਲਦੀ ਇਸ ਤਰ੍ਹਾਂ ਦੇ ਜਿਹੜੇ ਟੈਲੈਂਟਿਡ ਕਲਾਕਾਰ ਨੇ ਜਿਹੜੇ ਇੰਨੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਅਸੀਂ ਪ੍ਰੋਗਰਾਮ ਦਾ ਜਿਹੜਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵਾਰੀ ਵਾਰੀ ਸਰ ਤੇ ਮੈਂ ਨਾਲ-ਨਾਲ ਪਲਵਿੰਦਰ ਭਾਜੀ ਔਰ ਅਰਵਿੰਦਰ ਪੈਂਜੀ ਹੋਰਾਂ ਦਾ ਵੀ ਧੰਨਵਾਦ ਕਰਦੀ ਹਾਂ ਕਾਲ ਲਾਈਨ ਤੇ ਜੁੜੇ ਸਨ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ ਸੀ ਸੋ ਬਹੁਤ-ਬਹੁਤ ਧੰਨਵਾਦ ਕਾਲ ਲਾਈਨਸ ਦੇ ਉੱਤੇ ਜੁੜਨ ਲਈ ਸਾਡੇ ਨਾਲ ਤੁਹਾਡੇ ਇੱਕ ਹੋਰ ਫੈਨ ਫਾਲੋਅਰ ਜੁੜ ਰਹੇ ਨੇ ਅਸੀਂ ਉਹਨਾਂ ਨੂੰ ਕਾਲ ਲਾਈਨ ਤੇ ਲੈ ਲੈਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਿੰਦਰ ਪੈਂਜੀ ਬੋਲ ਰਹੇ ਹਾਂ ਹਾਂ ਜੀ ਹਰਿੰਦਰ ਬੋਲ ਰਹੀ ਹਾਂ ਜੀ ਐਡਲਟ ਤੋਂ ਸਤਿ ਸ਼੍ਰੀ ਅਕਾਲ ਨੀਨਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਪੰਜੀ ਠੀਕ ਹੋ ਜੀ ਹਾਂ ਜੀ ਵਧੀਆ ਵਧੀਆ ਬਾਜੀ ਮੈਂ ਤਾਂ ਪਤਾ ਨਹੀਂ ਪਛਾਣਿਆ ਕਿ ਨਹੀਂ ਤੁਸੀਂ ਹਰਿੰਦਰ ਬੋਲ ਰਹੀ ਆ ਪਛਾਣ ਲਈ ਜੰਡੀਗੜ੍ਹ ਤੋਂ ਜੀ ਜਿਸੀ ਤੁਹਾਨੂੰ ਜੀਆਆਂ ਨੂੰ ਆਖਦੇ ਆ ਪ੍ਰੋਗਰਾਮ ਈ ਸੁਨੇਹੇ ਦੇ ਵਿੱਚ ਤੁਹਾਨੂੰ ਜੀਆਆਂ ਨੂੰ ਜੀ ਥੈਂਕ ਯੂ ਬਹੁਤ ਵਧੀਆ ਲੱਗਾ ਨੀਨਾ ਬਾਜੀ ਤੁਹਾਨੂੰ ਦੇਖ ਕੇ ਕਿ ਤੁਸੀਂ ਤੁਹਾਡਾ ਸਾਰਾ ਪਰਿਵਾਰ ਹਾਲੇ ਵੀ ਥੀਏਟਰ ਨਾਲ ਜੁੜਿਆ ਹੋਇਆ ਹੈ ਤੇ ਮੈਨੂੰ ਯਾਦ ਆ ਕਿ ਤੁਹਾਨੂੰ ਅਸੀਂ ਬਾਬਾ ਕਹਿੰਦੇ ਹੁੰਦੇ ਸੀ ਵੀ ਪਾਪਿਆਂ ਦਾ ਦਿੱਤਾ ਜਦੋਂ ਤੁਸੀਂ ਸ਼ੂਟ ਕੀਤਾ ਸੀਗਾ ਆ ਬਿਲਕੁਲ ਬਿਲਕੁਲ ਤੇ ਬੜਾ ਵਧੀਆ ਲੱਗਿਆ ਪੁਰਾਣੇ ਬੰਦਿਆਂ ਨੂੰ ਦੇਖ ਕੇ ਜਦੋਂ ਵੀ ਤੁਹਾਡੀ ਮੂਵੀ ਆਉਂਦੀ ਸੀ ਉਹ ਨਰਿੰਦਰ ਨਿੰਨਾ ਜੀ ਆ ਗਏ ਐਦਾਂ ਹੀ ਕਹਿਦਾ ਹੁੰਦਾ ਸੀਗਾ ਤੇ ਸ਼ੁਕਰੀਆ ਤੇ ਬੜਾ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਤੁਹਾਡੀ ਬੇਟੀ ਦਾ ਟੈਲੈਂਟ ਮੈਨੂੰ ਬਹੁਤ ਵਧੀਆ ਲੱਗਿਆ ਸ਼ੁਕਰੀਆ ਤੁਹਾਡੀਆਂ ਸਭ ਦੀਆਂ ਦੁਆਵਾਂ ਨੇ ਅੱਜ ਇਹ ਸੁਣਾਉਣ ਦੀ ਗੱਲ ਕੀਤੀ ਹੈ ਨਾ ਤੇ ਮੈਂ ਆਪਣੀ ਇੱਕ ਨਵੀਂ ਕਲਾ ਜਿਹੜੀ ਮੇਰੇ ਮੇਰੇ ਹੁਣ ਉਜਾਗਰ ਹੋਈ ਹੈ ਕਿਉਂਕਿ ਲਾਕਡਾਊਨ ਦੇ ਦਿਨਾਂ ਦੇ ਵਿੱਚ ਹੋਰ ਕੁਝ ਨਹੀਂ ਸੀ ਕਰਨ ਲਈ ਅਸੀਂ ਆਪਣੇ ਆਪ ਤੇ ਕੰਮ ਕੀਤਾ ਸਾਰਾ ਤੇ ਮੈਂ ਨਾ ਪਿਛਲੇ ਕੁਝ ਸਮੇਂ ਪਹਿਲਾਂ ਵੈਸੇ ਹੈ ਤਾਂ ਇਹ ਧਾਰਮਿਕ ਆ ਮੈਂ ਵੈਸੇ ਦੂਜੀਆਂ ਵੀ ਲਿਖੀਆਂ ਨੇ ਲਿਖਦਾ ਪਰ ਇਹ ਧਾਰਮਿਕ ਮੈਂ ਜਰੂਰ ਸਾਂਝੀ ਕਰਨਾ ਚਾਹਾਂਗਾ ਕਿਉਂਕਿ ਅੱਜ ਦੇ ਹਾਲਾਤ ਵੀ ਕੁਝ ਐਦਾਂ ਦੇ ਹੈਗੇ ਨੇ ਅ ਤੌਰ ਤੇ ਤੁਸੀਂ ਮੇਰੇ ਨਾਲ ਇਹਦੀ ਤੁਸੀਂ ਬਿਲਕੁਲ ਸਹਿਮਤ ਵੀ ਹੋਵੋਗੇ ਇਹਨਾਂ ਨਾਲ ਮੈਂ ਇੱਕ ਮੈਂ ਇਹ ਗੱਲ ਮੈਂ ਤੁਹਾਨੂੰ ਦੱਸੀ ਨਾ ਮੈਂ ਥੋੜੀ ਜਿਹੀ ਭੂਮਿਕਾ ਬੰਦੀ ਨਾ ਮੈਂ ਨਾ ਹਜੂਰ ਸਾਹਿਬ ਗਿਆ ਹੋਇਆ ਸੀਗਾ ਤੇ ਉੱਥੇ ਸਾਡੀ ਗਤਕਾ ਟੀਮ ਗਈ ਹੋਈ ਸੀ ਉੱਥੇ ਅਸੀਂ ਪਰਫਾਰਮ ਕੀਤਾ ਤੇ ਸਾਡੇ ਸਾਰਿਆਂ ਦੇ ਬਾਣੇ ਪਾਏ ਹੋਏ ਸੀਗੇ ਔਰ ਉੱਥੇ ਨਾ ਸਾਡੇ ਕੋਲ ਇੱਕ ਬਜ਼ੁਰਗ ਆਗੇ ਕਿ ਮੇਰੇ ਕੋਲ ਆ ਕੇ ਫਤੇ ਦੀ ਸਾਂਝ ਪਾਈ ਕਹਿੰਦੇ ਜੀ ਮੈਂ ਨਾ ਅੰਮ੍ਰਿਤ ਛਕਣਾ ਮੈਂ ਕਿਹਾ ਜੀ ਬਿਲਕੁਲ ਕੱਲ ਨੂੰ ਇੱਥੇ ਬਾਟਾ ਤਿਆਰ ਹੋਣਾ ਵੀ ਤੁਸੀਂ ਕੇਸੀ ਇਸ਼ਨਾਨ ਕਰਕੇ ਇੱਥੇ ਨਾਮ ਲਿਖਾਓ ਤੇ ਤੁਸੀਂ ਬਾਟਾ ਛਕ ਲਓ ਇੱਥੇ ਅੰਮ੍ਰਿਤ ਸਾਹਿਬ ਮਾਰ ਛਕ ਲਓ ਉਹ ਕਹਿੰਦਾ ਨਹੀਂ 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 ਮੈਂ ਇਦਾਂ ਨਹੀਂ ਛਕਣਾ ਮੈਂ ਨਾ ਛਕਣਾ ਨੇਂਗਾ ਨੇਂਗਾੜਾ ਛਕਣਾ ਬੁੱਢਾ ਦਲ ਮੈਂ ਕਿਹਾ ਜੀ ਬੁੱਢਾ ਦਲ ਤੇ ਇੱਥੇ ਦੇ ਅੰਮ੍ਰਿਤ ਦੇ ਵਿੱਚ ਕੋਈ ਫਰਕ ਆ ਉਹ ਕਹਿੰਦੇ ਨਹੀਂ ਜੀ ਮੈਂ ਤਾਂ ਉਹੀ ਉਹੀ ਛਕਣਾ ਤੇ ਮੈਨੂੰ ਬੜਾ ਫੀਲ ਹੋਇਆ ਵੀ ਲੋਕਾਂ ਦੇ ਵਿੱਚ ਅੱਜ ਵੀ ਹਜੇ ਇਹ ਚੀਜ਼ ਹੈਗੀ ਆ ਵੀ ਮੈਂ ਫਲਾਣਾ ਛਕਣਾ ਮੈਂ ਸੰਤਾ ਦਾ ਛਕਣਾ ਮੈਂ ਉੱਥੋਂ ਛਕਿਆ ਹੋਇਆ ਮੈਂ ਇਸ ਸਾਲ ਦਾ ਛਕਿਆ ਹੋਇਆ ਉਹਦੇ ਉੱਤੇ ਫਿਰ ਮੈਂ ਥੋੜੀ ਜੀ ਇੱਕ ਲਿਖੀ ਸੀ ਉਹਦਾ ਟਾਈਟਲ ਹੈਗਾ ਹਾਲੇ ਪੰਥ ਹਾਂਜੀ ਮੈਨੂੰ ਯਾਦ ਨਹੀਂ ਆ ਮੈਂ ਉਹ ਪੜ ਕੇ ਸੁਣਾ ਰਿਹਾ ਮੈਂ ਥੋੜੀ ਜਿਆ ਤੇ ਕਹਿੰਦਾ ਹਾਲੇ ਪੰਥ ਇੱਕੋ ਸੀ ਬਾਟਾ ਉਹ ਹੁਣ ਬੰਦ ਹੋ ਗਿਆ ਇੱਕੋ ਸੀ ਬਾਟਾ ਉਹ ਹੁਣ ਬੰਦ ਹੋ ਗਿਆ ਨਾਨਕ ਸਰ ਟਕਸਾਲੀ ਕੋਈ ਅਖੰਡ ਹੋ ਗਿਆ ਮਿਸ਼ਨਰੀ ਸ਼ਰੋਮਣੀ ਕੋਈ ਨਿਹੰਗ ਹੋ ਗਿਆ ਇੱਕੋ ਸੀ ਬਾਟਾ ਉਹ ਹੁਣ ਬੰਦ ਹੋ ਗਿਆ RAM ਗੜੀਆ ਕੋਈ ਖੱਤਰੀ ਕਬੀਰ ਹੋ ਗਿਆ RAM ਗੜੀਆ ਕੋਈ ਖੱਤਰੀ ਕਬੀਰ ਹੋ ਗਿਆ ਮਰਾਸੀ ਜੱਟ ਨਾਈ ਕੋਈ ਢੀਰ ਹੋ ਗਿਆ ਇੱਕੋ ਗੁਰੂ ਗ੍ਰੰਥ ਖਿੰਡੀ ਜਾਵੇ ਹੁਣ ਤਾਂ ਪੰਥ ਹੁਣ ਤਾਂ ਜਾਤਾਂ ਵਿੱਚ ਗੁਰੂ ਘਰ ਛੰਡ ਹੋ ਗਿਆ ਇੱਕੋ ਸੀ ਬਾਟਾ ਉਹ ਹੁਣ ਬੰਦ ਹੋ ਗਿਆ ਗੁਰੂਆ ਕੀਤਾ ਸੀ ਅਖੰਡ ਫੇਰ ਤੋਂ ਵੜ ਗਏ ਵਿੱਚ ਪਖੰਡ ਵਾਰ ਜੋ ਆਪ ਖੇਤ ਨੂੰ ਖਾਏ ਦੇਖੋ ਕਰਦੇ ਫਿਰਨ ਵਿਖਾਵੇ ਵਾਰ ਜੋ ਆਪ ਖੇਤ ਨੂੰ ਖਾਵੇ ਦੇਖੋ ਕਰਦੇ ਫਿਰਨ ਵਿਖਾਵੇ ਖੋਤੇ ਦੀ ਮੂਰਤ ਉੱਤੇ ਸ਼ੇਰ ਦੀ ਕੰਢ ਹੋ ਗਿਆ ਇੱਕੋ ਸੀ ਬਾਟਾ ਉਹ ਹੁਣ ਵੰਡ ਹੋ ਗਿਆ ਸਿੰਘਾਂ ਖੋਪਰ ਲਹਾਏ ਕੋਈ ਆਰੇ ਥੱਲੇ ਗਾਏ ਸਿੰਘਾਂ ਖੋਪਰ ਲਹਾਏ ਕੋਈ ਆਰੇ ਥੱਲੇ ਗਾਏ ਕੋਈ ਟੋਟੇ ਕਰਵਾਏ ਕੋਈ ਝੋਲੀਆਂ ਪਵਾਏ ਕੋਈ ਤੋਪਾਂ ਥੱਲੇ ਬਰੂਦ ਦੀ ਗੰਢ ਹੋ ਗਿਆ ਸੇਵਾਦਾਰੀਆਂ ਦਾ ਪੰਥ ਜਥੇਦਾਰੀਆਂ ਚ ਚੰਟ ਹੋ ਗਿਆ ਇੱਕੋ ਸੀ ਬਾਟਾ ਉਹ ਹੁਣ ਬੰਦ ਹੋ ਗਿਆ ਦਾਤਾ ਦਾਤਾ ਗਰੀਬ ਸਿੱਖਨ ਕੋ ਤੂੰ ਬਖਸ਼ੀ ਪਾਤਸ਼ਾਹੀ ਅੱਜ ਮਸੰਦਾਂ ਦੇ ਵਸ ਸਾਰਾ ਪੰਥ ਹੋ ਗਿਆ ਕੋਈ ਗੋਲਕਾ ਨੂੰ ਖਾਏ ਹੱਥ ਪੱਗਾਂ ਉੱਤੇ ਪਾਏ ਖਾਏ ਵਰਕਾ ਵਰਕਾ ਗ੍ਰੰਥ ਦਾ ਜੋ ਅੰਗ ਹੋ ਗਿਆ ਇੱਕੋ ਸੀ ਬਾਟਾ ਉਹ ਹੁਣ ਵੰਡ ਹੋ ਗਿਆ ਇੱਕੋ ਸੀ ਬਾਟਾ ਉਹ ਹੁਣ ਵੰਡ ਹੋ ਗਿਆ اے ਮੇਰੇ ਦਿਲ ਦੇ ਬਲਬਲੇ ਸੀਗੇ ਜੀ ਦਰਦ ਵੀ ਹੈ ਸਾਡੇ ਪੰਥ ਦਾ ਜੀ ਜੀ ਜਿਹੜਾ ਮੈਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਕਾਜਿਜ਼ ਹੁੰਦੇ ਹੋ ਕੇ ਰਿਆ ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਜੀ ਅਰ ਬੜੀ ਇੱਕ ਵਾਜਿਬ ਸਮੇ ਦੇ ਦੌਰ ਨੂੰ ਰੱਖ ਕੇ ਬੜੀ ਇੱਕ ਵਾਜਿਬ ਗੱਲ ਜਿਹੜੀ ਹੈ ਤੁਸੀਂ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਹੈ ਅ ਚੱਲ ਇਸ ਤਰ੍ਹਾਂ ਹੀ ਰਿਹਾ ਹੈ ਉਹ ਗੁਰੂ ਦਾ ਪੰਥ ਜਿਹਦੀਆਂ ਗੂੰਜਾਂ ਹਰ ਜਗ੍ਹਾ ਪੈਂਦੀਆਂ ਸੀ ਤੇ ਉਸ ਪੰਥ ਨੂੰ ਅਸੀਂ ਡਿਫਾਈਨ ਬੜੇ ਡਿਫਰੈਂਟ ਤਰੀਕੇ ਨਾਲ ਕਰਨ ਲੱਗ ਗਏ ਹਾਂ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਹੋ ਰਹੀ ਸੀ ਵੀ ਗੱਤਕੇ ਨੂੰ ਲੈ ਕੇ ਬੜੇ ਸਵਾਲ ਉੱਠਦੇ ਨੇ ਸਰੂਪ ਨੂੰ ਲੈ ਕੇ ਬੜੇ ਸਵਾਲ ਉੱਠਦੇ ਨੇ ਬਾਣੀ ਬਾਣੇ ਦੀ ਸਮਝ ਤੇ ਉਹਦਾ ਜਿਹੜਾ ਇੱਕ ਡਿਸਪੈਰਟੀ ਇਸ਼ੂ ਚੱਲ ਰਿਹਾ ਉਹਦੇ ਦੌਰਾਨ ਅਗਰ ਦੇਖਿਆ ਜਾਏ ਕਿ ਗੁਰੂ ਪਾਤਸ਼ਾਹ ਦਾ ਪੰਥ ਇਤਨਾ ਨਿਰਾਲਾ ਪੰਥ ਹੈ ਔਰ ਇੱਕ ਇਨਕਲਾਬੀ ਰਹਿਬਰ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਸ਼ੁਰੂ ਕੀਤਾ ਹਾਂ ਉਹ ਸ਼ੁਰੂ ਕਰਕੇ ਪੰਥ ਨੂੰ ਇੱਕ ਇੰਨੀ ਸੋਹਣੀ ਲੀਤ ਲਿਆਂਦਾ ਤੇ ਅੱਜ ਅਸੀਂ ਉਹੀ ਗੱਲ ਕੀਤੀ ਹੋਈ ਹੈ ਵੀ ਏ ਏਕ ਚਾਕ ਹੋਤੋ ਸੀਲੂ ਹਮਦਮ ਗਰੇਬਾ ਆਪਣਾ ਜ਼ਾਲਿਮੋ ਨੇ ਫਾੜ ਡਾਲਾ ਹੈ ਇਹ ਤਾਰ-ਤਾਰ ਕਰਕੇ ਤਾਰ-ਤਾਰ ਬਿਲਕੁਲ ਜੀ ਸੋ ਸਾਡੀ ਹਾਲਤ ਬੇਸਿਕਲੀ ਇਹ ਹੋਈ ਹੋਈ ਹੈ ਔਰ ਮੈਨੂੰ ਨਾ ਕਿਸੇ ਸ਼ਾਇਰ ਦੀਆਂ ਦੋ ਸਤਰਾਂ ਯਾਦ ਆਉਂਦੀਆਂ ਜਿੱਦਾਂ ਤੁਸੀਂ ਪੰਥ ਨੂੰ ਪੁਕਾਰ ਕੀਤੀ ਹੈ ਤੇ ਉਹ ਬੜਾ ਸੋਹਣਾ ਪੰਥ ਨੂੰ ਐਦਾਂ ਬਖਿਆਨ ਕਰਦੇ ਨੇ ਕਹਿੰਦੇ ਵੀ ਤੂੰ ਮੇਰੇ ਦਸ਼ਮੇਸ਼ ਦਾ ਸੁਪਨਾ ਤੇਰਾ ਜਨਮ ਹੋਇਆ ਤਲਵਾਰੋਂ ਤੂੰ ਮੇਰੇ ਦਸ਼ਮੇਸ਼ ਦਾ ਸੁਪਨਾ ਤੇਰਾ ਜਨਮ ਹੋਇਆ ਤਲਵਾਰੋਂ ਅਣਖ ਨੇ ਦਿੱਤੀ ਗੁੜਤੀ ਤੈਨੂੰ ਤੇਜ ਖੰਡੇ ਦੀ ਧਾਰੋਂ ਸੋ ਅਣਖ ਨੇ ਦਿੱਤੀ ਗੁੜਤੀ ਤੈਨੂੰ ਤੇਜ ਖੰਡੇ ਦੀ ਧਾਰੋਂ ਸੰਤ ਸਿਪਾਹੀ ਬਣ ਕੇ ਆਇਓ ਤੂੰ ਤਾਂ ਤੁਰ ਦਰਬਾਰੋਂ ਸੰਤ ਸਿਪਾਹੀ ਬਣ ਕੇ ਆਇਓ ਤੂੰ ਤਾਂ ਤੁਰ ਦਰਬਾਰੋਂ ਤਾਈਓ ਤੇਰਾ ਇਸ਼ਕ ਅਨੋਖਾ ਹਰ ਰੰਗ ਵਿੱਚ ਸੰਸਾਰੋਂ ਤੈਨੂੰ ਤੇਰਾ ਇੱਕ ਅਨੋਖਾ ਹਰ ਰੰਗ ਵਿੱਚ ਸੰਸਾਰੋ ਮੌਤ ਨੇ ਤੈਨੂੰ ਲੋਰੀਆਂ ਦਿੱਤੀਆਂ ਮੌਤ ਨੇ ਤੈਨੂੰ ਲੋਰੀਆਂ ਦਿੱਤੀਆਂ ਬਹਿ ਤੀਰਾਂ ਦੀ ਛਾਵੇਂ ਰਜ ਰਜ ਲਾੜ ਲੜਾਏ ਤੈਨੂੰ ਖੂਨ ਦੇ ਸੋਈਲੇ ਗਾਵੇਂ ਤੂੰ ਮੇਰੇ ਦਸ਼ਮੇਸ਼ ਦਾ ਸੁਪਨਾ ਤੇਰਾ ਜਨਮ ਹੋਇਆ ਤਲਵਾਰੋਂ ਅਣਖ ਨੇ ਦਿੱਤੀ ਗੁਰਤੀ ਤੈਨੂੰ ਤੇਜ਼ ਖੰਡੇ ਦੀ ਤਾਰੋਂ ਸੋ ਉਹ ਪੰਥ ਅੱਜ ਅਸੀਂ ਵਟਾਇਆ ਹੋਇਆ ਇਹ ਜਿਹੜੀ ਗੱਲ ਤੁਸੀਂ ਅੱਜ ਜਾਤੀਵਾਦ ਦੀ ਵੀ ਗੱਲ ਕੀਤੀ ਆਪਣੀ ਕਵਿਤਾ ਦੇ ਵਿੱਚ ਇਹਨੂੰ ਅਸੀਂ ਬੜੇ ਸ਼ਾਂਤਾਤ ਰੂਪ ਦੇ ਵਿੱਚ ਵੇਖਿਆ ਬਈ ਉਹ ਰਾਮਗੜੀਆਂ ਦਾ ਗੁਰਦੁਆਰਾ ਉਹ ਖੱਤਰੀਆਂ ਦਾ ਉਹ ਜੱਟਾਂ ਦਾ ਬਾਹਰਲੇ ਮੁਲਕਾਂ 'ਚ ਵੀ ਇਹ ਇਹ ਪਾੜੇ ਪੈ ਚੁੱਕੇ ਹੋਇਆ ਉਹ ਰਵਿਦਾਸੀਆਂ ਦਾ ਗੁਰਦੁਆਰਾ ਕੋਈ ਸੋ ਇਹ ਇੰਨਾ ਪੜ੍ਹ ਲਿਖ ਕੇ ਵੀ ਅਸੀਂ ਉਹੀ ਕੰਮ ਕਰੀ ਜਾਂਦੇ ਆ ਤੇ ਫੇਰ ਇਹਦੇ ਨਾਲ ਉਹ ਤੇ ਚੰਗਾ ਸੀ ਵੀ ਭੋਲੇ ਭਾਜੜੀ ਜ਼ਿੰਦਗੀ ਚੱਲ ਰਹੀ ਸੀ ਉਹੀ ਚੱਲ ਰਹੀ ਸੀ ਸੋ ਇਹ ਕੁਝ ਦਰਦ ਨੇ ਜਿਹੜੇ ਸੀਨੇ ਦੇ ਵਿੱਚ ਹੁੰਦੇ ਨੇ ਤੇ ਇਹ ਉੱਠਣੇ ਵੀ ਚਾਹੀਦੇ ਆ ਹਰਿੰਦਰ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਆਉਂਦੇ ਦੇਖਦੇ ਆ ਉਹਨਾਂ ਨੇ ਜੀ ਹਾਂਜੀ ਹਰਿੰਦਰ ਜੀ ਥੈਂਕ ਯੂ ਸੋ ਮਚ ਨੀਨਾ ਭਾਜੀ ਤੇ ਬਹੁਤ ਵਧੀਆ ਲੱਗਿਆ ਤੁਹਾਡੀ ਕਵਿਤਾ ਸੱਚੀ ਗੱਲ ਹੈ ਜੀ ਇੱਕ ਕੋਸ਼ਿਸ਼ ਹੁੰਦੀ ਆ ਸਾਡੀ ਸਾਡੇ ਜਿਹੜੇ ਬੱਚੇ ਆ ਜੀ ਉਹ ਆਪਣੇ ਵਿਰਸੇ ਨਾਲ ਆਪਣੀ ਉਹਦੇ ਨਾਲ ਜੁੜੇ ਰਹਿਣ ਤੇ ਜਿਦੋਂ ਮੇਰਾ ਬੇਟਾ ਹੈ ਜੀ ਉਹ ਵੀ ਇੱਕ ਵਾਰ ਕਵਿਮ ਕਾਇਰ ਨੇ ਤੇ ਉਹ ਫਸਟ ਆਇਆ ਅਸੀਂ ਇੱਥੇ ਟਾਈਮ ਟੂ ਟਾਈਮ ਇੱਥੇ ਪੰਜਾਬੀ ਕਵਿਤਾ ਕੰਪੀਟੀਸ਼ਨ ਕਰਵਾਉਂਦੇ ਰਹਿੰਦੇ ਅਕਿੰਦਰ ਜੀ ਤੇ ਕੋਸ਼ਿਸ਼ ਹੀ ਹੁੰਦੀ ਹੈ ਵੀ ਬੱਚੇ ਬੜਾ ਕਰੀਰ ਆ ਜੀ ਉਹ ਪਟਕਾ ਬਣ ਕੇ ਜਾਏਗਾ ਮੈਂ ਕਹਾਂਗੀ ਨਹੀਂ ਤੂੰ ਪੱਗ ਬਣ ਤੇ ਕੋਸ਼ਿਸ਼ ਹੈ ਹੀ ਹੁੰਦੀ ਹੈ ਸਾਡੀ ਤਾਂ ਜਦੋਂ ਅਸੀਂ ਬਾਹਰ ਆ ਜਾਂਦੇ ਆ ਇਹ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਬੱਚੇ ਵਿਰਸੇ ਨਾਲ ਜੁੜੇ ਰਹਿਣ ਤੇ ਬਹੁਤ ਵਧੀਆ ਲੱਗਿਆ ਟੀਮ ਦਾ ਜੀ ਜੀ ਸ਼ੁਕਰੀਆ ਮੈਂ ਤੁਹਾਨੂੰ ਨਾ ਮੈਂ ਸਾਰਿਆਂ ਨੂੰ ਮੈਂ ਸਾਰਿਆਂ ਜੀ ਜੀ ਮੈਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਦਾਤ ਦੇਣਾ ਚਾਹਨਾ ਕਿਉਂਕਿ ਜਿੰਨੇ ਵੀ ਸਾਡੇ ਪੰਜਾਬੀ ਔਰ ਸਿੱਖ ਭਰਾ ਉੱਥੇ ਬੈਠੇ ਨੇ ਬਾਹਰ ਦੂਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਆਪਣੇ ਵਿਰਸੇ ਔਰ ਵਿਰਾਸਤ ਨੂੰ ਸੰਭਾਲੀ ਬੈਠੇ ਨੇ ਔਰ ਕਿਉਂਕਿ ਦੇਖੋ ਜਿਹੜੀ ਸਾਡੇ ਬੱਚਿਆਂ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਸਾਡੇ ਘਰ ਤੋਂ ਹੀ ਹੁੰਦੀ ਆ ਕਿਉਂਕਿ ਮਾਂ ਸਭ ਤੋਂ ਵੱਡੀ ਜਿਹੜੀ ਹੈਗੀ ਆ ਉਹ ਪਹਿਲੀ ਗੁਰੂ ਹੈਗੀ ਆ ਰੱਬ ਹੈਗੀ ਆ ਤੇ ਮਾਂ ਹੀ ਸਾਰਾ ਕੁਝ ਸਿਖਾਉਂਦੀ ਆ ਤੇ ਮੈਨੂੰ ਲੱਗਦਾ ਕਿ ਜੇ ਜਿਵੇਂ ਅੱਜ ਦੇ ਬੱਚੇ ਤੇਜ਼ ਹੋਏ ਹੋਏ ਨੇ ਅਗਰ ਉਹਨੂੰ ਮੋਬਾਈਲ ਪਕੜਾ ਦੇਉ ਫਟਾਫਟ ਦੇਖ ਲੈਂਦੇ ਕਿ ਯੂਟਿਊਬ ਆ ਇਹ ਫਲਾਣਾ ਇਹ ਫਲਾਣਾ ਛੋਟੇ ਛੋਟੇ ਬੱਚੇ ਉਹ ਕਿਤੇ ਨਾ ਕਿਤੇ ਮੈਂ ਹਜੇ ਪਿੱਛੇ ਇੱਕ ਦਿਨ ਗੱਲ ਕਰ ਰਿਹਾ ਸੀ ਕਿ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਗੱਲ ਸੱਚੀ ਹੈ ਕਿ ਅਭਿਮਨਿਉ ਨੇ ਆਪਣੇ ਮਾਂ ਦੇ ਪੇਟ ਦੇ ਵਿੱਚ ਹੀ ਗਰਭ ਦੇ ਵਿੱਚ ਹੀ ਜਿਹੜਾ ਚੱਕਰ ਵੀ ਨੂੰ ਤੋੜਨ ਦੀ ਯਾਤ ਸਿਕਲੀ ਸੀ ਪਰ ਉਹਦੀ ਮਾਂ ਸੌਂਗੀ ਸੀ ਜਦੋਂ ਗੱਲ ਸੁਣਾ ਰਹੀ ਸੀ ਤੇ ਅਰ ਉਹ ਜਿਹੜਾ ਹੈਗਾ ਉਹ ਚੱਕਰ ਵੀ ਤੋਂ ਬਾਹਰ ਨਿਕਲਣ ਦੀ ਕਲਾ ਨਹੀਂ ਸੀ ਜਾਣਦਾ ਅਰ ਇਹਨੂੰ ਚਾਹੇ ਆਪਾਂ ਵਿਥਿਆਸ ਕਹੀਏ ਚਾਹੇ ਇਤਿਹਾਸ ਕਹੀਏ ਜਿਵੇਂ ਵੀ ਹੈ ਸਾਡੇ ਨਾਲ ਜੁੜਿਆ ਹੋਇਆ ਐਸਾ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਦੇਖਦੇ ਆ ਰਹੇ ਹਾਂ ਔਰ ਇਹ ਗੱਲਾਂ ਸੱਚੀਆਂ ਵੀ ਨੇ ਕਿ ਜਦੋਂ ਸਾਡਾ ਅਗਰ ਜਿਸ ਤਰ੍ਹਾਂ ਦਾ ਸਾਡਾ ਸੁਭਾਅ ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਆਉਂਦਾ ਤੇ ਜਿੱਦਾਂ ਦਾ ਸੁਭਾਅ ਮਾਂ ਦਾ ਰਹੇਗਾ ਉਦਾਂ ਦਾ ਹੀ ਜਿਹੜਾ ਸੁਭਾਅ ਹੈਗਾ ਉਹ ਬੱਚੇ ਦਾ ਬਣੇਗਾ ਤੇ ਔਰ ਸਾਡੀਆਂ ਜਿੰਨੀਆਂ ਵੀ ਮਾਵਾਂ ਨੇ ਉਹ ਪਹਿਲੀਆਂ ਗੁਰੂ ਹੋਣ ਦੇ ਨਾਤੇ ਸੋਕਿਉ ਮੰਦਾ ਆਖੇ ਜਿੱਤ ਜਮੇ ਰਾਜਾਨ ਕਿਉਂਕਿ ਗੁਰੂ ਸਾਹਿਬ ਨੇ ਵੀ ਬਹੁਤ ਵੱਡਾ ਮਾਣ ਦਿੱਤਾ ਹੈਗਾ ਔਰ ਉਹ ਕੋਸ਼ਿਸ਼ ਕਰਨ ਕਿ ਜਿੱਦਾਂ ਦਾ ਉਹ ਬੱਚਾ ਜਿੱਦਾਂ ਦਾ ਉਹ ਚਾਹਦੇ ਨੇ ਉਦਾਂ ਦੀ ਉਹ ਉਦਾਂ ਦੀ ਪਰਵਰਿਸ਼ ਦੇ ਨਾਲ ਨਾਲ ਉਹ ਉਦਾਂ ਦਾ ਜਦੋਂ ਉਹ ਉਹਨਾਂ ਦੇ ਗਰਭ ਦੇ ਵਿੱਚ ਆਉਂਦਾ ਤੇ ਉਹ ਉਦਾਂ ਹੀ ਸਾਹਿਤ ਪੜਨ ਵਧੀਆ ਜਿਹੜਾ ਹੈਗਾ ਗੁਰਬਾਣੀ ਦੇ ਨਾਲ ਜੁੜਨ ਪਾਠ ਪੂਜਾ ਕਰਨ ਔਰ ਅੱਛਾ ਜਿੰਨਾ ਵੀ ਹੋ ਸਕਦਾ ਆਪਣੇ ਸੁਭਾ ਨੂੰ ਵੀ ਔਰ ਸਾਰੇ ਹਰ ਚੀਜ਼ ਨੂੰ ਆਪਣੇ ਆਲੇ ਦੁਆਲੇ ਨੂੰ ਵੀ ਪੋਜ਼ਿਟਿਵਿਟੀ ਦੇ ਨਾਲ ਰੱਖਣ ਉਹੀ ਅਸਰ ਜਿਹੜਾ ਹੈਗਾ ਬੱਚੇ ਦੇ ਉੱਤੇ ਪਏਗਾ ਤੇ ਮੇਰਾ ਇਹੀ ਸੁਨੇਹਾ ਹੈਗਾ ਜੀ ਹਾਂਜੀ ਪੰਜੀ ਬਹੁਤ ਸੋਨੀ ਗੱਲਬਾਤ ਚੱਲ ਰਹੀ ਹੈ ਬੜਾ ਅੱਛਾ ਲੱਗ ਰਿਹਾ ਹੈ ਕਿਉਂਕਿ ਫਿਲਮਾਂ ਦੀ ਗੱਲ ਕਰਨੀ ਟੈਲੀ ਫਿਲਮਸ ਕੀਤੀਆਂ ਨਾਟਕ ਕਰਲੇ ਪੰਘੜੇ ਪਾਲੇ ਕੋਈ ਗੱਲ ਨਹੀਂ ਉਹ ਤੇ ਸਾਰਿਆਂ ਨੇ ਵੇਖੇ ਆ ਸੁਣੇ ਆ ਸਾਨੂੰ ਵੇਖਦੇ ਰਹਿੰਦੇ ਆ ਪਰ ਜਿਹੜੀਆਂ ਅੰਦਰ ਕਿ ਸਖਿਤ ਨੂੰ ਬਾਰਨ ਵਾਲੀਆਂ ਜਿਹੜੇ ਸਾਡੇ ਵਿਚਾਰ ਹੁੰਦੇ ਆ ਸੋਚ ਹੁੰਦੇ ਆ ਇਹਦੇ ਤੇ ਪੈਰਾ ਦੇਣਾ ਇਹਨੂੰ ਬਰਕਰਾਰ ਰੱਖਣਾ ਇਹਦੇ ਬਾਰੇ ਗੱਲ ਕਰਨੀ ਇਹ ਬੜੇ ਅੱਛੇ ਇੱਕ ਡਿਸਕਸ਼ਨਸ ਹੋਣੇ ਚਾਹੀਦੇ ਆ ਜੇਕਰ ਅਸੀਂ ਅੱਜ ਨਹੀਂ ਕਰਾਂਗੇ ਤੇ ਕੌਣ ਕਰੇਗਾ ਕਹਿੰਦੇ ਨਾ ਵੀ ਇਹ ਰੁੱਤਾਂ ਨਹੀਂ ਚੁੱਪ ਰਹਿਣ ਦੀਆਂ ਸੋ ਸਾਨੂੰ ਉੱਠਣਾ ਪੈਣਾ ਹੀ ਐ ਤੇ ਗੱਲਬਾਤ ਕਰਨੀ ਪੈਣੀ ਕਿਉਂਕਿ ਵਿਚਾਰ ਵਿਟਾਂਦਰਾ ਬਹੁਤ ਜ਼ਰੂਰੀ ਹੁੰਦਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੋਇਆ ਵੀ ਜਦ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਸੁਣੀਏ ਕਿਛ ਕਹੀਏ ਜੀ ਸੋ ਇਹ ਵਿਚਾਰ ਵਟਾਂਦਰੇ ਜਿਹੜੇ ਉਹ ਚੱਲਦੇ ਜਰੂਰ ਰਹਿਣੇ ਚਾਹੀਦੇ ਆ ਤੇ ਸਾਡੇ ਨਾਲ ਇੱਕ ਕਾਲਰ ਤੁਹਾਡੇ ਹੋਰ ਇੱਕ ਫੈਨ ਸਾਡੇ ਨਾਲ ਜੁੜਰੇ ਨੇ ਦੇਖਦੇ ਆ ਕੌਣ ਹੈ ਤੇ ਕੀ ਕਹਿਣਾ ਚਾਹੁੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਬੋਲ ਰਿਹਾ ਜੀ ਮੈਲਬਨ ਤੋਂ ਜੀ ਬਹੁਤ ਬਹੁਤ ਸਵਾਗਤ ਹੈ ਬਲਜਿੰਦਰ ਸਿੰਘ ਜੀ ਤੁਹਾਡਾ ਪ੍ਰੋਗਰਾਮ ਈ ਸੁਨੇਹੇ ਦੇ ਵਿੱਚ ਨਾਲ ਨਾਲ ਮਸਰੋਤਿਆਂ ਨੂੰ ਵੀ ਦੱਸਾਂ ਪ੍ਰੋਗਰਾਮ ਚੱਲ ਰਿਹਾ ਈ ਸੁਨੇਹੇ ਜਿਹੜਾ ਫੇਸਬੁੱਕ YouTube ਤੇ ਲਾਈਵ ਚੱਲ ਰਿਹਾ ਹੈ ਚੱਲਦਾ ਚੱਲਦਾ ਪ੍ਰੋਗਰਾਮ ਸ਼ੇਅਰ ਕਰੋ ਔਰ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤੇ ਨਾਲ ਨਾਲ ਮੈਂ ਵੀ ਦੱਸਦੀ ਜਾਵਾਂ ਕਿ ਮੈਨੂੰ ਕੁਝ ਸਰੋਤਿਆਂ ਨੇ ਪੁੱਛਿਆ ਸੀਗਾ ਕਿ ਕਈ ਵਾਰੀ ਚੱਲਦਾ ਪ੍ਰੋਗਰਾਮ ਸ਼ੇਅਰ ਕਿਵੇਂ ਕਰੀਦਾ ਸੋ ਸ਼ੇਅਰ ਦਬਾ ਕੇ ਕਾਪੀ ਦ ਲਿੰਕ ਐਂਡ ਪੇਸਟ ਔਨ ਟੂ ਯਰ ਟ ਜਿਦਾਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਪੋਸਟ ਕੀਤਾ ਜਾ ਸਕਦਾ ਹੈ ਜੀ ਹਾਂਜੀ ਬਲਜਿੰਦਰ ਸਿੰਘ ਜੀ ਅ ਦਿਨਪਾਈ ਸੱਚੀ ਕਾਲ ਜੀ ਸੱਚੀ ਕਾਲ ਸਨ ਜੀ ਅ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ ਆ ਪਾਜੀ ਨੂੰ ਮੈਂ ਬਹੁਤ ਟਾਈਮ ਤੋਂ ਜਾਣਦਾ ਅ ਪਾਜੀ ਨੇ ਬੜੇ ਗਿੱਟਿਆਂ ਦੇ ਗੁੰਦੇ ਮਾਰੇ ਕਿਉਂਕਿ ਅਸੀਂ ਭੰਗੜਾ ਤੇ ਗੱਤਕਾ ਪੜ੍ਹਿਆ ਤੇ ਪਾਇਨਾ ਬਾਅਦ ਵੀ ਅਸੀਂ ਟੂਰ ਰਾਏ ਨੇ ਤੇ ਪਾਇਨਾ ਲਾਈਫ ਦਾ ਬਹੁਤ ਐਕਸਪੀਰੀਅੰਸ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਲੇਕਿਨ ਨਵਾਂ ਐਕਸਪੀਰੀਅੰਸ ਨਵੀਂ ਨਮਾਗ ਗੁਣ ਪਾਇ ਦਾ ਅੱਜ ਦੇਖਣ ਨੂੰ ਮਿਲਿਆ ਪਹਿਲੇ ਪਾਈ ਕੋਲ ਬੜੇ ਗੁਣ ਨੇ ਇੱਕ ਨਵਾਂ ਗੁਣ ਅੱਜ ਉਹਨੇ ਐਡ ਕੀਤਾ ਤੇ ਬਹੁਤ ਵਧੀਆ ਲੱਗਿਆ ਜੀ ਜੀ ਬਾਤ ਅੱਛਾ ਲੱਗ ਰਿਹਾ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਦੇ ਆਂ ਹਾਂਜੀ ਨੀਨਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸ਼ੁਕਰੀਆ ਸਾਨੀ ਉਹ ਕਹਿੰਦੇ ਹੁੰਦੇ ਵੀ ਜਦੋਂ ਨਾ ਜਿਹੜੇ ਚੇਲੇ ਹੁੰਦੇ ਆ ਤੇ ਉਹ استاد ਦੇ ਬਰਾਬਰ ਰਹਿ ਕੇ ਔਰ ਉਹ ਤੋਂ ਵਧੀਆ ਕੰਮ ਕਰਦੇ ਨੇ ਪਰ ਇਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਬਲਜਿੰਦਰ ਸਿੰਘ ਅੱਜ ਆਪਣੀ ਰੋਜ਼ੀ ਰੋਟੀ ਵਾਸਤੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਆਪਣੀ ਪੂਰੀ ਫੈਮਿਲੀ ਦੇ ਨਾਲ ਬੱਚਿਆਂ ਨੂੰ ਵੀ ਉਹਨਾਂ ਨੇ ਅ ਅੱਛਾ ਅچھے ਗੁਣ ਦਿੱਤੇ ਨੇ ਔਰ ਸਿਖਾ ਰਹੇ ਨੇ ਸਾਰਾ ਪਰ ਮੇਰੀ ਫੈਮਿਲੀ ਦਾ ਹਿੱਸਾ ਨਹੀਂ ਮੇਰੇ ਬ੍ਰਦਰ ਇਨ ਲਾਉ ਨੇ ਇਹ ਤੇ ਮੇਰੇ ਕੋਲੋਂ ਸਿੱਖੇ ਹੋਏ ਨੇ ਜਦੋਂ ਇਹ ਸਿੱਖੇ ਨੇ ਉਦੋਂ ਤਾਂ ਉਹਨਾਂ ਦੇ ਟਾਈਮਾਂ ਦੇ ਵਿੱਚ ਤਾਂ ਅਸੀਂ ਖੁੰਡੇ ਮਾਰ ਲੈਂਦੇ ਹੁੰਦੇ ਸੀ ਗਿੱਤਿਆਂ ਤੇ ਅੱਜ ਦੀ ਡੇਟ ਦੇ ਵਿੱਚ ਤਾਂ ਅਸੀਂ ਕੁਝ ਕਹਿ ਹੀ ਨਹੀਂ ਸਕਦੇ ਕਿਸੇ ਬੱਚੇ ਨੂੰ ਕਿਉਂਕਿ ਮਾਪਿਓ ਕਹਿ ਦਿੰਦੇ ਜੀ ਤੁਸੀਂ ਸਾਡੇ ਬੱਚੇ ਨੂੰ ਕਿਵੇਂ ਕੁਝ ਕਹਿ ਦਿੱਤਾ ਜਾਂ ਮਾਰ ਦਿੱਤਾ ਤੇ ਉਦੋਂ ਅਸੀਂ ਜਦੋਂ ਮਾਰਦੇ ਸੀ ਤੇ ਇਹਨਾਂ ਦੇ ਲੱਤਾਂ ਤੇ ਲਾਸ਼ਾਂ ਪੈ ਜਾਂਦੀਆਂ ਹੁੰਦੀਆਂ ਸੀ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੈਗੀ ਆ ਕਿ ਇਹ ਜਦੋਂ ਕਾਲਜ ਟਾਈਮ ਭੰਗੜਾ ਪਾਉਂਦਾ ਸੀ ਤੇ ਇਹ ਲਗਾਤਾਰ ਮਤਲਬ 3 ਸਾਲ ਇਹ ਬੈਸਟ ਡਾਂਸਰ ਰਿਹਾ ਹੈਗਾ ਜੀ ਔਰ ਮੈਂ ਮੈਨੂੰ ਮਾਣ ਹੈ ਇਸ ਚੀਜ਼ ਦਾ ਕਿ ਮੇਰੇ ਕੋਲ ਸਿੱਖੇ ਗਿਆ ਬਹੁਤ ਵਧੀਆ ਔਰ ਇਹ ਇਹ ਕਿਰਪਾਨਾ ਬਾਕਮਾਲ ਕਮਾਉਂਦਾ ਜੀ ਦੋ ਖੁੰਡੇ ਦੋ ਕਿਰਪਾਨਾ ਔਰ ਗੱਤਕਾ ਬਹੁਤ ਅੱਛਾ ਖੇਡਦਾ ਔਰ ਉਹਦੇ ਨਾਲ ਨਾਲ ਇਹ ਬਾਡੀ ਬਿਲਡਰ ਵੀ ਹੈਗਾ ਤੇ ਪਰ ਇਹਦੀ ਮੈਂ ਇੱਕ ਦਾਤ ਦੇਣਾ ਚਾਹੁੰਦਾ ਜੀ ਕਿ ਜਦੋਂ ਇਹ ਬਾਡੀ ਬਿਲਡਿੰਗ ਵਾਸਤੇ ਤਿਆਰੀ ਕਰ ਰਿਹਾ ਸੀ ਉਦੋਂ ਇੱਥੇ ਨਾ ਪੰਜਾਬ ਉਹਦਾ ਚੈਂਪੀਅਨ ਸੀਗਾ ਪੰਜਾਬ ਬਾਡੀ ਬਿਲਡਿੰਗ ਚੈਂਪੀਅਨ ਕੰਪੀਟੀਸ਼ਨ ਸੀਗਾ ਤੇ ਇਹਨੂੰ ਉਹਨਾਂ ਟਾਈਮਾਂ ਦੇ ਵਿੱਚ ਕਿਹਾ ਕਿ ਤੈਨੂੰ ਸਾਰੀ ਬਾਡੀ ਜਿਹੜੀ ਹੈਗੀ ਉਹ ਸ਼ੇਵ ਕਰਨੀ ਪੈਗੀ ਤੇ ਵੀ ਅਗਰ ਤੂੰ ਕੰਪੀਟੀਸ਼ਨ ਦੇ ਵਿੱਚ ਜਾਣਾ ਤੇ ਇਹਨੇ ਉਦੋਂ ਬਿਲਕੁਲ ਆਪਣੇ ਕੋਚ ਨੂੰ ਮਨਾ ਕਰ ਦਿੱਤਾ ਕਿ ਸਰ ਮੈਂ ਆਪਣੀ ਬਾਡੀ ਐ ਮੈਂ ਆਪਣੀ ਫਿਜ਼ੀਕ ਬਣਾਉਣ ਵਾਸਤੇ ਤਾਂ ਮੈਂ ਇਹ ਕਰ ਸਕਦਾ ਪਰ ਜੇ ਤੁਸੀਂ ਕਹੋ ਕਿ ਮੈਂ ਰੋਮਾਂ ਦੀ ਬੇਜ ਵੀ ਕਰਦੇ ਆ ਤੇ ਇਹ ਪੋਸੀਬਲ ਨਹੀਂ ਹੋ ਸਕਦਾ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਵੀ ਇਹ ਚੀਜ਼ ਨਕਾਰਤ ਬਈ ਨਕਾਰੀ ਜਾਂਦੀ ਹੈ ਰੋਮਾਂ ਦੀ ਬੇਜ ਵੀ ਨਹੀਂ ਕਰਨੀ ਤੇ ਇਹਨੇ ਉਹ ਬਾਡੀ ਬਿਲਡਿੰਗ ਦਾ ਜਿਹੜਾ ਕੰਪੀਟੀਸ਼ਨ ਸੀ ਉਹ ਛੱਡ ਦਿੱਤਾ ਸੀ ਪਰ ਆਪਣੇ ਰੋਮਾਂ ਦੀ ਬੇਜ ਵੀ ਨਹੀਂ ਕੀਤੀ ਸੀ ਤੇ ਪਰ ਅੱਜ ਵੀ ਆਪਣੀ ਬਾਡੀ ਨੂੰ ਫਿਟ ਕਰਨ ਵਾਸਤੇ ਰਹਿਣ ਵਾਸਤੇ ਤੇ ਜਿੰਨਾ ਕੁ ਉਦੋਂ ਸੀਗਾ ਮੇਰੇ ਖਾਲਜ ਤੋਂ 18-20 ਸਾਲ ਪਹਿਲਾਂ ਉਹਨਾਂ ਕੇ ਬੇਟੇ ਦਾ ਅੱਜ ਵੀ ਹੈਗਾ ਔਰ ਬਹੁਤ ਅੱਛਾ ਨੇ ਆਪਣੇ ਆਪ ਨੂੰ ਮੈਂਟੇਨ ਕੀਤਾ ਹੋਇਆ ਤੇ ਜੀ ਲਵ ਯੂ ਖੁਸ਼ ਰਹੋ ਥੈਂਕ ਯੂ ਭਾਜੀ ਥੈਂਕ ਯੂ ਸੋ ਥੰਕ ਯੂ ਜੀ 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 ਬਹੁਤ ਅਚੀ ਟੀਚਰ ਵੀ ਹੈਗੀ ਆ ਮਾਂ ਵੀ ਹੈਗੀ ਆ ਔਰ ਮੇਰੀ ਛੋਟੀ ਭੈਣ ਵੀ ਹੈਗੀ ਜੀ ਤੇ ਉਹ ਬਹੁਤ ਖੁਸ਼ ਰਹੇ ਉਹਨੇ ਬਹੁਤ ਅੱਛੇ ਢੰਗ ਦੇ ਨਾਲ ਪਰਿਵਾਰ ਨੂੰ ਸੁਭਾ ਲਿਆ ਹੋਇਆ ਤੇ ਬਹੁਤ ਸਾਰਾ ਪਿਆਰ ਜੀ ਬਹੁਤ ਬਹੁਤ ਧੰਨਵਾਦ ਬਲਜਿੰਦਰ ਸਿੰਘ ਜੀ ਕਾਲ ਕਰਨ ਵਾਸਤੇ ਕੁਝ ਤੁਸੀਂ ਕੁਝ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹੋ ਅ ਬਸ ਮੈਂ ਇਹਨਾ ਕਹਿਣਾ ਚਾਹੁੰਦਾ ਜੀ ਜਿਹੜੀ ਜਿਨ੍ਹਾਂ ਨੇ ਇੱਕ ਵੈਸੇ ਤਾਂ ਬਹੁਤ ਵਧੀਆ ਕਿਰਦਾਰ ਨਿਭਾਉਂਦੇ ਨੇ ਪਾਜੀ तूफान ਜਿਹੜੀ ਮੂਵੀ ਇਹਨਾਂ ਦੀ ਆਈ ਸੀ ਉਹਨਾਂ ਨੇ ਜ ਬਹੁਤ ਵਧੀਆ ਇਹਨਾਂ ਨੇ ਕਿਰਦਾਰ ਨਭਾਇਆ ਸੀਗਾ ਤੇ ਬਹੁਤ ਵਧੀਆ ਇਹਨਾਂ ਨੇ ਵਿੱਚ ਕਿਰਦਾਰ ਨਭਾਇਆ ਬਹੁਤ ਅਸੀਂ ਅਪਰੀਸ਼ੀਏਟ ਕਰਦੇ ਆਂ ਤੇ ਭਾਜੀ ਜ਼ਿੰਦਗੀ ਚ ਇਦਾਂ ਹੀ ਤਰੱਕੀਆਂ ਕਰਨ ਤੇ ਬੁਲੰਦੀਆਂ ਨੂੰ ਛੂਹਣ ਜੀ ਜੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਵਾਸਤੇ ਬਲਜਿੰਦਰ ਸਿੰਘ ਜੀ ਜੀ ਇਹ ਸੰਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਮੈਲਬਨ ਸ਼ਹਿਰ ਤੋਂ ਸਾਂਝ ਬਣਾਈ ਸੀਗੀ ਹਾਂ ਜੀ ਤੁਹਾਡੀਆਂ ਫਿਲਮਾਂ ਦੀ ਗੱਲ ਛੇੜੀ ਉਹਨਾਂ ਨੇ ਵੀ ਤੁਸੀਂ ਬੜਾ ਅੱਛਾ ਕਿਰਦਾਰ ਨਿਭਾਇਆ ਸੀ ਤੇ ਮੈਨੂੰ ਮੌਕਾ ਮਿਲਿਆ ਥੋੜਾ ਜਿਹਾ ਮੌਕਾ ਮਿਲਿਆ ਹਲਕਾ ਜਿਹਾ ਮੌਕਾ ਕਿ ਮੈਂ ਥੋੜੀ ਥੋੜੀ ਜਿਹੀ ਜਿਹੜੀ ਪ੍ਰੋਫੈਸ਼ਨਲ ਜਿਹੜੀ ਲਾਈਫ ਹੈਗੀ ਆ ਉਹਦੇ ਤੇ ਮਾੜੀ ਜਿਹੀ ਝਾਤ ਜਿਹੜੀ ਆ ਮਰਵਾ ਦਿਆਂ ਅਮ ਅਗਰ ਫਿਲਮਾਂ ਦੀ ਗੱਲ ਕੀਤੀ ਜਾਵੇ ਤੇ ਦੇਸ਼ ਹੋਇਆ ਪਰਦੇਸ ਜਿਹੜੀ ਨੈਸ਼ਨਲ ਅਵਾਰਡ ਵਿਨਿੰਗ ਫਿਲਮ ਐ ਉਹਦੇ ਵਿੱਚ ਤੁਸੀਂ ਕੈਰੈਕਟਰ ਜਿਹੜਾ ਨਿਭਾਇਆ ਸੀ ਹਨਾ ਸਭ ਤੋਂ ਪਹਿਲਾਂ ਜੀ ਡੀ ਆਈ ਜਿੱਤਾ ਸੀ ਜੀ ਕਬਰ ਜੀ ਇੱਕ ਜਿੰਦ ਇੱਕ ਜਾਨ ਰੁਸਤਮੇ ਹਿੰਦ ਅਸੀਂ ਗੱਭਰੂ ਦੇਸ਼ ਪੰਜਾਬ ਦੇ ਮਿੱਟੀ ਮਿੱਟੀ ਵਿੱਚ ਤੁਹਾਡਾ ਕੀ ਕਿਰਦਾਰ ਸੀ ਨੀਨਾ ਜੀ ਦੱਸਿਓ ਸਾਡੇ ਮਿੱਟੀ ਵਿੱਚ ਮਿੱਟੀ ਵਿੱਚ ਜਿਹੜਾ ਮੇਰਾ ਕਿਰਦਾਰ ਸੀ ਗਨ ਜੀ ਉਹ ਇੱਕ ਪਖੰਡੀ ਬਾਬੇ ਦਾ ਸੀਗਾ ਜਿਹਦੇ ਵਿੱਚ ਜਿਹੜਾ ਕਿ ਅੱਜ ਕੱਲ ਹੁਣ ਮਤਲਬ ਇੱਕ ਮੈਂ ਸਿੱਧਾ ਕਹ ਦਾਂ ਜੀ ਵੀ ਰਾਮ ਰਹੀਮ ਦੀ ਟਾਈਪ ਉਹ ਸੀਗਾ ਕਿ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਰੱਖਦਾ ਉਹ ਐਸੀ ਵੀ ਹੈਗਾ ਸਭ ਕੁਝ ਹੈਗਾ ਤੇ ਉਹ ਜਦੋਂ ਪੋਲੀਟੀਕਲ ਬੰਦਾ ਆਂਦਾ ਤੇ ਉਹਦੇ ਅੱਗੇ ਉਹ ਸਜਾਂਦਾ ਸ਼ਰਾਬ ਦੀਆਂ ਬੋਤਲਾਂ ਸਜਾਂਦਾ ਤੇ ਉੱਥੇ ਉਹ ਗੱਲ ਕਰਦਾ ਕਹਿੰਦਾ ਮਤਲਬ ਉਹਦੇ ਉਹਦੇ ਅੰਦਾਜ਼ ਦੇ ਵਿੱਚ ਹਨਾ ਕਹਿੰਦਾ ਜੀ ਮੰਤਰੀ ਸਾਹਿਬ ਇਹ ਇੱਕ ਭਗਤਨੀ ਨੇ ਸ਼ਰਦਾਵਸ਼ ਭੇਟ ਕੀਤੀ ਸੀ ਜਦੋਂ ਮੈਂ ਅਮਰੀਕਾ ਗਿਆ ਸੀ ਵਾਹ ਕੀ ਆਨੰਦ ਸੀ ਮਹਾ ਆਨੰਦ ਸੀ मंत्री साहब वोटा ਦਾ ਕੀ ਹੈ ਸੰਗਤ ਆ ਇੱਕ ਸ਼ਰਦਾ ਦੀ ਡੋਰ ਦੇ ਨਾਲ ਬੱਝੀ ਹੁੰਦੀ ਹੈ ਟੁਣਕਾ ਮਾਰ ਦਿਆਂਗੇ ਡੱਬੇ ਵੋਟਾਂ ਨਾ ਉਛਲ ਦੇ ਫਿਰਨਗੇ ਸੇਵਨ ਕਰੋ ਯੈਸ ਹਲੋ ਕੁਛ ਐਦਾਂ ਦਾ ਉਹਦਾ ਉਹ ਸੀਗਾ ਕਿ ਉਹ ਕਿਦਾਂ ਮੈਨਿਪੂਲੇਟ ਕਰਦਾ ਹਰ ਚੀਜ਼ ਨੂੰ ਉਸ ਤੋਂ ਬਾਅਦ ਵੀ ਇੱਕ ਮੇਰੀ ਫਿਲਮ ਆਈ ਸੀ ਮਿੱਟੀ ਵਿਰਾਸਤ ਬਬਰਾਂ ਦੀ ਤੇ ਉਹਦੇ ਵਿੱਚ ਵੀ ਕੁਝ ਐਦਾਂ ਦੇ ਕਿਰਦਾਰ ਸੀਗਾ ਮੇਰਾ ਬਿਲਕੁਲ ਅਲੱਗ ਤੋਂ ਉਹ ਕਿਦਾਂ ਸਾਰਾ ਮੈਨੀਪੂਲੇਟ ਕਰਦਾ ਹਰ ਚੀਜ਼ ਨੂੰ ਪੂੰਜੀ ਪੱਤਿਆਂ ਨੂੰ ਵੀ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੁੰਦਾ ਉਹਨੂੰ ਵੀ ਉਹ ਸਾਰਾ ਕਿਦਾਂ ਉਹਨਾਂ ਨਾਲ ਖੇਡਦੇ ਆ ਤੇ ਆਪ ਐਸ਼ ਕਰਦੇ ਉਹ ਪਖੰਡਵਾਦ ਦੇ ਉੱਤੇ ਕਰੈਕਟਰ ਸੀਗੇ ਜੀ ਜੀ ਸੋ ਫਿਲਮਾਂ ਦੀ ਤੇ ਜਿਹੜੀ ਲੜੀ ਹੈ ਕਾਫੀ ਲੰਬੀ ਹੈ ਤੇ ਨਾਲ ਨਾਲ ਮੈਂ ਦੱਸ ਹੀ ਜਾਵਾਂ ਕਿ ਮਿਸ਼ਨ ਫਤਿਹਨਾ ਦਾ ਇੱਕ ਹਿੰਦੀ ਸੀਰੀਅਲ ਹੈ ਜਿਹੜਾ ਨੀਨਾ ਜੀ ਕਰ ਰਹੇ ਨੇ ਤੇ ਮੀਤ ਮਿਲਾਦੇ ਰੱਬਾ ਮਹਾਰਾਜਾ ਰਣਜੀਤ ਸਿੰਘ ਕਰਮਾ ਵਾਲੀ ਗੈਸਟ ਹਾਊਸ ਤੋਬਾ ਟੇਕ ਸਿੰਘ ਇਹ ਕੁਝ ਸੀਰੀਅਲਸ ਨੇ ਜਿਹੜੇ ਹਿੰਦੀ ਭਾਸ਼ਾ ਦੇ ਵਿੱਚ ਵੀ ਇਸੇ ਹੀ ਸਰੂਪ ਦੇ ਵਿੱਚ ਕੀਤੇ ਨੇ ਟੈਲੀਫਿਲਮਸ ਦੀ ਤੇ ਬਹੁਤ ਲੰਬੀ ਲੜੀ ਹੈ ਸੋ ਤੁਹਾਡੀ ਸਭ ਤੋਂ ਫੇਵਰਟ ਟੈਲੀਫਿਲਮ ਕਿਹੜੀ ਰਹੀ ਹੈ ਨੀਨਾ ਜੀ ਟੈਲੀਫਿਲਮਸ ਤੋਂ ਜਿਹੜੀਆਂ ਨੇ ਉਹ ਸਾਰੀਆਂ ਕੀਤੀਆਂ ਨੇ ਇੱਕ ਇੱਕ ਮੈਂ ਟੈਲੀਫਿਲਮ ਕੀਤੀ ਸੀ ਜੀ ਉਹ ਆਪਣੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਰਵਾਈ ਸੀ ਉਹਦੇ ਵਿੱਚ ਮੇਰਾ ਅ ਐਸਐਸਪੀ ਦਾ ਕਰਦਾਰ ਸੀਗਾ ਜੀ ਤੇ ਕੱਬ ਗੱਲ ਆਵेंगे ਉਹ ਡਰੱਗਜ਼ ਦੇ ਉੱਤੇ ਸੀਗੀ ਜੀ ਸਾਰੀ ਤੇ ਵੀ ਉਹ ਕਿਦਾਂ ਨੌਜਵਾਨਾਂ ਨੂੰ ਪਟਕਾਉਂਦੇ ਨੇ ਨੌਜਵਾਨਾਂ ਨੂੰ ਪਟਾ ਪਟਕਾ ਕੇ ਤੇ ਉਹ ਉਹਨਾਂ ਨੂੰ ਯੂਜ਼ ਕਰਦੇ ਨੇ ਜਦੋਂ ਉਹਨਾਂ ਦੇ ਮਤਲਬ ਦੇ ਨਹੀਂ ਰਹਿੰਦੇ ਤੇ ਉਹਨਾਂ ਨੂੰ ਕਿਵੇਂ ਉਹ ਖਤਮ ਕਰਦੇ ਨੇ ਤੇ ਉਹਦੇ ਉੱਤੇ ਉਹ ਫਿਲਮ ਸੀ ਉਹ ਬਹੁਤ ਅੱਛੀ ਫਿਲਮ ਸੀ ਉਹਦੇ ਨਾਲ ਨਾਲ ਇੱਕ ਮੈਂ ਟੈਲੀ ਫਿਲਮ ਕੀਤੀ ਸੀ ਜੀ ਗੁਰਚੇਤ ਚਿੱਤਰਕਾਰ ਉਹਨਾਂ ਦੇ ਨਾਲ ਤੇ ਉਹ ਵੀ ਸੇਮ ਇਦਾਂ ਦੀ ਵਿਸ਼ਾ ਸੀਗਾ ਉਹਦੇ ਵਿੱਚ ਪਖੰਡਵਾਦ ਦਾ ਸੀਗਾ ਡੇਰਾਬਾਦ ਦਾ ਸੀਗਾ ਉਹਦੇ ਨਾਲ ਨਾਲ ਡਰੱਗਸ ਦਾ ਸੀਗਾ ਤੇ ਉਹ ਵੀ ਮੇਰੇ ਬਹੁਤ ਦਿਲ ਦੇ ਨੇੜੇ ਹੈਗੀ ਆ ਫਿਲਮ ਪਰ ਮੇਰੇ ਦਿਲ ਦੇ ਹੋਰ ਨੇੜੇ ਬਹੁਤ ਹੈਗੀ ਆ ਪੰਜਾਬ 1984 ਜਿਹੜੀ ਮਾਰੋ ਹਰ ਦੂਜੇ ਤੀਜੇ ਦਿਨ ਇਥੇ ਕਿਸੇ ਚੈਨਲ ਤੇ ਆਂਦੀ ਹੁੰਦੀ ਹੈ ਉਹਦਾ ਵਿਸ਼ਾ ਬਹੁਤ ਕਮਾਲ ਦਾ ਸੀਗਾ ਜੀ ਸਾਡੀ ਪੰਜਾਬ ਦੀ ਤਰਾਸੀ ਦੇ ਉੱਤੇ ਸੀਗਾ ਸਾਰਾ ਤੇ ਮੇਰਾ کردار ਪਰ ਮੇਰੇ ਉਹਦੇ ਛੋਟਾ ਸੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੁਹਾਡਾ کردار ਉਹਦੇ ਵਿੱਚ ਵੱਡਾ ਹੋਣਾ ਚਾਹੀਦਾ ਸੀਗਾ ਮੈਂ ਕਿਹਾ ਜੀ ਮੇਰਾ کردار ਵੱਡਾ ਹੁੰਦਾ ਤੇ ਮੇਰੇ ਉਸ کردار ਦਾ मीनिंग ਹੀ ਨਹੀਂ ਰਹਿ ਜਾਣਾ ਸੀ ਤੇ ਕਿ ਦੋ ਸੀਨ ਦੇ ਵਿੱਚ ਉਹ ਸਾਰਾ ਫਿਲਮ ਦਾ ਜਿਹੜਾ ਮੈਂ ਪੂਰੀ ਫਿਲਮ ਦੇ ਵਿੱਚ ਨਾਲ ਰਹਿਣਾ ਸਟਾਰਟ ਦੇ ਵਿੱਚ ਵੀ ਐਂਡ ਦੇ ਵਿੱਚ ਵੀ ਖਬਰਾਂ ਦੇ ਵਿੱਚ ਉਹਦੇ ਪਰ ਮੇਰੇ ਦੋ ਸੀਨ ਸੀਗੇ ਉਹ ਬਹੁਤ ਕਮਾਲ ਦੇ ਸੀਗੇ ਤੇ ਉਹ ਮੈਨੂੰ ਬਹੁਤ ਪਸੰਦ ਆ ਉਹਦੇ ਨਾਲ ਨਾਲ ਸਿਆਸਤ ਸੀ ਫਿਲਮ ਉਹ ਵੀ ਬਹੁਤ ਵਧੀਆ ਸੀ ਉਹ ਵੀ ਪੰਜਾਬੀ ਮੁੱਦਿਆਂ ਦੇ ਉੱਤੇ ਸੀ ਸਾਰੀ ਤੇ ਜੀ ਬਹੁਤ ਜੀ 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 ਬਹੁਤ ਅੱਛਾ ਲੱਗਿਆ ਤੁਹਾਡੇ ਤੁਹਾਡੇ ਤੋਂ ਹੀ ਸੁਣ ਕੇ ਕਿ ਤੁਹਾਨੂੰ ਕਿਹੜੀਆਂ ਮੂਵੀਜ਼ ਅੱਛੀਆਂ ਲੱਗੀਆਂ ਹਾਂ ਨਾਲ ਨਾਲ ਮੈਂ ਦੱਸਾਂ ਕਿ ਲਾਈਟ ਐਂਡ ਸਾਊਂਡ ਜਿਹੜੇ ਪਲੇ ਹੁੰਦੇ ਨੇ ਉਹਨਾਂ ਵਿੱਚ ਨੀਨਾ ਜੀ ਨੇ ਬਹੁਤ ਸਾਰੇ ਪਲੇਸ ਜਿਹੜੇ ਕੀਤੇ ਨੇ ਬੋਲੇ ਸੁਨੇਹਾਲ ਸ਼ੇਰੇ ਪੰਜਾਬ ਟੁੱਟੀ ਗੰਢ ਟੁੱਟੀ ਗੰਢ ਗੁਰੂ ਮਾਨੇਓ ਗ੍ਰੰਥ ਚਾਨੀ ਚੌਂਕ ਤੋਂ ਸਰਹੰਦ ਤੱਕ ਖੂਨ ਸ਼ਹੀਦਾਂ ਦਾ ਬੰਦਾ ਗੁਰੂ ਕਾ ਸਰਬੰਸਦਾਨੀ ਬੰਦਾ ਸਿੰਘ ਬਹਾਦਰ ਅਮਰ ਸ਼ਹੀਦ ਬੰਦਾ ਬਹਾਦਰ ਨਿੱਕੀਆਂ ਜਿੰਦਾ ਵੱਡੇ ਸਾਕੇ ਸਿੰਘ ਸੂਰਮੇ ਅਸ਼ਟਮ ਬਲਬੀਰਾ ਬੇਬੇ ਜੀ ਮੈਂ ਸੰਤ ਬਣ ਗਿਆ ਸੋ ਇਹ ਸਾਰੇ ਜਿਹੜੇ ਲਾਈਟ ਐਂਡ ਸਾਊਂਡ ਪ੍ਰੋਗਰਾਮਸ ਵੀ ਜਿਹੜੇ ਆ ਉਹ ਕੀਤੇ ਨੇ ਅ ਨਵੀਂ ਟੈਕਨੋਲੋਜੀ ਦੇ ਨਾਲ ਲੋਕ ਧਾਰਾ ਨੂੰ ਜੋੜਨਾ ਕਿਸੇ ਵੀ ਵਨਗੀ ਨੂੰ ਜੋੜਨਾ ਇਹ ਬੜਾ ਇੰਪੋਰਟੈਂਟ ਹੋ ਗਿਆ ਇਸ ਵਕਤ ਕਿਉਂਕਿ ਬਿਲਕੁਲ ਹਾਂਜੀ ਟੈਕਨੋਲੋਜੀ ਇਨੈਵਿਟੇਬਲ ਹੈ ਇਸ ਵਕਤ ਸਾਨੂੰ ਉਹਦੇ ਵਿੱਚ ਬਲੈਂਡ ਹੋਣਾ ਹੀ ਪਏਗਾ ਹੁਣ ਤੁਸੀਂ ਦੇਖੋ ਕੋਰੋਨਾ ਦੀ ਮਹਾਮਾਰੀ ਕਰਕੇ ਬਹੁਤ ਬਹੁਤ ਤਰੀਕੇ ਦੇ ਨਾਲ ਤਬਦੀਲੀ ਆਈ ਹੈ ਜਿਹੜੇ ਡਿਜੀਟਲ ਪਲੈਟਫਾਰਮ ਹੁੰਦੇ ਸੀ ਜਿਨ੍ਹਾਂ ਨੂੰ ਉਹੀ ਲੋਕ ਜ਼ਿਆਦਾ ਸੁਣਦੇ ਪਹਿਲਾਂ ਹੁੰਦੇ ਸੀ ਜਿਨ੍ਹਾਂ ਨੂੰ ਡਿਜੀਟਲ ਯੁੱਗ ਦੇ ਨਾਲ ਜ਼ਿਆਦਾ ਪਿਆਰ ਹੈ ਪਰ ਇਸ ਵਕਤ ਬੜਾ ਐਂਟਰਟੇਨਿੰਗ ਰਿਹਾ ਡਿਜੀਟਲ ਯ era ਔਰੇ ਰਹੇਗਾ ਵੀ ਆਉਣ ਵਾਲੇ ਸਮੇਂ 'ਚ ਇੱਕ ਬੜੀ ਇਬੜਾ ਵੱਡਾ ਹੁਲਾਰਾ ਆਇਆ ਡਿਜੀਟਲਾਈਜੇਸ਼ਨ ਨੂੰ ਸੋ ਆਈ ਥਿੰਕ ਸਾਨੂੰ ਇਹ ਐਕਸਪੈਰੀਮੈਂਟਸ ਜਿਹੜੇ ਨੇ ਉਹ ਕਰਦੇ ਰਹਿਣਾ ਚਾਹੀਦਾ ਆ ਮੈਂ ਇੱਕ ਤੁਹਾਨੂੰ ਨਹੀਂ ਮੈਂ ਗੱਲ ਸੌਰੀ ਮੈਂ ਕੱਟ ਰਿਹਾ ਤੁਹਾਡੀ ਗੱਲ ਕਿ ਮੈਂ ਇਹਦੇ ਵਿੱਚ ਜਿਹੜਾ ਲਾਈਟ ਐਂਡ ਸਾਊਂਡ ਦਾ ਜਿਹੜਾ ਸਿਸਟਮ ਪਹਿਲਾਂ ਕੁਝ ਤਰੀਕੇ ਦੇ ਨਾਲ ਹੋਰ ਹੁੰਦਾ ਸੀ ਪਰ ਇਹਨੂੰ ਸਿਸਟਮ ਦੇ ਵਿੱਚ ਲੈ ਕੇ ਆਉਣ ਲਈ ਮੈਂ ਨਾਮ ਲਾਵਾਂਗਾ ਡਾਕਟਰ ਹਰਚਰਨ ਸਿੰਘ ਦੇ ਬੇਟੇ ਹਰਬਖਸ਼ ਲਾਟਾ ਭਾਜੀ ਜਿਨ੍ਹਾਂ ਨੇ ਇਹਨੂੰ ਇਸ ਵਿਦੀ ਨੂੰ ਉਹਨਾਂ ਨੇ ਯੂਜ਼ ਕੀਤਾ ਸਭ ਤੋਂ ਪਹਿਲਾਂ ਬੋਲੇ ਸੋਨੇ ਹਾਲ ਦੇ ਵਿੱਚ ਬੋਲੇ ਸੋਨੇ ਹਾਲ ਜਿਹੜਾ ਸੀਗਾ ਉਹ ਸਾਡੀ 500 ਸਾਲਾਂ ਦੀ ਜਿਹੜੀ ਸਿੱਖ ਹਿਸਟਰੀ ਸੀ ਉਹਦਾ ਸਾਰਾ ਉਹਨਾਂ ਨੇ ਜੋੜ ਬਣਾਇਆ ਸੀ ਉਹਦੇ ਵਿੱਚ ਸੀਗਾ ਕਿ ਆਰਟਿਸਟ ਸਟੇਜ 'ਤੇ ਉੱਤੇਗਾ ਧੰਨ ਉਤਬਾਦੋ ਸਕਰੀਨ ਦੇ ਵਿੱਚ ਚਲਾ ਜਾਂਦਾ ਸਕਰੀਨ ਤੋਂ ਬਾਅਦ ਫਿਰ ਸਟੇਜ 'ਤੇ ਆ ਜਾਂਦਾ ਉਹ ਬਹੁਤ ਅੱਛਾ ਲੋਕਾਂ ਨੂੰ ਇੱਕਦਮ ਲੱਗਿਆ ਸੀ ਤੇ ਉਹ 500 ਸਾਲਾਂ ਦਾ ਸਿੱਖ ਇਤਿਹਾਸ ਜਿਹੜਾ 1999 ਦੇ ਵਿੱਚ ਇਹ ਸ਼ੁਰੂ ਕੀਤਾ ਸੀਗਾ ਲਾਟਾ ਭਾਜੀ ਨੇ ਬਹੁਤ ਵਧੀਆ ਟੰਗ ਦੇ ਨਾਲ ਨਵਾਇਆ ਔਰ ਉਹਦਾ ਹਿੱਸਾ ਮੈਂ ਸ਼ੁਰੂ ਤੋਂ ਬਿਲਕੁਲ ਸਟਾਰਟ ਤੋਂ ਮੈਂ ਹੋ ਗਿਆ ਸੀਗਾ ਉਸ ਪ੍ਰੋਜੈਕਟ ਦਾ ਹਿੱਸਾ ਕਿਉਂਕਿ ਸਿੰਘਾळे ਜਿੰਨੇ ਵੀ ਕਿਰਦਾਰ ਸੀ ਉਹ ਸਾਰੇ ਮੈਂ ਨਵਾਏ ਸੀ ਮਹਾਰਾਜਾ ਰਣਜੀਤ ਸਿੰਘ ਹੋਰ ਜਿੰਨੇ ਵੀ ਕਿਰਦਾਰ ਸੀਗੇ ਤੇ ਉਹਦੇ ਵਿੱਚ ਇੱਕ ਸਾਡੀ ਕੋਰੀਓਗ੍ਰਾਫੀ ਸੀਗੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਉਹ ਸ਼ਬਦ ਦੇ ਉੱਤੇ ਗੱਤਕੇ ਦੀ ਔਰ ਭੰਗੜੇ ਨੂੰ ਉਹਨੂੰ ਮਿਕਸ ਕਰਕੇ ਉਹਨੂੰ ਅਸੀਂ ਇੱਕ ਫਿਊਜ਼ਨ ਬਣਾਇਆ ਸੀਗਾ ਤੇ ਉਹ ਸਾਰੀ ਕੋਰੋਗ੍ਰਾਫੀ ਮੈਂ ਤਿਆਰ ਕੀਤੀ ਸੀ ਜੀ ਮੇਰੇ ਤੇ ਮੇਰੇ ਨਾਲ ਜਿਹੜੇ ਬਲਜਿੰਦਰ ਸਿੰਘ ਪੰਨੂ ਜਿਹਦੇ ਆਪਣੀ ਹੁਣ ਗੱਲ ਵੀ ਹੋਈ ਸੀ ਉਹ ਵੀ ਮੇਰੇ ਨਾਲ ਸੀ ਉਦੋਂ ਉਹ ਨਾਲ ਰਹੇ ਨੇ ਬਹੁਤ ਸਾਰੇ ਸਾਡੇ ਸਾਥੀ ਨਾਲ ਰਹੇ ਨੇ ਤੇ ਉਹਦੇ ਨਾਲ-ਨਾਲ ਅਸੀਂ ਫਿਰ ਆਪਣੇ ਜਿਹੜਾ ਸਾਡਾ ਆਪਣਾ ਗਰੁੱਪ ਚੱਲ ਰਿਹਾ ਜੀ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਉਹਦੇ ਤਹਿਤ ਅਸੀਂ ਫਿਰ ਛੋਟੇ ਸਹਿਬਜ਼ਾਦਿਆਂ ਦਾ ਇੱਕ ਅਸੀਂ ਪਲੇ ਤਿਆਰ ਕੀਤਾ ਸਾਕਾ ਇਸਰਾਂਦ ਜੀ ਔਰ ਉਹਦੇ ਬਹੁਤ ਸਾਰੇ ਸ਼ੋਜ਼ ਅਸੀਂ ਕਿਤੇ ਜਿਹਦੇ ਚ ਸਾਨੂੰ ਇਹ ਮਾਨ ਹੈਗਾ ਕਿ ਜਦੋਂ ਸੀ ਨਾ ਪਹਿਲਾ ਸ਼ੋਅ ਕੀਤਾ ਸੀ ਜਲੰਧਰ ਦੇ ਵਿੱਚ ਸਾਨੂੰ ਯਾਦ ਆ ਬਹੁਤ ਠੰਡ ਸੀਗੀ ਔਰ ਕੋਰਾ ਪਿਆ ਹੋਇਆ ਸੀ ਸੰਗਤ ਬੈਠੀ ਸੀ ਤੇ ਜਦੋਂ ਅਸੀਂ ਉਹ ਸ਼ੋਅ ਸਾਰਾ ਕੀਤਾ ਉਹਦਾ ਅਸਰ ਕੀ ਹੋਇਆ ਕਿ ਕੁਝ ਬੱਚੇ ਜਿਹੜੇ ਨੇ ਜਲੰਧਰ ਦੇ ਵਿੱਚ ਉਹ ਟੋਪੀਆਂ ਪਾਈਆਂ ਹੋਈਆਂ ਸੀ ਤੇ ਉਹ ਆਏ ਜਦੋਂ ਸਾਡਾ ਸ਼ੋਅ ਖਤਮ ਹੋ ਗਿਆ ਤੇ ਸ਼ੋਅ ਖਤਮ ਹੋਣ ਤੋਂ ਬਾਅਦ ਉਹ ਉੱਥੇ ਆ ਕੇ ਤੇ ਸਾਨੂੰ ਕਹਿੰਦੇ ਵੀ ਬੇਨਤੀ ਕੀਤੀ ਉਹਨਾਂ ਨੇ ਵੀ ਅਸੀਂ ਸਟੇਜ ਦੇ ਉੱਤੇ ਆ ਸਕਦੇ ਹਾਂ ਅਸੀਂ ਪ੍ਰਧਾਨ ਜੀ ਨੇ ਗੱਲ ਕਰਾ ਕੇ ਤੇ ਸਟੇਜ ਦੇ ਉੱਤੇ ਲਿਆਏ ਤੇ ਉਹ ਬੱਚਿਆਂ ਨੇ ਸਟੇਜ ਦੇ ਉੱਤੇ ਆ ਕੇ ਟੋਪੀਆਂ ਸਿਰਾਂ ਤੋਂ ਲਾ ਕੇ ਤੇ ਸਟੇਜ ਦੇ ਉੱਤੇ ਮਾਰੀਆਂ ਕਿ ਜੇ ਸਾਡਾ ਇਤਿਹਾਸ ਇੰਨਾ ਗੌਰਵਮਈ ਹੈਗਾ ਤੇ ਅੱਜ ਤੋਂ ਬਾਅਦ ਅਸੀਂ ਸਿਰਾਂ ਦੇ ਉੱਤੇ ਇਹ ਟੋਪੀਆਂ ਨਹੀਂ ਪਾਵਾਂਗੇ ਤੇ ਉਹ ਚਾਰੋਂ ਬੱਚਿਆਂ ਨੇ ਉੱਥੇ ਐਦ ਲਿਆ ਸੀ ਉਹਨਾਂ ਨੂੰ ਸਰੋਪਾ ਦੇ ਕੇ ਨਵਾਜਿਆ ਗਿਆ ਸੀਗਾ ਤੇ ਸਾਨੂੰ ਵੀ ਇਸ ਚੀਜ਼ ਦਾ ਮਾਣ ਹੈਗਾ ਕਿ ਉਹ ਬੱਚੇ ਸਾਡੇ ਇਸ ਪਲੇ ਨੂੰ ਦੇਖ ਕੇ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਬਦਲੀ ਤੇ ਗੁਰੂ ਮਹਾਰਾਜ ਦੀ ਕਿਰਪਾ ਸੀ ਔਰ ਉਦੋਂ ਅ ਮੈਨੂੰ ਐਦਾਂ ਲੱਗਦਾ ਸੀ ਕਿ ਗੁਰੂ ਮਹਾਰਾਜ ਆਪ ਬੈਠ ਕੇ ਉਸ ਚੀਜ਼ ਨੂੰ ਦੇਖ ਰਹੇ ਨੇ ਸਾਰੀ ਜਿਹੜੀ ਫਿਲਮਾਂਕਰ ਅਸੀਂ ਕੀਤਾ ਸੀ ਉਸ ਤੋਂ ਬਾਅਦ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਲਾਈਫ ਦੇ ਉੱਤੇ ਕਿਸੇ ਨੇ ਵੀ ਨਹੀਂ ਕੰਮ ਕੀਤਾ ਸੀ ਅਸੀਂ ਅਸ਼ਟਮ ਬਲਵੀਰਾ ਪਲੇ ਅਸੀਂ ਤਿਆਰ ਕੀਤਾ ਉਹਦੇ ਨਾਲ ਅ ਅਸੀਂ ਇੱਕ ਹੁਣ ਪਿੱਛੇ ਲਾਸਟ ਈਅਰ ਅਸੀਂ ਕੀਤਾ ਸੀ ਸਾਰਾਗੜੀ ਦੇ ਉੱਤੇ ਜੰਗੇ ਸਾਰਾਗੜੀ ਉਹ ਉਹਦਾ ਅਸੀਂ ਸ਼ੋ ਪਟਨੇ ਸਾਹਿਬ ਤੇ ਹੋਰ ਸਾਰੇ ਕੀਤਾ ਸੀ ਉਹਦੇ ਵਿੱਚ ਮੈਂ ਇਸ਼ਾ ਸਿੰਘ ਦਾ کردار ਨਵਾਇਆ ਸੀਗਾ ਜੀ ਤੇ ਸਾਡੀ ਸਾਰੀ ਟੀਮ ਮੇਰੇ ਮੇਰੇ ਭਰਾ ਅਮਰਤਪਾਲ ਸਿੰਘ ਗੋਪਾਲ ਸ਼ਰਮਾ ਇਹ ਸਾਰੀ ਸਾਡੀ ਟੀਮ ਟੋਟਲੀ ਜਿਹੜੀ ਸਾਡੀ ਜਿੰਨਾ ਵੀ ਡਿਜੀਟਲ ਜਿੰਨਾ ਕੰਮ ਕਰਦਾ ਮੇਰਾ ਬੇਟਾ ਕਰਦਾ ਕਿਉਂਕਿ ਉਹ ਸਿਨਮੈਟੋਗ੍ਰਾਫੀ ਦਾ ਵੀ ਕਰਦਾ ਜੀ ਹਰਕੀਰਤਪਾਲ ਸਿੰਘ ਉਹ ਸਾਰੀਆਂ ਬੰਗੀਆਂ ਦੇ ਨਾਲ ਜੁੜਿਆ ਹੋਇਆ ਪੰਜਾਬੀ ਕਲਚਰ ਦੇ ਨਾਲ ਵੀ ਗੱਤਕੇ ਦੇ ਨਾਲ ਵੀ ਔਰ ਕੈਮਰਾ ਸਾਰਾ ਜਿੰਨਾ ਹੈਗਾ ਉਹ ਸਾਰਾ ਉਹ ਤਿਆਰ ਕਰਦਾ ਹੈਗਾ ਜੀ ਸਾਡੀ ਬਹੁਤ ਅੱਛੀ ਟੀਮ ਹੈਗੀ ਆ ਉਹਦੇ ਨਾਲ ਨਾਲ ਜਿਹੜੀ ਕਲਚਰ ਟੀਮ ਬਲਕਾਰ ਭਾਜੀ ਸਾਡੇ ਬਹੁਤ ਬਾਬਾ ਬੋੜ ਉਹਨਾਂ ਤੋਂ ਅਸੀਂ ਸਾਥ ਲੈਨੇ ਨੇ ਤੇ ਮਨ ਲੋ ਕਿਸੇ ਦਾ ਮਨ ਲੋ ਅਗਰ ਅਸੀਂ ਮੈਂ ਨਾ ਪੁੱਲ ਜਾਦਾ ਮੈਂ ਮਾਫੀ ਮੰਗਾਗਾ ਕਿਉਂਕਿ ਸਾਰੇ ਸਾਡੇ ਥੰਮ ਨੇ ਸਾਰੇ ਨਾਲ ਜੁੜ ਕੇ ਸਾਨੂੰ ਹੌਸਲਾ ਦਿੰਦੇ ਨੇ ਜੀ ਜੀ ਮੈਂ ਸ్రోਤਿਆਂ ਨੂੰ ਦੱਸਦੀ ਜਾਵਾਂ ਪ੍ਰੋਗਰਾਮ ਇਹ ਸੁਨੇਹੇ ਦੇ ਵਿੱਚ ਅਸੀਂ ਲਾਸਟ ਵੀਕ ਬਲਕਾਰ ਸਿੱਧੂ ਹੋਰਾਂ ਨੂੰ ਬੁਲਾਇਆ ਸੀ ਤੇ ਬੜਾ ਅੱਛਾ ਉਹਨਾਂ ਦੇ ਨਾਲ ਰੋਚਕ ਗੱਲਬਾਤ ਸਾਡੀ ਹੋਈ ਸੀ ਤੇ ਤੁਸੀਂ ਪਲੀਜ਼ ਬਰਕਤ ਆਨਲਾਈਨ YouTube ਚੈਨਲ ਤੇ ਜਾ ਕੇ ਉਹਨਾਂ ਦੀ ਇੰਟਰਵਿਊ ਵੀ ਦੇਖ ਸਕਦੇ ਹੋ ਇਹ ਬਲਕਾਰ ਸਿੰਘ ਸਿੱਧੂ ਹੋਰਾਂ ਦੀ ਗੱਲ ਨੀਨਾ ਜੀ ਕਰ ਰਹੇ ਨੇ ਇਸ ਵਕਤ ਤੇ ਬੜਾ ਅੱਛਾ ਲੱਗ ਰਿਹਾ ਤੁਹਾਡਾ ਗੱਲਾਂ ਦਾ ਸਿਲਸਿਲਾ ਚਲਦੇ ਆ ਚਲਦੇ ਆ ਔਰ ਇਹ ਪਤਾ ਹੀ ਨਹੀਂ ਚਲਿਆ ਕਿ ਜਿਹੜਾ ਸਮਾਂ ਹੈ ਉਹ ਸਮਾਪਤੀ ਵੱਲ ਵੱਧ ਗਿਆ ਹੈ ਪਰ ਇਸ ਟਾਈਮ ਸਾਡੇ ਨਾਲ ਦੋ ਕਾਲਰ ਜੁੜ ਰਹੇ ਨੇ ਇਹਨਾਂ ਦੋ ਕਾਲਸ ਨੂੰ ਅਸੀਂ ਜ਼ਰੂਰ ਪ੍ਰੋਗਰਾਮ ਦਾ ਇੱਕ ਸਬਣਾਵਾਂਗੇ ਤੇ ਮੈਂ ਲੈਣੀ ਆ ਕਾਲ ਇਹ ਕਾਲ ਲਾਈਨ ਤੇ ਨੰਬਰ ਜਿਹੜਾ ਇਹ ਸਾਨੂੰ ਮੈਲਬਨ ਦਾ ਲੱਗ ਰਿਹਾ ਹੈ ਦੇਖਦੇ ਆ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣਾ ਨਾਮ ਦੱਸੋ ਤੇ ਦੱਸੋ ਕਿੱਥੋਂ ਗੱਲ ਕਰ ਰਹੇ ਹੋ ਹਾਂ ਜੀ ਨੀਨਾ ਭਾਜੀ ਆਨਰ ਨੇ ਜੀ 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 ਤੁਹਾਨੂੰ ਸੁਣ ਰਹੇ ਨੇ ਹਾਂ ਜੀ ਹਾਂ ਜੀ ਪਾਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਹਿ ਜੀ ਮੈਂ ਖਾਲਸਾ ਵਾਇਗੁਰ ਜੀ ਕੀ ਫਤਹਿ ਜੀ ਬੋਲ ਰਿਹਾ ਹਾਂ ਜੀ ਹਾਂ ਜੀ ਅਸਲ ਤੇ ਫਿਜ਼ੀਕਲੀ ਤੇ ਆਪਾਂ ਹੀ ਕਦੀ ਨਹੀਂ ਮਿਲੇ ਪਰ ਆਪਾਂ ਨੂੰ ਹਮੇਸ਼ਾ ਮੇਰਾ ਪਰਿਵਾਰ ਮੇਰੇ ਜੀਜਾ ਹੀ ਨੇ ਉਤਾਰ ਭਾਜੀ ਦੇ ਨਾਲ ਮੇਰੇ ਭੈਣ ਜੀ ਨੇ ਹਰਮਿੰਦਰ कौर ਉਹਨਾਂ ਨਾਲ ਅਕਸਰ ਤਾਂ ਗੱਲਬਾਤ ਹੁੰਦੀ ਰਹਿੰਦੀ ਕਿਉਂਕਿ ਉਹਨਾਂ ਨੇ ਵਿਜ਼ਿਟ ਕੀਤਾ ਹੈ ਤੁਹਾਨੂੰ ਉਹਨਾਂ ਨੇ ਤੁਹਾਨੂੰ ਦੇਖਿਆ ਵੀ ਆ ਸਾਡੇ ਬਾਰੇ ਸੁਣਿਆ ਵੀ ਆ ਕਾਫੀ ਜੀ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਜਦੋਂ ਵੀ ਕਦੀ ਗੱਲ ਹੁੰਦੀ ਹੈ ਉਹ ਤੁਹਾਡੇ ਬਾਰੇ ਬਹੁਤ ਜ਼ਿਆਦਾ ਤਾਰੀਫ ਕਰਦੇ ਨੇ ਤੇ ਮੈਂ ਤਕਰੀਬਨ ਨਰਫਨ ਉਹਨਾਂ ਤੇ ਮੇਰੇ ਕੋ ਕਦੀ ਚਾਂਸ ਬਣਿਆ ਨਹੀਂ ਤੁਹਾਨੂੰ ਮਿਲਣ ਦਾ ਇੱਕ ਦੋ ਵਾਰੀ ਮੈਂ ਗਿਆ ਮਹਾਲੀ ਪਰ ਮਿਲ ਲੱਗਦਾ ਸੀ ਤੇ ਮੇਰੀ ਬਹੁਤ ਜ਼ਿਆਦਾ ਤਮੰਨਾ ਹੈ ਤੁਹਾਨੂੰ ਕਿਸ ਦਿਨ ਮਿਲਾਂ ਤੇ ਮੈਂ ਹੀ ਅੱਗੇ ਮੈਸੇਜ ਵੀ ਕੀਤਾ ਸੀ ਕਿ ਜਦੋਂ ਵੀ ਕਦੀ ਟਾਈਮ ਕੱਢੋ ਤੁਸੀਂ ਹੁਣ ਤਾਂ ਕੋਵਿਡ ਚੱਲ ਰਿਹਾ ਹੈ ਪਰ ਜੇ ਤੁਸੀਂ ਟਾਈਮ ਮਿਲੋ ਤਾਂ ਜ਼ਰੂਰ ਆਸਟ੍ਰੇਲੀਆ ਵਿਜ਼ਿਟ ਕਰੋ ਜੀ ਅਸੀਂ ਬਹੁਤ ਉਹਨੇ ਆ ਵੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਸਾਡੇ ਆ ਦੇਖੋ ਰਿਹਾ ਥੇ ਸ਼ੁਕਰੀਆ ਜੀ ਸ਼ੁਕਰੀਆ ਬਿਲਕੁਲ ਜਦੋਂ ਦਾਣਾ ਪਾਣੀ ਹੋਏਗਾ ਜ਼ਰੂਰ ਪਹੁੰਚਾਂਗੇ ਜੀ ਜੀ ਜਰੂਰ ਜ਼ਰੂਰ ਐਮ ਐਂਡ ਤੁਸੀਂ ਨਾਮ ਨਹੀਂ ਦੱਸਿਆ हां जी मेरा नाम सुरेंद्र सिंह है जी मैं मेलबर्न तो बताया ਸੀ ਜੀ ਨਾਮ ਇਹ सुरेंद्र ਜੀ 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 सुरेंद्र सिंह जी ਬਹੁਤ ਬਹੁਤ ਧੰਨਵਾਦ ਕਾਲ ਕਰਨ ਵਾਸਤੇ ਤੇ ਪ੍ਰੋਗਰਾਮ ਈ ਸੁਨੇਹੇ ਦੇ ਵਿੱਚ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦੀ थैंक यू so much for calling थैंक यू एਸਨ सुरेंद्र सिंह जी ਜਿਨ੍ਹਾਂ ਨੇ ਮੈਲਬर्न ਸ਼ਹਿਰ ਤੋਂ ਹੀ ਸਾਂਝ ਬਣਾਈ ਸੀ ਸਾਡੇ ਨਾਲ ਸਾਡਾ ਇੱਕ ਕਾਲਰ ਹੋਰ ਜੁੜ ਰਹੇ ਨੇ ਉਹ ਵੀ ਮੈਲਬर्न ਤੋਂ ਹੀ ਜੁੜ ਰਹੇ ਨੇ ਆਓ ਉਹਨਾਂ ਦੇ ਨਾਲ ਵੀ ਸਾਂਝ ਬਣਾਉਨੇ ਆ ਤੇ ਜਾਣਦੇ ਆ ਕਿ ਉਹ ਤੁਹਾਡੇ ਵਾਸਤੇ ਕੀ ਸੁਨੇਹਾ ਲੈ ਕੇ ਆਏ ਆ ਮੈਂ শ্রোਤਿਆਂ ਨੂੰ ਦੱਸਦੀ ਜਾਵਾਂ ਪ੍ਰੋਗਰਾਮ ਚੱਲ ਰਿਹਾ ਈ ਸੁਨੇਹੇ ਆਰ ਗੱਲਾਂ ਬਾਤਾਂ ਦਾ سلسلہ ਨਰਿੰਦਰ ਪਾਲ ਸਿੰਘ ਨੀਨਾ ਹੋਰਾਂ ਦੇ ਨਾਲ ਅਸੀਂ ਤੋਰਿਆ ਹੋਇਆ ਬੜਾ ਅੱਛਾ ਲੱਗ ਰਿਹਾ ਹੈ ਵਿਚਾਰ ਵਟਾਂਦਰਾ ਕਰਦੇ ਹੋਏ ਪ੍ਰੋਗਰਾਮ ਈ ਸੁਨੇਹੇ ਤੁਸੀਂ ਲਾਈਵ ਸੁਣ ਰਹੇ ਹੋ ਫੇਸਬੁੱਕ অর YouTube ਤੇ ਚਲਦਾ ਚਲਦਾ ਪ੍ਰੋਗਰਾਮ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚੇ ਕਿਉਂਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜ਼ਰੂਰ ਹੋਈਆਂ ਨੇ ਜਿਹੜੀਆਂ ਸਾਡੇ ਪ੍ਰਵਾਸੀ ਪੰਜਾਬੀਆਂ ਇਵਨ ਬਸ ਦੇਸ਼ਵਾਸੀਆਂ ਵਾਸਤੇ ਵੀ ਪ੍ਰਵਾਸੀ ਪੰਜਾਬੀਆਂ ਵਾਸਤੇ ਬਹੁਤ ਮਹੱਤਵਪੂਰਨ ਸਥਾਨ ਰੱਖ ਸਕਦੀਆਂ ਨੇ ਸੋ ਇਹ ਪ੍ਰੋਗਰਾਮ ਨੂੰ ਜ਼ਰੂਰ ਸ਼ੇਅਰ ਕਰੋ ਅਰ ਹੋ ਰਾਤ ਤੱਕ ਪੰਚਾਓ ਤੇ ਗੱਲ ਕਰਦੇ ਆ ਅਗਲੇ ਕਾਲਰ ਦੇ ਨਾਲ ਜੁੜਦੇ ਆ ਤੇ ਫਿਰ ਤੁਹਾਡਾ ਹੋਰ ਗੱਲਾਂ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸੁਖਜੀਤ ਕੌਰ ਜੀ ਤੁਹਾਡਾ ਪ੍ਰੋਗਰਾਮ ਈ ਸੁਨੇਹੇ ਦੇ ਵਿੱਚ ਨਰਿੰਦਰ ਨੀਨਾ ਜੀ ਇਸ ਵਕਤ ਤੁਹਾਨੂੰ ਸੁਣ ਪਾ ਰਹੇ ਨੇ ਜੀ ਹਾਂਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਲ ਤੇ ਪੈ ਜੀ ਕੀ ਹਾਲ ਹੈ ਜੀ ਸਰਦੀ ਕਲਾ ਵੀ ਜੀ ਸ਼ੁਕਰੀਆ ਆਪ ਜੀ ਦਾ ਰੂਪ ਕੋਣ ਲਈ ਮਲਵਣ ਵਾਲਿਆਂ ਨੂੰ ਤੁਸੀਂ ਧੰਨਵਾਦ ਸੰਗਤ ਬਸਤੀ ਆਪ ਜੀ ਦੀ ਧੰਨਵਾਦ ਜੀ ਤੁਸੀਂ ਪਛਾਣ ਰਹੇ ਹੋ ਨੀਨਾ ਜੀ ਕੌਣ ਬੋਲ ਰਹੀ ਨੇ ਮੈਂ ਬਿਲਕੁਲ ਜੀ ਬਿਲਕੁਲ ਮੈਂ ਪਛਾਣ ਲਿਆ ਜੀ ਮੈਂ ਆਵਾਜ਼ ਪਛਾਣ ਲਈ ਸੀ ਜੀ ਜੀ ਹੋ ਰਹੀ ਦੀ ਸਰਦੀ ਕਲਾ ਕਿਦਾਂ ਹਮ ਮਾਹੌਲ ਹੈ ਆਪਣੇ ਦੁਆਵਾਂ ਨੇ ਦੁਆਵਾਂ ਨੇ ਭੇਜੀ ਤੁਹਾਡੀਆਂ ਤੁਹਾਡੀਆਂ ਬਦਵਾਵਾਂ ਨਹੀਂ ਜੀ ਸਭ ਦੀਆਂ ਠੀਕ ਹੈ ਵੀ ਜੀ ਬਹੁਤ ਵਧੀਆ ਲੱਗਦਾ ਰਸਨਾ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣੇ ਦੇਸ਼ ਵਿਦੇਸ਼ ਬੈਠ ਕੇ ਵੀ ਅਸੀਂ ਆਪਣੇ ਭੈਣਾ ਭਾਵਾਂ ਦੇ ਨਾਲ ਕਹਿੰਦੇ ਵੀ ਜੋੜ ਮਿਲੇ ਕਰ ਸਕਦੇ ਹਾਂ ਤੇ ਤੁਸੀਂ ਬਹੁਤ ਹੰਬਲਾ ਮਾਰ ਰਹੇ ਹੋ ਤੇ ਬਹੁਤ ਵਧੀਆ ਉਪਰਾਲਾ ਤੁਹਾਡਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ ਗੱਲ ਕਰਨ ਨੂੰ ਦੀ ਮੇਰੀ ਗੱਲ ਕਰਨ ਨੂੰ ਤੇ ਤੁਸੀਂ ਹੋਰ ਸੁਣੋ ਅੱਜ ਦੇ ਵਿਚਾਰ ਜੀ ਜੀ ਮੈਂ ਦੱਸਣਾ ਚਾਹਨੀ ਹਾਂ ਜਿਹੜੇ ਸਰੋਤੇ ਸਾਡੇ ਨਾਲ ਰਿਫਰ ਜੁੜੇ ਨੇ ਇਹ ਜਿਹੜੇ ਕਪੜੇ ਹੁੰਦੇ ਨੇ ਸੋਨੇ ਸੋਨੇ ਜਿਹੜੇ ਸਾਡੇ ਲਾਇਕ ਜਿਹੜੇ ਸਿੰਪਲ ਕਪੜੇ ਅਸੀਂ ਪਾਣਾ ਚਾਹੁੰਦੇ ਆ ਇਹ ਸਾਡੀ ਭੈਣ ਸਾਨੂੰ ਡਿਜ਼ਾਈਨ ਕਰਕੇ ਭੇਜਦੀ ਹੈ ਇਨ ਟ੍ਰੈਂਡਸ ਫੈਸ਼ਨ ਮੈਲਬਨ ਬਹੁਤ ਵਧੀਆ ਡਿਜ਼ਾਈਨਰ ਨੇ ਜੀ ਤੇ ਇਹਨਾਂ ਨੇ ਹੀ ਇਹਨਾਂ ਨੇ ਹੀ ਇਹਨਾਂ ਨੇ ਹੀ ਇੱਥੇ ਇੱਕ ਪ੍ਰੋਗਰਾਮ ਕਰਾਇਆ ਸੀ ਆ ਵਿਰਾਸਤ ਫਿਲਮਜ਼ ਜਨਾਲ ਸਿੰਘ ਹਰਦੇ ਨਾਲ ਮਿਲ ਕੇ ਸਰਦਾਰ ਸਰਦਾਰ ਨੇ ਕੌਂਟੈਸਟ ਹੋਇਆ ਸੀ ਕੁਝ ਸਾਲ ਪਹਿਲਾਂ ਜਿੱਥੇ ਨੀਨਾ ਜੀ ਹੋ ਰਹੀ ਉਸ ਵਕਤ ਉਹਨਾਂ ਨੇ ਮੈਲਬਨ ਆ ਕੇ ਸ਼ਿਰਕਤ ਕੀਤੀ ਸੀ ਬਹੁਤ ਬਹੁਤ ਧੰਨਵਾਦ ਸੁਖਜੀਤ ਕੌਰ ਜੀ ਤੁਹਾਡਾ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਲਈ ਧੰਨਵਾਦ ਸਤਿ ਜੀ ਸੋ ਬਹੁਤ ਧੰਨਵਾਦ ਜੀ ਸਾਰਿਆਂ ਦਾ ਹਾਂਜੀ ਨੀਨਾ ਵੀ ਜੀ ਤੁਸੀਂ ਸੁਵਿਚਾਰ ਸੁਣਾਓ ਤੇ ਧੰਨਵਾਦ ਥੈਂਕ ਯੂ ਸੋ ਮੱਚ ਫॉर ਕਾਲਿੰਗ ਅਮ ਇਹ ਸੰ ਸੁਖਜੀਤ ਕੌਰ ਜੀ ਜਿਨ੍ਹਾਂ ਨੇ ਮੈਲਬਨ ਸ਼ਹਿਰ ਤੋਂ ਸਾਡਾ ਸਾਂਝ ਬਣਾਈ ਸੀ ਤੇ ਅਕਸਰ ਇਹਨਾਂ ਦੇ ਬ੍ਰਾਂਡ ਦੀ ਜਿਹੜੀ ਉਹ ਗੱਲ ਤੁਰਦੀ ਰਹਿੰਦੀ ਹੈ ਬਈ ਅਮ ਜ਼ਰੂਰੀ ਨਹੀਂ ਹੈ ਕਿ ਕਪੜੇ ਜਿਹੜੇ ਹੁੰਦੇ ਨੇ ਉਹ ਸਿਰਫ ਪਾਰਟੀ ਵੇਅਰ ਹੁੰਦੇ ਕੈਜੂਅਲ ਕਪੜੇ ਵੀ ਹੁੰਦੇ ਨੇ ਉਹ ਵੀ ਬਣਵਾਏ ਜਾ ਸਕਦੇ ਆ ਸੋ ਕਈ ਵਾਰੀ ਜਿਹੜੇ ਕਪੜੇ ਅਸੀਂ ਪਾਣੇ ਹੁੰਦੇ ਨੇ ਉਹ ਜ਼ਿਆਦਾ ਕੈਜੂਅਲ ਹੁੰਦੇ ਆ ਇਹ ਸਾਰੇ ਜਿਹੜੇ ਨਾ ਵੀ ਦੱਸੋ ਕਿ ਜਿਹੜੇ ਕੋਈ ਵੀ ਕੋਈ ਇਵੈਂਟ ਕਰਦੇ ਆ ਤੇ ਉਹਨਾਂ ਵਾਸਤੇ ਵੀ ਇਹ ਤਿਆਰ ਕਰ ਦਿੰਦੇ ਆ ਭੰਗੜੇ ਦੀਆਂ ਡਰੈਸਾਂ ਤੇ ਹੋਰ ਕਈ ਕੁਝ ਜੀ ਜੀ ਹਾਂਜੀ ਬਿਲਕੁਲ ਬਿਲਕੁਲ ਕਰ ਦਿੰਦੇ ਨੇ ਇਹ ਔਰ ਹਾਂਜੀ ਇਹ ਆਪ ਹੀ ਜੀ ਜੀ ਆਪ ਇੱਕ ਵਰਸਟਾਈਲ ਇਨਸਾਨ ਹੈ थैंक यू सो मच ਸਾਡੇ ਨਾਲ ਜੁੜਨ ਵਾਸਤੇ ਤੇ ਸਾਡੇ ਨਾਲ ਨੀਨਾ ਭਾਜੀ ਇੱਕ ਕਾਲਰ ਹੋਰ ਜੁੜ ਰਹੇ ਨੇ ਇਹ ਇਹਨਾਂ ਨੂੰ ਮੈਂ ਕਾਲ ਲਾਈਨ ਤੇ ਜ਼ਰੂਰ ਲੈਣਾ ਹੈ ਕਿਉਂਕਿ ਉਹ ਦੇਖੋ ਤੁਹਾਨੂੰ ਆਇਆ ਵੀ ਹੈ ਕਿ ਇਸ ਆਪਣੀ ਜਿਹੜੀ ਤੁਸੀਂ ਪੋਇਮ ਇੱਕ ਕੀਤੀ ਸੀ ਮੈਂ ਉਦਾਸ ਹਾਂ ਉਹਦੇ ਬਾਰੇ ਤੁਹਾਨੂੰ ਦੀ ਬਾੰਦ ਵੀ ਆਈ ਹੈ ਉਹਨਾਂ ਦੀ ਤੇ ਉਹ ਕਾਲ ਲਾਈਨ ਤੇ ਵੀ ਜੁੜਨਾ ਚਾਹੁੰਦੇ ਨੇ ਆਓ ਉਹਨਾਂ ਨੂੰ ਕਾਲ ਲਾਈਨ ਤੇ ਜੋੜਦੇ ਆਂ ਤੇ ਇਹ ਸਾਡੀ ਪ੍ਰੋਗਰਾਮ ਦੀ ਇਸ ਟਾਈਮ ਅਖੀਰਲੀ ਕਾਲ ਹੋਏਗੀ ਤੇ ਮੈਂ ਬਾਕੀ ਸਰੋਤਿਆਂ ਤੋਂ ਖਿਮਾ ਦੀ ਚਾਹਚਕਾ ਹੋਰ ਕਾਲਸ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਕਰ ਪਾਵਾਂਗੇ ਅੱਜ ਅਸੀਂ ਨੀਨਾ ਜੀ ਨੂੰ ਬੁਲਾਉਂਦੇ ਰਵਾਂਗੇ ਗੱਲਾਂ ਦਾ سلسلے ਤੋਰਦੇ ਰਵਾਂਗੇ ਅਗਲੇ ਪ੍ਰੋਗਰਾਮਸ ਫੇਰ ਤਾਂ ਹੀ ਸੰਪਾਵਾਂਗੇ ਉਹਨੇ ਅੱਜ ਦੇ ਪ੍ਰੋਗਰਾਮ ਦੀ ਖੀਤਲੀ ਕਾਲ ਸੋ ਪ੍ਰੋਗਰਾਮ ਚੱਲ ਰਿਹਾ ਈ ਸੁਨੇਹੇ ਇਸ ਵਕਤ ਅਸੀਂ ਨਿਰਿੰਦਰ ਪਾਲ ਸਿੰਘ ਜੀ ਨੀਨਾ ਹੋਰਾਂ ਦੇ ਨਾਲ ਮੁਖਾਤਬਾ ਔਰ ਈ ਸੁਨੇਹਿਆਂ ਦੀਆਂ ਛੜੀਆਂ ਲੱਗ ਰਹੀਆਂ ਨੇ ਬਹੁਤ ਸਾਰੇ ਸੁਨੇਹੇ ਨੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚੋਂ ਸਮੇਟੇ ਜਾ ਸਕਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣ ਰਹੀ ਨੇ ਨੀਨਾ ਜੀ oh hello ਸਤਿ ਸ਼੍ਰੀ ਅਕਾਲ ਦਸਨਾ ਜੀ ਐਂਡ ਸਤਿ ਸ਼੍ਰੀ ਅਕਾਲ ਨੀਨਾ ਬਾਜੀ ਮੈਂ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸੁਣ ਲਈ ਸਿ ਸ਼ੁਰੂ ਤੋਂ ਬੜਾ ਅੱਛਾ ਲੱਗ ਰਿਹਾ ਤੁਹਾਨੂੰ ਸੁਣ ਕੇ ਦੇਖ ਕੇ ਜੀ ਨੂੰ ਇੰਨਾ इजीली ਨਾਈਸਲੀ ਸੌਫਟਲੀ ਤੁਸੀਂ ਸਾਰਾ ਕੁਝ ਦੱਸ ਰਹੇ ਹੋ ਵਿੱਚ ਰੀਲੀ ਇਨਸਪਾਇਰਿੰਗ ਸੇ ਬੜਾ ਅੱਛਾ ਲੱਗ ਰਿਹਾ ਸਾਰੀਆਂ ਗੱਲਾਂ ਸੁਣ ਕੇ ਤੁਹਾਡੀਆਂ ਜੀ ਜਸਪ੍ਰੀਤ ਜੀ ਧੰਨਵਾਦ ਜੀ ਮੈਂ ਮੈਨੂੰ ਸਿਰਫ ਇੱਕ ਛੋਟੀ ਜੀ ਮੈਂ ਸ਼ੇਅਰ ਕਰਨਾ ਚਾਹੁੰਦੀ ਆ ਗੱਲ ਕਿ ਜਿੱਦਾਂ ਸੀ ਅੰਮ੍ਰਿਤ ਅੰਦੇਅਤ ਹੈ ਆਸਟ੍ਰੇਲੀਆ ਚ ਵੀ ਤੇ ਇਹ ਕਿ ਪਹਿਲਾ ਇਹੀ ਹੁੰਦਾ ਹੈ ਕਿ ਬਾਹਰ ਜਾਓ ਜੀ ਤੁਹਾਨੂੰ ਉੱਥੋਂ ਦੇ ਵੈਨ ਤਰੀਕੇ ਨਾਲ ਵਾਕਤਾ ਕੇ ਜੋ ਹੋਤਾ ਦਾ इजी ਜੌਬ ਮਿਲ ਜਾਏ इजी ਕੋਈ ਕੰਮ ਮਿਲ ਜਾਏ ਜੀ ਮੇਰੇ ਕਜ਼ਨਸ ਨੇ ਵੀ ਕੀਤਾ ਪਰ ਮੈਂ ਇਹ ਗੱਲ ਜੋ ਸ਼ੇਅਰ ਕਰਨਾ ਚਾਹਨੀ ਐ ਇੱਦੇ ਵੱਡੇ ਮਾਦੀਆਂ ਕਿਉਂਕਿ ਕਈ ਵਾਰੀ ਕੀ ਹੁੰਦਾ ਉਹ ਉਹ ਮੋੜਾ ਪੈ ਵੀ ਜਾਂਦਾ ਸੋ ਜਦੋਂ ਮੇਰਾ ਭਤੀਜਾ ਹੋਇਆ ਤੇ ਉਹਦੇ ਵੀ ਉਹਦੇ ਮੇਰੇ ਕਜ਼ਨ ਨੇ ਵਾਲ ਬੋਲ ਕਟਾਏ ਤੇ ਜਦੋਂ ਉਹ 7 8 ਸਾਲ ਦਾ ਆਇਆ ਤੇ ਉਹਦਾ ਦਿਲ ਕੀਤਾ ਡੈਡੀ ਮੈਂ ਪੱਗ ਬੰਨੀ ਆ ਪਟਕਾ ਬੰਨਣਾ ਹੈ ਨਾ ਤੇ ਉਹਨੇ ਸ਼ੁਰੂ ਕਰ ਦਿੱਤਾ ਬੰਨਣਾ ਤੇ ਇੱਕ ਦਿਨ ਅਸੀਂ ਵੈਡਿੰਗ ਤੇ ਜਾ ਰਹੇ ਸੀ ਤੇ ਉਹ ਕਹਿੰਦਾ ਡੈਡੀ ਮੈਦਾ ਟਪਟਕਾ ਬਣਿਆ ਤੇਰੀ ਪੱਗ ਕਿੱਥੇ ਆ ਸੋ ਉਹ ਦਿਨ ਗਿਆ ਅੱਜ ਦਾ ਜਿੰਨਾ ਕਿ ਮੇਰੇ ਕਜ਼ਨ ਨੇ ਇੱਥੇ ਰਹਿ ਕੇ ਵੀ ਵਾਪਸ ਤੋਂ ਵਾਲ ਰੱਖਿਆ ਹੁਣ ਉਹਦਾ ਸਰੂਪ ਪੂਰਾ ਸਿੱਖੀ ਸਰੂਪ ਹੈ ਕਿਉਂਕਿ ਇਹ ਕਈ ਚੀਜ਼ਾਂ ਅਸੀਂ ਬੱਚਿਆਂ ਤੋਂ ਵੀ ਸਿੱਖ ਸਕਦੇ ਹਾਂ ਜੀ ਨੋ ਜੀ ਪੰਜੀ ਅਸੀਂ ਨਾ ਇੱਕ ਮジョਰਿਟੀ ਲੋਕ ਹਾਂ ਜੀ ਜ਼ਰੂਰੀ ਨਹੀਂ ਆ ਕਿ ਆਪਾਂ ਵੱਡਿਆਂ ਤੋਂ ਹੀ ਸਿੱਖਣਾ ਅਸੀਂ ਹਮੇਸ਼ਾ ਛੋਟਿਆਂ ਤੋਂ ਵੀ ਸਿੱਖਦੇ ਰਹਿੰਨੇ ਆ ਕਿਉਂਕਿ ਸਾਡੀ ਸਿੱਖਣ ਦੀ ਜਿਹੜੀ ਪ੍ਰਕਿਰਿਆ ਹੈਗੀ ਉਹ ساری ਜ਼ਿੰਦਗੀ ਚੱਲਦੀ ਰਹਿੰਦੀ ਹੈ ਔਰ ਇਹ ਰੂਹਾਂ ਹੀ ਹੁੰਦੀਆਂ ਨੇ ਗੁਰੂ ਮਹਾਰਾਜ ਜੀਆਂ ਬਖਸ਼ੀਆਂ ਹੋਈਆਂ ਜਿਹੜੀਆਂ ਕਿ ਉਹ ਸਿੱਧੇ ਰਸਤੇ ਤੇ ਪਾਂਦੀਆਂ ਨੇ ਔਰ ਅਗਰ ਆਪਾਂ ਗੱਲ ਕਰਦੇ ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਸਾਡੇ ਬੰਦੇ ਜੀ ਹੈਗੇ ਨੇ ਪੰਜਾਬੀ ਜਿਨ੍ਹਾਂ ਨੇ ਸੈਕਰੀਫਾਈਸ ਕੀਤਾ ਔਰ ਕਈਆਂ ਨੇ ਮਤਲਬ ਇਹ ਤੁਸੀਂ ਦੇਖੋ ਪੱਗਾਂ ਕਿਵੇਂ ਚਮਕੀਆਂ ਨੇ ਆਰਮੀ ਦੇ ਵਿੱਚ ਕੋਈ ਨਹੀਂ ਲੈਂਦਾ ਸੀ ਅੱਜ ਆਰਮੀ ਦੇ ਵਿੱਚ ਸਾਰੇ ਹੈਗੇ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਅਮਰੀਕਾ ਦੇ ਵਿੱਚ ਪੁਲਿਸ ਦੇ ਵਿੱਚ ਹਰ ਜਗ੍ਹਾ ਪੱਗਾਂ ਕੇਸਾਂ ਦੇ ਨਾਲ ਸਾਰੇ ਨੇ ਕੀਤਾ ਗੁਰੂ ਮਹਾਰਾਜ ਨੂੰ ਅਰਦਾਸ ਕਰੋ ਕਿ ਉਹ ਆਪਣੇ ਆਪ ਸਾਡੇ ਸਹਾਇ ਹੁੰਦੇ ਆ ਸਾਡੇ ਕੋਲ ਤਾਂ ਬਹੁਤ ਵਧੀਆ ਗੁਰੂ ਨੇ ਦਾਤ ਦਿੱਤੀ ਹੋਈ ਹੈ ਕਿ ਤੁਸੀਂ ਜਦੋਂ ਗੁਰੂ ਨੂੰ ਧਿਆ ਕੇ ਸੱਚੇ ਮਨੋਂ ਅਰਦਾਸ ਕਰਦੇ ਹੋ ਤੇ ਉਹ ਆਪ ਬੋੜੀ ਕਰਦਾ ਖੜੇ ਹੋ ਕੇ ਨਾਲ ਖੜਦਾ ਤੇ ਉਹ ਤਾਂ ਸਮੇਸ਼ਾ ਹੀ ਅੰਗ ਸੰਗ ਆ ਸਾਡੇ ਤੇ ਉਹ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਲਈ ਤਤ ਪਰ ਰਹਿੰਦਾ ਜੇ ਕਹਿੰਦੇ ਵੀ ਚਰਨ ਸ਼ਰਨ ਗੁਰ ਏਕ ਪੈੰਦਾ ਜਾਇ ਚਲ ਸਤਿਗੁਰੂ ਕੋਟ ਪੈੰਦਾ ਅੱਗੇ ਹੋਏ ਲੇਤਾ ਤੁਸੀਂ ਇੱਕ ਕਦਮ ਚੱਲੋ ਤਾਂ ਸਹੀ ਉਹ 100 ਕਦਮ ਅੱਗੇ ਆ ਕੇ ਤੁਹਾਨੂੰ ਆ ਗੋਦ ਚ ਲੈਦਾ ਤੇ ਬਾਕੀ ਗੁਰੂ ਮਹਾਰਾਜ ਜੀ ਮੇਰਾ ਨੇ ਚੜ੍ਹਦੀਆਂ ਕਲਾ ਰੱਖਣ ਦੀ ਜੀ ਜੀ ਜਸਪ੍ਰੀ ਜੀ ਹਾਂਜੀ ਨਹੀਂ ਮੈਂ ਜਿਹਨੂੰ ਬੜਾ ਅੱਛਾ ਲੱਗ ਰਿਹਾ ਦੇਖ ਕੇ ਕਿ ਇੰਨੇ ਵਰਟਿਸਟਾਈ ਵਰਟਿਸਟਾਈ ਬੋਲੇ ਉਹ ਜਾ ਰਿਹਾ ਹਾਂਜੀ ਵਰਟਿਸਟਾਈ ਹਾਂਜੀ ਵਰਟਿਸਟਾਈ ਲੈਕਟਰ ਨੇ ਜੀ ਜੀ ਵਰਟਿਸਟਾਈ ਲੈਕਟਰ ਨੇ ਜਿਹਨੂੰ ਕਿੰਨੀਆਂ ਚੀਜ਼ਾਂ ਹਰ ਹਰ ਤਰ੍ਹਾਂ ਦੀ ਬਣ ਕੇ ਨਾ ਕੀਤੀ ਆ ਤੇ ਉਹ ਵੀ ਆਪਣੇ ਸਰੂਪ ਦੇ ਆ ਕਿ ਜੀ ਇਹ ਬੜੀ ਵੱਡੀ ਗੱਲ ਆ ਤੇ ਇਹਦੇ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ ਤਾਂ ਤੁਸੀਂ ਅਸੀਂ ਵੀ ਮਾਨ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਪੰਜਾਬੀਆਂ ਤੇ ਜੋ ਅਸੀਂ ਵੀ ਜਿਗਰਾ ਖੋਲ ਕੇ ਕਹਿ ਸਕਦੇ ਹਾਂ ਕਿ ਕੋਈ ਵੀ ਕੰਮ ਕਰਨਾ ਹੈ ਤੁਸੀਂ ਕਰ ਸਕਦੇ ਹੋ ਆਪਣੇ ਸਰੂਪ ਚ ਵੀ ਰੱਖ ਕੇ ਜੀ ਤੁਸੀਂ ਤੁਹਾਨੂੰ ਜੀ ਤੁਸੀਂ ਬਹੁਤ ਕੁਝ ਕਰਦੇ ਹੋ ਬਹੁਤ ਅੱਛਾ ਕੰਮ ਕਰਦੇ ਹੋ ਇਨਸਪਾਇਰ ਕਰਦੇ ਹੋ ਸਾਨੂੰ ਸਾਰਿਆਂ ਨੂੰ ਜੀ ਸ਼ੁਕਰੀਆ 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 ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਅਸੀਂ ਦਾ ਪਿੱਛੇ ਜਦੋਂ ਇਹ ਬਹੁਤ ਚੱਲਿਆ ਸੀ ਕਿ ਅਸ਼ਲੀਲ ਗਾਣੇ ਔਰ ਹਥਿਆਰੀ ਗਾਣੇ ਤੇ ਸਾਰਾ ਕੁਝ ਚੱਲਿਆ ਸੀ ਤੇ ਸਾਡੇ ਅਸੀਂ ਨਾ ਹੋਲੀ ਦੇ ਤਿਉਹਾਰ ਤੇ ਇਕੱਠੇ ਹੋਏ ਹੋਏ ਸੀ ਤੇ ਉੱਥੇ ਸਾਡੀ ਗੱਲ ਹੋਈ ਕਿ ਇਹ ਹਥਿਆਰੀ ਗਾਣੇ ਚੱਲ ਰਹੇ ਨੇ ਅਸੀਂ ਨੌਜਵਾਨਾਂ ਨੂੰ ਕੀ ਛੇ ਦੇ ਰਹੇ ਹਾਂ ਕਿ ਅਸੀਂ ਇੰਨੀ ਜ਼ਿੰਦਗੀ ਕਰ ਦਿੱਤੀ ਕਿ ਆਪਣੇ ਬੱਚਿਆਂ ਨੂੰ ਅਸੀਂ ਕੀ ਦੇ ਰਹੇ ਹਾਂ ਤੇ ਇੱਥੇ ਅਖਾੜੇ ਦੇ ਵਿੱਚ ਬੈਠੇ ਸੀ ਤੇ ਸਾਡੀ ਗੱਲ ਚੱਲੀ ਕਿ ਅਸੀਂ ਕੁਝ ਅਲੱਗ ਤੋਂ ਕੁਝ ਕਰੀਏ ਤਾਂ ਕਿ ਬਈ ਸਾਡੀ ਅੱਗ ਲਾਉਣ ਵਾਲਿਆਂ ਦੇ ਵਿੱਚ ਨਾਮ ਨਾ ਆਵੇ ਸਾਡਾ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਨਾਮ ਆਵੇ ਤੇ ਸਾਡੇ ਸਾਰੇ ਗਰੁੱਪ ਨੇ ਭੁਪਿੰਦਰ ਬੱਬਲ ਪਾਜੀ ਕਰਮਜੀਤ ਸਿੰਘ ਬੱਗਾ ਬਲਕਾਰ ਪਾਜੀ ਅ ਅਮਰਪਾਲ ਸਿੰਘ ਗੋਪਾਲ ਸ਼ਰਮਾ ਮੈਂ ਬੇਟਾ ਹਰਕੀਰਤ ਮੇਰੀ ਵਾਈਫ ਪੈਰੀ ਹੁਨੀ ਅਸੀਂ ਸਾਰੇ ਇਕੱਠੇ ਸੀਗੇ ਕਿਉਂਕਿ ਅਸੀਂ ਜਿੰਨੇ ਵੀ ਤਿਉਹਾਰ ਨੇ ਇਹ ਕੁਝ ਵੀ ਹੈਗਾ ਜਦੋਂ ਵੀ ਸਾਨੂੰ ਮੌਕਾ ਮਿਲਦਾ ਸੀ ਸਾਰੇ ਇਕੱਠੇ ਹੁੰਨੇ ਆਂ ਔਰ ਵਿਰਾਸਤੀ ਪੈੜਾਂ ਦੇ ਉੱਤੇ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਉਦੋਂ ਅਸੀਂ ਗੱਲ ਕੀਤਾ ਕਿ ਅਸੀਂ ਕੁਝ ਨਾ ਕੁਝ ਇਹੋ ਜਿਹਾ ਕਰੀਏ ਕਿ ਅਸੀਂ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਅਸੀਂ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਸ਼ਾਮਲ ਹੋਈਏ ਤੇ ਉਹਦੇ ਚ ਫਿਰ ਅਸੀਂ ਜਿਹੜਾ ਸਾਡਾ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਹੈਗੀ ਆ ਉਹਦੇ ਚ ਅਸੀਂ ਫਿਰ ਅਸੀਂ ਯੂਨੀਵਰਸਲ ਵਿਰਾਸਤੀ ਅਖਾੜੇ ਨਾਮ ਦੇ ਉੱਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਜੀ ਜਿਹੜਾ ਕਿ ਅਸੀਂ ਹਰ ਮਹੀਨੇ ਉਹਦੀ ਲਾਸਟ ਸੰਡੇ ਅਸੀਂ ਪਰਫਾਰਮੈਂਸ ਕਰਦੇ ਸੀ ਜਿਹਦੇ ਸਾਡੇ ਕੋਲ ਬਹੁਤ ਸਾਰੇ ਬੱਚੇ ਜੁੜੇ ਜਿਹੜੇ ਪੰਜਾਬੀ ਵਿਰਸੇ ਦੇ ਨਾਲ ਲੋਕ ਸੰਗੀਤ ਦੇ ਨਾਲ ਔਰ ਬਾਕੀ ਹੋਰ ਬਨਗੀਆਂ ਦੇ ਨਾਲ ਜੁੜੇ ਔਰ ਅਸੀਂ ਇਹ ਯੂਨੀਵਰਸਲ ਵਿਰਾਸਤੀ ਅਖਾੜਾ ਲਗਾਤਾਰ 24 ਮਹੀਨੇ ਅਸੀਂ ਲਗਾਤਾਰ ਉਸ ਨੂੰ ਕੀਤਾ ਬਿਨਾਂ ਕਿਸੇ ਵੀ ਮਾਇਕ ਸਹਾਇਤਾ ਤੋਂ ਅਸੀਂ ਆਪਣੀਆਂ ਜੇਬਾਂ ਦੇ ਵਿੱਚੋਂ ਸਾਰੇ ਕਲੈਕਸ਼ਨ ਕਰਦੇ ਸੀ ਤੇ ਅਸੀਂ ਕਲੈਕਸ਼ਨ ਕਰਕੇ ਤੇ ਅਸੀਂ ਉਸੇ ਖਰਚਾ ਕਰਕੇ ਬੱਚਿਆਂ ਨੂੰ ਸਿਖਾਉਣਾ ਵੀ ਉਹਨਾਂ ਲਈ ਟਾਈਮ ਵੀ ਕੱਢਣਾ ਔਰ ਉਹ ਪਰਫਾਰਮੈਂਸਿਸ ਕਰਨੀਆਂ ਪਲੇ ਔਰ ਨੈਸ਼ਨਲ ਡਾਂਸ ਫੈਸਟੀਵਲ ਔਰ ਅਲੱਗ-ਅਲੱਗ ਜਿਹੜੀਆਂ ਬਣ ਗਿਆ ਸੀ ਅਸੀਂ ਪੇਸ਼ ਕੀਤੀਆਂ ਸਾਡੇ ਕੋਲ ਬਹੁਤ ਸਾਰੇ ਬੱਚੇ ਉਹ ਸਿੱਖੇ ਸਾਨੂੰ ਸਿਰਫ ਅਸੀਂ ਹੁਣ ਸਿਲਵਰ ਜੁਬਲੀ ਮਨਾਣੀ ਸੀ ਮਾਰਚ ਦੇ ਵਿੱਚ ਪਰ ਕੋਵਿਡ ਕਰਕੇ ਉਹ ਰਹਿ ਗਈ ਤੇ ਚਲੋ ਜਿਵੇਂ ਪਰਮਾਤਮਾ ਦੀ ਰਜ਼ਾ ਹੈ ਕਿ ਜਦੋਂ ਸਾਰਾ ਮਾਹੌਲ ਠੀਕ ਹੋਏਗਾ ਅਸੀਂ ਫਿਰ ਬੱਚਿਆਂ ਨੂੰ ਉਵੇਂ ਹੀ ਨਾਲ ਜੋੜ ਕੇ ਤੇ ਯੂਨੀਵਰਸਲ ਵਿਰਾਸੀ ਅਖਾੜਾ ਜਿਹੜਾ ਹੈਗਾ ਉਹਨੂੰ ਅਸੀਂ ਦੁਬਾਰਾ ਸ਼ੁਰੂ ਕਰਾਂਗੇ ਤੁਹਾਡੀ ਸਾਰਿਆਂ ਦੀ ਪਿਆਰ ਸਾਂਝ ਔਰ ਸਾਥ ਦੇ ਨਾਲ ਸਾਨੂੰ ਇਸ ਚੀਜ਼ ਦਾ ਮਾਣ ਹੈਗਾ ਕਿ ਅਸੀਂ ਲਗਾਤਾਰ 24 ਮਹੀਨੇ ਇਹ ਵਿਰਾਸੀ ਖਾੜਾ ਸੀ ਕਰਦੇ ਰਹੇ ਜੀ ਮੈਂ ਨੀਨਾ ਪਾਜੀਏ ਪ੍ਰੋਗਰਾਮ ਦੇ ਮਾਧਿਅਮ ਤੋਂ ਦੱਸਿਆ ਸੀ ਕਿ ਇਹ ਪ੍ਰੋਗਰਾਮ ਦੀ ਅਖੀਰਲੀ ਕਾਲ ਰਹੇਗੀ ਪਰ ਸਾਡੇ ਨਾਲ ਇੱਕ ਨਿਰੰਤਰ ਸਰੋਤੇ ਜਿਹੜੇ ਨੇ ਉਹ ਜੁੜਨਾ ਚਾ ਰਹੇ ਨੇ ਇੱਥੇ ਮੈਸੇजेस ਦੇ ਵਿੱਚ ਉਹਨਾਂ ਨੇ ਸਾਂਝ ਪਾਈ ਹੈ ਆਈ ਥਿੰਕ ਉਹ ਆਸਟ੍ਰੇਲੀਆ ਤੋਂ ਹੀ ਜੁੜਨਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਕਾਲ ਆਨਲਾਈਨ ਤੇ ਲੈਣੀ ਆ ਤੇ ਮੈਂ ਕਹਿ ਸਕਦੀ ਹਾਂ ਕਿ ਵਾਈਲਡ ਐਂਟਰੀ ਕਾਲ ਹੈ ਇਹ ਲੈਲਨ ਜੀ ਤੇ ਧੰਨਵਾਦ ਜਸਪ੍ਰੀਤ ਜੀ ਕਾਲ ਕਰਨ ਵਾਸਤੇ ਇਹਨਾਂ ਨੇ ਸਾਡੇ ਨਾਲ ਯੂਕੇ ਤੋਂ ਸਾਂਝ ਬਣਾਈ ਸੀ ਤੇ ਆਓ ਇਹਨਾਂ ਨੂੰ ਅਸੀਂ ਜਿਹੜੀ ਹੈ ਸਟੂਡੀਓ ਤੋਂ ਕਾਲ ਲਾਂਦੇ ਆ ਕਿਉਂਕਿ ਉਹ ਬਾਰ-ਬਾਰ ਲਿਖ ਰਹੇ ਨੇ ਆਈ ਟਰਾਇਡ ਬਟ ਆਈ ਕੁਡਨਟ ਗੈਟ ਥਰੂ ਸੋ ਇਹ ਕਾਲ ਜਿਹੜੀ ਹੈ ਦੇਖਦੇ ਆ ਕਿਹੜਾ ਸੁਨੇਹਾ ਉਹ ਆਪਣੇ ਹਿਰਦੇ 'ਚ ਸਮੇਟੀ ਬੈਠੇ ਕਿਸੇ ਵੇਲੇ ਮਨ ਦੀਆਂ ਜਿਹੜੀਆਂ ਤਰੰਗਾਂ ਹੁੰਦੀਆਂ ਨੇ ਉਹ ਬੜੀਆਂ ਬਲਵਾਨ ਹੋ ਜਾਂਦੀਆਂ ਮੈਂ ਸੋਚਦੀ ਹਾਂ ਕਿ ਆਪਾਂ ਉਹ ਉਹ ਉਹਨਾਂ ਉਹਨਾਂ ਦੀ ਜਿਹੜੀ ਉਹ ਪੀਸ ਆਫ ਮਾਈਂਡ ਆ ਖੋਈਏ ਨਾ ਤੇ ਉਹਨਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਉਨੇ ਆ ਵੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਜੀ ਰਮਿੰਦਰਜੀਤ ਸਿੰਘ ਹੈਗੇ ਨੇ ਮੈਸੇजेस ਦੇ ਵਿੱਚ ਸਾਂਝ ਬਣਾ ਰਹੇ ਮੈਂ ਉਹਨਾਂ ਨੂੰ ਕਾਲ ਕੀਤੀ ਹੈ ਬਟ ਕਾਲ ਜਿਹੜੀ ਹੈ ਉਹ ਉਹਨਾਂ ਤੱਕ ਨਹੀਂ ਪਹੁੰਚ ਪਾਈ ਹੈਪੀ ਜੀ ਤੁਸੀਂ ਮੈਂ ਦੱਸ ਦਿੰਦਾ ਜੇ ਜੇ ਰਮਿੰਦਰ ਜੀ ਲਾਈਨ ਮਤਲਬ ਹੈਗੇ ਨੇ ਕੋਈ ਗੱਲ ਨਹੀਂ ਅਗਰ ਨਹੀਂ ਕਾਲ ਮਿਲ ਰਹੀ ਤੇ ਰਮਿੰਦਰ ਮੇਰਾ ਬਹੁਤ ਪਿਆਰਾ ਮਿੱਤਰ ਆ ਅ ਰਮਿੰਦਰ ਅਤੇ ਆਸਟ੍ਰੇਲੀਆ ਦੇ ਵਿੱਚ ਆਪਣੇ ਬੇਤੇ ਔਰ ਭਾਬੀਜ਼ ਨੇ ਮੇਰੇ ਸਾਦੀ ਪਾਬੀਜ਼ ਦੇ ਨਾਲ ਉੱਥੇ ਰਹਿ ਰਹੇ ਨੇ ਔਰ ਇੱਥੇ ਜੌਬ ਕਰਦੇ ਸੀ ਔਰ ਦਿਨ ਤੋਂ ਬਾਅਦ ਉੱਥੇ ਸ਼ਿਫਟ ਹੋ ਗਏ ਅ ਅੱਛੇ ਫਿਊਚਰ ਵਾਸਤੇ ਕਿਉਂਕਿ ਉਹਨਾਂ ਨੂੰ ਬੱਚਿਆਂ ਦਾ ਅੱਗੇ ਇੱਥੇ ਪੰਜਾਬ ਦੇ ਵਿੱਚ ਕੋਈ ਫਿਊਚਰ ਨਹੀਂ ਦਿਖ ਰਿਹਾ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਬੱਚਿਆਂ ਦਾ ਫਿਊਚਰ ਇੱਥੇ ਨਹੀਂ ਹੈਗਾ ਉਹਨਾਂ ਨੂੰ ਬਾਹਰ ਜਾ ਕੇ ਸੈਟਲ ਹੋਣਾ ਚਾਹੀਦਾ ਤੇ ਜੋ ਹਾਲਾਤ ਬਣਦੇ ਜਾ ਰਹੇ ਨੇ ਤੇ ਰਮਿੰਦਰ ਵੀਰ ਮੇਰਾ ਬਹੁਤ ਹੀ ਪਿਆਰਾ ਮਿੱਤਰ ਸਾਡੀ ਸਾਡੀ ਇੱਕ ਐਸੋਸੀਏਸ਼ਨ ਹੈ ਜੀ ਇੱਕ ਚਾਰ ਪੰਜ ਦੋਸਤਾਂ ਦੀ ਤੇ ਜਦੋਂ ਵੀ ਅਸੀਂ ਇਕੱਠੇ ਹੁੰਨੇ ਆ ਤੇ ਫੋਨ ਸਿਰਫ ਇਹੀ ਹੁੰਦਾ ਕਿ ਜਕਰ ਚਲਾਣਾ ਜੀ ਜੁੜ ਗਏ ਨੇ ਸਾਡੇ ਨਾਲ ਲਾਈਨ ਤੇ ਆਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚੱਲ ਨੇ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ ਸ਼ੁਕਰੀਆ ਜੀ ਜੀ ਸਾਨੂੰ ਵੀ ਤੁਹਾਡੀ ਸਾਨੂੰ ਵੀ ਤੁਹਾਡੀ ਤੀਬਰਤਾ ਵੇਖ ਕੇ ਬੜਾ ਚੰਗਾ ਲੱਗਿਆ ਤੇ ਇਸ ਵਕਤ ਪ੍ਰੋਗਰਾਮ ਹੀ ਸੁਨੇਹੇ ਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਆਂ ਹਾਂਜੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੈਂ ਇਹ ਜਿਹੜੀ ਇਹਨਾਂ ਨੇ ਆਖਰ ਚ ਗੱਲ ਕੀਤੀ ਹੈ ਵਿਰਾਸਤੀ ਖਾੜੇ ਵਾਲੀ ਉਸੇ ਦੀ ਚੀਜ਼ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਸੀਗਾ ਕਿ ਇਹਦੇ ਬਾਰੇ ਜ਼ਰੂਰ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਇਹ ਸਾਡੇ ਸਰੋਤਿਆਂ ਨੂੰ ਦੱਸਣ ਤੁਹਾਡੇ ਸਰੋਤਿਆਂ ਨੂੰ ਦੱਸਣ ਕਿ ਜਿਹੜਾ ਇਹਨਾਂ ਨੇ ਉੱਥੇ ਉਪਰਾਲਾ ਕੀਤਾ ਹੈ ਮੈਂ ਆਪ ਉਹਦਾ ਹਿੱਸਾ ਰਹਾ ਤੇ ਮੈਂ ਵੇਖ ਕੇ ਬੜਾ ਖੁਸ਼ ਹੋਇਆ ਵੀ ਅੱਜ ਆਨਲਾਈਨ ਆਏ ਨੇ ਤੇ ਨਾਲ ਮੈਂ ਵੀ ਇਹ ਕਹਿਣਾ ਚਾਹਾਂਗਾ ਵੀ ਜਿੰਨੇ ਸਰੋਤੇ ਇਹਨਾਂ ਦਾ ਸਾਥ ਦੇ ਸਕਣ ਉਹ ਜ਼ਰੂਰ ਇਹਨਾਂ ਨਾਲ ਜੁੜੋ ਜੋ ਉਪਰਾਲਾ ਕੀਤਾ ਗਿਆ ਹੈ ਉਹ ਇੱਕ ਬਹੁਤ ਵਧੀਆ ਉਪਰਾਲਾ ਹੈ ਅਣਥੱਕ ਉਪਰਾਲਾ 25 ਮਹੀਨੇ ਕੰਮ ਕਰਨਾ ਤੁਸੀਂ ਆਪਣੇ ਆਪ ਨੂੰ ਚਲਾ ਕੇ ਰੱਖਣਾ ਇੱਕ ਆਪਣੇ ਆਪ 'ਚ ਬਹੁਤ ਵੱਡੀ ਸੋਚ ਹੈ ਜਿਹੜੀ ਕਿ ਇਹ ਆਪ ਸਿਲਾਗਾ ਦੇ ਯੋਗ ਨੇ ਜਾਲ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਸਾਰੇ ਸਿਲਾਗਾ ਯੋਗ ਨੇ ਗੋਪਾਲ ਭਾਜੀ ਅਮਰਤਪਾਲ ਦੇ ਆ ਇੰਨੀ ਕੁ ਵਧੀਆ ਕੰਮ ਕਰ ਰਹੇ ਨੇ ਆ ਆਪਣਾ ਸਿੱਖੀ ਸਰੂਪ ਸੰਭਾਲਣ ਵਾਸਤੇ ਕਲਚਰ ਸੰਭਾਲਣ ਵਾਸਤੇ ਜੀ ਤੇ ਮੈਂ ਇੱਕ ਵਾਰੀ ਫੇਰ ਇਹੀ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਨੂੰ ਜਿੰਨਾ ਫਾਈਨੈਂਸ਼ੀਅਲ ਸਪੋਰਟ ਕਰ ਸਕਣ ਜਿੰਨਾ ਕੁ ਕਲਚਰਲ ਸਪੋਰਟ ਕਰ ਸਕਣ ਉਹ ਜ਼ਰੂਰ ਕਰਨ ਜੀ हां मैं ਇਹਨਾਂ ਨੂੰ ਵੇਖਿਆ ਵੀ ਉੱਥੇ ਜਿੰਨਾ ਕਿ ਕਰਦੇ ਨੇ ਉਹ ਵਰਤ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਪ੍ਰੋਗਰਾਮ ਨੂੰ ਕਰ ਬੈਠੇ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਜੀ ਰਮਿੰਦਰ ਜੀ ਤੁਸੀਂ ਮੇਰੀ ਵਾਈਲਡ ਕਾਰਡ ਦਿੱਤੀ ਹੈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਰਮਿੰਦਰ ਵੀਰ ਮੈਂ ਅਸੀਂ ਤਾਂ ਜਕਾਰਾ ਅਸੀਂ ਤਾਂ ਜਕਾਰਾ ਵੇਟ ਕਰਦੇ ਰਹਿੰਦੇ ਆ ਕਿ ਜਦੋਂ ਕਦੋਂ ਜਕਾਰੇ ਤੇ ਇਕੱਠੇ ਹੋ ਸਕਦੇ ਆ ਕਿਉਂਕਿ ਸਾਡਾ ਇਹ ਕੋਡ ਹੈਗਾ ਜੀ ਕਿ ਜਕਾਰਾ ਬੁਲਾਣਾ ਤੇ ਅਸੀਂ ਫਿਰ ਪੀਜ਼ਾ ਖਾਣ ਵਾਸਤੇ ਨਾਲ ਇਕੱਠੇ ਹੋ ਜਾਂਦੇ ਸੀ ਤਿੰਨ ਚਾਰ ਦੋਸਤ ਹੈਗੇ ਆ ਤੇ ਉਹ ਕਿਉਂਕਿ ਇਹਨਾਂ ਕੋਲ ਵੀ ਟਾਈਮ ਉਹਨਾਂ ਕਿ ਹੁੰਦਾ ਫਿਰ ਸਾਰਿਆਂ ਕੋਲ ਇਹਨਾਂ ਕਿ ਹੁੰਦਾ ਕਿ ਉਹ ਜਿੰਨਾ ਵੀ ਟਾਈਮ ਸਾਡਾ ਸਪੈਂਡ ਹੋ ਸਕੇ ਉਹ ਉੱਥੇ ਇਕੱਠੇ ਹੋ ਕੇ ਕਰ ਲੈਣੇ ਕਿਉਂਕਿ ਸਾਰਿਆਂ ਦੀ ਆਪਣੀ ਆਪਣੀਆਂ ਮਤਲਬ ਮਜਬੂਰੀਆਂ ਨੇ ਪਰ ਉਹਨਾਂ ਮਜਬੂਰੀਆਂ ਦੇ ਵਿੱਚੋਂ ਟਾਈਮ ਕੱਟ ਕੇ ਜ਼ਰੂਰ ਇਕੱਠੇ ਹੁੰਦੇ ਸੀ ਤੇ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਮੇਰੇ ਬਿਲਕੁਲ ਬੈਕ ਸਾਈਡ ਦੇ ਉੱਤੇ ਨਾ ਕਾਫੀ ਸਾਰੇ ਪੋਸਟਰਸ ਹੈਗੇ ਨੇ ਇਹ ਸਾਡੇ ਸਾਰੇ ਉਹਨਾਂ ਪ੍ਰੋਗਰਾਮਸ ਦੇ ਪੋਸਟਰ ਨੇ ਜਿਹੜੇ ਅਸੀਂ ਇੱਥੇ ਲਗਾਤਾਰ 24-25 ਮਹੀਨੇ ਅਸੀਂ ਕਰਦੇ ਰਹੇ ਹਾਂ ਤੇ ਇਹ ਸਾਰੇ ਪੋਸਟਰ ਨੇ ਜੀ ਪਿੱਛੇ ਜੀ ਅਸੀਂ ਕਾਮਨਾ ਕਰਦੇ ਹਾਂ ਕਿ ਕਰੋਨਾ ਮਹਾਂਮਾਰੀ ਦੇ ਸੰਤਾਪ ਤੋਂ ਇਹ ਦੁਨੀਆ ਮੁਕਤ ਹੋਵੇ ਤੇ ਤੁਸੀਂ ਦੁਬਾਰਾ ਤੋਂ ਆਪਣੇ ਜਿਹੜੇ ਲਾਈਵ ਸ਼ੋਅਸ ਹੈ ਉਹ ਕਰ ਸਕੋ ਬਹੁਤ ਬਹੁਤ ਧੰਨਵਾਦ ਰਮਿੰਦਰਜੀਤ ਸਿੰਘ ਜੀ ਸਾਡੇ ਨਾਲ ਜੁੜਨ ਵਾਸਤੇ ਇਹ ਪ੍ਰੋਗਰਾਮ ਜਿਹੜਾ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜੀ ਸਾਂਝ ਹੈ ਉਹ ਬਣਾਈ ਰੱਖਿਆ ਕਰੋ ਜੀ ਧੰਨਵਾਦ ਜੀ ਜੀ ਇਹ ਸਨ ਰਮਿੰਦਰਜੀਤ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਵਾਈਲਡ卡ਡ ਐਂਟਰੀ ਦੇ ਰੂਪ ਚ ਲਿਆ ਤੇ ਮੈਂ ਸਰੋਤਿਆਂ ਦਿਖਾਉਂਦੀ ਜਾਵਾਂ ਕਿ ਮੈਨੂੰ ਕਾਲ ਜੜੀਆਂ ਹਲੇ ਵੀ ਆਈ ਜਾ ਰਹੀਆਂ ਬਟ ਮੈਂ ਬਿਲਕੁਲ ਇਸ ਟਾਈਮ ਕਿੰਨਾ ਦੀ ਜਾਂਚੇਗਾ ਇਹ ਕਾਲ ਲਾਈਨ ਇੱਥੇ ਸਮਾਪਤ ਕੀਤੀ ਜਾਂਦੀ ਹੈ ਕੋਈ ਨਹੀਂ ਪੰਜ ਜੀ ਅਗਰ ਜਿਹੜੇ ਰਹਿ ਜਾਣਗੇ ਆਪਾਂ ਫਿਰ ਕਿਸੇ ਟਾਈਮ ਸੰਸਾਂ ਚ ਪਾ ਲਾਂਗੇ ਜ਼ਰੂਰ ਤੇ ਆਪਾ ਫਿਰ ਉਹਨਾਂ ਦੇ ਮੁਖ ਮੁਖਾਤਬ ਜ਼ਰੂਰ ਜ਼ਰੂਰ ਆ ਰਹੇ ਨਿੰਦੇ ਸਿਰਫ ਇਹ ਇੱਕ ਛੋਟੀ ਜੀ ਇੰਟਰਵਿਊ ਤਾਂ ਹੈਗੀ ਨਹੀਂ ਵੈਸੇ ਵੀ ਸੁਨੇਹਾ ਦਾਦਾਨ ਪ੍ਰਦਾਨ ਹੈ ਜੀ ਔਰ ਅਸੀਂ ਬਿਲਕੁਲ ਬਹੁਤ ਲਾਈਕ ਕਰਦੇ ਆ ਕਿ ਵਿਚਾਰ ਵਟਾਂਦਰੇ ਚੱਲਦੇ ਰਹਿਣ ਕਿਉਂਕਿ ਜਿਹੜੀ ਦੁਨੀਆ ਇਸ ਵਕਤ ਚੱਲ ਰਹੀ ਹੈ ਸਾਹਿਤ ਤੋਂ ਦੂਰ ਵਿਰਸੇ ਤੋਂ ਦੂਰ ਲੋਕਧਾਰਾ ਤੋਂ ਦੂਰ ਮੈਂ ਕਈ ਵਾਰੀ ਕਹਿਨੀ ਹੁੰਦੀ ਆ ਵੀ ਸਾਡੀਆਂ ਜਿਹੜੀਆਂ ਲਾਇਬ੍ਰੇਰੀਜ਼ ਨੇ ਉਹ ਛੋਟੀਆਂ ਹੋ ਰਹੀਆਂ ਸਡੀਆਂ ਕਿਤਾਬਾਂ ਦੀਆਂ ਸ਼ੈਲਫਸ ਛੋਟੀਆਂ ਹੋ ਰਹੀਆਂ ਹਨਾ ਪਰ ਇਹ ਦਿਮਾਗੀ ਪ੍ਰੋਬਲਮਸ ਜਿਹੜੀਆਂ ਨੇ ਵਧ ਰਹੀਆਂ ਕਿਉਂਕਿ ਅਸੀਂ ਆਪਣੇ ਆਪ ਨੂੰ ਇੰਗੇਜ ਨਹੀਂ ਕਰਦੇ ਤੇ ਜਿੰਨਾਂ ਚੀਜ਼ਾਂ ਚ ਇੰਗੇਜ ਕਰਦੇ ਆ ਉਹ ਸਾਨੂੰ ਨੈਗੇਟਿਵ એનર્ਜੀਜ਼ ਕਈ ਵਾਰੀ ਦੇਂਦੇ ਨੇ ਕਿਉਂਕਿ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਵੀ ਹੈ ਨਾ ਜੀ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਰਹਿੰਦੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਨੈਗੇਟਿਵਿਟੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਫਲਾਈ ਜਾਂਦੀ ਆ ਕਿਉਂਕਿ ਉਹ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੇ ਉਹ ਬਹੁਤ ਘੱਟ ਹੁੰਦੀਆਂ ਨੇ ਸਾਨੂੰ ਆਪਣੇ ਘਰਾਂ ਦੇ ਵਿੱਚ ਇਹ ਚੀਜ਼ਾਂ ਆਪਸ ਦੇ ਵਿੱਚ ਵਿਚਾਰ ਵਟਾਂਦਰੀ ਜ਼ਰੂਰ ਕਰਨੇ ਚਾਹੀਦੇ ਨੇ ਧਰਮ ਉੱਤੇ ਸਿਆਸਤ ਦੇ ਉੱਤੇ ਔਰ ਉਹਦੇ ਨਾਲ ਨਾਲ ਕਲਚਰ ਦੇ ਉੱਤੇ ਸਾਨੂੰ ਜ਼ਰੂਰ ਸਾਂਝ ਪਾਣੀ ਚਾਹੀਦੀ ਹੈ ਆਪਣੇ ਪਰਿਵਾਰਾਂ ਦੇ ਵਿੱਚ ਕਿਉਂਕਿ ਜਦੋਂ ਜਦੋਂ ਅਸੀਂ ਪਰਿਵਾਰਕ ਤੌਰ ਦੇ ਉੱਤੇ ਅਸੀਂ ਇਦਾਂ ਸਾਂਝਾ ਪਾਵਾਂਗੇ ਨਾ ਤੇ ਬੱਚਿਆਂ ਦੇ ਵਿੱਚ ਆਪਣੇ ਆਪ ਇੱਕ ਇੰਟਰਸਟ ਬਣ ਜਾਂਦਾ ਸਾਡੇ ਘਰਾਂ ਦੇ ਵਿੱਚੋਂ ਕਿਤਾਬਾਂ ਬਿਲਕੁਲ ਖਤਮ ਹੋ ਗਈਆਂ ਨੇ ਲਿਟਰੇਚਰ ਖਤਮ ਹੋ ਗਿਆ ਸਾਡਾ ਇਤਿਹਾਸ ਖਤਮ ਹੋ ਗਿਆ ਜਿਸ ਕਰਕੇ ਸਾਡੇ ਬੱਚੇ ਜਿਹੜੇ ਨੇ ਉਹ ਪਹਿਲਾਂ ਦਾਦੀਆਂ ਮਾਵਾਵਾਂ ਹੁੰਦੀਆਂ ਸੀ ਜੀ ਦਾਦੀਆਂ ਹੁੰਦੀਆਂ ਸੀ ਨਾਨੀਆਂ ਹੁੰਦੀਆਂ ਸੀ ਉਹ ਕਥਾ ਕਹਾਣੀਆਂ ਕੁਛ ਨਾ ਕੁਛ ਸੁਣਾਉਂਦੀਆਂ ਹੁੰਦੀਆਂ ਸੀ ਉਹ ਸਾਡੇ ਅੱਜ ਵੀ ਜ਼ਹਿਨ ਦੇ ਵਿੱਚ ਵਸੀਆਂ ਪਈਆਂ ਨੇ ਅੱਜ ਦੇ ਜਿਹੜੇ ਪਰਿਵਾਰ ਛੋਟੇ ਹੋ ਗਏ ਨੇ ਸਾਰੇ ਕਮਾਕਾਰਾਂ ਦੇ ਵਿੱਚ ਬਿਜ਼ੀ ਹੋ ਗਏ ਨੇ ਤੇ ਉਹਨਾਂ ਮਾਵਾ ਦਾਦੀਆਂ ਦੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਕਿ ਉਹ ਆਪਣੇ ਪੋਤੇ ਪੋਤੀਆਂ ਦੇ ਦੋਤਿਆਂ ਦੇ ਕੋਲ ਰਹਿ ਸਕਣ ਤੇ ਨਾ ਹੀ ਦੋਤਿਆਂ ਬੱਚਿਆਂ ਦੇ ਕੋਲ ਟਾਈਮ ਹੈਗਾ ਕਿਉਂਕਿ ਉਹ ਆਪਣੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਬਿਜ਼ੀ ਹੋ ਗਏ ਨੇ ਤੇ ਘਰ ਦੇ ਵਿੱਚ ਜੇ ਅਸੀਂ 6G ਹੈਗੀਆਂ ਤਾਂ 6G ਅਸੀਂ ਇਹ ਸੋਸ਼ਲ ਮੀਡੀਆ ਜਿਹੜਾ ਬੱਚਾ ਸਾਡੇ ਹੱਥ ਦੇ ਵਿੱਚ ਆ ਗਿਆ ਮੋਬਾਈਲ ਅਸੀਂ ਇਹਦੇ ਉੱਤੇ ਐਨੇ బిజీ ਹੁੰਨੇ ਆਂ ਅਸੀਂ ਇਕੱਲੇ ਰਹਿ ਕੇ ਹੱਸੀ ਜਾਂਦੇ ਆਂ ਇਕੱਲੇ ਰਹਿ ਕੇ ਗੱਲਾਂ ਕਰੀ ਜਾਂਦੇ ਆਂ ਆਪਣੇ ਆਪਸ ਦੇ ਵਿੱਚ ਅਸੀਂ ਦੂਰ ਹੁੰਦੇ ਚਲੇ ਜਾ ਰਹੇ ਹਾਂ ਜੀ ਤਰਸਤ ਫਰਮਾਇਆ ਤੁਸੀਂ ਔਰ درست ਗੱਲ ਕੀਤੀ ਹੈ ਇਹ ਸਮੇ ਦੇ ਸੰਦਰਭ 'ਚ ਰਹਿ ਕੇ ਮੈਂਟਲ ਅਸਾਈਲਮਜ਼ ਦੇ ਦਰਵਾਜ਼ੇ ਚੌੜੇ ਤੇ ਖੁੱਲੇ ਹੁੰਦੇ ਜਾ ਰਹੇ ਆ ਤੇ ਲਾਇਬ੍ਰੇਰੀਆਂ ਦੇ ਸਾੜੇ ਹੁੰਦੇ ਜਾ ਰਹੇ ਆ ਔਰ ਸਾਡੇ ਘਰਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਇਸ ਟਾਈਮ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਆ ਉਹ ਇਸੇ ਕਰਕੇ ਆndੀਆਂ ਕਿਉਂਕਿ ਸਾਡੀ ਟੋਲਰੈਂਸ ਪਾਵਰ ਜ਼ੀਰੋ ਇਵਨ ਮਾਈਨਸ ਦੇ ਵਿੱਚ ਜਾ ਰਹੀ ਹੈ ਬਿਲਕੁਲ ਔਰ ਹਾਂਜੀ ਉਸ ਟਾਈਮ ਅਸੀਂ ਉਦਾਂ ਬੜੀਆਂ ਵੱਡੀਆਂ ਗੱਲਾਂ ਜਿਹੜੀਆਂ ਉਹ ਸਾਡੇ ਪੜੇ ਲਿਖੇ ਸਾਡੇ ਵੀਰ ਭੈਣ ਕਰ ਲੈਂਦੇ ਨੇ ਨੋ ਪਰਸਨਲ ਅਫੈਂਸਸ ਜਨਰਲਾਈਜ਼ਡ 뷰 ਹੈ ਕਿਉਂਕਿ ਜੇ ਵਿਚਾਰਾਂਗੇ ਨਹੀਂ ਤੇ ਗੱਲ ਹੋਵੇਗੀ ਕਿਵੇਂ ਸੋ ਉਦੋਂ ਕੀ ਹੁੰਦਾ ਹੈ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੇ ਅਸੀਂ ਈਗੋ ਬਹੁਤ ਹਾਵੀ ਕਰਦੇ ਆਂ ਸੋ ਸਾਡੇ ਅੰਦਰ ਹਾਲਾਤਾਂ ਦੇ ਨਾਲ ਲੜਨ ਦੀ ਹਿੰਮਤ ਬਿਲਕੁਲ 0% ਹੋ ਜਾਂਦੀ ਹੈ ਜੀ ਜੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਅਸੀਂ ਫਾਈਟ ਕਰਨਾ ਹੈ ਤੇ ਸਾਹਿਤ ਇੱਕ ਬੜੀ ਵੱਡੀ ਦਵਾ ਹੈ ਸਾਹਿਤ ਇੱਕ ਬੜੀ ਵੱਡੀ दारू ਹੈ ਜਿਹਨੂੰ ਕਹਿੰਦੇ ਦਵਾ दारू ਕਹਿੰਦੇ ਕਰਨੀ ਹੈ ਵੀ ਇਹ ਬੜੀ ਵੱਡੀ ਇੱਕ ਚੀਜ਼ ਹੈ ਔਰ ਸਾਹਿਤ ਜੇਕਰ ਅਸੀਂ ਸਾਹਿਤ ਜਿਹੜਾ ਸਾਡੀ ਝੋਲੀ 'ਚ ਗੁਰੂ ਸਾਹਿਬ ਪਾ ਗਏ ਨੇ ਕਿਤੇ ਅਸੀਂ ਉਸੇ ਸਾਹਿਤ ਨਾਲ ਹੀ ਜੁੜ ਜਾਈਏ ਤੇ ਸਾਡੀ ਜ਼ਿੰਦਗੀ ਸਫਲ ਹੋ ਜਾਏ ਦੋ ਤੁਕਾਂ ਹੀ ਜੀ ਆਪਣੀ ਜ਼ਿੰਦਗੀ ਦੇ ਵਿੱਚ ਦੋ ਤੁਕਾਂ ਹੀ ਢਾਲ ਲਈਏ ਤੇ ਅਸੀਂ ਬਹੁਤ ਜ਼ਿਆਦਾ ਨੇੜੇ ਹੋ ਜਾਂਦੇ ਆ ਉਸ ਸਿਰਜਣਹਾਰ ਦੇ ਪਰ ਗੱਲ ਸਾਰੀ ਇਹ ਹੈਗੀ ਹੈ ਕਿ ਕਰੀਏ ਕਿਵੇਂ ਉਹ ਕਹਿੰਦੇ ਨੇ ਜਾਕਾ ਮੀਤ ਸਾਜਨ ਹੈ ਸਮੀਆਂ ਜਦੋਂ ਉਹਨੂੰ ਅਸੀਂ ਮੀਤ ਕਹਿ ਦਿੱਤਾ ਤੇ ਫਿਰ ਉਹਦੇ ਤੇ ਸੁੱਟੋ ਡੋਰੀ ਪਰ ਅਸੀਂ ਸੁੱਟਦੇ ਨਹੀਂ ਅਸੀਂ ਉਹ ਹੀ ਬੱਸ ਅਸੀਂ ਸੋਚਦੇ ਆ ਕਿ ਅੱਛਾ ਫਲਾਨਾ ਸਾਡੇ ਤੋਂ ਅੱਗੇ ਲੰਘ ਗਿਆ ਕਿਵੇਂ ਉਹ ਲੱਭਣ ਲੱਗ ਜੰਨੇ ਆ ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਜ਼ਿੰਦਗੀ ਦੇ ਜੀਣ ਦੇ ਆਧਾਰ ਕੀ ਨੇ ਸਾਨੂੰ ਪਰਮਾਤਮਾ ਨੇ ਜਿਹੜੇ ਕੰਮੇ ਲਾਇਆ ਸੀ ਉਹ ਕਰਦੇ ਰਹੀਏ ਜਾਂ ਫਿਰ ਅਸੀਂ ਇਹ ਕਹਿੰਨੇ ਕਿ ਉਹਨੇ ਵੱਡੀ ਕੋਠੀ ਪਾ ਲਈ ਹੈ ਵੱਡੀ ਗੱਡੀ ਲੈ ਲਈ ਹੈ ਸੋ ਇੰਨਾਂ ਚੀਜ਼ਾਂ ਦੇ ਵਿੱਚ ਅਸੀਂ ਫਸੇ ਪਏ ਆ ਤੇ ਗੁਰੂ ਸਾਹਿਬ ਨੇ ਤਾਂ ਕਿਹਾ ਹੋਇਆ ਮਾਇਆ ਮਮਤਾ ਮੋਹ ਨਹੀਂ ਜਿਨ ਬਿੰਦਨਤਾ ਜਗ ਖਾਇਆ ਸਾਨੂੰ ਸਮਾਜ ਤੇ ਸਾਨੂੰ ਲੱਗੀ ਹੈਗੀ ਨਹੀਂ ਐ ਸੋ ਇਹ ਚੀਜ਼ਾਂ ਸਮਝਣ ਦੀ ਬਹੁਤ ਜਰੂਰ ਹੈ ਕਿ ਇਹ ਚੀਜ਼ਾਂ ਅਸੀਂ ਇਹ ਆਪਣੇ ਉੱਤੇ ਅਸੀਂ ਕਹਿ ਸਕਦੇ ਹਾਂ ਬੋਲ ਸਕਦੇ ਹਾਂ ਸਾਨੂੰ ਕਿਤੇ ਨਾ ਕਿਤੇ ਜਦੋਂ ਅਸੀਂ ਪ੍ਰਵਚਨ ਦੇਣੇ ਹੋਣ ਜਾਂ ਕਿਸੇ ਨੂੰ ਸਮਝਾਉਣਾ ਹੋਵੇ ਤੇ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਜਦੋਂ ਉਹੀ ਗੱਲਾਂ ਸਾਡੇ ਉੱਤੇ ਆਣ ਆਣ ਲੱਗਣ ਤਾਂ ਫਿਰ ਸਾਨੂੰ ਇਹ ਲੱਗਦਾ ਵੀ ਜਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਯਾਰ ਇਹ ਜਿਹੜੇ ਪ੍ਰਵਚਨ ਨੇ ਨਾ ਇਹ ਦੂਜਿਆਂ ਵਾਸਤੇ ਆ ਸਾਡੇ ਵਾਸਤੇ ਨਹੀਂ ਹੈਗੇ ਅਸੀਂ ਤਾਂ ਪੈਸਾ ਕੱਢਦਾ ਆ ਅਸੀਂ ਅਦਾ ਕਰਨਾ ਤੇ ਉਹ ਕਹਿਣਾ ਸੌਖਾ ਹੁੰਦਾ ਪਰ ਉਹਦੀ ਜਿਹੜੀ ਤੁਹਾਨੂੰ ਕਹਿਣੀ ਔਰ ਕਥਨੀ ਇੱਕੋ ਕਰਨੀ ਪੈਗੀ ਜੇ ਤੁਸੀਂ ਕਿਸੇ ਦੇ ਉੱਤੇ ਅਸਰ ਕਰਨਾ ਹੈਗਾ ਬਿਲਕੁਲ 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 ਬੜੀ ਹਾਂ ਜੀ ਜੀ ਬਿਲਕੁਲ ਔਰ ਇੱਕ ਸਾਡੇ ਨਾਲ ਜਿਹੜੇ ਕਾਲਰ ਨੇ ਬਹੁਤ ਇਨਸਿਸਟੈਂਟਲੀ ਤੁਹਾਡਾ ਨਾਲ ਗੱਲ ਕਰਨਾ ਚਾਹੁੰਦੇ ਨੇ ਮੈਨੂੰ ਪਤਾ ਨਹੀਂ ਉਹ ਕੌਣ ਨੇ ਮੈਨੂੰ ਲੈਣਾ ਪਿਆ ਕਾਲ ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਹੜੀ ਦੁਨੀਆ ਇਸ ਵਕਤ ਚੱਲ ਰਹੀ ਹੈ ਨਾ ਮੈਂਟਲ ਡਿਪਰੈਸ਼ਨ ਜਿਹੜਾ ਬਹੁਤ ਜ਼ਿਆਦਾ ਦੁਨੀਆ ਚੱਲਿਆ ਕੀ ਪਤਾ ਉਹਨਾਂ ਦੇ ਦੋ ਲਫ਼ਜ਼ ਉਨਾਂ ਨੂੰ ਕੋਈ ਪੀਸ ਆਫ ਮਾਈਂਡ ਦੇਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰੋਗਰਾਮ ਤੇ ਜੁੜ ਚੁੱਕੇ ਹੋ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ ਮੈਂ ਜੀ ਹਰਮਿਤ ਸਿੰਘ ਬੋਲ ਰਿਹਾ ਸੀ ਚੰਡੀਗੜ੍ਹੋਂ ਜੀ ਤੇ ਨੀਨਾ ਭਾਜੀ ਸਾਡੇ ਬੜੇ ਅੱਛੇ ਫਰੈਂਡ ਨੇ ਇਹਨਾਂ ਨੂੰ ਪ੍ਰੋਗਰਾਮ ਤੇ ਦੇਖ ਕੇ ਬਹੁਤ ਹੀ ਅੱਛਾ ਲੱਗਾ ਬਾਏ ਦੁਆ ਕਰਦਾਂਗੇ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰਾਂ ਬਖਸ਼ੇ ਤੇ ਇਨਾਂ ਨੂੰ ਸਭ ਤੋਂ ਪਹਿਲੀ ਵਾਰ ਮੈਂ ਆਪਣੇ ਦੋਸਤ ਕੁਲਦੀਪ ਸਿੰਘ ਦੇ ਨਾਲ ਮਿਲਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬੇਟੀ ਦੇ ਨਾਲ ਪਿੰਡ ਇੱਥੇ ਸਾਡੇ ਚੰਡੀਗੜ੍ਹ ਦੇ ਨਾਲ ਖੇਤਰਾਬਾਦ ਪਿੰਡ ਦੇ ਵੀ ਸ਼ੋਅ ਵੀ ਕੀਤਾ ਸੀ ਇਹਨਾਂ ਨੇ ਤਾਂ ਉਸ ਚੀਜ਼ ਤੋਂ ਸਾਡੀ ਇਹਨਾਂ ਨਾਲ ਅੱਛੀ ਸਾਂਝ ਸੀ ਤੇ ਅੱਜ ਪ੍ਰੋਗਰਾਮ ਦੇਖ ਕੇ ਭਰਾ ਦੀ ਇਹਨਾਂ ਨੂੰ ਲੰਬਦੇ ਹੁੰਦੇ ਕਿ ਬਹੁਤ ਹੀ ਮਨ ਖੁਸ਼ ਹੋਇਆ ਬਹੁਤ ਆਪ ਹੋਇਨਾਂ ਨੂੰ ਹੋਰਗੇ ਵਧਾਤੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਚੈਨਲ ਦੇ ਮਾਦੇ ਸ਼ੁਕਰ ਸਾਨੂੰ ਬਥੇ ਹੁੰਦੇ ਹੋ ਦਰਸ਼ਕ ਰਹੋ ਹੁਣਗਾ ਜੀ ਜੀ ਬਹੁਤ ਬਹੁਤ ਧੰਨਵਾਦ ਹਰਮਿਤ ਜੀ ਸਾਡੇ ਨਾਲ ਜੁੜਨ ਵਾਸਤੇ আর ਇੰਨੀ ਸੋਹਣੀ ਅਸੀਸ ਜਿਹੜੀ ਹੈ ਨੀਨਾ ਜੀ ਨੂੰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਹਰਮਿਤ ਵੀਰ ਜੀ ਸ਼ੁਕਰੀਆ ਜੀ ਬਹੁਤ ਬਹੁਤ ਨੀਨਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਹਰਮਿਤ ਸਿੰਘ ਹੋਰ ਹਨ ਜੀ ਮੈਂ ਦੇਖੋ ਕਹਿੰਦੇ ਹੁੰਦੇ ਵੀ ਜਦੋਂ ਰੂਹ ਅੱਛੀ ਹੁੰਦੀ ਹੈ ਨਾ ਤੇ ਫਿਰ ਉਹ ਦੁਆਵਾਂ ਵੀ ਅੱਛੀ ਹੀ ਦਿੰਦੀ ਹੈ ਜੀ ਬਹੁਤ ਪਿਆਰੀ ਰੂਹ ਹੈਗੀ ਹੈ ਜੀ ਬਹੁਤ ਵਿਰਸੇ ਔਰ ਪਰਮਾਤਮਾ ਨਾਲ ਜੁੜੇ ਹੋਏ ਮੇਰਾ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ ਪਛਾਣਿਆ ਰਮਨ ਸਿੰਘ ਹੋ ਰਿਹਾ ਜੀ ਬਿਲਕੁਲ 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 ਪਛਾਣ ਲਿਆ ਵੀਰ ਜੀ ਬਿਲਕੁਲ ਪਛਾਣ ਲਿਆ ਜੀ ਬਹੁਤ ਅੱਛਾ ਕੀਰਤਨ ਕਰਦੇ ਨੇ ਬਹੁਤ ਵਧੀਆ ਜਿਹੜੀ ਮੈਂ ਕਿਹਾ ਤੁਹਾਨੂੰ ਸ਼ੁਕਰੀਆ ਸ਼ੁਕਰੀਆ ਵੀਰ ਜੀ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਥੈਂਕ ਯੂ ਫਰ ਮੈਨ ਔਰ ਮੇਰਾ ਕੁਛੇ ਤੋਂ ਥੋੜ ਨੂੰ ਐਸ ਸੇਤ ਸੇਤ ਆਉਂਦਾ ਥੈਂਕ ਯੂ ਜੀ 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 ਧੰਨਵਾਦ ਬਹੁਤ ਬਹੁਤ ਧੰਨਵਾਦ ਪਾ ਜੀ ਤੁਹਾਡੇ ਇੱਕ ਬੜੇ ਵੱਡੇ ਫੈਨ ਜਿਹੜੇ ਪਹਿਲਾਂ ਵੀ ਤੁਹਾਡੇ ਨਾਲ ਐਸ ਵਰਕ ਪ੍ਰੋਗਰਾਮ ਤੇ ਜੁੜੇ ਸਨ ਤੇ ਸੱਡੇ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ ਜਾਂਦੇ ਜਾਂਦੇ ਸੁਣ ਲੈਣੇ ਆ ਹਾਂਜੀ ਦੱਸੋ ਜੀ ਪਲਵਿੰਦਰ ਸਿੰਘ ਜੀ ਹਾਂਜੀ ਅ ਹਾਂਜੀ ਭੈਣ ਜੀ ਮੇਰੀ ਆਵਾਜ਼ ਆ ਰਹੀ ਜੀ ਜੀ ਅ ਨੀਨੂ ਭਾਜੀ ਲਾਈਨ ਤੇ ਨੇ ਇਸ ਵੇਲੇ ਜੀ ਜੀ ਬਿਲਕੁਲ ਲਾਈਨ ਤੇ ਆ ਜੀ ਮੈਂ ਇੱਕ ਬਹੁਤ ਹੀ ਜਿਹੜਾ ਕਿ ਸੁਨੇਹਾ ਇੱਕ ਮੇਰੇ ਮਨ ਦਾ ਜਿਹੜਾ ਇੱਕ ਗੱਲ ਰਹਿ ਗਈ ਸੀਗੀ ਬਹੁਤ ਜ਼ਰੂਰੀ ਸੀਗੀ ਜੀ ਜੀ ਕਿ ਮੈਂ ਇੱਕ ਜ਼ਰੂਰ ਇਹ ਗੱਲ ਸਾਂਝ ਕਰਨੀ ਚਾਹਾਂਗਾ ਤੁਹਾਡੇ ਨਾਲ ਵੀ ਤੁਹਾਡੇ ਚੈਨਲ ਦੇ ਥਰੂ ਵੀ ਭਾਜੀ ਨੂੰ ਕਿ ਭਾਜੀ ਇੰਨੇ ਕਿ ਡਾਊਨ ਟੂ ਅਰਥ ਨੇ ਇੰਨੀਆ ਫਿਲਮਾਂ ਦੇ ਵਿੱਚ ਕੰਮ ਕੀਤਾ ਇੰਨੇ ਥੀਏਟਰਸ ਕੀਤੇ ਨੇ ਇੰਨੇ ਸੌਂਗਸ ਕੀਤੇ ਨੇ ਮਤਲਬ ਕਿ ਬਹੁਤ ਸਾਰੀਆਂ ਐਕਟੀਵਿਟੀਆਂ ਕੀਤੀਆਂ ਨੇ ਬਟ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਮੈਂ ਇਹਨਾਂ ਤੋਂ ਹੋਰ ਵੀ ਜਿੰਨੀ ਵੀ ਅੱਜਕੱਲ ਦੇ ਜਨਰੇਸ਼ਨ ਹੈਗੀ ਮੈਂ ਉਹਨਾਂ ਨੂੰ ਇਹ ਜ਼ਰੂਰ ਕਵਾਂਗਾ ਕਿ ਜਿੰਨੇ ਭਾਜੀ ਡਾਊਨ ਟੂ ਅਰਥ ਨੇ ਇਹਨਾਂ ਤੋਂ ਪਲੀਜ਼ ਇਹ ਜ਼ਰੂਰ ਸਿੱਖਿਆ ਲਓ ਕਿ ਇਹ ਇਹ ਉਹ ਅੱਜਕੱਲ ਦੀ ਜਨਰੇਸ਼ਨ ਦੋ ਗਾਣੇ ਤੇ ਆ ਜਾਵੇ ਜਾਂ ਕਿਤੇ ਵੀ ਕਿਤੇ ਮਾਰੇ ਜਾਂ ਵੀ ਕਿਤੇ ਵੀ ਪ੍ਰੋਗਰਾਮ ਕਰ ਲਵੇ ਤਾਂ ਉਹ ਇੰਨੀ ਕ ਹਵਾ ਚ ਹੋ ਜਾਂਦੀ ਕਿ ਇੰਨੀ ਆਕੜ ਹੋ ਜਾਂਦੀ ਹੈ ਕਿ ਕਿਸੇ ਨੂੰ ਸਿਆੰਦੇ ਨਹੀਂ ਹੈ ਬਟ ਨਰਿੰਦਰ ਨੀਨਾ ਭਾਜੀ ਜਿਹੜੇ ਸਾਡੇ ਇਹ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਨੂੰ ਦਿਨ ਤੋਂ ਕਿ ਰਾਤ ਚੋਂ ਦੀ ਤਰੱਕੀ ਬਖਸ਼ੇ ਸਾਡੇ ਹੀ ਉਮਰ ਵੀ ਇਹਨਾਂ ਨੂੰ ਲੱਗੇ ਕਿ ਇਹਨਾਂ ਦੇ ਵਿੱਚ ਇੰਨੇ ਕੇ ਡਾਉਨ ਟੂ ਅਰਟ ਨੇ ਬਹੁਤ ਹੀ ਹਲੀਮੀ ਬਹੁਤ ਹੀ ਬਹੁਤ ਨਰਮ ਦਿਲ ਨੇ ਭਾਜੀ ਕਿ ਇਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਔਰ ਸਿੱਖਦਾ ਰਹਾਗਾ ਥੈਂਕ ਯੂ ਰਿੰਨੂ ਭਾਜੀ ਸ਼ੁਕਰੀਆ ਸ਼ੁਕਰੀਆ ਪੈਦੇ ਸ਼ੁਕਰੀਆ ਇਨੀਆਂ ਦੁਆਵਾਂ ਦੇਣ ਲਈ ਪਰਮਾਤਮਾ ਤੁਹਾਨੂੰ ਦਿੰਦੋਗਣੀ ਰਾ ਚੌਗਣੀ ਤਰੱਕੀ ਬਖਸ਼ੇ ਲੰਬੀ ਉਮਰਾਂ ਬਖਸ਼ੇ ਕਿਉਂਕਿ ਇਹਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਔਰ ਨਾਲ ਵੀ ਜਰੂਰ ਗੱਲ ਕਰਿਓ ਜੀ ਹਲੋ ਹਾਂਜੀ ਹਾਂਜੀ ਜਗਵਿੰਦਰ ਜੀ ਹਾਂਜੀ ਭੈਣ ਜੀ ਐਕਚੁਅਲੀ ਇਹ ਮੇਰੇ ਦਿਲ ਦਾ ਬਲਬਲਾ ਸੀ ਜਿਹੜਾ ਪਲਵਿੰਦਰ ਸਿੰਘ ਜੀ ਨੇ ਕਹਿ ਦਿੱਤਾ ਕਿ ਅੱਜ ਤੀ ਵੀ ਪੂਰੀ ਇੰਟਰਵਿਊ ਸੁਣ ਕੇ ਕੋਈ ਗੱਲ ਨਹੀਂ ਤੁਸੀਂ 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 ਕਿੰਨੀ ਹਲੀਮੀ ਅੱਜ ਵੀ ਬਰਕਰਾਰ ਹੈ ਨਹੀਂ ਤਾਂ ਅੱਜ ਦੀ ਤਰੀਕ ਤੇ ਦੋ ਸਟੇਜਾਂ ਦੋ ਗਾਣੇ ਜਾਂ ਦੋ ਫਿਲਮਾਂ ਕਰਕੇ ਲੋਕ ਇੰਨੇ ਆਕਰਸ਼ਿਤ ਆ ਜਾਂਦੇ ਨੇ ਕਿ ਬਸ ਪੁੱਛੋ ਨਾ ਤੇ ਜਿੱਥੋਂ ਤੱਕ ਮੈਨੂੰ ਪਤਾ ਮੈਨੂੰ ਐਦਾਂ ਲੱਗਦਾ ਕਿ ਨੀਵਿਆਂ ਨੂੰ ਹੀ ਫਲ ਲੱਗਦੇ ਨੇ ਔਰ ਨੀਨੂ ਇਸ ਸੱਚ ਅ ਡਾਊਨ ਟੂ ਅਰਥ ਪਰਸਨ ਹੀ ਇਸ ਜੈਮ ਆਫ ਦਾ ਪਰਸਨੈਲਿਟੀ थैंक यू ਅਰਵਿੰਦਰ ਜੀ ਇਸ ਸੁਨੇ ਸ਼ਬਦਾਂ ਦੇ ਵਿੱਚ ਸਾਡੇ ਅੱਜ ਦੇ ਮਹਿਮਾਨ ਨੂੰ ਵਧਾਈਆਂਉਣ ਵਾਸਤੇ ਤੇ ਬੜਾ ਅੱਛਾ ਲੱਗਿਆ थैंक यू so much for joining us again ਤੇ ਨੀਨਾ ਭਾਜੀ ਨੀਨਾ ਜੀ ਨੂੰ ਮੈਂ ਕਹਾਂਗੀ ਕਿ ਅਗਰ ਤੁਸੀਂ ਕੋਈ ਟਿਪ ਨਹੀਂ ਕਰਨਾ ਚਾਹੋ ਕਿਉਂਕਿ ਮੈਂ ਇਸ ਤੇ ਗੱਲ ਕਰਨਾ ਚਾਹੁੰਦੀ ਆ ਗੱਲ ਇਹ ਆ ਜੀ ਕਿ ਮੈਂ ਉਹੀ ਗੱਲ ਕਰਦਾ ਕਿ ਪਰਮਾਤਮਾ ਨੇ ਚੜ੍ਹਦੀ ਕਲਾ ਰੱਖੇ ਗੱਲ ਇਹ ਨਹੀਂ ਆ ਕਿ ਗੱਲ ਉਹਨੇ ਕਹਿਤੀ ਕਿ ਉਹਨੇ ਕਹਿਤੀ ਕਿਉਂਕਿ ਇਹ ਦੋ ਸ਼ਰੀਰ ਦੀ ਜਾਨ ਨੇ ਇਹ ਔਰ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਬਿੰਦੂਗੁਣੀ ਰਾਚੌਕਨੀ ਬਖਸ਼ੇ ਔਰ ਗੱਲ ਇਹ ਹੀ ਹੁੰਦੀ ਹੈ ਕਿ ਜੇ ਪਰਿਵਾਰ ਪਰਿਵਾਰ ਦਾ ਸਾਥ ਹੋਵੇ ਤੇ ਬੰਦਾ ਕਿਸੇ ਨਾ ਕਿਸੇ ਬਹੁਤ ਅੱਛੀ ਬੁਲੰਦੀ ਦੇ ਉੱਤੇ ਪਹੁੰਚਦਾ ਤੇ ਉਹ ਪਰਿਵਾਰ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਜੇ ਕੋਈ ਵੀ ਕਿਸੇ ਬੰਦੇ ਦੇ ਦਿਲ ਦੇ ਵਿੱਚ ਇੱਛਾ ਹੈਗੀ ਆਪਣੇ ਪਰਿਵਾਰ ਦੇ ਵਿੱਚ ਜ਼ਰੂਰ ਸ਼ੇਅਰ ਕਰੇ ਔਰ ਉਹ ਪਰਿਵਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਉਹ ਕੋਈ ਸਟੈਪ ਲੈਣਾ ਚਾਹੁੰਦਾ ਤੇ ਉਹਨੂੰ ਹਲਾਸ਼ੀਰੀ ਦੇ ਕੇ ਅੱਗੇ ਜ਼ਰੂਰ ਵਧਾਏ ਪਰਮਾਤਮਾ ਜਦੋਂ ਵਿਚਰਦਾ ਤੇ ਉਹ ਐਦਾਂ ਹੀ ਪਰਿਵਾਰ ਜਦੋਂ ਨਾਲ ਹੋਏਗਾ ਪਰਮਾਤਮਾ ਨੇ ਆਪੇ ਸਾਥ ਦੇਣਾ ਕਿਉਂਕਿ ਬਹੁਤ ਸਾਰੀਆਂ ਦੁਆਵਾਂ ਜਿਹੜੀਆਂ ਹੈ ਤੁਹਾਡੇ ਨਾਲ ਚੱਲਦੀਆਂ ਹੁੰਦੀਆਂ ਨੇ ਮੈਂ ਆਪਣੇ ਜਿੰਨੇ ਵੀ ਪਿਆਰੇ ਮਿੱਤਰ ਸਾਖ ਸੰਬੰਧੀ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ ਮੈਨੂੰ ਮੈਂ ਉਹਨਾਂ ਦਾ तहे ਦਿਲੋਂ ਸ਼ੁਕਰੀਆ ਦਾ ਕਰਦਾ ਜਿਹੜੇ ਐਦਾਂ ਮੈਨੂੰ ਪਿਆਰ ਦਿੰਦੇ ਆ ਸਨੇਹਿੰਦੇ ਨੇ ਔਰ ਉਹਨਾਂ ਦੀਆਂ ਅਰਦਾਸਾਂ ਉਹਨਾਂ ਦੀਆਂ ਦੁਆਵਾਂ ਉਹ ਹਮੇਸ਼ਾ ਨਾਲ ਚੱਲਦੀਆਂ ਨੇ ਔਰ ਇਹ ਅਰਦਾਸਾਂ ਦੁਆਵਾਂ ਹਮੇਸ਼ਾ ਐਦਾਂ ਹੀ ਕਰਦੇ ਰਹੋ ਕਿ ਮੈਂ ਆਪਣੀ ਮਿੱਟੀ ਦੇ ਨਾਲ ਮੈਂ ਆਪਣੇ ਵਿਰਸੇ ਦੇ ਨਾਲ ਮੈਂ ਆਪਣੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਦੇ ਨਾਲ ਜੁੜਿਆ ਰਵਾਂ ਮੈਂ ਪੈਰ ਨਾ ਛੱਡਾ ਤਰਤੀ ਤਾ ਜੀ ਮੈਂ ਦਿੱਤੇ ਛੁੱਟੀ ਜੀ ਮੈਂ ਹਲੇ ਮੈਸੇਜਸ ਵੀ ਪੜਨੇ ਨੇ ਜਿਹੜੇ ਸਾਡੇ ਸੁਹਿਰਦ ਸਰੋਤਿਆਂ ਨੇ ਲਿਖੀ ਨੇ ਤੁਹਾਡੇ ਵਾਸਤੇ ਮੈਂ ਜ਼ਰੂਰ ਉਹਨਾਂ ਦੀ ਸਾਝ ਵੀ ਪਾਉਣੀ ਹੈ ਮੈਂ ਇੱਕ ਇੰਪੋਰਟੈਂਟ ਗੱਲ ਇਹ ਕਰਨਾ ਚਾਹੁੰਦੀ ਆ ਕਿ ਹੁਣੇ ਪੈਰੀ ਹੁਰਾ ਨੇ ਅਰਵਿੰਦਰ ਹੁਰਾ ਨੇ ਇਹ ਗੱਲ ਕੀਤੀ ਹੈ ਕਿ ਕੋਈ ਸਿੰਗਰ ਹੋਵੇ ਦੋ ਗਾਣੇ ਗਾਵੇ ਤੇ ਉਹ ਕਾਫੀ ਹਾਇਰ ਆਪਣੇ ਆਪ ਨੂੰ ਸਮਝਦਾ ਜਾਂ ਕੋਈ ਵੀ ਕਲਾਕਾਰ ਹੋਵੇ ਡਾਊਨ ਟੂ ਅਰਥ ਹੋਣਾ ਕਲਾਕਾਰ ਨੂੰ ਚਾਹੀਦਾ ਕਿਉਂਕਿ ਜੇ ਉਹ ਕੀ ਕਲਾਕਾਰ ਹੋਇਆ ਜਿਹੜਾ ਮਤਲਬ ਇਹ ਸੋਚੇ ਕਿ ਓਕੇ ਮੇਰੀ ਗੁੱਡੀ ਹੁਣ ਚੜੀ ਹੋਈ ਹੈ ਤੇ ਮੈਂ ਕਿਸੇ ਨੂੰ ਪਛਾਣਦਾ ਨਹੀਂ ਇਹ ਕਿਹੜੀ ਗੁੱਡੀ ਹੁੰਦੀ ਹੈ ਸਰੋਤਿਆਂ ਕਰਕੇ ਤੇ ਗੁੱਡੀ ਚੜਦੀ ਹੈ ਤੇ ਜੇ ਸਰੋਤਿਆਂ ਨੂੰ ਨਹੀਂ ਤੁਸੀਂ ਪਛਾਣਦੇ ਸਰੋਤਿਆਂ ਨਾਲ ਗੱਲ ਨਹੀਂ ਕਰ ਸਕਦੇ ਤੇ ਇਹੋ ਜੀ ਚੜਾਈ ਦਾ ਕੀ ਕਰਨਾ ਹੈ ਨਾ ਸੋ ਇਹ ਇਸ ਚੀਜ਼ ਤੇ ਵੀ এডਿਕੇਸ਼ਨ ਦੀ ਇਸ ਵਕਤ ਲੋੜ ਹੈਗੀ ਹੈ ਔਰ ਇਸ ਮਾਧਿਅਮ ਤੋਂ ਅੱਜ ਦਾ ਜਿਹੜਾ ਸੁਨੇਹਾ ਇਹ ਹੀ ਹੈ ਕਿ ਜਿਹੜੀ ਆਡੀਅנס ਹੁੰਦੀ ਹੈ ਉਸ ਸਟਾਰ ਬਣਾਂਦੀ ਹੈ ਤੇ ਜੇ ਅਸੀਂ ਆਡੀਅנס ਨੂੰ ਇਗਨੋਰ ਕਰਤਾ ਤੇ ਉਹ ਕਦੇ ਸਟਾਰ ਹੋਏ ਕਿਉਂਕਿ ਨਾਲੇ ਗਾਣਾ ਗਾ ਕੇ ਗਾਣਾ ਗਾ ਕੇ ਕਿਹੜਾ ਕਲਾਕਾਰ ਬਣ ਜਾਂਦਾ ਇੱਕ ਗਾਣਾ ਗਾ ਕੇ ਉਹ ਤੇ ਇੱਕ ਤੁਸੀਂ ਕਲਾ ਹੈ ਆਪਣੀ ਦਸੀ ਹੈ ਸੋ ਉਸ ਕਲਾ ਨੂੰ ਕਿੰਨੀ ਪਰਵਾਨਗੀ ਤੁਹਾਡੀ ਆਵਾਜ਼ ਨੂੰ ਤੁਹਾਡੇ ਅੰਦਾਜ਼ ਨੂੰ ਤੁਹਾਡੇ ਅੰਦਰ ਜਿਹੜੇ ਸੁਰ ਨੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੇ ਨੇ ਉਹਨਾਂ ਨੂੰ ਪਰਵਾਨਗੀ ਵੀ ਪ੍ਰਮਾਤਮਾ ਨੇ ਹੀ ਦਿਵਾਣੀ ਹੈ ਇਹ ਜਿਹੜਾ ਅਸੀਂ ਸਾਹ ਵੀ ਲੈਨੇ ਆ ਪ੍ਰਮਾਤਮਾ ਪਰਮਾਤਮਾ ਦੀ ਬਖਸ਼ੀਸ਼ ਹੈ ਤੇ ਅਸੀਂ ਸਾਹ ਲੈ ਰਹੇ ਆਂ ਪਰਮਾਤਮਾ ਦੀ ਬਖਸ਼ੀਸ਼ ਹੈ ਤੇ ਅਸੀਂ ਬੋਲ ਰਹੇ ਆਂ ਤੇ ਆਈ ਡੋਨਟ ਥਿੰਕ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਮਾਨ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਤੁਸੀਂ ਕੀ ਕਹਿੰਦੇ ਹੋ ਅ ਬਿਲਕੁਲ ਜੀ ਇਹ ਤਾਂ ਦੇਖੋ ਇਹ ਪਰਮਾਤਮਾ ਉਹ ਕਹਿੰਦੇ ਹੁੰਦੇ ਰੱਬ ਹੀ ਕਰਾਵੇ ਕਰਾਵੇ ਤਾਂ ਸਲਾਮਾ ਹੁੰਦੀ ਆ ਹਨ ਜੀ ਗੁਰਬਾਣੀ 'ਚ ਵੀ ਹੈਗਾ ਵੀ ਬੇ ਗੁਰਬਾਣੀ ਵੀ ਕਹਿੰਦੀ ਆ ਵੀ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰਦਾ ਤੇ ਉਹਨੂੰ ਸਾਰਾ ਕੁਝ ਉਹਨੂੰ ਦੁਆਵਾਂ ਸਲਾਮਾ ਜਿਹਨੀਆਂ ਜੋ ਵੀ ਉਹਦੇ ਨੇ ਉਹ ਮਿਲਦੇ ਨੇ ਪਰ ਉਸ ਦਾ ਹਮੇਸ਼ਾ ਸਾਨੂੰ ਸ਼ੁਕਰੀਆ ਦਾ ਕਰਨਾ ਚਾਹੀਦਾ ਹੈ ਹਾਂਜੀ ਤੇ ਅ ਔਰ ਕਦੇ ਵੀ ਆਪਣੇ ਤੁਸੀਂ ਪੈਰ ਨਾ ਛੱਡੋ ਧਰਤੀ ਤੇ ਰੱਖੋ ਤੇ ਕਿਉਂਕਿ ਜਦੋਂ ਤੁਸੀਂ ਪੈਰ ਛੱਡ ਦਿੰਦੇ ਹੋ ਤੇ ਜਦੋਂ ਮੁੱਦੇ ਮੁੱਹ ਗਿਰਦੇ ਹੋ ਤੇ ਉਦੋਂ ਫਿਰ ਬਹੁਤ ਜ਼ਿਆਦਾ ਸੱਟ ਵੱਜਦੀ ਹੈ ਉਦੋਂ ਤੁਹਾਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੁੰਦਾ ਤੇ ਮੈਂ ਤਾਂ ਹੀ ਕਮਾਂਗਾ ਕਿ ਸਾਰੇ ਜਨੇ ਜਿੰਨੇ ਵੀ ਸ਼ਖਸ਼ ਹੈਗੇ ਨੇ ਉਹ ਆਪਣੀ ਮਿੱਟੀ ਦੇ ਨਾਲ ਜੁੜ ਕੇ ਰਹਿਣ ਕਿਉਂਕਿ ਸਾਨੂੰ ਬਣਾਉਣ ਵਾਲੇ ਵੀ ਦਰਸ਼ਕ ਨੇ ਸਾਡੇ ਭੈਣ ਭਰਾ ਨੇ ਤੇ ਉਹਨਾਂ ਦੀਆਂ ਦੁਆਵਾਂ صدਕਾ ਹੀ ਅਸੀਂ ਉੱਡੇ ਫਿਰਦੇ ਆ ਤੇ ਇਹ ਖੰਭ ਉਹਨਾਂ ਦੇ ਦਿੱਤੇ ਹੋਏ ਨੇ ਜੀ ਜੀ ਬਿਲਕੁਲ ਬਿਲਕੁਲ ਇਹ ਖੰਭ ਉਹਨਾਂ ਦੇ ਦਿੱਤੇ ਹੋਏ ਇਸ ਚੀਜ਼ ਦਾ ਜਿਹੜੇ ਕਲਾਕਾਰ ਖਿਆਲ ਕਰਦੇ ਆ ਉਹਨਾਂ ਨੂੰ ਸਿਹਰੇ ਜ਼ਰੂਰ ਪੈਂਦੇ ਨੇ ਗੁਰਬਾਣੀ ਚ ਲਿਖਿਆ ਹੋਇਆ ਨਾ ਕਿ ਤੇ ਚੜੇ ਆਕਾਸ਼ ਗਰਾਵੇ ਇਹ ਇੱਕ ਤੁੱਕ ਹੈ ਜੇਕਰ ਇਹ ਮੈਂ ਸਹੀ ਪੜ ਸਕਾਂ ਮੇਰੇ ਜ਼ਿਹਨ ਚੋ ਇਸ ਟਾਈਮ ਨਿਕਲ ਜਰੂਰ ਰਹੀ ਹੈ ਕਿ ਇਹ ਤੁੱਕ ਜਿਹੜੀ ਹੈਗੀ ਹੈ ਐਵੇਂ ਹੈ انسان ਕੁਛ ਵੀ ਨਹੀਂ ਹੈ ਜੇ ਪਰਮਾਤਮਾ ਚਾਏ ਤੇ ਉਹਨੇ ਆਕਾਸ਼ ਤੇ ਬਿਠਾ ਦੇਣਾ ਪਰਮਾਤਮਾ ਚਾਏ ਤੇ ਆਕਾਸ਼ ਤੋਂ ਥੱਲੇ ਵੀ ਉਹਨੇ ਡਿਗ ਬੈਣਾ ਤੇ ਪਰਮਾਤਮਾ ਚਾਏ ਪਰਮਾਤਮਾ ਅਗਰ ਚਾਏ ਤੇ ਪੱਥਰ ਚੋਂ ਵੀ ਉਹਨੂੰ ਦਰਸ਼ਨ ਕਰਾ ਦਿੰਦਾ ਆਪਣੇ ਤੇ ਪਰਮਾਤਮਾ ਚਾਹੇ ਤੇ ਉਹ ਜਿਹੜੀ ਹਵਾ ਹੈ ਉਹ ਸਾਡੇ ਅੰਦਰ ਜਾਣੀ ਹੈ ਜੇ ਪਰਮਾਤਮਾ ਨਾ ਚਾਹੇ ਤੇ ਉਹ ਸਾਹ ਅਸੀਂ ਲੈਣਾ ਨਹੀਂ ਹੈ ਸੋ ਇਹ ਤੁੱਕੇ ਗਿਆ ਹੈ ਕਿ ਗੁਰੂ ਸਾਹਿਬ ਲਿਖਦੇ ਨੇ ਵੀ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਜਾ ਕੋ ਚੀਤ ਆਵੇ ਗੁਰ ਆਪਣਾ ਹਰ ਕੇ ਚਰਨ ਰਾਧੀ ਇਹ ਗੁਰ ਸ਼ਬਦ ਰਤਨਾਗਰ ਇਹ ਬੜੀ ਸੋਹਣੀ ਇੱਕ ਗੱਲ ਹੈ ਜੇਕਰ ਸਾਨੂੰ ਇਹੀ ਸਮਝ ਆ ਜਾਵੇ ਤੇ ਸਾਨੂੰ ਕਾਫੀ ਸਮਝ ਲੱਗੇਗੀ ਜਿੱਦਾਂ ਇੰਗਲਿਸ਼ ਤੇ ਵਿੱਚ ਇਹਦੇ ਅਰਥ ਜਿਹੜੇ ਨੇ ਉਹ ਜੂ ਜਿਹੜੇ ਸਾਡੇ ਨਾਲ ਇਸ ਵਕਤ ਸਰੋਤੇ ਜੁੜੇ ਹੋਏ ਨੇ ਕਿਉਂਕਿ ਕਈ ਵਾਰੀ ਗੁਰਬਾਣੀ ਦੇ ਜਿਹੜੇ ਅਰਥ ਹੁੰਦੇ ਨੇ ਉਹ ਕਰਨੇ ਜ਼ਰੂਰੀ ਹੋ ਜਾਂਦੇ ਆ ਗੁਰੂ ਸਾਹਿਬ ਲਿਖਦੇ ਨੇ ਕਿ ਫ্রম ਦੀ ਅਰਥ ਦਾ ਮੋਰਟਲ ਇਜ਼ ਐਗਜ਼ਾਲਟਡ ਟੂ ਦੀ ਆਕਾਸ਼ਿਕ ਇਥਰਸ ਐਂਡ ਟੂ ਬਾਈ ਇਹ ਭਗਤ ਕਬੀਰ ਜੀ ਹੁਰਾਨੇ ਬੜਾ ਸੋਹਣਾ ਵਾਕ ਲਿਖਿਆ ਹੈ ਬੜੀ ਸੋਹਣੀ ਤੁਕ ਹੈ ਜਿਹੜੀ ਸਾਨੂੰ ਜ਼ਿੰਦਗੀ ਦੀ ਉਸ ਅਸਲੀ ਰੋਸ਼ਨੀ ਵੱਲ ਲੈ ਕੇ ਜਾਂਦੀ ਹੈ ਜਿਹੜੀ ਐਕਚੁਅਲੀ ਸਚਾਈ ਹੈਗੀ ਹੈ ਸੋ ਇਸ ਤੋਂ ਅਸੀਂ ਬਹੁਤ ਪਰੇ ਚਲੇ ਗਏ ਆ ਸੋ ਬੜੀਆ ਥਾਟ ਰ ਹੈ ਜਿਹੜਾ ਇਹ ਅਸੀਂ ਗੱਲ ਕਰ ਸਕਦੇ ਆ ਇਹਦੇ ਉੱਤੇ ਬਹੁਤ ਬਹੁਤ ਧੰਨਵਾਦ ਨੀਨਾ ਜੀ ਸਾਡੇ ਨਾਲ ਸਾਂਝ ਬਣਾਉਣ ਵਾਸਤੇ ਅੱਜ ਤੇ ਆਪਣਾ ਸਮਾਂ ਦੇਣ ਵਾਸਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਤੇ ਕਾਫੀ ਸਮੇਂ ਤੋਂ ਸਵਾਗਤ ਹੋ ਗਿਆ ਸੀ ਪਰ ਸਾਨੂੰ ਘੜਨਾ ਗੱਲ ਬਹੁਤ ਚੰਗੀਆਂ ਲੱਗ ਰਹੀਆਂ ਸਨ ਜੀ ਔਰ ਜੀ ਮੈਂ ਥੋੜੇ ਜੇ ਮੈਸੇਜਸ ਦੀ ਜਿਹੜੀ ਕੋਈ ਗੱਲ ਨਹੀਂ ਤੁਸੀਂ ਪੜ ਲਓ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਵੀ ਹੈ ਤੇ ਜੀ ਕਿਉਂਕਿ ਉਹਨਾਂ ਦੇ ਸੁਪਨਿਆਂ ਦਾ ਭਾਰਤ ਤਾਂ ਨਹੀਂ ਬਣ ਸਕਿਆ ਹਲੇ ਤੱਕ ਕਿਉਂਕਿ ਉਹਨਾਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਸੀ ਭਾਰਤ ਨੂੰ ਆਜ਼ਾਦ ਕਰਾਉਣ ਲਈ ਸਮਾਜਦਾਰੀ ਤੋਂ ਆਜ਼ਾਦ ਕਰਾਉਣ ਲਈ ਉਹ ਜਾਇ ਤਾਂ ਨਹੀਂ ਹੋ ਸਕਿਆ ਪਰ ਮੈਨੂੰ ਉਹਨਾਂ ਦੀ ਇੱਕ ਨਾ ਇੱਕ ਉਹਨਾਂ ਵਾਸਤੇ ਮੈਂ ਅਕਸਰ ਚੀਜ਼ ਪੜਦਾ ਹੁੰਨਾ ਗੱਤਕੇ ਦੇ ਵਿੱਚ ਵੀ ਬੋਲਦੇ ਹੁੰਨੇ ਆ ਮੈਂ ਉਹ ਜ਼ਰੂਰ ਦਰਸ਼ਾਂ ਦੇ ਨਾਲ ਸ਼ੇਅਰ ਕਰਾਂਗਾ ਉਹ ਉਹ ਰਗਿਸੀ ਕਿ ਮੇਰੇ ਹੀਰ ਬਤਨ ਦੇ ਸੋਹਣੋਂ ਕੋਈ ਐਸੀ ਵਾਰ ਸੁਣਾ ਦਿਓ ਅਸੀਂ ਮੰਗਦੇ ਲਾੜੀ ਮੌਤ ਨੂੰ ਸਾਨੂੰ ਮੌਤ ਦੇ ਨਾਲ ਵਿਆਹ ਦਿਓ ਅਸੀਂ ਮੰਗਦੇ ਲਾੜੀ ਮੌਤ ਨੂੰ ਮੌਤ ਸਾਡੀ ਜ਼ਿੰਦਗੀ ਮੌਤ ਸਾਡੀ ਮਹਿਬੂਬ ਹੈ ਇਹਦੇ ਨਾਲ ਸਾ ਨੱਚਣਾ ਇਹ ਸਾਡੀ ਮਾਸ਼ੂਕ ਹੈ ਇਹ ਸੋਨੀ ਜੀ ਮਾਸ਼ੂਕ ਨੂੰ ਸਾਡੇ ਸੀਨੇ ਦੇ ਨਾਲ ਲਾ ਦਿਓ ਅਸੀਂ ਮੰਗਦੇ ਲਾੜੀ ਮੌਤ ਨੂੰ ਇਹ ਉਹਨਾਂ ਨੂੰ ਡੈਡੀਕੇਟਡ ਸੀਗਾ ਜੀ ਕਿ ਸਾਡੇ ਜਿੰਨੇ ਵੀ ਪੰਜਾਬੀ ਸਾਡੇ ਜਿੰਨੇ ਵੀ ਕਿਉਂਕਿ ਪੰਜਾਬ ਜੰਮ ਦੇ ਨੂੰ ਨਿਤ ਵਹੀਦਾ ਤੇ ਸਾਡੇ ਪੰਜਾਬੀਆਂ ਦੇ ਤਾਂ ਸਦਾ ਹੀ ਇਹੀ ਰਹੇ ਨੇ ਕਿ ਲਾੜੀ ਮੌਤ ਨੂੰ ਮਜ਼ਾਕ ਹੀ ਕਰਦੇ ਨੇ ਤੇ ਕਿਉਂਕਿ ਸਾਡੀਆਂ ਨੀਹਾਂ ਇੰਨੀ ਪੱਕੀਆਂ ਨੇ ਛੋਟੇ ਸਹਬਜ਼ਾਦੇ ਨੇ ਕਰ ਦਿੱਤੀਆਂ ਕਿ ਜਿਹੜੀਆਂ ਅੱਜ ਤੱਕ ਵੀ ਕਿਸੇ ਵੀ ਆ ਸ਼ਾਸਕ ਤੋਂ ਹਲਾਈਆਂ ਨਹੀਂ ਗਈਆਂ ਨਾ ਹਿਲਣੀਆਂ ਨੇ ਕਿਉਂਕਿ ਅਕਾਲ ਪੁਰਖ ਦੀ ਫੌਜ ਹੈਗੀ ਇਹ ਤੇ ਉਹਦੀ ਰਜ਼ਾ ਦੇ ਵਿੱਚ ਤੇ ਜਦੋਂ ਤੱਕ ਉਹਦੀ ਰਜ਼ਾ ਦੇ ਵਿੱਚ ਹੈ ਤੇ ਚੜਦੀਆਂ ਕਲਾਂ ਨੇ ਆ ਭੈਣ ਜੀ ਮਿਊਟ ਹੋਇਆ ਹੋਇਆ ਮੇਰੇ ਖਾਲ ਤੁਸੀਂ ਹਾਂ ਜੀ ਮੈਂ ਇੱਕ ਕਵਿਤਾ ਪੜ੍ਹੀ ਸੀ ਡਾਕਟਰ ਪਾਤਰ ਦੀ ਮੈਂ ਦੁਬਾਰਾ ਆ ਤੁਹਾਨੂੰ ਮਿਊਟ ਹੋ ਗਿਆ ਸੀ ਉਹ ਪਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ ਹਾਂਜੀ ਪਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ ਉਹ ਮੇਰੇ ਉਦਾਸ ਖਿਲਾਵਾਂ ਦੇ ਪੰਛੀ ਪਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ ਉਹ ਮੇਰੇ ਉਦਾਸ ਖਿਲਾਵਾਂ ਦੇ ਪੰਛੀ ਕਿਵੇਂ ਸੋਂਗੇ ਕਿਵੇਂ ਸੋਂਗੇ ਸ਼ਾਂਤ ਤੇਰੇ ਵਣਾਂ ਵਿੱਚ ਕਿਵੇਂ ਸੋਂਗੇ ਸ਼ਾਂਤ ਤੇਰੇ ਵਣਾਂ ਵਿੱਚ ਉਹ ਨੀਂਦੇ ਜੇ ਭਾਵਨਾਵਾਂ ਦੇ ਪੰਛੀ ਸੋ ਇਹ ਸਿਲਸਿਲਾ ਜਿਹੜਾ ਸਰਮਾਇਦਾਰੀ ਦਾ ਚੱਲ ਰਿਹਾ ਹੈ ਇਹ ਬੜਾ ਇੱਕ ਔਖਾ ਪੜਾ ਹੈ ਸਾਡੇ ਲਈ ਪਰ ਬੜੀਆਂ ਚੀਜ਼ਾਂ ਅਸੀਂ ਸਰ ਕੀਤੀਆਂ ਨੇ ਤੇ ਇਸ ਮੰਜ਼ਲ ਤੇ ਵੀ ਜ਼ਰੂਰ ਅਸੀਂ ਅਪੜਾਂਗੇ ਉਹ ਸਮਾਂ ਆਏਗਾ ਜਦੋਂ ਪੰਜਾਬ ਦੇ ਵਿੱਚ ਬੈਠੇ ਨੌਜਵਾਨ ਕਹਿਣਗੇ ਕਿ ਅਸੀਂ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਪਲੱਸ 2 ਤੋਂ ਬਾਅਦ ਯੂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਅਮਰੀਕਾ ਦੇ ਸੁਪਨੇ ਵੇਖਣੇ ਜ਼ਰੂਰ ਛੱਡਣਗੇ ਇਨਸ਼ਾਅੱਲਾ ਉਹ ਸਮਾਂ ਆਵੇ ਅਸੀਂ ਕਹਿੰਨੇ ਆ ਵੀ ਉਹ ਸਮਾਂ ਜ਼ਰੂਰ ਸਾਡੇ ਸਾਡੇ ਕੋਲ ਜ਼ਰੂਰ ਆਏਗਾ ਜੀ ਪਰ ਪਰ ਉਹਦੇ ਵਿੱਚ ਇਹ ਹੈਗਾ ਕਿ ਜਿਹੜੇ ਸਾਡੀ ਨੌਜਵਾਨੀ ਜਿਹੜੀ ਹੁਣ ਪੜ੍ਹੀ ਲਿਖੀ ਹੈਗੀ ਆ ਉਹ ਦੁਬਾਰਾ ਤੋਂ ਖੇਤੀਬਾੜੀ ਵਾਲੇ ਪਾਸੇ ਆਵੇ ਕਿਉਂਕਿ ਅਸੀਂ ਜਿੰਨੇ ਨੌਜਵਾਨ ਸਾਡੇ ਹੈਗੇ ਨੇ ਉਹ ਖੇਤੀਬਾੜੀ ਛੱਡ ਗਏ ਨੇ ਤੇ ਜਿਹੜੇ ਖੇਤੀਬਾੜੀ ਕਰ ਰਹੇ ਨੇ ਉਹਨਾਂ ਦਾ ਇੱਥੇ ਹੀ ਅਮਰੀਕਾ ਬਣਿਆ ਹੋਇਆ ਔਰ ਬਹੁਤ ਅੱਛਾ ਕੰਮ ਕਰ ਰਹੇ ਨੇ ਕਿਉਂਕਿ ਜਦੋਂ ਅਸੀਂ ਪੜ੍ਹ ਲਿਖ ਕੇ ਐਜੂਕੇਸ਼ਨ ਦੇ ਨਾਲ ਅਸੀਂ ਖੇਤੀਬਾੜੀ ਕਰਦੇ ਆਂ ਤੇ ਕਿਉਂਕਿ ਸਾਡਾ ਜਿਹੜਾ ਪੰਜਾਬ ਹੈਗਾ ਉਹ ਖੇਤੀ ਪ੍ਰਧਾਨ ਹੈਗਾ ਤੇ ਅੱਜ ਜਿਹੜੀਆਂ ਮੁਸੀਬਤਾਂ ਜਿਹੜੀਆਂ ਜਿਨ੍ਹਾਂ ਚੋਂ ਅਸੀਂ ਗੁਜ਼ਰ ਰਹੇ ਆਂ ਪਰਮਾਤਮਾ ਕਰੇ ਜਲਦੀ ਉਹ ਸਾਰੀਆਂ ਠੀਕ ਹੋਣ ਤੇ ਸਾਡਾ ਜਿਹੜਾ ਨੌਜਵਾਨ ਹੈਗਾ ਉਹ ਚਿੱਟੇ ਕੁਰਤੇ ਪਜਾਮੇ ਨੂੰ ਛੱਡ ਕੇ ਤੇ ਦੁਬਾਰਾ ਕਹੀ ਦਾ ਬੀਂਡਾ ਫੜ ਕੇ ਤੇ ਖੇਤਾਂ ਦੇ ਵਿੱਚ ਮਿਹਨਤ ਕਰੇ ਤੇ ਫੇਰ ਤੋਂ ਸਾਡਾ ਜਿਹੜਾ ਪੰਜਾਬ ਹੈਗਾ ਉਹ ਸੋਨੇ ਦੀ ਚੜੀ ਬਣ ਸਕਦਾ ਹੈ ਜੀ 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 ਬਿਲਕੁਲ ਅਸੀਂ ਵੀ ਇਹ ਕਾਮਨਾ ਕਰਦੇ ਆ ਅਨੀਨਾ ਜੀ ਕਿ ਪੰਜਾਬ ਜਿਹੜਾ ਉਹ ਦੁਬਾਰਾ ਖੁਸ਼ਹਾਲ ਹੋਵੇ ਸੁਣੀਆਂ ਰੁੱਤਾਂ ਉੱਥੇ ਆਉਣ ਸਾਡੇ ਜੀ ਬਹੁਤ ਵਧੀਆ ਧੰਗ ਦੇ ਨਾਲ ਅਸੀਂ ਇਹਨਾਂ ਭਾਵਨਾਵਾਂ ਨੂੰ ਅੱਗੇ ਲੈ ਕੇ ਜਾਈਏ ਅਗਲੀਆਂ ਜਨਰੇਸ਼ਨਸ ਨੂੰ ਦਈਏ ਕਿਉਂਕਿ ਇਹੀ ਸਰਮਾਇਆ ਹੁੰਦਾ ਹੈ ਬਾਕੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗਹਿਣੇ ਗੱਟੇ ਇਹ ਕੋਈ ਸਰਮਾਇਆ ਨਹੀਂ ਹੁੰਦਾ ਸਰਮਾਇਆ ਹੁੰਦਾ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਉਹ ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਜਾਂ ਅਸੀਂ ਵੱਡੀਆਂ ਵੱਡੀਆਂ ਕੋਠੀਆਂ ਪਾ ਲੈਣੇ ਆ ਗੱਡੀਆਂ ਲੈ ਲੈਣੇ ਆ ਵੱਡੀਆਂ ਗੱਡੀਆਂ ਲੈ ਕੇ ਤੇ ਹੋਰ ਸਾਰਾ ਕਰਕੇ ਉਹ ਅਸੀਂ ਅੱਡੀਆਂ ਚੱਕ ਕੇ ਫਾਹੇ ਲੈਣੇ ਆ ਵਿਆਹ ਤਾਂ ਪਹਿਲਾਂ ਵੀ ਜਿਹੜੇ ਸੀਗੇ ਘਰਾਂ ਦੇ ਵਿੱਚ ਹੁੰਦੇ ਸੀਗੇ ਵਧੀਆ ਹੁੰਦੇ ਸੀ ਬਹੁਤ ਅੱਛੇ ਢੰਗ ਦੇ ਨਾਲ ਹੁੰਦੇ ਸੀ ਅੱਜ ਕੱਲ ਮੈਰਿਜ ਪੈਲੇਸਾਂ ਦੇ ਵਿੱਚ ਅਸੀਂ ਲੱਖਾਂ ਕਰੋੜਾਂ ਰੁਪਏ ਖਰਚ ਕੇ ਅਸੀਂ ਵਿਆਹ ਦਿਖਾਉਂਦੇ ਆ ਤੇ ਉਹਦੇ ਵਿੱਚ ਦੇਖੋ ਜਿਹੜੀ ਆਪਾਂ ਘਰਾਂ ਦੇ ਵਿੱਚ ਜਿਵੇਂ ਪਹਿਲਾਂ ਹੁੰਦੇ ਸੀ 2-3 ਦਿਨ ਹੁਣ ਤਾਂ ਮੈਰਿਜ ਪੈਲੇਸਾਂ ਕਿ ਰਿਸ਼ਤੇਦਾਰਾਂ ਦਾ ਰਹਿ ਗਿਆ ਮੈਰਿਜ ਪੈਲੇਸ ਤਾਂ ਜਾਂਦੇ ਆ ਉੱਥੇ ਹੀ ਖਾਂਦੇ ਪੀਂਦੇ ਆ ਸ਼ਗਨ ਫੜਾਈ ਤੇ ਉੱਥੇ ਹੀ ਵਾਪਸ ਤੇ ਇਹ ਸਾਡਾ ਜਿਹੜਾ ਹੈਗਾ ਸ਼ੋਅ ਬਿਜ਼ਨਸ ਜਿਹੜਾ ਹੈਗਾ ਇਹਨੂੰ ਛੱਡੀਏ ਆਪਾਂ ਇਹ ਤਾਂ ਵਿਕਾਰ ਦੀਆਂ ਚੀਜ਼ਾਂ ਨੇ ਜਿਹੜੀਆਂ ਸ਼ੋ ਬਿਜ਼ਨਸ ਨੇ ਅਸੀਂ ਇੱਕ ਸਾਦਗੀ ਦੇ ਵਿੱਚ ਆ ਕੇ ਇੱਕ ਵਧੀਆ ਢੰਗ ਦੇ ਨਾਲ ਜਿਨਾ ਸ਼ੁਰੂ ਕਰੀਏ ਤੇ ਸਾਡੇ ਉਹ ਸਾਰਾ ਜਿਹੜਾ ਹੈਗਾ ਅਸੀਂ ਇੱਕ ਵਧੀਆ ਲਾਈਫ ਜੀ ਸਕਦੇ ਹਾਂ ਤੇ ਇਹਨਾਂ ਚੀਜ਼ਾਂ ਨੂੰ ਜ਼ਰੂਰ ਆਪਾਂ ਧਿਆਨ ਚ ਰੱਖੀਏ ਜੀ ਨੰਦਨੀ ਜੀ THAILAND ਤੋਂ ਸਾਂਝ ਪਾ ਰਹੇ ਨੇ ਹਾਂ ਜੀ ਤੁਹਾਨੂੰ ਤੁਹਾਡੀ ਬੇਟੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਸਾਡੇ ਸਾਰੇ ਹੀ ਟੀਮ ਵੱਲੋਂ ਤੇ ਨਾਲ ਹੀ ਨਾਲ ਸਤਿੰਦਰ ਚਾਵਲਾ ਜੀ ਸਾਂਝ ਬਣਾ ਰਹੇ ਨੇ ਮੈਲਬਨ ਤੋਂ ਹਰਿੰਦਰ ਕੌਰ ਜੀ ਜਸਪ੍ਰੀਤ ਕੌਰ ਸਗੂ ਜੀ ਹਰਲੀਨ ਕੌਰ ਜੀ ਸਿਮਰਤ ਗਰੇਵਾਲ ਜੀ ਪਲਵਿੰਦਰ ਸਿੰਘ ਰਾਇਲ ਪੰਜਾਬ ਹਰਪ੍ਰੀਤ ਸਿੰਘ ਕਰਮਜੀਤ ਸਿੰਘੀ ਬੱਗਾ ਡਾਕਟਰ ਰਮਨਦੀਪ ਸਿੰਘ ਜੀ ਦੀਪ ਸੋ ਇਹ ਕੁਝ ਤੁਹਾਨੂੰ ਹੁਣ ਮੈਸੇजेस ਆਏ ਨੇ ਮਨਦੀਪ ਕੌਰ ਜੀ ਇਹਨਾਂ ਨੇ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਈ ਹੈ ਤੇ ਨਾਲ ਹੀ ਨਾਲ ਬਹੁਤ ਸੋਹਣੇ ਅਲਫਾਜ਼ਾਂ ਦੇ ਵਿੱਚ ਤੁਹਾਡੀ ਸਖਸੀਅਤ ਨੂੰ ਬਿਆਨਿਆ ਤੇ ਗੱਗੀ ਨਹਿਰ ਜੀ ਸੰਦਸੀਏ ਕਿ ਮੇਲ ਫੋਕਲੋਰ ਦੇ ਵਿੱਚ ਬੜੀਆਂ ਸੋਹਣੀਆਂ ਰੌਣਕਾਂ ਲਾਈਆਂ ਸੀ ਗगन ਗੱਗੀ ਨਾਹਰ ਉਹਨਾਂ ਨੇ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਮੈਸੇजेस ਜਿਹੜੇ ਨੇ ਸ਼ੁਰੂ ਦੇ ਦੌਰ ਤੋਂ ਹੀ ਲਿਖਨੇ ਸ਼ੁਰੂ ਕੀਤੇ ਸਨ ਬਹੁਤ ਅੱਛਾ ਲੱਗਿਆ ਮੈਨੂੰ ਸਾਰੇ ਮੈਸੇजेस ਪੜ੍ਹ ਕੇ ਜੀ ਇਹ ਇਹ ਸਾਡੀ ਰੀਡ ਦੀ ਹੱਡੀ ਨੇ ਜੀ ਇਹ ਸਾਰੇ ਬੱਚੇ ਜਿੰਨੇ ਵੀ ਨੇ ਨੌਜਵਾਨ ਨੇ ਅੱਜ ਦੇ ਗਗਨਦੀਪ ਗੱਗੀ ਹਰਕੀਰਤ ਮਨਦੀਪ ਗੁਰਸਿਮਰਨ ਔਰ ਉਹਦੇ ਨਾਲ ਹਰਮਨ ਗਿੱਲ ਸਾਡੇ ਕੈਨੇਡਾ ਸ਼ਿਫਟੋ ਮਤਲਬ ਜਾ ਕੇ ਸੈਟਲ ਹੋ ਚੁੱਕੇ ਸ਼ਗਨ ਬਹੁਤ ਅੱਛਾ ਤੁੰਬਾ ਵਜਾਂਦਾ ਗਾਉਂਦਾ ਵੀ ਬਹੁਤ ਅੱਛਾ ਤੁੰਬਾ ਤੁੰਬੀ ਕੁਪਿੰਦਰ ਬੱਬਲ ਜੀ ਦਾ ਬੇਟਾ ਹੈਗਾ ਉਹ ਰਾਜਵੀਰ ਬੁਖਚੂ ਬਹੁਤ ਅੱਛਾ ਵਜਾਂਦਾ ਜੀ ਹੋਰ ਬਹੁਤ ਸਾਰੇ ਬੱਚੇ ਨੇ ਰਜਿੰਦਰ ਜੋਸ਼ੀ ਮਤਲਬ ਬਹੁਤ ਸਾਰੇ ਜਿਹੜੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਔਰ ਸਾਡੇ ਨਾਲ ਚੱਲ ਰਹੇ ਨੇ ਇਹ ਸਾਡੀ ਅਖਾੜੇ ਦੀ ਰੀੜ ਦੀ ਹੱਡੀ ਨੇ ਸਾਰੇ ਇਹ ਔਰ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਐਦਾਂ ਹੀ ਇਹ ਵਿਰਸੇ ਵਿਰਾਸਤ ਦੀ ਜਿਹੜੀ ਹੈਗੀ ਸੇਵਾ ਕਰਦੇ ਰਹੇ ਮੈਂ ਬਹੁਤ ਸਾਰਿਆਂ ਦੇ ਕਈਆਂ ਦੇ ਨਾਮ ਵਿਸਰਗੇ ਹੋਣਗੇ ਜਾਂ ਭੁੱਲ ਗਿਆ ਹਾਂ ਮੈਂ ਉਹਨਾਂ ਤੋਂ ਸਾਰਿਆਂ ਨੂੰ ਮਾਫੀ ਮੰਗਦਾ ਕਿਉਂਕਿ ਉਹ ਸਾਰੇ ਸਾਡੇ ਸਰੀਰ ਦੇ ਅੰਗ ਨੇ ਕਿਉਂਕਿ ਵਿਰਾਸਤੀ ਖਾੜੇ ਦੇ ਚਮਕਦੇ ਹੋਏ ਸਤਾਰੇ ਨੇ ਸਾਰੇ ਉਹ ਤੁਹਾਨੂੰ ਅਸੀਂ ਕਿਸੇ ਵੀ ਸਮੇਂ ਇੱਥੇ ਬਰਕਤ ਪੈਂਜੀ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਮਿਲ ਕੇ ਇਸੇ ਮਾਧਿਅਮ ਦੇ ਥਰੂ ਅਸੀਂ ਤੁਹਾਨੂੰ ਆਪਣਾ ਵਿਰਾਸਤੀ ਖਾੜਾ ਵੀ ਦਿਖਾਵਾਂਗੇ ਜਿਹਦੇ ਚ ਅਸੀਂ ਅਲੱਗ-ਅਲੱਗ ਬਣ ਗਏ ਜਿਹੜੀਆਂ ਹੈ ਤੁਹਾਡੇ ਅੱਗੇ ਪੇਸ਼ ਕਰਾਂਗੇ ਤੇ ਇਹਨਾਂ ਬੱਚਿਆਂ ਦੇ ਰਾਹੀ ਹੈ ਜਿਹੜੇ ਬਹੁਤ ਅੱਛੇ ਫੂਕ ਇਨਸਟਰੂਮੈਂਟਸ ਦੇ ਉੱਤੇ ਸਾਰੇ ਬੱਚੇ ਬਹੁਤ ਕੰਮ ਕਰ ਰਹੇ ਨੇ ਗੱਗੀ ਨਾਹਰ ਜਿਹੜਾ ਕਿ ਨੌ ਘੜਿਆਂ ਦਾ ਬਹੁਤ ਵਧੀਆ ਵਜਾ ਕੇ ਇਹਨੇ ਗੋਲਡ ਮੈਡਲ ਲਿਆ ਹੋਇਆ ਜੀ ਸਿੰਗਰ ਬਹੁਤ ਕਮਾਲ ਦਾ ਲੰਬੀ ਹੇਕ ਬਹੁਤ ਅੱਛੀ ਗਾਉਂਦਾ ਤੇ ਸਾਰੀ ਜੀ ਜੀ ਹਾਂਜੀ ਮੈਂ ਬਿਲਕੁਲ ਇਹਨਾਂ ਦੀ ਪਰਫਾਰਮੈਂਸ ਦੇਖੀ ਹੈ ਤੇ ਨਾਲ-ਨਾਲ ਹਰਸਿਮਰਨਜੀਤ ਜੀ ਮਨਦੀਪ ਸਿੰਘ ਜੀ ਆਰ ਕਿਰਨਜੀਤ ਏ ਵੀ ਤੁਹਾਡੇ ਨਾਲ ਫਤੇ ਦੀ ਸਾਂਝ ਪਰਾ ਰਹੇ ਨੇ ਔਰ ਇੱਕ ਸਾਡੇ ਕੋਲ ਹੋਰ ਵੀ ਸਾਡੇ ਮੈਸੇਜ ਆਇਆ ਸੀ ਮੈਂ ਤੁਹਾਨੂੰ ਵੀ ਦੱਸ ਤਾ ਤੁਹਾਡੇ ਬੇਟੇ ਨੇ ਵੀ ਸਾਂਝ ਬਣਾਈ ਹੋਈ ਹੈ ਤੁਹਾਡੀ ਬੇਟੀ ਨੇ ਵੀ ਸਾਂਝ ਬਣਾਈ ਹੋਈ ਹੈ ਨੋਰਮਲ ਨੋਰਮਲੀ ਵੇਖਣ ਚ ਮਿਲਦਾ ਹੈ ਵੀ ਦੀਵੇ ਥੱਲੇ ਹਨੇਰਾ ਹੀ ਹੁੰਦਾ ਬਟ ਜਦੋਂ ਚਾਨਣ ਹੁੰਦਾ ਨਾ ਦੀਵੇ ਦੇ ਥੱਲੇ ਜੇ ਉਹ ਦੇਖ ਰਹੇ ਨੇ ਜੇ ਉਹ ਦੇਖ ਰਹੇ ਨੇ ਜਿਹੜੇ ਜਿਹੜੇ ਵੀ ਨੇੜੇ ਨੇ ਅਗਰ ਮੇਰੀ ਸਿੰਘਣੀ ਇੱਥੇ ਨੇੜੇ ਹੈਗੀ ਆ ਔਰ ਮੇਰਾ ਬੇਟਾ ਇੱਥੇ ਦੂਜੇ ਸਾਈਡ ਹੋਏਗਾ ਤੇ ਮੈਂ ਉਹਨਾਂ ਨੂੰ ਵੀ ਕਹਾਂਗਾ ਵੀ ਇੱਕ ਵਾਰੀ ਜ਼ਰੂਰ ਤੁਹਾਡੇ ਨਾਲ ਇੱਕ ਵਾਰੀ ਕੈਮਰੇ ਦੇ ਕੋਲ ਅੱਗੇ ਆ ਜਾਣ ਤੇ ਸਾਝ ਪਾ ਲੀਏ ਕਿਉਂਕਿ ਇਹ ਮੇਰੇ ਸਾਰੇ ਜਿੱਲੇ ਨੇ ਇਹ ਮੇਰੇ ਸਾਹਾਂ ਦੀ ਡੋਰ ਹੈ ਜੀ ਜਿਹੜੇ ਮੈਨੂੰ ਨਾਲ ਮੇਰੀ ਹੌਸਲਾ ਫਜ਼ਾਈ ਕਰਦੇ ਨੇ ਬੇਟਾ ਹਰਕੀਰਤ ਮੇਰੀ ਵਾਈਫ ਸੁਖਵੀਰਪਾਲ कौर ਮੇਰੀ ਬੇਟੀ ਅਨੁਰੀਤਪਾਲ कौर ਮੇਰਾ ਭਾਂਜਾ ਹੈਗਾ ਜੀ ਮੇਰਾ ਭਾਂਜਾ ਹੈਗਾ ਜਸਦੀਪ ਸਿੰਘ ਜਿਹੜਾ ਬਹੁਤ ਵਧੀਆ ਪੰਗਰਚੀ ਹੈਗਾ ਔਰ ਬਹੁਤ ਅੱਛਾ ਉਹ ਉਹ ਵੀ ਅੱਗੇ ਬਹੁਤ ਸਾਰੇ ਮਾਰਕੇ ਮਾਰੇਗਾ ਬਹੁਤ ਅੱਛਾ ਕੰਮ ਕਰ ਰਿਹਾ ਉਹ ਵੀ ਇੱਕ ਜੀ ਬਹੁਤ ਅੱਛਾ ਹੋਏਗਾ ਤੇ ਜੀ ਜ਼ਰੂਰ ਜਰੂਰ ਤੁਸੀਂ ਉਹਨਾਂ ਨੂੰ ਸੱਦਾ ਦਿਓ ਅਸੀਂ ਜ਼ਰੂਰ ਉਹਨਾਂ ਦੇ ਦਰਸ਼ਨ ਕਰਨ ਦਾ ਤੋਹਣੇ ਸਾਰਿਆਂ ਦਾ ਸਨੇਹਾਤ ਦਿੱਤਾ ਵੀ ਜੇ ਨੇੜੇ ਹੈਗੇ ਤਾਂ ਜ਼ਰੂਰ ਇੱਥੇ ਆ ਜਾਣ ਤੇ ਜੀ 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 ਜਿੰਨੀ ਦੇਰ ਤੁਸੀਂ ਇਹ ਸੁਨੇਹਾ ਤੁਹਾਡਾ ਉਹਨਾਂ ਤੱਕ ਪਹੁੰਚਦਾ ਹੈ ਮੈਂ ਆਪਣੇ ਸਰੋਤਿਆਂ ਦੇ ਨਾਲ ਮੁਖਾਤਬ ਹਾਂ ਕਿ ਗੱਲਾਂ ਬਾਤਾਂ ਦਾ ਬੜਾਈਕਰੋਚਕ سلسلہ ਤੁਰਿਆ ਸੀ ਨਰਿੰਦਰਪਾਲ ਸਿੰਘ ਜੀ ਨੀਨਾ ਹੋਰਾਂ ਦੇ ਨਾਲ ਜਿਨ੍ਹਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਜਿਹੜੇ ਵੱਖਰੇ ਵੱਖਰੇ ਪਾਸੇ ਉਹਨਾਂ ਬਾਰੇ ਅਸੀਂ ਗੱਲ ਕੀਤੀ ਹੈ ਵੀ ਉਹਨਾਂ ਨੇ ਕੀ ਕੀ ਕੀਤਾ ਕਿਹੜੀ ਕਿਹੜੀ ਬਨਗੀ ਦੇ ਨਾਲ ਬਵਸਤਾ ਰਏ ਨੇ ਔਰ ਲੋਕਤਾਰਾ ਦੀਆਂ ਬਨਗੀਆਂ ਨੂੰ ਬਹੁਤ ਸੋਹਣੇ ਤੰਗ ਦੇ ਨਾਲ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਜਿਹੜਾ ਸਮਿਟਿਆ ਹੈ ਉਹਦੇ ਬਾਰੇ ਅੱਜ ਥੋੜੀ ਚਰਚਾ ਹੋਈ ਤੇ ਪ੍ਰੋਗਰਾਮ ਈ ਸੁਨੇਹੇ ਚੱਲ ਰਿਹਾ ਹੈ ਫੇਸਬੁੱਕ YouTube ਤੇ ਲਾਈਵ ਹੈ ਨੂੰ ਸ਼ੇਅਰ ਕਰੋ ਤੇ ਤੁਹਾਨੂੰ ਦੱਸਿਏ ਕਿ ਅਗਲਾ ਪ੍ਰੋਗਰਾਮ ਸ਼ਨੀਵਾਰ ਨੂੰ ਈ ਸੁਨੇਹੇ ਸੱਤ ਵਜੇ ਸ਼ਾ ਮੇਰਾ ਬੇਟਾ ਆਸਟ੍ਰੇਲੀਅਨ ਟਾਈਮ ਜੀ ਜੀ ਆਸਟ੍ਰੇਲੀਅਨ ਟਾਈਮ 7 ਵਜੇ ਅਸੀਂ ਦੁਬਾਰਾ ਸਾਝ ਬਣਾਵਾਂਗੇ ਮੈਂ ਇੱਕ ਹੋਰ ਬੜਾ ਰੋਚਕ ਪ੍ਰੋਗਰਾਮ ਹੈ ਵੀਰਵਾਰ ਦੇ ਦਿਨੋ ਦੇ ਬਾਰੇ ਵੀ ਤੁਹਾਡਾ ਨਾਲ ਗੱਲ ਕਰਦੀ ਹਾਂ ਨਿਰਿੰਦਰ ਪਾਲ ਸਿੰਘ ਇੰਨਾ ਹੋਰਾਂ ਦੇ ਪਰਿਵਾਰ ਨਾਲ ਮਿਲिए ਪਹਿਲਾਂ ਜੀ ਬੇਟਾ ਆ ਗਿਆ ਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਏ थैंक यू ਸੋ ਮਚ ਔਰ ਸਾਨੂੰ ਪਤਾ ਤੁਸੀਂ ਬੜੇ ਅੱਛੇ ਕੰਮ ਕਰਦੇ ਹੋ ਔਰ ਸਰੋਤਿਆਂ ਨੂੰ ਦੱਸਿਏ ਕਿ ਸਿਨੇਮੈਟੋਗ੍ਰਾਫੀ ਦੀ ਫੀਲਡ ਦੇ ਵਿੱਚ ਜੁੜੇ ਹੋਏ ਨੇ ਤੇ ਬਹੁਤ ਜਲਦ ਅਸੀਂ ਵੇਖਾਂਗੇ ਕਿ ਵਧੀਆ-ਵਧੀਆ ਪ੍ਰੋਜੈਕਟ ਜਿਹੜੇ ਨੇ ਲੈ ਕੇ ਜ਼ਰੂਰ ਆਉਣਗੇ ਜੀ ਜੀ ਤੁਸੀਂ ਬਹੁਤ 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 ਅੱਛਾ ਕੁਝ ਕਹਿਣਾ ਚਾਹੇਗਾ ਮੇਰੇ ਬਾਰੇ ਯੂਥ ਵਰਸ ਦੇ ਟ੍ਰੂ ਐਸਪੀਰੇਸ਼ਨ ਹੈ ਜੀ ਇਹ ਲਾਈਕ ਹਨਾ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਜਿੱਥੇ ਵੀ ਕੱਢ ਜੀ ਲਾਈਕ ਡੈਡ ਬਾਰੇ ਕੋਈ ਵੀ ਗੱਲ ਕਰ ਜੀ एवरीवन 노ਜ਼ ਹਾਣਾ ਸਭ ਜਾਣਦੇ ਇਹਨਾਂ ਨੂੰ ਇਹਨਾਂ ਦੀ ਲਾਈਕ ਪਰਸਨੈਲਿਟੀ ਬਹੁਤ ਡਿਫਰੈਂਟ ਹੈ ਹਾਈਟ ਕਰਕੇ ਇਹਨਾਂ ਦੇ ਲਾਈਕ ਰੂਪ ਤੇ ਐਵਰੀਥਿੰਗਸ ਲਾਈਕ ਟੋਟਲੀ ਪੋਜ਼ਿਟਿਵ ਮੈਂ ਜਿਹੜੇ ਬੰਦਾ ਨਾਲ ਕਿਸੇ ਨਾਲ ਗੱਲ ਕਰਾਂ ਮਾਰਕੀਟ ਜਾਣਾ ਉਹਨਾਂ ਡੈਡ ਨਾਲ ਤੇ ਲੋਕੀ ਨਾਲ ਪਿੱਛੇ ਮੁੜ ਮੁੜ ਕੇ ਦੇਖਦੇ ਹਨ ਫील ਸੋ ਪ੍ਰਾਊਡ ਵੀ ਹਾਂ ਵੀ ਮੇਰੇ ਡੈਡ ਨੇ ਵੈਰੀ ਨਾਈਸ ਬੜਾ ਅੱਛਾ ਲੱਗਿਆ ਆਪਣੇ ਮਾਪਿਓ ਦੇ ਉੱਤੇ ਮਾਣ ਹੋਣਾ ਚੰਗੀ ਗੱਲ ਐ ਥੈਂਕ ਯੂ ਸੋ ਮੱਚ ਬੇਟਾ ਜੁੜਨ ਵਾਸਤੇ ਮੰਮੀ ਨੂੰ ਲਾਈ ਵੀ ਬਹੁਤ ਅੱਛਾ ਇਹ ਵੀ ਬਹੁਤ ਅੱਛਾ ਗੱਤਕਾ ਬਹੁਤ ਅੱਛਾ ਖੇਡਦਾ ਹੈਗਾ ਜੀ ਔਰ ਪੰਗੜਾ ਬਹੁਤ ਅੱਛਾ ਪਾਉਂਦਾ ਹੈਗਾ ਇੰਡੀਆ ਨੂੰ ਬਹੁਤ ਜਗ੍ਹਾ ਰਿਪਰੈਜ਼ੈਂਟ ਕੀਤਾ ਇਹਨੇ ਹਲੋ ਬਾਰ ਸਾਰੀ ਜਾਪਾਨ ਸਿੰਗਾਪੁਰ ਮਲੇਸ਼ੀਆ ਯੂਰਪ ਬਹੁਤ ਸਾਰੀ ਜਗ੍ਹਾ ਦੇ ਉੱਤੇ ਤੇ ਉਹਦੇ ਨਾਲ ਨਾਲ ਬਹੁਤ ਅੱਛਾ ਹਾਰਸ ਰਾਈਡਰ ਵੀ ਆ ਤੇ ਬੇਟੀ ਮੇਰੀ ਵੀ ਹਾਰਸ ਮੇਰੀ ਬੇਟੀ ਵੀ ਹਾਰਸ ਰਾਈਡਰ ਵੀ ਆ ਪੰਜਾਬੀ ਫੋਕ ਬਹੁਤ ਅੱਛਾ ਮਤਲਬ ਅੰਗੀਦਾ ਪੰਗੜਾ ਉਹ ਉਹਦੀ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਇੱਥੇ ਪਿੱਛੇ ਨਾ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਜਦੋਂ ਇੱਥੇ ਇੱਥੋਂ ਜਾਣਾ ਸੀ ਤੇ ਇੱਕ ਮੁੰਡਾ ਜਿਹੜਾ ਸੀ ਉਹ ਬਿਮਾਰ ਹੋ ਗਿਆ ਉਹ ਨਹੀਂ ਜਾ ਸਕਿਆ ਤੇ ਉਸ ਮੁੰਡੇ ਦੀ ਜਗ੍ਹਾ ਦੇ ਉੱਤੇ ਮੇਰੀ ਬੇਟੀ ਨੇ ਪੰਗੜਾ ਪਾਇਆ ਜੀ ਸਾਰਾ ਤੇ ਉਹਨੇ ਮਲੋ ਕੁੜੀਆਂ ਵਾਲੇ ਡਾਂਸ ਨਹੀਂ ਕੀਤੇ ਕੋਈ ਵੀ ਉਹਨੇ ਪੰਗੜਾ ਹੀ ਪਾਇਆ ਸਾਰੇ ਰਾਜੀ ਵਾ ਰਾਜੀ ਵਾ ਬਹੁਤ ਵਧੀਆ ਔਰ ਆਪ ਵੀ ਬਹੁਤ ਅੱਛੀ ਹੋ ਅ ਸ੍ਰੋਤਿਆਂ ਨੇ ਦੱਸਿਆ ਕਿ ਹਾਰਸ ਰਾਈਡਰ ਦੇ ਤੁਸੀਂ ਵੀ ਬੜੇ ਅੱਛੇ ਹੋ ਮੈਂ ਪੜਿਆ ਸੀਗਾ ਤੁਹਾਡੇ ਬਾਰੇ ਵੀ ਕਿ ਤੁਸੀਂ ਹਾਰਸ ਰਾਈਡਿੰਗ ਕਰਦੇ ਹੋ ਜੀ 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 ਤਾਂ ਜੀ ਫਿਲਮਾਂ ਨੇ ਫਿਲਮਾਂ ਨੇ ਬਹੁਤ ਕੁਝ ਸਿਖਾਇਆ ਹੈਗਾ ਜੀ ਮਤਲਬ ਕਿਸੇ ਵੀ ਚੀਜ਼ ਨੂੰ ਨਾ ਨਹੀਂ ਕੀਤੀ ਹੋ ਕੇ ਕਹਿੰਦੇ ਟਰੱਕ ਚਲਾਉਣਾ ਤਾਂ ਹਾਂਜੀ ਚਲਾ ਲੈਣੀ ਹੈ ਜੀ ਮਤਲਬ ਸਿੱਧਾ ਇਹ ਕਹਿੰਦੇ ਵੀ ਕਿਸੇ ਵੀ ਚੀਜ਼ ਨੂੰ ਤੁਸੀਂ ਨਾ ਨਾ ਕਰੋ ਕਿਉਂਕਿ ਫਿਲਮ ਤੋਂ ਪਹਿਲਾਂ ਜਦੋਂ ਵੀ ਕੋਈ ਸੀਨ ਹੁੰਦਾ ਉਹ ਤੋਂ ਪਹਿਲਾਂ ਇਹ ਹਸਲ ਜ਼ੁੰਮੀਆਂ ਨੇ ਥੋੜੀ ਜਿਹੀ ਤੇ ਉਹਦੇ ਵਿੱਚ ਬਹੁਤ ਕੁਝ ਸਿੱਖਿਆ ਇੱਕ ਮੈਂ ਤੁਹਾਨੂੰ ਇਨਸੀਡੈਂਟ ਦੱਸਦਾ ਜਦੋਂ ਅਸੀਂ ਨਾ ਇੱਕ ਅਸੀਂ ਗਾਣਾ ਕਰ ਰਹੇ ਸੀਗੇ ਭਾਈ ਸੁਖਾ ਸਿੰਘ ਮਹਤਾਬ ਸਿੰਘ ਉਹਨਾਂ ਦੇ ਉੱਤੇ ਤੇ ਹਰਦੀਪ ਗਿੱਲ ਜੀ ਦਾ ਗਾਇਆ ਹੋਇਆ ਗਾਣਾ ਸੀ ਤੇ ਗੁਰਚਰਨ ਬਿਰਕ ਮੇਰੇ ਬਹੁਤ ਪਿਆਰੇ ਮਿੱਤਰ ਔਰ ਵੀਡੀਓ ਡਾਇਰੈਕਟਰ ਉਹ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਉਹ ਕਰ ਰਹੇ ਸੀਗੇ ਤੇ ਅਸੀਂ ਉਹ ਸ਼ੂਟ ਕਰ ਰਹੇ ਹਾਰਸ ਰੇਡਿੰਗ ਦਾ ਸੀਗਾ ਮੈਂ ਤੇ ਮੇਰੇ ਨਾਲ ਅਮਰਪਾਲ ਸਿੰਘ ਬਿੱਲਾ ਵੀਰ ਜਿਹੜਾ ਹੈਗਾ ਉਹ ਅਸੀਂ ਦੋਨੋਂ ਐਕਟ ਕਰ ਰਹੇ ਸੀਗੇ ਤੇ ਜਿਹੜੇ ਬਿੱਲੇ ਵਾਲੀ ਘੋੜੀ ਸੀ ਉਹ ਬਹੁਤ ਅੜਬ ਜੀ ਸੀਗੀ ਤੇ ਉਹ ਚੱਲ ਨਹੀਂ ਸੀ ਰਹੀ ਮੈਨੂੰ ਕਹਿੰਦੇ ਵੀ ਤੂੰ ਠੀਕ ਵਧੀਆ ਭਜਾਨਾ ਤੋਂ ਘੋੜੀ ਵੀ ਤੂੰ ਇਹ ਵਾਲੀ ਘੋੜੀ ਲੈ ਲੈ ਤੇ ਬਿੱਲੇ ਨੂੰ ਆਪਣੀ ਵਾਲੀ ਘੋੜੀ ਦੇ ਦੇ ਮੈਂ ਕਿਹਾ ਠੀਕ ਹੈ ਜੀ ਤੇ ਅਸੀਂ ਘੋੜੀਆਂ ਸ਼ਿਫਟ ਕਰ ਲਈਆਂ ਸ਼ਿਫਟ ਕਰਕੇ ਅਸੀਂ ਥੋੜੀ ਜਿਹੀ ਗੇੜਾ ਮਤਲਬ ਭਜਾਇਆ ਉਹਨਾਂ ਨੂੰ ਗਰਮ ਗਰਮ ਕੇ ਗਰਮ ਕਰਨ ਤੋਂ ਬਾਅਦ ਤੇ ਉਹ ਜਦੋਂ ਸ਼ੂਟ ਸ਼ੁਰੂ ਹੋਣਾ ਸੀਗਾ ਤੇ ਅਸੀਂ ਦੋਨੋਂ ਜਣੇ ਘੋੜਿਆਂ ਤੇ ਖੜੇ ਆ ਤੇ ਸੈਂਟਰ ਚ ਕੈਮਰਾ ਲੱਗਿਆ ਹੋਇਆ ਸਾਡੇ ਤੋਂ ਕੋਈ 100 150 ਮੀਟਰ 100 ਕਿਲੋ ਮੀਟਰ ਅੱਗੇ ਤੇ ਅਸੀਂ ਲੌਂਗ ਸ਼ਾਟ ਸੀਗਾ ਵੀ ਉਹ ਘੋੜੇ ਪੰਜਾਂ ਦੇ ਪੰਜਾਂ ਦੇ ਤੇ ਕੈਮਰਿਆਂ ਦੇ ਸਾਈਡ ਤੋਂ ਨਿਕਲਣਾ ਸੀ ਤੇ ਪਿੱਛੋਂ ਘੋੜੇ ਬਹੁਤ ਵਧੀਆ ਭੱਜੇ ਆਏ ਸਾਡੇ ਤੇ ਜਦੋਂ ਕੈਮਰਾ ਆਇਆ ਤੇ ਉੱਥੇ ਪੰਜ ਸੱਤ ਬੰਦੇ ਦੇਖੇ ਤੇ ਘੋੜੀਆਂ ਇੱਕਦਮ ਡਰ ਗਈਆਂ ਤਰਬ ਗਈਆਂ ਤਰਬ ਗਈਆਂ ਤੇ ਉਹਨਾਂ ਨੇ ਝਟਕਾ ਲਾਇਆ ਤੇ ਘੋੜੇ ਤੋਂ ਅੱਗੇ ਮੈਂ ਤੇ ਮੇਰੇ ਤੋਂ ਅੱਗੇ ਬਿੱਲਾ ਤੇ ਅਸੀਂ ਦੋਨੋਂ ਜਣੇ ਘੋੜਿਆਂ ਤੋਂ ਥੱਲੇ ਤੇ ਉਹ 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 ਦਿਨ ਗਿਆ ਤੇ ਆ ਦਿਨ ਆਇਆ ਜੀ ਉਸ ਤੋਂ ਬਾਅਦ ਦੁਬਾਰਾ ਕਦੇ ਘੋੜੇ ਤੋਂ ਗਿਰੇ ਨਹੀਂ ਪਰ ਉਹ ਜਿਹੜਾ ਐਕਸਪੀਰੀਅੰਸ ਆ ਉਹ ਬਹੁਤ ਬਾਖਮਾਲ ਰਿਆ ਤੇ ਘੋੜੇ ਐਨੇ ਸਿਆਣੇ ਸੀਗੇ ਜੀ ਕਿ ਸਾਨੂੰ ਬਿਲਕੁਲ ਵੀ ਸਤ ਨਹੀਂ ਲੱਗਣ ਦਿੱਤੀ ਅਸੀਂ ਗਿਰੇ ਜ਼ਰੂਰ ਪਰ ਉਹ ਘੋੜੇ ਸਾਡੇ ਉੱਤੋਂ ਦੀ ਜੰਪ ਮਾਰ ਕੇ ਚਲੇ ਗਏ ਉਹ ਐਨੇ ਸਿਆਣੇ ਘੋੜੇ ਸੀਗੇ ਜੀ ਤੇ ਪਰ ਉਹ ਸੀਗਾ ਕਿ ਉਹ ਦਿਨ ਗਿਆ ਤੇ ਆ ਦਿਨ ਆਇਆ ਤੇ ਮੁਰਕ ਦੇ ਦੁਆਰਾ ਗਿਦੇ ਨਹੀਂ ਘੋੜੇ ਤੋਂ ਤੇ ਉਹ ਜੀ ਜੀ ਬੜੀ ਵਾਰੀ ਬਿਰਕ ਭਾਈ ਨੇ ਵੀ ਉਹਨੂੰ ਸ਼ੇਅਰ ਕੀਤਾ ਸੀਗਾ ਆ ਕਈ ਵਾਰੀ ਯਾਦਾਂ ਜੁੜ ਜਾਂਦੀਆਂ ਹਨ ਕਈ ਉਹ ਦਿਮਾਗ ਦੇ ਵਿੱਚ ਹਮੇਸ਼ਾ ਇੱਕ ਥਾਂ ਰੱਖਦੀਆਂ ਤੇ ਉਹਦਾ ਉਹ ਫਿਰ ਮੈਂ ਤੈਨੂੰ ਹੋਰ ਵੀ ਦੱਸਦਾ ਕਿਉਂਕਿ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਨਹੀਂ ਕਹਿੰਦੇ ਵੀ ਆਪਾਂ ਐਦਾਂ ਨਹੀਂ ਕਰਨਾ ਫਿਰ ਉਹਦਾ ਜੀਪ ਜੀਪ ਸੀਗੀ ਇੱਕ ਜੀਪ ਦੇ ਦੋਨਾਂ ਪਾਸੇ ਨਾਲ ਉਹਨਾਂ ਨੇ ਇੱਕ ਆਪਣੇ ਜਿਹੜੀ ਰੋਡ ਸੀਗੀਆਂ ਰੋਡ ਦੇ ਉੱਤੇ ਉਹਨਾਂ ਨੇ ਕਾਠੀ ਪਾ ਕੇ ਕੰਬਲ-ਕੁੰਬਲ ਪਾ ਕੇ ਤੇ ਸਾਨੂੰ ਦੋਨੋਂ ਜਣੇ ਨੂੰ ਉੱਥੋਂ ਬਿਠਾ ਕੇ ਤੇ ਜੀਪ ਭੱਜਦੀ ਹੈ ਤੇ ਅਸੀਂ ਉੱਤੇ ਐਦਾਂ ਦਾ ਹਿੱਲ ਰਹੇ ਹਾਂ ਵਿੱਚ ਜਿਵੇਂ ਅਸੀਂ ਘੋੜੇ ਦੇ ਉੱਤੇ ਬੈਠੇ ਹਾਂ ਤੋ ਫਲਮਾਇਆ ਤੇ ਉਹ ਅੱਜ ਵੀ ਸਾਨੂੰ ਯਾਦ ਆਉਂਦਾ ਵੀ ਉਹ ਕਿਦਾਂ ਅਸੀਂ ਉਹ ਸਾਰਾ ਫਲਮਾਇਆ ਸੀਗਾ ਤੇ ਉਹ ਸਾਡੀਆਂ ਯਾਦਾਂ ਬਣ ਗਈਆਂ ਜੀ ਵਾਜੀ ਵਾ ਬਹੁਤ ਸੁਣੀਆਂ ਯਾਦਾਂ ਨੇ ਮੈਨੂੰ ਲੱਗਦਾ ਮੈਨੂੰ ਸਰੋਤਿਆਂ ਦੇ ਨਾਲ ਇਹ ਪ੍ਰੋਮਿਸ ਕਰਨਾ ਪਏਗਾ ਕਿ ਤੁਹਾਨੂੰ ਜਲਦੀ ਦੁਬਾਰਾ ਪ੍ਰੋਗਰਾਮ ਦੇ ਵਿੱਚ ਲਾਈਏ ਤੇ ਜਿਹੜੀਆਂ ਰਹਿੰਦੀਆਂ ਗੱਲਾਂ ਉਹਨਾਂ ਤੇ ਵੀ ਜਿਹੜੀ ਝਾਤ ਹੈ ਉਹ ਜ਼ਰੂਰ ਪਾਈਏ ਧੰਨਵਾਦ ਨੀਨਾ ਜੀ ਸਾਡੇ ਨਾਲ ਜੁੜਨ ਵਾਸਤੇ ਔਰ ਤੁਸੀਂ ਜਾਂਦੇ ਜਾਂਦੇ ਇਸ ਸੁਨੇਹੇ ਪ੍ਰੋਗਰਾਮ ਦੇ ਵਿੱਚ ਕੋਈ ਹੋਰ ਸੁਨੇਹਾ ਲਾਣਾ ਚਾਹੁੰਦੇ ਹੋ ਵੈਸੇ ਤੇ ਬਹੁਤ ਸਾਰੇ ਸੁਨੇਹੇ ਸੀ ਅੱਜ ਪ੍ਰੋਗਰਾਮ ਪਰ ਕੋਈ ਸੁਨੇਹਾ ਜਿਹੜਾ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਦੇ ਬਿਲਕੁਲ ਜੀ ਮੈਂ ਇੱਕ ਸੁਨੇਹਾ ਜ਼ਰੂਰ ਲਗਾਣਾ ਚਾਹਾਂਗਾ ਕਿ ਜਿਹੜਾ ਜਿਹਨੂੰ ਦੇਖ ਕੇ ਔਰ ਜਿਹਨੂੰ ਸੁਣ ਕੇ ਅਕਸਰ ਖਬਰਾਂ ਦੇ ਵਿੱਚ ਵੀ ਸੁਣਦੇ ਆਂ ਤੇ ਉਹਦੇ ਨਾਲ ਦਿਲ ਦੁਖਦਾ ਕਿ ਅੱਜ ਦਾ ਨੌਜਵਾਨ ਜਿਹੜਾ ਹੈਗਾ ਉਹ ਨਸ਼ਿਆਂ ਦੇ ਵਿੱਚ ਗਰਸਤ ਹੁੰਦਾ ਜਾ ਰਿਹਾ ਨਸ਼ਿਆਂ ਦੇ ਵਿੱਚ ਗਰਖ ਹੋ ਰਿਹਾ ਤੇ ਉਹਦੇ 'ਚ ਮੈਂ ਸਿਰਫ ਇਹੀ ਸੁਨੇਹਾ ਦੇਵਾਂਗਾ ਕਿ ਤੁਸੀਂ ਨਸ਼ਿਆਂ ਵੱਲ ਨਾ ਖਿੱਚੇ ਜਾਣ ਤੋਂ ਬਚਣ ਲਈ ਤੁਸੀਂ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਇੱਕ ਨਸ਼ਾ ਬਣਾਓ ਕਿ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਜਿਹੜੀਆਂ ਤੁਸੀਂ ਅਚੀਵਮੈਂਟਸ ਅਚੀਵ ਕਰਨੀਆਂ ਨੇ ਉਹਨਾਂ ਨੂੰ ਇੱਕ ਨਸ਼ਾ ਬਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਕੇ ਉਸ ਟਾਰਗੇਟ ਨੂੰ ਪੂਰਾ ਕਰਨ ਵਾਸਤੇ ਆਪਣੀ ਜੀ ਜੀ ਜਾਨ ਲਗਾਓ ਕਿ ਤੁਹਾਨੂੰ ਸਮਾਂ ਹੀ ਨਾ ਹੋਵੇ ਕਿ ਤੁਸੀਂ ਆਲੇ ਦੁਆਲੇ ਦੇਖ ਸਕੋ ਮੈਂ ਅਕਸਰ ਕਹਿਣਾ ਕਿ ਜਦੋਂ ਵੀ ਘੋੜੇ ਨੂੰ ਅਸੀਂ ਰੱਥ ਦੇ ਅੱਗੇ ਜਾਂ ਟਾਂਗੇ ਦੇ ਅੱਗੇ ਅਸੀਂ ਜੋੜਦੇ ਹਾਂ ਤੇ ਘੋੜੇ ਦੇ ਅੱਗੇ ਇੱਕ ਘੋੜੇ ਵਾਲੀ ਐਨਕ ਲਗਾ ਦਿੰਦੇ ਆ ਜਿਹੜੀ ਕਿ ਸਿਰਫ ਉਹਨੂੰ ਇੱਕ ਟਾਰਗੇਟ ਦਿਖਾਉਂਦੀ ਹੈ ਇੱਕ ਰਸਤਾ ਦਿਖਾ ਰਹੀ ਹੁੰਦੀ ਹੈ ਤੇ ਤੁਸੀਂ ਵੀ ਮੇਰੇ ਜਿੰਨੇ ਵੀ ਨੌਜਵਾਨ ਵੀਰ ਹੈਗੇ ਨੇ ਮੇਰੇ ਛੋਟੇ ਬੱਚੇ ਹੈਗੇ ਨੇ ਆਉਣ ਵਾਲੀ ਪਨੀਰੀ ਹੈਗੀ ਆ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਾਂਗਾ ਕਿ ਘੋੜੇ ਵਾਲੀ ਐਨਕ ਲਗਾ ਕੇ ਇੱਕ ਆਪਣਾ ਇੱਕ ਟਾਰਗੇਟ ਅਚੀਵ ਅਚੀਵ ਕਰਨ ਵਾਸਤੇ ਇੱਕ ਟਾਰਗੇਟ ਬਣਾ ਲਓ ਇੱਕ ਬਿੰਦੂ ਬਣਾ ਲਓ ਕਿ ਮੈਂ ਉੱਥੇ ਤੱਕ ਪਹੁੰਚਣਾ ਉੱਥੇ ਤੱਕ ਮੈਂ ਕਿਵੇਂ ਪਹੁੰਚਣਾ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਗੀ ਔਰ ਮ ਮਿਹਨਤ ਹਮੇਸ਼ਾ ਕਰਦੇ ਰਹੋ ਤੁਹਾਡਾ ਪਰਿਵਾਰ ਤੁਹਾਡਾ ਸਾਥ ਤੁਹਾਡੇ ਸਬੰਧੀ ਤੁਹਾਡਾ ਸਮਾਜ ਤੁਹਾਡੇ ਲਈ ਸਾਥ ਦੇਵੇਗਾ ਨਸ਼ਾ ਕਰਨਾ ਜਾਂ ਨਸ਼ੇ ਦੇ ਵਿੱਚ ਗ੍ਰਸਤ ਹੋਣਾ ਉਸ ਚੀਜ਼ ਦਾ ਕੋਈ ਹੱਲ ਨਹੀਂ ਹੈ ਕਿਉਂਕਿ ਜ਼ਿੰਦਗੀ ਨੂੰ ਜ਼ਿੰਦਾਬਾਦ ਕਹੋ ਨਕਾਰੋ ਨਾ ਮਰਦਾਬਾਦ ਨਾ ਕਹੋ ਜ਼ਿੰਦਗੀ ਨੂੰ ਹਮੇਸ਼ਾ ਜ਼ਿੰਦਾਬਾਦ ਕਹਿੰਦੇ ਹੋਏ ਇੱਥੇ ਚੱਲਦੇ ਚੱਲੋ ਔਰ ਤੁਸੀਂ ਆਪਣੀਆਂ ਅਚੀਵਮੈਂਟਸ ਨੂੰ ਜ਼ਰੂਰ ਤੁਸੀਂ ਪ੍ਰਾਪਤ ਕਰ ਲੋਗੇ ਜਿੰਨੀਆਂ ਵੀ ਹੈਗੀਆਂ ਔਰ ਨਸ਼ੇ ਨੂੰ ਨਕਾਰੋ ਜ਼ਿੰਦਗੀ ਨੂੰ ਸਵੀਕਾਰੋ ਜ਼ਿੰਦਗੀ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਭਾਜੀ ਇੰਨਾ ਅੱਛਾ ਔਰ ਪੋਜ਼ਿਟਿਵ ਮੈਸੇਜ ਦੇਣ ਵਾਸਤੇ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਅੱਜ ਤੁਸੀਂ ਸਾਡੇ ਮਹਿਮਾਨ ਬਣੇ ਤੇ ਤੁਸੀਂ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੰਗੇ ਕੰਮ ਤੇ ਚੰਗੀਆਂ ਪੈੜਾਂ ਸਿਰਜਦੇ ਰਹੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੇ ਸ਼ੁਕਰੀਆ ਭੈਣ ਜੀ ਸ਼ੁਕਰੀਆ ਭੈਣ ਜੀ ਮੈਂ ਜਾਂਦੇ ਜਾਂਦੇ ਡਾਕਟਰ ਸੁਜੀਤ ਪਾਤਰ ਦੀਆਂ ਸੁਣਾ ਜੀ ਜੀ ਆ ਮੈਂ ਸੌਰੀ ਮੈਂ ਤੁਹਾਡੇ ਪਿੱਛੇ ਕਹਿੰਦੇ ਹੁੰਦੇ ਆ ਵੀ ਪਿੱਛੇ ਜਿਹੜੇ ਤੁਹਾਡੇ ਮੈਂ ਕਵਾਂਗਾ ਕਿ ਜਿਹੜੇ ਆਫ ਦਾ ਕੈਮਰਾ ਰੱਖ ਕੇ ਜਿਹੜਾ ਸਾਰਾ ਹੈਂਡਲ ਕਰ ਰਹੇ ਨੇ ਵੀਰ ਜੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਜਿਹੜਾ ਸਾਰਾ ਹੈਂਡਲ ਕਰਕੇ ਸਾਰਿਆਂ ਦੇ ਨਾਲ ਸਾਂਝ ਪਾਉਂਦੇ ਨੇ ਜੀ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਜੀ 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 ਹਰਪ੍ਰੀਤ ਜੀ ਥੈਂਕ ਯੂ ਸੋ ਮਚ ਫੋਰ ਕੋਆਰਡੀਨੇਟਿੰਗ ਜੀ ਜੀ ਹਾਂ ਜੀ ਥੈਂਕ ਯੂ ਸੋ ਮੱਚ ਨੀਨਾ ਪਰੀ ਫॉर ਜੁਆਇਨਿੰਗ ਤੇ ਮੈਂ ਜਾਂਦੇ ਜਾਂਦੇ ਕਵਾਂਗੇ ਕਿ ਤੁਹਾਡੀ ਜਿਹੜੀ ਬੜੇ ਅੱਛੇ ਇੱਕ ਇਨਸਪੀਰੇਸ਼ਨਲ ਟਾਕ ਰਿਆ ਔਰ ਤੁਸੀਂ ਬੜਾ ਸੋਹਣਾ ਮੈਸੇਜ ਦਿੱਤਾ ਸੁਨੇਹਾ ਦਿੱਤਾ ਡਾਕਟਰ ਪਾਤਰ ਬੜਾ ਸੋਹਣਾ ਲਿਖਦੇ ਆ ਵੀ ਕਹਿੰਦੇ ਆ ਨਿੱਤ ਸੂਰਜਾਂ ਨੇ ਚੜਨਾ ਨਿੱਤ ਸੂਰਜਾਂ ਨੇ ਲੈਣਾ ਨਿੱਤ ਸੂਰਜਾਂ ਨੇ ਚੜਨਾ ਨਿੱਤ ਸੂਰਜਾਂ ਨੇ ਲੈਣਾ ਪਰਬਤਾਂ ਤੋਂ ਸਾਗਰਾਂ ਤੱਕ ਨਦੀਆਂ ਨੇ ਰੋਜ਼ ਵਹਿਣਾ ਪਰਬਤਾਂ ਤੋਂ ਸਾਗਰਾਂ ਤੱਕ ਨਦੀਆਂ ਨੇ ਰੋਜ਼ ਵਹਿਣਾ ਇੱਕ ਦੂਜੇ ਤੇ ਮਗਰ ਘੁੰਮਣਾ ਹੈ ਰੁੱਤਾਂ ਤੇ ਮੌਸਮਾਂ ਨੇ ਇੱਕ ਦੂਜੇ ਦੇ ਮਗਰ ਘੁੰਮਣਾ ਹੈ ਰੁੱਤਾਂ ਤੇ ਮੌਸਮਾਂ ਨੇ ਇਹ ਸਿਲਸਿਲਾ ਯੁਗਾ ਯੁਗ ਇਦਾਂ ਹੀ ਚੱਲਦਾ ਰਹਿਣਾ ਸੋ ਕੀ ਬਾਤ ਹੈ ਤੁਸੀਂ ਉਹ ਗੱਲ ਕੀ ਦਿੱਤੀ ਸੀ ਜਿਹਾ ਵੀ ਆਪਣੀ ਇੱਕ ਵਿਜਨ ਹੋਣੀ ਚਾਹੀਦੀ ਹੈ ਬਸ ਇਸ ਤਰ੍ਹਾਂ ਕਰਕੇ ਤੁਰੋ ਤੇ ਬਿਲਕੁਲ ਇਹ ਫੋਕਸਡ ਲਾਈਫ ਹੋਣੀ ਬਹੁਤ ਜ਼ਰੂਰੀ ਹੈ ਔਰ ਉਹ ਰੁੱਤਾਂ ਤੇ ਮੌਸਮਾਂ ਵਾਂਗ ਜਿਹੜਾ ਕਿਸੇ ਨਾ ਕਿਸੇ ਨੇ ਕਿਸੇ ਨਾ ਕਿਸੇ ਨੇ ਕਿਤੇ ਨਾ ਕਿਤੇ ਉਟੰਬਦੇ ਤੇ ਰਹਿਣਾ ਹੀ ਹੁੰਦਾ ਬਟ ਅਸੀਂ ਉਸ ਵੇਗ ਦੇ ਵਿੱਚ ਚੱਲਦੇ ਰਹਿਣਾ ਬਹੁਤ-ਬਹੁਤ ਧੰਨਵਾਦ ਇੰਨੇ ਸੋਹਣੇ ਸੁਨੇਹੇ ਸਾਡੇ শ্রোਤਿਆਂ ਦੇ ਨਾਮ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ ਸਾਨੂੰ ਜੁੜਨ ਵਾਸਤੇ ਇਹ ਸਨ ਨਰਿੰਦਰ ਨੀਨਾ ਜੀ ਨਰਿੰਦਰ ਪਾਲ ਸਿੰਘ ਜੀ ਨੀਨਾ ਜਿਹੜੇ ਕਿ ਅੱਜ ਸਾਡੇ ਨਾਲ ਜੁੜੇ ਸਨ ਇੱਕ ਬਰਫਨ ਮੋਲਾ ਫਨਕਾਰ ਨੇ ਕਹਿੰਦੇ ਨਾ ਵੀ ਜਦੋਂ ਕਾਲਜ ਐਂਟਰ ਕਰੀਦਾ ਹੈ ਤੇ ਸੋਚੀਦਾ ਹੈ ਅਸ ਸਟੇਜ ਤੋਂ ਮੁਖਾਤਬ ਹੋਣਾ ਵਖਰੀਆਂ ਬਣਗੀਆਂ ਦੇ ਨਾਲ ਵਖਰੀ ਕਲਾ ਜਿਹੜੀ ਆ ਉਹ ਬਾਹਰ ਕਰਨੀ ਹੈ ਉਭਾਰਨੀ ਵੀ ਹੈ ਉਹਦੇ ਉੱਤੇ ਕੰਮ ਵੀ ਕਰਨਾ ਹੈ ਤੇ ਉਹਦੇ ਚ ਸ਼ਾਈਨ ਵੀ ਕਰਨਾ ਸੋ ਇਦਾਂ ਦੀ ਸ਼ਖਸੀਅਤ ਨੇ ਜਿਨ੍ਹਾਂ ਨੇ ਬਹੁਤ ਸਾਰੇ ਆਪਣੇ ਕਹਿੰਦੇ ਨਾ ਕਿ ਬਹੁਤ ਸਾਰੇ ਇਨਾਮ ਬਹੁਤ ਸਾਰੇ ਮੁਕਾਮ ਆਪਣੇ ਨਾਮ ਕੀਤੇ ਨੇ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਚੜ੍ਹਦੀ ਕਲਾ ਬਖਸ਼ੇ ਤੇ ਪ੍ਰੋਗਰਾਮ ਇਹ ਸੁਨੇਹੇ ਚੱਲ ਰਿਹਾ ਹੈ ਤੇ ਤੁਹਾਨੂੰ ਦੱਸਿਏ ਕਿ ਵੀਰਵਾਰ ਦੇ ਦਿਨ ਵੀਰਵਾਰ ਦੇ ਦਿਨ ਅਸੀਂ ਇੱਕ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਉਦੋਂ ਕੀ ਹੋਇਆ ਜਿਹਦੇ ਵਿੱਚ ਸਾਡੇ ਪਹਿਲੇ ਮਹਿਮਾਨ ਹੋਣਗੇ ਡਾਕਟਰ ਜਗਿੰਦਰ ਸਿੰਘ ਕੈਰੋ ਜਿਨ੍ਹਾਂ ਨੇ ਪੰਜਾਬੀ ਲੋਕ ਕਹਾਣੀਆਂ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਤੇ ਪੰਜਾਬੀ ਲੋਕ ਧਾਰਾ ਦੀਆਂ ਕਈ ਬਣਗੀਆਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਤੁਹਾਡੇ ਨਾਲ ਪਿਛਲੇ ਕੁਝ ਸਮੇਂ ਤੋਂ ਸਾਂਝ ਬਣਾਉਂਦੇ ਆ ਸੋ ਉਸੇ ਹੀ ਲੜੀ ਨੂੰ ਬਰਕਰਾਰ ਰੱਖਦੇ ਹੋਏ ਵੀਰਵਾਰ ਸ਼ਾਮੀ 7 ਵਜੇ ਡਾਕਟਰ ਜਗਿੰਦਰ ਸਿੰਘ ਕੈਰੋ ਹੋਣਾ ਦੇ ਨਾਲ ਪੰਜਾਬੀ ਲੋਕ ਕਹਾਣੀਆਂ ਤੇ ਇੱਕ ਸਾਂਝ ਪਾਵਾਂਗੇ ਸਾਡੇ ਨਾਲ ਜੁੜਨਾ ਨਾ ਭੁੱਲਿਓ ਪ੍ਰੋਗਰਾਮ ਸਾਰਿਆਂ ਨੂੰ ਦੱਸਿਓ ਤੇ ਸਾਰੇ ਆਪਣੇ ਦੋਸਤਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਜੋੜਿਓ ਜਿਹੜੇ ਫੇਸਬੁੱਕ ਤੇ ਨਹੀਂ ਆ ਸਕਦੇ ਉਹ YouTube ਤੇ ਸਾਡੇ ਨਾਲ ਸਾਂਝ ਬਣਾਉਣ ਕਿਉਂਕਿ YouTube ਤੇ ਫੇਸਬੁੱਕ ਤੇ ਪ੍ਰੋਗਰਾਮ ਲਾਈਵ ਚੱਲਦਾ ਮੈਂ ਹਰ ਪ੍ਰੀਤੋਹਾਂ ਨੂੰ ਬੇਨਤੀ ਕਰਦੀ ਆ ਕਿ ਉਦੋਂ ਕੀ ਹੋਇਆ ਦਾ ਜਿਹੜਾ ਪੋਸਟਰ ਹੈ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰੋ ਜੀ ਸੋ ਇਸ ਪ੍ਰੋਗਰਾਮ ਦੇ ਵਿੱਚ ਜਿਸ ਨਾਲ ਕਿ ਮੈਂ ਦੱਸਿਆ ਸੀ ਫੋਕ ਟੇਲਸ ਪੰਜਾਬੀ ਲੋਕ ਧਾਰਾ ਦੀ ਬਣਗੀ ਪੰਜਾਬੀ ਲੋਕ ਕਹਾਣੀਆਂ ਉਹਦੇ ਨਾਲ ਜਿਹੜੀ ਤੁਹਾਡੀ ਸਾਂਝ ਉਹ ਬਣਾਵਾਂਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਜਾਈਏ ਕਿ ਜਿਹੜਾ ਲੈਕਚਰ ਕੰਪੀਟੀਸ਼ਨ ਕਹਿੰਦੀ ਆ ਆਡੀਸ਼ਨਸ ਖੁੱਲੀਆਂ ਹੋਈਆਂ ਮੈਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਮੈਂ ਦੱਸਦੀ ਜਾਵਾਂ ਕਿ ਤੁਸੀਂ ਸਾਨੂੰ 3 ਤੋਂ 5 ਮਿੰਟ ਦਾ ਇੱਕ ਵੀਡੀਓ ਬਣਾ ਕੇ ਭੇਜਣਾ ਹੈ ਉਹ ਤੁਹਾਡੀ ਪਰਫਾਰਮੈਂਸ ਨਹੀਂ ਹੈ ਉਹ ਤੁਹਾਡਾ ਆਡੀਸ਼ਨ ਵੀਡੀਓ ਹੋਏਗਾ ਕਿ ਤੁਸੀਂ ਕਿਹੜੇ ਟਾਪਿਕ ਤੇ ਗੱਲ ਕਰ ਰਹੇ ਹੋ ਲਾਈਫ ਐਂਡ ਟੀਚਿੰਗਸ ਆਫ ਸਿੱਖ ਗੁਰੂਸ ਦੇ ਵਿੱਚੋਂ ਤੁਸੀਂ ਕੋਈ ਵੀ ਟਾਪਿਕ ਜਿਹੜਾ ਚੁਣ ਸਕਦੇ ਹੋ 3 ਤੋਂ 5 ਮਿੰਟ ਦਾ ਸਾਨੂੰ ਰਿਕਾਰਡ ਕਰਕੇ ਭੇਜਣਾ ਉਹ ਆਡੀਓ ਜਾਂ ਵੀਡੀਓ ਰਿਕਾਰਡਿੰਗ ਹੋ ਸਕਦੀ ਹੈ ਸੋ ਏਜ ਕੈਟੇਗਰੀਜ਼ ਐ 9 ইয়ার্স ਤੋਂ ਲੈ ਕੇ ਅਬੋਵ ਕੈਟੇਗਰੀ ਸੀ ਡਿਫਾਈਨ ਨਹੀਂ ਕੀਤੀ ਸੋ ਇਹ ਵੱਖਰੀਆਂ ਵੱਖਰੀਆਂ ਕੈਟੇਗੋਰੀਜ਼ੇਸ਼ਨਸ ਅਸੀਂ ਕਰ ਦਵਾਂਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਜਾਈਏ ਕਿ ਪੱਲੋ ਪੱਲੋਰੇ ਕੀਰਤਨੀਆਂ ਇੰਟਰਨੈਸ਼ਨਲ ਕੀਰਤਨ ਕੰਪੀਟੀਸ਼ਨ ਜਿਹੜਾ ਡਿਜੀਟਲ ਰੂਪ ਦੇ ਵਿੱਚ ਹੈ ਇਸ ਸਾਲ ਕੀਤਾ ਜਾਵੇਗਾ ਉਹਦੀਆਂ ਆਡੀਸ਼ਨਸ ਖੁੱਲੀਆਂ ਨੇ 6 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਇਹਦੇ ਵਿੱਚ ਹਿੱਸਾ ਲੈ ਸਕਦੇ ਨੇ ਉਹ ਕੈਟੇਗਰੀਜ਼ੇਸ਼ਨ ਵੱਖਰੀ ਵੱਖਰੀ ਕੀਤੀ ਹੋਈ ਹੈ ਸੋ ਤੁਸੀਂ ਫਾਰਮ ਭਰਨਾ ਪਲੋ ਪਲੋਰੇ ਕਿਰਤਨੀਆਂ .com ਤੇ ਜਾ ਕੇ ਤੇ ਇਹਦੀ ਵੀ ਇੱਕ ਆਡੀਸ਼ਨ ਵੀਡੀਓ ਹੈ ਜਿਹੜੀ ਤੁਹਾਨੂੰ ਭੇਜਣੀ ਪਵੇਗੀ 3 ਤੋਂ 5 ਮਿੰਟ ਦੇ ਵਿੱਚ ਤੁਸੀਂ ਸ਼ਬਦ ਗਾਇਨ ਕਰਕੇ ਭੇਜਣਾ ਤੇ ਉਹ ਤੁਹਾਡੀ ਆਡੀਸ਼ਨ ਵੀਡੀਓ ਹੋਏਗੀ ਫਿਰ ਆਡੀਸ਼ਨ ਚੋਂ ਜਿਹੜੇ ਪਾਰ ਹੋਣਗੇ ਉਹ ਕੁਆਟਰਫਾਈਨਲ ਦਾ ਹਿੱਸਾ ਬਣਨਗੇ ਤੇ ਪ੍ਰੋਗਰਾਮਾ ਦੇ ਵਿੱਚ ਜਾਂ ਬਰਕਤ ਦੇ ਫੇਸਬੁਕ ਪੇਜ ਤੇ ਜਾ ਕੇ ਤੁਸੀਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿ ਇਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਕੰਡਕਟ ਕੀਤਾ ਜਾਏਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਜਾਈਏ ਕਿ ਯੂਥ ਫੈਸਟੀਵਲ ਦੀ 뮤ਜ਼ਿਕ ਕੈਟੇਗਰੀ ਜਿਹੜੀ ਉਹ ਲਾਂਚ ਕਰ ਦਿੱਤੀ ਗਈ ਹੈ ਬਹੁਤ ਸਾਰੀਆਂ ਐਂਟਰੀ ਸਾਡੇ ਕੋਲ ਪਹੁੰਚ ਗਈਆਂ ਨੇ 6 ਸਾਲ ਦੀ ਉਮਰ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਇਹ ਕੈਟੇਗਰੀਜ਼ ਵੀ ਓਪਨ ਨੇ ਜਿਦੇ ਵਿੱਚ ਸ਼ਬਦ ਕਾਇਨ ਫੋਕ ਸੌਂਗ ਗੀਤ ਗਜ਼ਲ ਫੋਕ orchestra ਵਾਰ ਕਵਿਸ਼ਰੀ ਕਲੀ ਇਨਸਟਰੂਮੈਂਟਲ 뮤ਜ਼ਿਕ ਕਲਾਸਿਕਲ ਵੋਕਲ ਤੇ ਗਰੁੱਪ ਸਿੰਗਿੰਗ ਇਦਾਂ ਸਬਣਾਏ ਗਏ ਨੇ ਤੇ ਅਗਲੇ ਜਿਹੜੀਆਂ ਆਈਟਮਸ ਨੇ ਲਿਟਰਰੀ ਦੀਆਂ ਥੀਏਟਰ ਦੀਆਂ ਫਾਈਨ ਆਰਟਸ ਦੀਆਂ ਤੇ ਡਾਂਸਸ ਦੀਆਂ ਉਹ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਉਹ ਪੋਸਟਰਸ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਉਹਦੀਆਂ ਐਂਟਰੀਜ਼ ਵੀ ਓਪਨ ਕਰ ਦਿੱਤੀਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਇੱਕ ਥੀਏਟ੍ਰੀਕਲ ਪਲੇ ਡਿਜੀਟਲ ਥੀਏਟ੍ਰੀਕਲ ਪਲੇ ਅਮ ਇਹਦੀ ਤਿਆਰੀ ਚੱਲ ਰਹੀ ਹੈ ਇਹ ਫੋਕਲੋਰ ਦੇ ਉੱਤੇ ਪੰਜਾਬੀ ਲੋਕ ਧਾਰਾਂ ਦੀਆਂ ਬਾਤਾਂ ਪਾਉਂਦਾ ਇੱਕ ਛੋਟਾ ਜਿਹਾ ਪਲੇ ਹੈ ਇਹ ਅਸੀਂ ਤੁਹਾਡੀ ਪੇਸ਼ੇ ਨਜ਼ਰ ਕਰਾਂਗੇ ਸੋ ਹੁਣ ਤੁਸੀਂ ਸਾਡੇ ਨਾਲ ਇਸ ਵਕਤ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣੀ ਹੈ ਦਿਨ ਵੀਰਵਾਰ ਸ਼ਾਮੀ 7 ਵਜੇ ਪਾਵਾਂਗੇ ਲੋਕ ਕਹਾਣੀਆਂ ਤੇ ਗੱਲਾਂ ਤੇ ਲੋਕ ਕਹਾਣੀਆਂ ਦੀ ਗੱਲ ਜਿਹੜੀ ਹੈ ਉਹ ਅਸੀਂ ਕਰ ਲੈਣੀ ਹੈ ਕਿਉਂਕਿ ਲੋਕ ਕਹਾਣੀਆਂ ਵੀ ਇੱਕ ਬੜਾ ਵੱਡਾ ਮਾਧਿਅਮ ਹੁੰਦਾ ਐਜੂਕੇਸ਼ਨ ਦਾ ਅਸੀਂ ਹਮੇਸ਼ਾ ਗੱਲ ਕਰਦੇ ਆ ਅਖਾਣਾ ਦੀ ਅਮ ਮੁਹਾਵਰਿਆਂ ਦੀ ਅਸੀਂ ਗੱਲ ਕਰਦੇ ਆ ਵੀ ਇਹ ਬਾਤਾਂ ਪਾਈਆਂ ਜਾਂਦੀਆਂ ਸੀ ਅਸੀਂ ਬਜ਼ੁਰਗਾਂ ਤੋਂ ਸੁਨੀਆਂ ਹੁੰਦੀਆਂ ਨਾਨੀਆਂ ਪਰ ਨਾਨੀਆਂ ਦਾਦੀਆਂ ਪਰ ਦਾਦੀਆਂ ਦਾਦੇ ਨਾਨਿਆਂ ਕੋ ਸੁਨੀਆਂ ਹੁੰਦੀਆਂ ਸੋ ਉਸ ਲੋਕਧਾਰਾ ਦੀ ਬਣ ਗਈ ਜਿਹਨੂੰ ਲੋਕ ਕਹਾਣੀਆਂ ਕਿਹਾ ਜਾਂਦਾ ਹੈ ਉਹ ਲੈ ਕੇ ਆ ਰਹੇ ਆ ਅਸੀਂ ਡਾਕਟਰ ਜਗਿੰਦਰ ਸਿੰਘ ਕੈਰੋ ਹੋਰਾਂ ਦੇ ਨਾਲ ਇਹ ਬੜੇ ਜ਼ਬਰਦਸਤ ਐਕਸਪਰਟ ਨੇ ਇਸੇ ਹੀ ਫੀਲਡ ਦੇ ਜਿਹੜੇ ਸਾਹਿਦ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਏਗਾ ਕਿ ਡਾਕਟਰ ਕੈਰੋ ਹੋਰਾਂ ਨੇ ਕਿੰਨੀਆਂ ਜਿਹੜੀਆਂ ਲੋਕ ਧਾਰਾਂ ਦੀਆਂ ਬਾਤਾਂ ਆਪਣੀਆਂ ਕਿਤਾਬਾਂ ਦੇ ਰੂਪ ਚ ਪਾਈਆਂ ਨੇ तकरीबन 40 ਤੋਂ ਜ਼ਿਆਦਾ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਇਹ ਅਸੀਂ ਫੋਲਾਂਗੇ ਉਸ ਦਿਨ ਉਹ ਪੰਨੇ ਵੀਰਵਾਰ ਐਸੇ ਵੀਰਵਾਰ ਸ਼ਾਮੀ 7 ਵਜੇ ਬਾਕੀ ਹਰਪ੍ਰੀਤ ਔਰੀ ਤੁਹਾਡੇ ਨਾਲ ਬਾਕੀ ਪ੍ਰੋਗਰਾਮ ਸੀ ਸਾਂਝ ਪਾਉਂਦੇ ਨੇ ਇੱਕ ਹੋਰ ਬੜਾ ਅਹਿਮ ਪ੍ਰੋਗਰਾਮ ਹੈ ਉਹਨੂੰ ਤੁਸੀਂ ਮਿਸ ਨਹੀਂ ਕਰਨਾ ਐਤਵਾਰ ਰਵਾਇਤੀ ਪੈੜਾ ਆਸਟ੍ਰੇਲੀਅਨ ਟਾਈਮ ਸ਼ਾਮੀ 5 ਵਜੇ ਬਾਅਦ ਦੁਪਹਿਰ 12:30 ਵਜੇ ਇੰਡੀਅਨ ਟਾਈਮ ਲਾਚੀ 바ਵਾ ਹੋਰਾਂ ਨੂੰ ਟ੍ਰਿਬਿਊਟ ਹੈ ਗੁਰਮੀਤ 바ਵਾ ਜੀ ਤੇ ਗਲੋਰੀ 바ਵਾ ਜੀ ਆ ਰਹੇ ਨੇ ਤੁਹਾਡੇ ਨਾਲ ਸਾਂਝਾ ਪਾਉਣ ਉਹ ਏਕਾਂ ਦੀ ਰਾਣੀ ਜਿਹਨੇ ਪੰਜਾਬੀ ਲੋਕ ਗੀਤਾਂ ਨੂੰ ਆਪਣੇ ਸਾਡੇ 7 ਦਹਾਕਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਜਿੰਦਾ ਰੱਖਿਆ ਹੋਇਆ ਉਹ ਪ੍ਰੋਗਰਾਮ ਵੀ ਵੇਖਣਾ ਤੁਸੀਂ ਨਾ ਭੁੱਲਿਓ ਤੇ ਵੀਰਵਾਰ ਦੇ ਰੋਜ਼ ਅਸੀਂ ਦੱਸਾਂਗੇ ਕਿ ਈ ਸੁਨੇਹੇ ਪ੍ਰੋਗਰਾਮ ਸ਼ਨੀਵਾਰ ਦੇ ਰੋਜ਼ 7 ਵਜੇ ਮਹਿਮਾਨ ਕੌਣ ਹੋਣਗੇ ਸੋ ਜੁੜੇ ਰਹਿਣਾ ਜਾਇਓ ਕਿਤੇ ਨਾ ਕੰਮਕਾਰ ਕਰੋ ਤੇ ਦੁਬਾਰਾ ਵੀਰਵਾਰ ਸ਼ਾਮੀ 7 ਵਜੇ ਸਾਡੇ ਨਾਲ ਜੁੜਿਓ ਤੇ ਇਦਾਂ ਹੀ ਆਪਾਂ ਸਾਂਝਾ ਬਰਕਰਾਰ ਰੱਖਾਂਗੇ ਵਿਚਾਰਾਂ ਕਰਾਂਗੇ ਤੇ ਇਦਾਂ ਹੀ ਇਹ ਲੜੀਆਂ ਜਿਹੜੀਆਂ ਉਪਰਉਂਦੇ ਰਵਾਂਗੇ ਆਉਂਦੇ ਜਾਂਦੇ ਜਾਂਦੇ ਇੱਕ ਤੁਹਾਨੂੰ ਬੇਨਤੀ ਕਰਦੇ ਜਾਈਏ ਸੋਸ਼ਲ ਡਿਸਟੈਂਸਿੰਗ ਦੇ ਰੂਲਸ ਜਿੱਥੇ-ਜਿੱਥੇ ਸਰਕਾਰੀ ਹਦਾਇਤਾਂ ਨੇ ਉਹਨਾਂ ਨੂੰ ਮੰਨੋ ਆਪਣੇ ਆਲੇ-ਦੁਆਲੇ ਸਫਾਈ ਰੱਖੋ ਇਸ ਕਰੋਨਾ ਦੀ ਮਹਾਂਮਾਰੀ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਹੀ ਨਜਿੱਠਣਾ ਹੈ ਆ ਔਰ ਜਾਂਦੇ ਜਾਂਦੇ ਸਰਬਤ ਦੇ ਭਲੇ ਦੀ ਅਰਦਾਸ ਆਓ ਸਾਰੇ ਮਿਲ ਕੇ ਕਰੀਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ